ਗੁਰਬਾਣੀ ਅਤੇ ਮੂਲ ਮੰਤਰ ਦੀ ਸ਼ਕਤੀ। ਮਨੁੱਖ ਕੁਝ ਸੰਸਕਾਰ ਤਾਂ ਪਿਛਲੇ ਜਨਮਾਂ ਦੇ ਲੈ ਕੇ ਸੰਸਾਰ ਵਿੱਚ ਆਉਂਦਾ ਹੈ, ਪਰ ਬਹੁਤਾ ਪ੍ਰਭਾਵ ਸੰਗਤ ਦਾ ਕਬੂਲਦਾ ਹੈ। ਜਿਹੋ ਜਿਹੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹੋ ਜਿਹੇ ਮਨੁੱਖ ਦੇ ਸੰਸਕਾਰ ਪ੍ਰਫੁੱਲਤ ਹੋ ਜਾਂਦੇ ਹਨ ਤੇ ਉਸੇ ਅਨੁਸਾਰ ਸੁਭਾਅ ਤੇ ਵਿਚਾਰ ਬਣ ਜਾਂਦੇ ਹਨ। ਸਾ ਹਰੀ ਸਿੰਘ ਜੀ ਮੁੱਢ ਤੋਂ ਕੁਝ ਨਾਸਤਿਕ ਵਿਚਾਰਾਂ ਦੇ ਸਨ। ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਨੂੰ ਪੀੜਾ ਕਰਨ ਵਾਸਤੇ ਉਨ੍ਹਾਂ ਨੂੰ ਸੰਗਤ ਆਪਣੇ ਮਾਸੜ ਸਾ ਸੰਤੋਖ ਸਿੰਘ ਤੇ ਉਨ੍ਹਾਂ ਦੇ ਦੋ ਭਰਾ ਚਰਨ ਸਿੰਘ ਦੀ ਮਿਲ ਗਈ, ਜੋ ਪੱਕੇ ਨਾਸਤਿਕ ਵਿਚਾਰਾਂ ਦੇ ਧਾਰਨੀ ਸਨ। ਸਾ ਹਰੀ ਸਿੰਘ ਹੋਰੀ ਆਪਣੇ ਮਾਸੜ ਹੋਰਾਂ ਦੇ ਪੱਕੇ ਪੈਰੋਗਾਰ ਬਣ ਗਏ ਤੇ ਹੌਲੀ ਹੌਲੀ ਸਾਰਾ ਪਰਿਵਾਰ ਹੀ ਇਨ੍ਹਾਂ ਦੇ ਵਿਚਾਰਾਂ ਦਾ ਧਾਰਨੀ ਬਣ ਗਿਆ। ਪੜ੍ਹਾਈ ਕਰਨ ਉਪਰੰਤ ਸਾ ਹਰੀ ਸਿੰਘ ਕੈਨੇਡਾ ਚਲੇ ਗਏ ਤੇ ਉਥੇ ਪੱਕੇ ਹੋਣ ਉਪਰੰਤ ਆਪਣੇ ਪਰਿਵਾਰ ਨੂੰ ਵੀ ਸੱਦ ਲਿਆ। ਇਨ੍ਹਾਂ ਦੇ ਘਰ ਦੋ ਬੱਚੀਆਂ ਨੇ ਜਨਮ ਲਿਆ। ਕੁਦਰਤ ਨੇ 1977 ਵਿਚ ਇਨ੍ਹਾਂ ਦੇ ਘਰ ਇਕ ਭੁਚੰਗੀ ਨੂੰ ਜਨਮ ਦਿੱਤਾ, ਪਰ ਦੇਵਨੇਤ ਨਾਲ ਜਨਮ ਸਮੇਂ ਕਿਸੇ ਕਾਰਨ ਉਸ ਦੇ ਦਿਮਾਗ ਨੂੰ ਕੁਝ ਸਮਾਂ ਆਕਸੀਜਨ ਨਾ ਮਿਲ ਸਕੀ, ਜਿਸ ਕਾਰਨ ਬੱਚੇ ਦੇ ਦਿਮਾਗੀ ਸੈੱਲ ਮਰ ਗਏ। ਜੋ ਸੈੱਲ ਬਚੇ ਵੀ ਸਨ, ਉਹ ਵੀ ਪੂਰਾ ਕੰਮ ਕਰਨ ਦੇ ਸਮਰੱਥ ਨਹੀਂ ਸਨ। ਦੁਨਿਆਵੀ ਵਸੀਲਿਆਂ ਅਨੁਸਾਰ ਡਾਕਟਰ ਨੇ ਇਲਾਜ ਕਰਨ ਪੱਖੋਂ ਕੋਈ ਕਸਰ ਬਾਕੀ ਨਾ ਛੱਡੀ, ਪਰ ਕੁਦਰਤ ਦੇ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ। ਬੱਚਾ ਜਿਸਦਾ ਨਾਂ ਸੁਰਜੀਤ ਸਿੰਘ ਰੱਖਿਆ ਗਿਆ, ਉਹ ਮਾਸ ਤੇ ਹੱਡੀਆਂ ਦਾ ਇੱਕ ਬੁੱਤ ਹੀ ਸੀ। ਜਿੱਥੇ ਜਿਸ ਹਾਲਾਤ ਵਿੱਚ ਉਸ ਨੂੰ ਰੱਖ ਦਿਓ, ਉਸੇ ਹਾਲਤ ਵਿੱਚ ਹੀ ਪਿਆ ਰਹਿੰਦਾ। 3 ਸਾਲ ਤੱਕ ਨਾ ਉਹ ਬੋਲ ਸਕਦਾ, ਨਾ ਬੈਠ ਸਕਦਾ ਤੇ ਨਾ ਹੀ ਆਪਣੇ ਆਪ ਕੁਝ ਖਾ ਸਕਦਾ ਸੀ। ਤੁਰਨਾ ਤਾਂ ਦੂਰ ਦੀ ਗੱਲ ਸੀ। ਹਰ 3 ਮਹੀਨੇ ਪਿੱਛੋਂ ਉਸ ਬੱਚੇ ਦਾ ਮੈਡੀਕਲ ਚੈੱਕਅਪ ਵੀ ਹੁੰਦਾ। ਕਈ ਵਾਰ ਡਾਕਟਰਾਂ ਦੇ ਬੋਰਡ ਬੈਠਦੇ, ਪਰ ਸਾਰਿਆਂ ਡਾਕਟਰਾਂ ਦੀ ਇੱਕੋ ਰਾਏ ਸੀ ਕਿ ਸੁਰਜੀਤ ਸਿੰਘ ਨਾਂ ਦਾ ਬੱਚਾ, ਜਿਸ ਦੇ ਜਨਮ ਸਮੇਂ ਦਿਮਾਗ ਨੂੰ ਆਕਸੀਜਨ ਨਹੀਂ ਮਿਲ ਸਕੀ ਸੀ, ਇਸ ਕਰਕੇ ਨਾ ਤਾਂ ਇਹ ਦਿਮਾਗੀ ਤੌਰ ਤੇ ਸੁਚੇਤ ਹੋਵੇਗਾ ਤੇ ਨਾ ਹੀ ਸਰੀਰਕ ਤੌਰ ਤੇ। ਇਹ ਬੱਚਾ ਅਪਾਹਜ ਹੀ ਰਹੇਗਾ, ਕਿਉਂਕਿ ਸਰੀਰ ਨੂੰ ਕੰਟਰੋਲ ਕਰਨ ਵਾਲੇ ਸਾਰੇ ਸੈੱਲ ਅਧਮੋਏ ਹੋ ਚੁੱਕੇ ਹਨ। ਜੋ ਵੀ ਗੌਰਮੈਂਟ ਅਪਾਹਜ ਬੱਚੇ ਨੂੰ ਸਹੂਲਤਾਂ ਦੇ ਸਕਦੀ ਸੀ, ਉਹ ਸਾਰੀਆਂ ਸਹੂਲਤਾਂ ਸੁਰਜੀਤ ਸਿੰਘ ਨੂੰ ਦੇਣ ਲਈ ਡਾਕਟਰੀ ਰਿਪੋਰਟ ਵਿਚ ਸਿਫਾਰਿਸ਼ ਕਰ ਦਿੱਤੀ ਗਈ। ਨਾਲ ਹੀ ਵੈਨਕੂਵਰ ਦੇ ਵੱਡੇ ਹਸਪਤਾਲ ਵਿਚ ਵੱਖ ਵੱਖ ਡਾਕਟਰੀ ਵਿਭਾਗਾਂ ਦੇ ਜੋ ਮੁਖੀ ਡਾਕਟਰ ਸਨ, ਉਨ੍ਹਾਂ ਪਾਸ 3 ਮਹੀਨੇ ਦੀ ਤਰੀਕ ਦੇ ਕੇ ਆਖਰੀ ਰਾਏ ਲੈਣ ਵਾਸਤੇ ਵੀ ਸਿਫਾਰਿਸ਼ ਕੀਤੀ ਗਈ। ਸੁਰਜੀਤ ਸਿੰਘ ਦੇ ਮਾਤਾ ਪਿਤਾ ਆਪਣੀ ਪੂਰੀ ਤਨਦੇਹੀ ਨਾਲ ਉਸ ਬੱਚੇ ਦੀ ਸੇਵਾ ਕਰਦੇ ਤੇ ਮਨ ਵਿਚ ਬੱਚੇ ਦੇ ਅਪਾਹਜ ਹੋਣ ਦਾ ਝੋਰਾ ਵੀ ਲੱਗਾ ਰਹਿੰਦਾ। ਆਖਿਰ ਸਤੰਬਰ 1981 ਦਾ ਉਹ ਦਿਨ ਵੀ ਆ ਗਿਆ, ਜਿਸ ਦਿਨ ਸਾਰੇ ਵਿਭਾਗਾਂ ਦੇ ਮੁਖੀਆਂ ਦੇ ਬੋਰਡ ਨੇ ਸੁਰਜੀਤ ਸਿੰਘ ਦਾ ਫਾਈਨਲ ਚੈੱਕਅਪ ਕਰਕੇ ਆਖਰੀ ਰਿਪੋਰਟ ਦੇਣੀ ਸੀ। ਸਾ ਹਰੀ ਸਿੰਘ ਤੇ ਬੀਬੀ ਗੁਰਦੇਵ ਕੌਰ ਦਿੱਤੇ ਸਮੇਂ ਤੇ ਹਸਪਤਾਲ ਪੁੱਜ ਗਏ। ਵਾਰੀ ਆਉਣ ਤੇ ਡਾਕਟਰਾਂ ਨੇ ਸੁਰਜੀਤ ਸਿੰਘ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੇ ਸਰੀਰ ਦੀ ਸਕੈਨਿੰਗ ਕੀਤੀ ਤੇ ਲੋੜੀਂਦੇ ਐਕਸਰੇ ਅਤੇ ਟੈਸਟ ਆਦਿਕ ਕੀਤੇ। ਸ਼ਾਮ ਨੂੰ ਜੋ ਰਿਪੋਰਟ ਦਿੱਤੀ, ਉਸ ਵਿਚ ਵੀ ਉਨ੍ਹਾਂ ਸਾਰਿਆਂ ਦੇ ਪਹਿਲੇ ਡਾਕਟਰਾਂ ਵਾਲੀ ਹੀ ਰਾਏ ਸੀ ਕਿ ਇਹ ਬੱਚਾ ਪੂਰਨ ਤੌਰ ਤੇ ਸਰੀਰਕ ਤੇ ਦਿਮਾਗੀ ਅਪਾਹਜ ਹੀ ਰਹੇਗਾ। ਥੋੜਾ ਬਹੁਤਾ ਦਵਾਈ ਵਿਚ ਵਾਧਾ ਕਰਕੇ ਸਾ ਹਰੀ ਸਿੰਘ ਹੋਰਾਂ ਨੂੰ ਦੇ ਦਿੱਤੀ ਤੇ ਹੌਸਲਾ ਦੇਣ ਵਾਲੇ ਲਹਿਜੇ ਵਿਚ ਡਾਕਟਰਾਂ ਨੇ ਸਾਰੀ ਗੱਲ ਦੱਸ ਦਿੱਤੀ ਤੇ ਨਾਲ ਹੀ ਕਿਹਾ ਕਿ ਡਾਕਟਰੀ ਤੌਰ ਤੇ ਜੋ ਸਾਡੀ ਸਾਇੰਸ ਅਗਵਾਈ ਕਰਦੀ ਹੈ, ਉਹ ਕਰ ਵੇਖਿਆ ਹੈ ਤੇ ਕਰ ਰਹੇ ਹਾਂ। ਜਨਮ ਤੋਂ ਹੀ ਬੱਚੇ ਦੇ ਦਿਮਾਗ ਨੂੰ ਆਕਸੀਜਨ ਨਾ ਮਿਲਣ ਕਰਕੇ ਦਿਮਾਗ ਅਧਮੋਇਆ ਹੋ ਚੁੱਕਾ ਹੈ। ਅਸੀਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ। ਤੁਸੀਂ ਪ੍ਰਮਾਤਮਾ ਅੱਗੇ ਇਸ ਲਈ ਪ੍ਰਾਰਥਨਾ ਕਰਿਆ ਕਰੋ। ਸੁਰਜੀਤ ਸਿੰਘ ਦੀ ਡਾਕਟਰੀ ਰਿਪੋਰਟ ਲੈਣ ਤੋਂ ਬਾਅਦ ਦੋਵੇਂ ਜੀ ਨਿਰਾਸ਼ਤਾ ਦਾ ਬੋਝ ਲੈ ਕੇ ਘਰ ਵਾਪਸ ਆ ਰਹੇ ਸਨ। ਨਿਰਾਸ਼ਤਾ ਕਾਰਨ ਦੋਵਾਂ ਜੀਆਂ ਨੇ ਕਾਫੀ ਸਮਾਂ ਆਪਸ ਵਿਚ ਕੋਈ ਗੱਲਬਾਤ ਨਾ ਕੀਤੀ। ਸਾ ਹਰੀ ਸਿੰਘ ਕਾਰ ਚਲਾ ਰਹੇ ਸਨ ਕਿ ਆਖਰ ਬੀਬੀ ਗੁਰਦੇਵ ਕੌਰ ਨੇ ਡਰਦੇ ਡਰਦੇ ਹੌਸਲਾ ਕਰਕੇ ਚੁੱਪ ਤੋੜੀ ਤੇ ਆਪਣੇ ਪਤੀ ਦੇਵ ਨੂੰ ਬੜੇ ਪਿਆਰ ਨਾਲ ਬੇਨਤੀ ਕੀਤੀ ਕਿ ਅਸੀਂ ਦੁਨਿਆਵੀ ਵਸੀਲੇ ਸਾਰੇ ਕਰਕੇ ਵੇਖੇ ਹਨ ਤੇ ਡਾਕਟਰਾਂ ਨੇ ਵੀ ਆਪਣੀ ਪੂਰੀ ਵਾਹ ਲਾ ਲਈ ਹੈ। ਆਖਰੀ ਆਸ ਕੁਝ ਡਾਕਟਰਾਂ ਦੇ ਅੱਜ ਦੇ ਬੋਰਡ ਤੇ ਸੀ ਕਿ ਇਹ ਹੀ ਕੁਝ ਰੇਖ ਵਿਚ ਮੇਖ ਮਾਰ ਦੇਣਗੇ, ਪਰ ਇਨ੍ਹਾਂ ਨੇ ਵੀ ਸਾਡੇ ਹੱਥ ਨਿਰਾਸ਼ਤਾ ਦਾ ਜੱਠਾ ਫੜਾਉਣ ਤੇ ਥੋੜਾ ਧੀਰਜ ਦੇਣ ਤੋਂ ਵੱਧ ਹੋਰ ਕੁਝ ਵੀ ਸਾਡੇ ਪੱਲੇ ਨਹੀਂ ਪਾਇਆ। ਸੰਸਾਰਕ ਪੱਖ ਤੋਂ ਤਾਂ ਹੁਣ ਸਾਡੇ ਸਾਹਮਣੇ ਹਨੇਰਾ ਹੀ ਹਨੇਰਾ ਹੈ। ਮੈਂ ਇੱਥੇ ਕਿਸੇ ਪਾਸੋਂ ਸੁਣਿਆ ਹੈ ਕਿ ਰਾਮਪੁਰ ਖੇੜੇ ਵਾਲੇ ਸੰਤ ਇੱਥੇ ਰਿਚਮੰਡ ਵਿਖੇ ਸਾ ਫੇਰਾ ਸਿੰਘ ਦੇ ਘਰ ਕੁਝ ਦਿਨਾਂ ਤੋਂ ਆਏ ਹੋਏ ਹਨ। ਜੇ ਤੁਸੀਂ ਮਹਿਸੂਸ ਨਾ ਕਰੋ ਤਾਂ ਅਸੀਂ ਉਨ੍ਹਾਂ ਪਾਸ ਚੱਲ ਕੇ ਬੇਨਤੀ ਕਰੀਏ, ਸ਼ਾਇਦ ਸਾਡੀ ਝੋਲੀ ਵਿਚ ਕੁਝ ਖੈਰ ਪੈ ਹੀ ਜਾਵੇ। ਬੀਬੀ ਗੁਰਦੇਵ ਕੌਰ ਦੀ ਗੱਲ ਸੁਣ ਕੇ ਸਾ ਹਰੀ ਸਿੰਘ, ਜੋ ਪਹਿਲਾਂ ਹੀ ਬੜੇ ਪਰੇਸ਼ਾਨ ਸਨ, ਕਹਿਣ ਲੱਗੇ ਕਿ ਕੈਨੇਡਾ ਵਰਗੇ ਮੁਲਕ ਵਿਚ ਵੈਨਕੂਵਰ ਦੇ ਚੋਟੀ ਦੇ ਡਾਕਟਰਾਂ ਨੇ, ਜਿਨ੍ਹਾਂ ਨੇ ਸਾਰੀ ਸਾਰੀ ਉਮਰ ਇਸੇ ਪਾਸੇ ਗਾਲ ਦਿੱਤੀ ਹੈ, ਆਪਣੇ ਕਿੱਤੇ ਵਿਚ ਇੰਨੇ ਮਾਹਰ ਹਨ ਕਿ ਇਕ ਵਾਰ ਇਨ੍ਹਾਂ ਦੇ ਹੱਥ ਬਿਮਾਰੀ ਦਾ ਕਾਰਨ ਆ ਜਾਵੇ, ਇਹ ਤਾਂ ਮੌਤ ਦੇ ਮੂੰਹ ਵਿਚੋਂ ਵੀ ਆਦਮੀ ਨੂੰ ਕੱਢ ਲੈਂਦੇ ਹਨ। ਇਨ੍ਹਾਂ ਵਿਚਾਰਿਆਂ ਦੀ ਕੋਈ ਪੇਸ਼ ਨਹੀਂ ਜਾ ਰਹੀ, ਤੇਰੇ ਬਾਬੇ ਨੇ ਕਿਹੜਾ ਕੋਈ ਫੂਕ ਮਾਰ ਕੇ ਇਸ ਨੂੰ ਰਾਜੀ ਕਰ ਦੇਣਾ ਹੈ।
ਬਾਬਿਆਂ ਨੇ ਤਾਂ ਆਪਣਾ ਦਾਲ ਫੁਲਕੇ ਦਾ ਰੁਜ਼ਗਾਰ ਬਣਾਇਆ ਹੋਇਆ ਹੈ। ਇਸ ਤਰ੍ਹਾਂ ਦਾ ਰੁੱਖਾ ਜਿਹਾ ਉੱਤਰ ਸੁਣ ਕੇ ਬੀਬੀ ਗੁਰਦੇਵ ਕੌਰ ਚੁੱਪ ਕਰ ਗਈ। ਸਾਹ ਹਰੀ ਸਿੰਘ ਹੋਈ ਆਪ ਦੱਸਿਆ ਕਰਦੇ ਹਨ ਕਿ ਥੋੜੀ ਦੇਰ ਕਾਰ ਚਲਾਉਂਦੇ ਚਲਾਉਂਦੇ ਮੇਰੇ ਮਨ ਵਿੱਚ ਵਿਚਾਰ ਆਈ ਕਿ ਚਲੋ $2 ਦਾ ਪੈਟਰੋਲ ਹੀ ਹੋਰ ਵੱਧ ਲੱਗ ਜਾਏਗਾ ਨਾ। ਡਾਕਟਰਾਂ ਨੇ ਤਾਂ ਜਵਾਬ ਦੇ ਹੀ ਦਿੱਤਾ ਹੈ, ਚਲੋ ਗੁਰਦੇਵ ਕੌਰ ਦੇ ਮਨ ਦਾ ਸੰਕਲਪ ਹੀ ਪੂਰਾ ਹੋ ਜਾਏਗਾ। ਇਸ ਤਰ੍ਹਾਂ ਦੀ ਵਿਚਾਰ ਆਉਣ ਉਪਰੰਤ ਹਰੀ ਸਿੰਘ ਨੇ ਗੱਡੀ ਸਾਫੇਰਾ ਸਿੰਘ ਦੇ ਘਰ ਨੂੰ ਮੋੜ ਲਈ ਤੇ ਗੁਰਦੇਵ ਕੌਰ ਨੂੰ ਕਿਹਾ ਕਿ ਡਾਕਟਰਾਂ ਨੇ ਤਾਂ ਨਾਂ ਦਾ ਚਿੱਠਾ ਸਾਨੂੰ ਫੜਾ ਦਿੱਤਾ ਹੈ, ਹੁਣ ਤੂੰ ਬਾਬਿਆਂ ਪਾਸੋਂ ਜੋ ਉਸਦਾ ਕਰਵਾਉਣਾ ਹੈ ਕਰਵਾ ਲੈ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਦੋਵੇਂ ਸਾਫੇਰਾ ਸਿੰਘ ਹੋਰਾਂ ਦੇ ਘਰ ਪਹੁੰਚ ਗਏ। ਬੂਹਾ ਖੜਕਾਇਆ, ਬੀਬੀ ਅਜੀਤ ਕੌਰ ਸਾਫੇਰਾ ਸਿੰਘ ਹੋਰਾਂ ਦੀ ਧਰਮ ਪਤਨੀ ਨੇ ਬੂਹਾ ਖੋਲਿਆ, ਫਤਿਹ ਬੁਲਾਈ ਤੇ ਅੰਦਰ ਬਿਠਾ ਲਿਆ, ਜਲ ਪਾਣੀ ਪਿਆ ਕੇ ਆਉਣ ਦਾ ਕਾਰਨ ਪੁੱਛਿਆ। ਹਰੀ ਸਿੰਘ ਤਾਂ ਚੁੱਪ ਰਹੇ, ਪਰ ਬੀਬੀ ਗੁਰਦੇਵ ਕੌਰ ਨੇ ਆਪਣੇ ਬੱਚੇ ਸੁਰਜੀਤ ਸਿੰਘ ਦੀ ਕਹਾਣੀ ਤੇ ਡਾਕਟਰਾਂ ਦੇ ਨਾ ਕਰਨ ਤੱਕ ਦਾ ਸਾਰਾ ਹਾਲ ਭਰੇ ਮਨ ਨਾਲ ਦੱਸਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਪਤਾ ਲੱਗਾ ਹੈ ਕਿ ਤੁਹਾਡੇ ਘਰ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਆਏ ਹੋਏ ਹਨ, ਤੁਸੀਂ ਸਾਡੀ ਉਨ੍ਹਾਂ ਪਾਸ ਸਿਫਾਰਿਸ਼ ਕਰੋ ਤਾਂ ਜੋ ਉਹ ਬੱਚੇ ਨੂੰ ਕੋਈ ਆਸ਼ੀਰਵਾਦ ਦੇਣ ਤੇ ਇਹ ਵਿਚਾਰਾ ਆਪਣੀ ਕਿਰਿਆ ਸੋਧਨ ਤੇ ਤੁਰਨ ਫਿਰਨ ਜੋਗਾ ਹੀ ਹੋ ਜਾਵੇ। ਬੀਬੀ ਅਜੀਤ ਕੌਰ ਨੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਈ ਤੇ ਉਨ੍ਹਾਂ ਨੂੰ ਥੱਲੇ ਬਿਠਾ ਕੇ ਆਪ ਬਾਬਾ ਜੀ ਪਾਸ ਉਪਰਲੇ ਕਮਰੇ ਵਿਚ ਜਿੱਥੇ ਬਾਬਾ ਜੀ ਦੀ ਰਹਾਇਸ਼ ਸੀ ਬੇਨਤੀ ਕਰਨ ਲਈ ਚਲੇ ਗਏ। ਬਾਬਾ ਜੀ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਵੀ ਕੋਲ ਬੈਠੇ ਸਨ। ਬੀਬੀ ਅਜੀਤ ਕੌਰ ਨੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਆਪ ਜੀ ਦੇ ਗੁਰਦੁਆਰਾ ਸਾਹਿਬ ਦੇ ਗੁਆਂਢੀ ਪਿੰਡ ਪੰਡੋਰੀ ਅਟਵਾਲ ਤੋਂ ਸਾਹ ਹਰੀ ਸਿੰਘ ਤੇ ਬੀਬੀ ਗੁਰਦੇਵ ਕੌਰ ਆਪਣੇ ਬੱਚੇ ਦੀ ਦੇਹ ਅਰੋਗਤਾ ਲਈ ਅਰਦਾਸ ਕਰਵਾਉਣ ਲਈ ਬੇਨਤੀ ਕਰਨ ਆਏ ਹਨ, ਕੀ ਮੈਂ ਉਨ੍ਹਾਂ ਨੂੰ ਉਪਰ ਲੈ ਆਵਾਂ? ਬਾਬਾ ਜੀ ਨੇ ਸਾਰੀ ਗੱਲ ਸੁਣੀ ਤੇ ਬੜੇ ਜੋਸ਼ ਵਿਚ ਆਏ ਤੇ ਕਹਿਣ ਲੱਗੇ ਕਿ ਬੀਬੀ ਮੈਂ ਇੱਥੇ ਲੋਕਾਂ ਦੇ ਮੁੰਡੇ ਕੁੜੀਆਂ ਨੂੰ ਰਾਜੀ ਕਰਨ ਵਾਸਤੇ ਤਾਂ ਨਹੀਂ ਆਇਆ, ਰੱਬ ਦੇ ਘਰ ਦੀ ਕੋਈ ਗੱਲ ਨਹੀਂ ਪੁੱਛਦਾ, ਸਭ ਦੁਨਿਆਵੀ ਪਰੇਸ਼ਾਨੀਆਂ ਤੇ ਸਵਾਲ ਲੈ ਕੇ ਹੀ ਆਉਂਦੇ ਹਨ। ਬੀਬੀ ਜੀਤ ਕੌਰ ਨੂੰ ਸੰਬੋਧਨ ਕਰਕੇ ਬਾਬਾ ਜੀ ਕਹਿਣ ਲੱਗੇ, ਭਲਾ ਅੱਗੇ ਮੈਂ ਕਿੰਨਿਆਂ ਕੋ ਦੇ ਮੁੰਡੇ ਕੁੜੀਆਂ ਰਾਜੀ ਕੀਤੇ ਹਨ? ਬਾਬਾ ਜੀ ਦਾ ਗੁੱਸਾ ਦੇਖ ਕੇ ਬੀਬੀ ਜੀ ਤਾਂ ਉਥੋਂ ਚਲੇ ਗਏ। ਬਾਬਾ ਜੀ ਨੇ ਮੇਰੀ ਵੱਲ ਵੇਖਿਆ, ਭਾਵ ਬਾਬਾ ਜੀ ਦੇ ਉੱਤਰਾਧਿਕਾਰੀ ਸੇਵਾ ਸਿੰਘ ਹੋਰਾਂ ਵੱਲ ਵੇਖਿਆ ਤੇ ਕਹਿਣ ਲੱਗੇ, ਸੇਵਾ ਸਿੰਘ ਸਮਾਨ ਇਕੱਠਾ ਕਰ ਤੇ ਅਟੈਚੀ ਵਿਚ ਬੰਦ ਕਰ, ਚਲੀਏ ਇਥੋਂ। ਉਨ੍ਹਾਂ ਨੇ ਸਤਿਵਚਨ ਕਿਹਾ ਤੇ ਸੰਗਤਾਂ ਵੱਲੋਂ ਦਿੱਤੇ ਸਰੂਪਾਂ ਵਜੋਂ ਕੱਪੜੇ ਜੋ ਬਾਹਰ ਇਧਰ ਉਧਰ ਪਏ ਸਨ ਅਟੈਚੀ ਖੋਲ੍ਹ ਕੇ ਉਸ ਵਿਚ ਰੱਖਣੇ ਸ਼ੁਰੂ ਕਰ ਦਿੱਤੇ। ਬਾਬਾ ਜੀ ਆਪਣਾ ਜੋੜਾ ਪਾ ਕੇ ਮੰਜੇ ਧੂਪ ਹੇਠਾਂ ਪੈਰ ਲਮਕਾ ਕੇ ਬੈਠ ਗਏ ਤੇ ਚੱਲਣ ਵਾਲੀ ਸੋਟੀ ਜੋ ਸਹਾਰਾ ਲੈਣ ਲਈ ਲਿਆ ਕਰਦੇ ਸਨ ਦੋਹਾਂ ਹੱਥਾਂ ਵਿਚ ਫੜ ਲਈ ਤੇ ਹੱਥਾਂ ਉਪਰ ਆਪਣਾ ਸਿਰ ਟਿਕਾ ਲਿਆ। ਬਾਬਾ ਸੇਵਾ ਸਿੰਘ ਹੋਰਾਂ ਨੇ ਅਟੈਚੀ ਵਿਚ ਕੱਪੜੇ ਅਜੇ ਅੱਧੇ ਕੁ ਹੀ ਪਾਏ ਸਨ ਕਿ ਬਾਬਾ ਜੀ ਕਹਿਣ ਲੱਗੇ, ਜਵਾਨ ਦੇਖਿਓ ਕਿਤੇ ਚਲੇ ਤਾਂ ਨਹੀਂ ਗਏ? ਸੋ ਬਾਬਾ ਸੇਵਾ ਸਿੰਘ ਹੋਰੀ ਪੌੜੀ ਉੱਤਰ ਕੇ ਵੇਖਿਆ ਤਾਂ ਉਹ ਹਰੀ ਸਿੰਘ ਤੇ ਬੀਬੀ ਗੁਰਦੇਵ ਕੌਰ ਅਜੇ ਚਾਹ ਹੀ ਪੀ ਰਹੇ ਸਨ। ਉਹਨਾਂ ਨੇ ਬਾਬਾ ਜੀ ਨੂੰ ਆ ਕੇ ਦੱਸਿਆ ਕਿ ਬਾਬਾ ਜੀ ਨਹੀਂ, ਅਜੇ ਉਹ ਜਲ ਪਾਣੀ ਹੀ ਛੱਕ ਰਹੇ ਹਨ, ਗਏ ਨਹੀਂ। ਬਾਬਾ ਜੀ ਨੇ ਮੁੜ ਦੁਬਾਰਾ ਭੇਜਿਆ ਤੇ ਜਾ ਬੀਬੀ ਅਜੀਤ ਕੌਰ ਨੂੰ ਕਹਿਣਾ ਕਿ ਬੱਚੇ ਵਾਲੀ ਬੀਬੀ ਨੂੰ ਜਿਸ ਲਈ ਉਹ ਬੇਨਤੀ ਕਰਨ ਆਏ ਸਨ ਨਾਲ ਲੈ ਕੇ ਆਵੇ, ਪਰ ਉਸਦਾ ਪਤੀ ਸਾਡੇ ਪਾਸ ਨਾ ਆਵੇ। ਸੋ ਬੀਬੀ ਅਜੀਤ ਕੌਰ ਨੂੰ ਬਾਬਾ ਜੀ ਦਾ ਸੰਦੇਸ਼ ਪਹੁੰਚਾ ਦਿੱਤਾ ਗਿਆ। ਜਦੋਂ ਸੁਨੇਹਾ ਦੇ ਕੇ ਬਾਬਾ ਸੇਵਾ ਸਿੰਘ ਹੋਰੀ ਬਾਬਾ ਜੀ ਪਾਸ ਪੁੱਜੇ ਤਾਂ ਬਾਬਾ ਜੀ ਕਹਿਣ ਲੱਗੇ ਕਿ ਜਵਾਨ, ਕੱਪੜੇ ਅਜੇ ਅਟੈਚੀ ਵਿਚ ਨਾ ਪਾ, ਇਨ੍ਹਾਂ ਦੇ ਘਰ ਦਾ ਦਾਣਾ ਪਾਣੀ ਅਜੇ ਆਪਣਾ ਰਹਿੰਦਾ ਹੈ, ਅਜੇ ਅਸੀਂ ਛਕਣਾ ਹੈ। ਸੋ ਉਥੇ ਹੀ ਸਾਂਭ ਸੰਭਾਲੀ ਦਾ ਕੰਮ ਛੱਡ ਦਿੱਤਾ ਤੇ ਬਾਬਾ ਜੀ ਪਾਸ ਉਹ ਵੀ ਬੈਠ ਗਏ। ਬੀਬੀ ਅਜੀਤ ਕੌਰ ਦੇ ਨਾਲ ਬੀਬੀ ਗੁਰਦੇਵ ਕੌਰ ਆਪਣੇ ਬੱਚੇ ਨੂੰ ਨਾਲ ਲੈ ਕੇ ਉੱਪਰ ਬਾਬਾ ਜੀ ਪਾਸ ਆ ਗਈ। ਬਾਬਾ ਜੀ ਨੇ ਪੁੱਛਿਆ, ਦੱਸ ਬੀਬੀ, ਇਸ ਬੱਚੇ ਨੂੰ ਤਕਲੀਫ ਕੀ ਹੈ? ਗੁਰਦੇਵ ਕੌਰ ਨੇ ਜਨਮ ਤੋਂ ਲੈ ਕੇ ਅੱਜ ਤੱਕ ਦੀ ਸਾਰੀ ਕਹਾਣੀ ਸੰਖੇਪ ਰੂਪ ਵਿਚ ਮਨ ਭਰ ਕੇ ਬਾਬਾ ਜੀ ਨੂੰ ਸੁਣਾਈ। ਸਾਰੀ ਵਾਰਤਾ ਸੁਣਨ ਉਪਰੰਤ ਬਾਬਾ ਜੀ ਨੇ ਕਿਹਾ, ਬੀਬੀ ਤੁਸੀਂ ਗੁਰਬਾਣੀ ਪੜ੍ਹਦੇ ਹੋ? ਤਾਂ ਉੱਤਰ ਉਹਨਾਂ ਦਾ ਨਾਂ ਵਿਚ ਸੀ, ਕਿਉਂਕਿ ਘਰ ਵਿਚ ਕੋਈ ਰੱਬ ਨੂੰ ਵੀ ਬਾਬਾ ਜੀ ਨੇ ਪੁੱਛਿਆ ਕਿ ਘਰ ਵਿਚ ਕੋਈ ਰੱਬ ਨੂੰ ਯਾਦ ਵੀ ਕਰਦਾ ਕਿ ਨਹੀਂ? ਬੀਬੀ ਗੁਰਦੇਵ ਕੌਰ ਨੇ ਸੱਚ ਸੱਚ ਕਹਿ ਦਿੱਤਾ ਜੀ ਕਿ ਬਾਬਾ ਜੀ ਸਾਡਾ ਸਾਰਾ ਸਹੁਰਾ ਪਰਿਵਾਰ ਨਾਸਤਕ ਹੈ, ਮੈਨੂੰ ਵੀ ਉਹਨਾਂ ਦੇ ਨਾਲ ਹੀ ਚੱਲਣਾ ਪੈਂਦਾ ਹੈ। ਤੇ ਬਾਬਾ ਜੀ ਆਖਣ ਲੱਗੇ, ਫਿਰ ਤਾਂ ਬੀਬੀ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਵਿਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਵਾਲੀ ਗੱਲ ਹੈ। ਸਤਿਗੁਰੂ ਜੀ ਦਾ ਤਾਂ ਇਹ ਫਰਮਾਨ ਹੈ ਕਿ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਹੁਣ ਇੱਥੇ ਦੱਸ ਮੈਂ ਕੀ ਕਰ ਸਕਦਾ ਹਾਂ? ਬੀਬੀ ਗੁਰਦੇਵ ਕੌਰ ਨੇ ਬੜੀ ਆਜਜ਼ੀ ਨਾਲ ਕਿਹਾ, ਬਾਬਾ ਜੀ ਜੋ ਤੁਸੀਂ ਹੁਕਮ ਕਰੋਗੇ ਮੈਂ ਉਹ ਕਰਾਂਗੀ, ਇਹ ਬੱਚਾ ਕਿਸੇ ਤਰ੍ਹਾਂ ਰਾਜੀ ਹੋ ਜਾਏ। ਬਾਬਾ ਜੀ ਨੇ ਕਿਹਾ ਕਿ ਬੀਬੀ ਜੇ ਪਰਿਵਾਰ ਨਿਤਨੇਮ ਨਹੀਂ ਕਰਦਾ, ਤੁਸੀਂ ਆਪ ਹਰ ਰੋਜ਼ ਨਿਤਨੇਮ ਕਰਿਆ ਕਰੋ ਤੇ ਕਾਕੇ ਨੂੰ ਕੋਲ ਲਟਾ ਲਿਆ ਕਰੋ। ਨਿਤਨੇਮ ਤੋਂ ਇਲਾਵਾ ਅੱਧਾ ਘੰਟਾ ਮੂਲ ਮੰਤਰ ਦਾ ਜਾਪ ਇਸੇ ਬੱਚੇ ਦੇ ਕੋਲ ਬੈਠ ਕੇ ਇਸ ਨੂੰ ਸੁਣਾਇਆ ਕਰੋ। ਪਾਠ ਤੇ ਜਾਪ ਉਪਰੰਤ ਇਸ ਦੀ ਤੰਦਰੁਸਤੀ ਲਈ ਮਹਾਰਾਜ ਜੀ ਪਾਸ ਅਰਦਾਸ ਵੀ ਹਰ ਰੋਜ਼ ਕਰਿਆ ਕਰੋ, ਗੁਰੂ ਮਹਾਰਾਜ ਜੀ ਮਿਹਰ ਕਰਨਗੇ।
ਮਹੀਨੇ ਖੰਡ ਵਿੱਚ ਇਸ ਨੂੰ ਫਰਕ ਪੈਣ ਲੱਗ ਜਾਵੇਗਾ। ਕਿਸੇ ਨੂੰ ਦੱਸਣਾ ਨਹੀਂ, ਗੁਰੂ ਮਹਾਰਾਜ ਜੀ ਦਾ ਧੰਨਵਾਦ ਹੀ ਕਰਨਾ ਹੈ ਤੇ ਇਸ ਨਿਯਮ ਨੂੰ ਜਾਰੀ ਰੱਖਣਾ ਹੈ। ਠੀਕ ਹੋਣ ਉਪਰੰਤ ਵੀ ਇਸ ਨਿਯਮ ਨੂੰ ਛੱਡਣਾ ਨਹੀਂ ਤੇ ਫਿਰ ਮੇਰੇ ਪਾਸ ਆਉਣ ਦੀ ਲੋੜ ਨਹੀਂ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਧੰਨਵਾਦ ਕਰਨਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਸਦੀਵ ਕਾਲ ਲਈ ਗ੍ਰਹਿਣ ਕਰਨ ਦਾ ਯਤਨ ਕਰਨਾ ਹੈ। ਇੰਨੇ ਬਚਨ ਕਹਿ ਕੇ ਆਪ ਮੁੜ ਮੰਜੇ ਤੇ ਬੈਠ ਕੇ ਸਿਮਰਨ ਕਰਨ ਲੱਗ ਪਏ। ਬੀਬੀ ਗੁਰਦੇਵ ਕੌਰ ਬੱਚੇ ਨੂੰ ਲੈ ਕੇ ਆਪਣੇ ਪਤੀ ਪਾਸ ਗਈ, ਇੱਥੋਂ ਉਹ ਘਰ ਨੂੰ ਚਲੇ ਗਏ। ਰਸਤੇ ਵਿੱਚ ਹਰੀ ਸਿੰਘ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਬਾਬਿਆਂ ਨੇ ਕੀ ਕਿਹਾ। ਬੀਬੀ ਨੇ ਨਿਤਨੇਮ ਕਰਨ ਅਤੇ ਮੂਲ ਮੰਤਰ ਦਾ ਜਾਪ ਬੱਚੇ ਨੂੰ ਸੁਣਾਉਣ ਦਾ ਜੋ ਬਾਬਾ ਜੀ ਨੇ ਹੁਕਮ ਕੀਤਾ ਸੀ ਦੱਸ ਦਿੱਤਾ। ਹਰੀ ਸਿੰਘ ਲੰਮਾ ਹੋਕਾ ਲੈ ਕੇ ਕਹਿਣ ਲੱਗਾ, ਬਸ ਹੋ ਗਈ ਤੇਰੀ ਤਸੱਲੀ? ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬਾਬਿਆਂ ਨੇ ਪਾਠ ਕਰਨ ਲਈ ਕਹਿਣਾ ਨਾ, ਤੇ ਨਾਲ ਪੁੱਛਿਆ ਕਿ ਕੀ ਕਰਿਆ ਕਰੇਗੀ। ਬੀਬੀ ਗੁਰਦੇਵ ਕੌਰ ਨੇ ਕਿਹਾ ਕਿ ਹੋਰ ਤਾਂ ਕੋਈ ਆਸਰਾ ਹੈ ਨਹੀਂ, ਮੈਂ ਤਾਂ ਜ਼ਰੂਰ ਪਾਠ ਤੇ ਮੂਲ ਮੰਤਰ ਦਾ ਜਾਪ ਕਰੂੰਗੀ। ਮੈਨੂੰ ਯਕੀਨ ਹੈ ਕਿ ਪ੍ਰਮਾਤਮਾ ਜ਼ਰੂਰ ਸਾਡੀ ਝੋਲੀ ਖੈਰ ਪਾਏਗਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਦੋਵੇਂ ਜਣੇ ਘਰ ਪੁੱਜ ਗਏ। ਅਗਲੇ ਦਿਨ ਹੀ ਬੀਬੀ ਗੁਰਦੇਵ ਕੌਰ ਨੇ ਗੁਟਕਾ ਲਿਆ ਤੇ ਸਹਿਜੇ ਸਹਿਜੇ ਪੰਜ ਬਾਣੀਆਂ ਦਾ ਨਿਤਨੇਮ ਵੀ ਪੂਰਾ ਕਰ ਲਿਆ ਤੇ ਪਤੀ ਦੇਵ ਨੂੰ ਕੰਮ ਤੇ ਤੋਰ ਕੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਮੂਲ ਮੰਤਰ ਦਾ ਜਾਪ ਸੁਣਾਇਆ ਅਤੇ ਤੰਦਰੁਸਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਜਿਵੇਂ ਬਾਬਾ ਜੀ ਨੇ ਦੱਸਿਆ ਸੀ ਕੀਤੀ। ਹੁਣ ਹਰ ਰੋਜ਼ ਦਾ ਨਿਯਮ ਬਣਾ ਲਿਆ। ਇਸ ਤੋਂ ਇਲਾਵਾ ਜਦੋਂ ਵੀ ਥੋੜਾ ਵਿਹਲ ਮਿਲਦਾ ਮੂਲ ਮੰਤਰ ਦਾ ਜਾਪ ਇਹ ਬੀਬੀ ਆਪਣੇ ਬੱਚੇ ਨੂੰ ਸੁਣਾਉਂਦੀ ਰਹਿੰਦੀ। ਗੁਰੂ ਕੀ ਬਾਣੀ ਪੜਨ ਅਤੇ ਮਨ ਇਕਾਗਰ ਕਰਕੇ ਅਰਦਾਸਾਂ ਕਰਨ ਦਾ ਸਦਕਾ ਸੁਰਜੀਤ ਸਿੰਘ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਕਦੀ ਕਦੀ ਬੱਚਾ ਬਾਂਹ ਚੁੱਕ ਲੈਂਦਾ ਤੇ ਆਪਣੇ ਹੱਥ ਨਾਲ ਦੁੱਧ ਦੀ ਬੋਤਲ ਮੂੰਹ ਵਿੱਚ ਪਾ ਕੇ ਪੀਂਦਾ ਤੇ ਕਿਤੇ ਕਿਤੇ ਲੱਤ ਵੀ ਹਿਲਾਉਣ ਲੱਗ ਪੈਂਦਾ। ਚਿਹਰੇ ਦੀ ਟਹਿਕ ਵੀ ਬਦਲ ਗਈ। ਮਹੀਨੇ ਤੋਂ ਉੱਪਰ ਸਮਾਂ ਬੱਚੇ ਨੂੰ ਗੁਰਬਾਣੀ ਦੀ ਔਸ਼ਧੀ ਖਵਾਉਂਦਿਆਂ ਬਤੀਤ ਹੋ ਗਿਆ। ਇਹਨਾਂ ਦੇ ਘਰ ਦੀ ਬੇਸਮੈਂਟ ਵਿੱਚ ਇੱਕ ਮੁਸਲਮਾਨ ਪਰਿਵਾਰ ਕਿਰਾਏ ਤੇ ਰਹਿੰਦਾ ਸੀ। ਉਹਨਾਂ ਦੀ ਇੱਕ ਮਾਤਾ ਕਾਫੀ ਬਿਰਧ ਸੀ। ਘਰ ਵਾਲੇ ਬਾਹਰ ਲਾਨ ਵਿੱਚ ਉਸ ਨੂੰ ਕੁਰਸੀ ਡਾਹ ਕੇ ਬਿਠਾ ਦਿੰਦੇ ਤਾਂ ਜੋ ਉਹ ਵੀ ਵਿਚਾਰੀ ਬਾਹਰ ਦੀ ਤਾਜ਼ੀ ਹਵਾ ਲੈ ਸਕੇ। ਉਧਰ ਬੀਬੀ ਗੁਰਦੇਵ ਕੌਰ ਵੀ ਇੱਕ ਨਿੱਕੀ ਜਿਹੀ ਮੰਜੀ ਡਾਹ ਕੇ ਆਪਣੇ ਬੱਚੇ ਨੂੰ ਉਸ ਪਾਸ ਲਟਾ ਦਿੰਦੀ। ਦੋਵੇਂ ਇੱਕ ਦੂਜੇ ਵੱਲ ਦੇਖ ਦੇਖ ਕੇ ਆਪਣਾ ਸਮਾਂ ਬਤੀਤ ਕਰਦੇ। ਇੱਕ ਦਿਨ ਉਸ ਬਜ਼ੁਰਗ ਮਾਤਾ ਨੇ ਬੱਚੇ ਨੂੰ ਜੋ 3 ਸਾਲ ਦੇ ਕਰੀਬ ਉਮਰ ਦਾ ਹੋ ਚੁੱਕਾ ਸੀ ਮੰਜੀ ਤੋਂ ਚੁੱਕ ਕੇ ਕੁਰਸੀ ਨਾਲ ਖੜਾ ਕਰਨ ਦਾ ਯਤਨ ਕੀਤਾ। ਥੋੜਾ ਸਹਾਰੇ ਨਾਲ ਬੱਚਾ ਕੁਰਸੀ ਨਾਲ ਖੜਾ ਹੋ ਗਿਆ ਤੇ ਕੁਰਸੀ ਦੀ ਲੱਤ ਨੂੰ ਫੜ ਕੇ ਥੋੜਾ ਪੈਰ ਪੱਟਣ ਦਾ ਯਤਨ ਕਰੇ ਤੇ ਨਾਲੇ ਰੋਈ ਜਾਏ। ਯਤਨ ਕਰਦੇ ਕਰਦੇ ਉਸਨੇ 2 ਨਿੱਕੀਆਂ-ਨਿੱਕੀਆਂ ਲਾਂਘਾਂ ਪੁੱਟ ਲਈਆਂ। ਬੱਚੇ ਦੇ ਥੋੜਾ ਖੜਾ ਹੋਣ ਅਤੇ ਤੁਰਨ ਕਾਰਨ ਉਸ ਬਿਰਧ ਮਾਤਾ ਦੇ ਮਨ ਵਿਚ ਬੜੀ ਖੁਸ਼ੀ ਆਈ ਤੇ ਆ ਕੇ ਬੀਬੀ ਗੁਰਦੇਵ ਕੌਰ ਨੂੰ ਆਵਾਜ਼ਾਂ ਮਾਰਨ ਲੱਗ ਪਈ ਕਿ ਹੇ ਬੀਬੀ ਗੁਰਦੇਵ ਕੌਰ, ਤੇਰਾ ਬੱਚਾ ਤਾਂ ਤੁਰਨ ਲੱਗ ਪਿਆ, ਆ ਕੇ ਵੇਖ ਲਾ। ਉਸ ਬਿਰਧ ਮਾਤਾ ਦੇ ਕਹਿਣ ਦਾ ਕਿਸੇ ਨੇ ਯਕੀਨ ਨਾ ਕੀਤਾ, ਸਗੋਂ ਅੰਦਰੋਂ ਹਰੀ ਸਿੰਘ ਖਿੱਚ ਕੇ ਕਹਿਣ ਲੱਗਾ, ਮਾਈ ਅਸੀਂ ਤਾਂ ਪਹਿਲਾਂ ਹੀ ਕਿਸਮਤ ਦੇ ਮਾਰੇ ਹੋਏ ਹਾਂ, ਹੁਣ ਤੁਸੀਂ ਵੀ ਕਿਰਾਏਦਾਰ ਸਾਨੂੰ ਮਖੌਲਾਂ ਕਰਨ ਲੱਗ ਪਏ ਹੋ। ਗੁਰਦੇਵ ਕੌਰ ਨੂੰ ਸੰਬੋਧਨ ਕਰਕੇ ਕਿਹਾ ਕਿ ਇਸ ਬੁੱਢੀ ਨੂੰ ਕਹਿ ਦੇਵੋ ਕਿ ਐਵੇਂ ਸਾਨੂੰ ਆਵਾਜ਼ਾਂ ਨਾ ਮਾਰੇ, ਆਰਾਮ ਨਾਲ ਬੈਠ ਕੇ ਅੱਲਾਹੂ ਕਰੇ। ਪਰ ਬੁੱਢੀ ਮਾਤਾ ਨੂੰ ਥੋੜਾ ਉੱਚਾ ਸੁਣਦਾ ਸੀ। ਉਸ ਨੇ ਫਿਰ ਦੁਬਾਰਾ ਬੱਚੇ ਦੇ ਖੜੇ ਹੋਣ ਅਤੇ ਪਲਾਂਘਾ ਪੱਟਣ ਦੀ ਗੱਲ ਉੱਚੀ ਆਵਾਜ਼ ਵਿੱਚ ਦੁਹਰਾਈ। ਮਾਈ ਦੇ ਦੁਬਾਰਾ ਕਹਿਣ ਤੇ ਬੀਬੀ ਗੁਰਦੇਵ ਕੌਰ ਨੇ ਰਸੋਈ ਵਿੱਚੋਂ ਬਾਹਰ ਜਾ ਕੇ ਵੇਖਿਆ ਕਿ ਸੱਚਮੁੱਚ ਹੀ ਉਸਦਾ ਇਕਲੌਤਾ ਪੁੱਤਰ ਜੋ 3 ਸਾਲ ਤੋਂ ਮਾਸ ਦਾ ਬੁੱਤ ਸੀ, ਪੰਘੂੜੇ ਵਿੱਚ ਜਾਂ ਮੰਜੀ ਉੱਪਰ ਹੀ ਪਿਆ ਰਹਿੰਦਾ ਸੀ, ਆਪਣੇ ਆਪ ਖੜਾ ਸੀ। ਖੜਾ ਵੇਖ ਕੇ ਆਪੇ ਤੋਂ ਬਾਹਰੀ ਹੋ ਕੇ ਬੱਚੇ ਨੂੰ ਜਾ ਚੰਬੜੀ ਤੇ ਛਾਤੀ ਨਾਲ ਲਾ ਕੇ ਪਿਆਰ ਤੇ ਵੈਰਾਗ ਵਿੱਚ ਵਹਿ ਤੁਰੀ ਕਿ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਉੱਚੀ ਉੱਚੀ ਰੱਟ ਲਗਾਉਣ ਲੱਗੀ, ਜਿਸ ਨੂੰ ਸੁਣ ਕੇ ਹਰੀ ਸਿੰਘ ਦੀਆਂ ਅੱਖਾਂ ਵੀ ਪਿਆਰ ਵਿੱਚ ਸੇਜਲ ਹੋ ਗਈਆਂ। ਹਰੀ ਸਿੰਘ ਦੀ ਆਤਮਾ ਨੇ ਉਸ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਪਾਠ ਤੇ ਮੂਲ ਮੰਤਰ ਦੇ ਜਾਪ ਵਿੱਚ ਕਿੰਨੀ ਕੁ ਸ਼ਕਤੀ ਹੈ। 3 ਸਾਲ ਤੱਕ ਡਾਕਟਰਾਂ ਦੇ ਇਲਾਜ ਕਰਨ ਤੇ ਸੁਰਜੀਤ ਸਿੰਘ ਨੂੰ ਭੂਰਾ ਫਰਕ ਨਹੀਂ ਪਿਆ। ਗੁਰਬਾਣੀ ਦਾ ਪਾਠ ਅਤੇ ਮੂਲ ਮੰਤਰ ਦੇ ਜਾਪ ਕਰਨ ਨਾਲ 1 ਮਹੀਨੇ ਵਿੱਚ ਹੀ ਉਸਦਾ ਬੱਚਾ ਖੜਾ ਹੋਣ ਲੱਗ ਪਿਆ। ਹਰੀ ਸਿੰਘ ਹੋਰਾਂ ਦੇ ਆਪ ਦੱਸਣ ਅਨੁਸਾਰ ਕਿ ਉਹ ਦਿਨ ਮੇਰੇ ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲਾ ਸੀ। ਉਸੇ ਦਿਨ ਤੋਂ ਉਹ ਦੱਸਦੇ ਹੁੰਦੇ ਹਨ ਕਿ ਮੈਂ ਵੀ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਚਰਨਾਂ ਨਾਲ ਦਿਨ ਬ ਦਿਨ ਪਿਆਰ ਵੱਧਦਾ ਗਿਆ। ਅੱਜ ਸਾਰਾ ਪਰਿਵਾਰ ਅੰਮ੍ਰਿਤਧਾਰੀ ਬਣ ਕੇ ਸੱਚੇ ਤੇ ਸਿੱਧੇ ਰਸਤੇ ਤੇ ਚੱਲ ਰਹੇ ਹਨ। ਅਗਿਆਨਤਾ ਵਿੱਚ ਤਰਕਾਂ ਕਰਦਿਆਂ ਜੋ ਸਮਾਂ ਖਰਾਬ ਹੋਇਆ ਉਸਦਾ ਕਈ ਵਾਰ ਬਹੁਤ ਪਛਤਾਵਾ ਲੱਗਦਾ ਹੈ। ਗੁਰੂ ਚਰਨਾਂ ਵਿੱਚ ਅਰਦਾਸ ਕਰੀਦੀ ਹੈ ਕਿ ਹੇ ਮਾਲਕ, ਹੁਣ ਜੇ ਆਪ ਨੇ ਕਿਰਪਾ ਕਰਕੇ ਸੱਚੇ ਮਾਰਗ ਦੇ ਪਾਂਧੀ ਬਣਾਇਆ ਹੈ ਤੇ ਹੁਣ ਆਪਣੇ ਚਰਨਾਂ ਨਾਲੋਂ ਵਿਛੋੜਾ ਨਾ ਪਾਇਓ। ਉਸ ਸੁਰਜੀਤ ਸਿੰਘ ਨੂੰ ਜਿਸ ਨੂੰ ਡਾਕਟਰਾਂ ਨੇ ਸਰੀਰਕ ਅਤੇ ਦਿਮਾਗੀ ਤੌਰ ਤੇ ਨਕਾਰਾ ਕਰਾਰ ਦੇ ਦਿੱਤਾ ਸੀ, ਪਿਛਲੇ ਸਾਰੇ ਸਾਲਾਂ ਵਿੱਚ ਆਪਣੀਆਂ ਸਾਰੀਆਂ ਕਲਾਸਾਂ ਵਿੱਚੋਂ ਏ ਗ੍ਰੇਡ ਲੈ ਕੇ ਪਾਸ ਹੁੰਦਾ ਰਿਹਾ ਹੈ। 1999 ਵਿੱਚ ਉਸਨੇ ਚੰਗੇ ਨੰਬਰਾਂ ਵਿੱਚ ਗ੍ਰੈਜੂਏਸ਼ਨ ਕਰ ਲਈ ਤੇ ਅਗਾਂਹ ਪੜ੍ਹਨ ਲਈ ਤਿਆਰ ਹੈ। ਸਰੀਰਕ ਅਤੇ ਦਿਮਾਗੀ ਤੌਰ ਤੇ ਉਹ ਸਾਰੇ ਆਪਣੇ ਕੰਮ ਕਾਜ ਕਰਦਾ ਹੈ
ਤੇ ਹੁਣ ਉਹ ਵਿਆਹਤਾ ਜੀਵਨ ਬਤੀਤ ਕਰ ਰਿਹਾ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਕਈ ਵਾਰ ਐਸੇ ਸਮੇਂ ਆ ਜਾਂਦੇ ਹਨ ਜਦੋਂ ਦੁੱਖ ਵੀ ਦਾਰੂ ਦਾ ਕੰਮ ਕਰ ਜਾਂਦਾ ਹੈ। ਸੁੱਖ ਦੇ ਸਮੇਂ ਮਨੁੱਖ ਪਦਾਰਥਾਂ ਦੇ ਸੁੱਖਾਂ ਨੂੰ ਮੰਨਦਾ ਹੈ ਅਤੇ ਸੁੱਖ ਦੇਣ ਵਾਲੇ ਦਾਤੇ ਨੂੰ ਵਿਸਾਰ ਦਿੰਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ ਦੀ ਖੇਡ ਵਰਤ ਜਾਂਦੀ ਹੈ। ਫਿਰ ਜਦੋਂ ਕਿਤੇ ਦੁੱਖ ਦੀ ਚੋਟ ਲੱਗਦੀ ਹੈ ਫਿਰ ਸੁੱਖ ਦੇਣ ਵਾਲਾ ਦਾਤਾ ਯਾਦ ਆਉਂਦਾ ਹੈ। ਸਾਹਿਬਾਂ ਦਾ ਫਰਮਾਨ ਹੈ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਗੁਰੂ ਦਾ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਤੂੰ ਮੈਨੂੰ ਕਿਉਂ ਵਿਸਰਦਾ ਹੈ? ਤੇਰੇ ਵਿਸਰਿਆ ਮੈਨੂੰ ਬਹੁਤ ਦੁੱਖ ਲੱਗਦਾ ਹੈ, ਇਸ ਲਈ ਤੂੰ ਮੈਨੂੰ ਕਦੇ ਨਾ ਵਿਸਰ। ਤੇਰੇ ਵਿਸਰਿਆ ਮੈਨੂੰ ਸਰੀਰਕ ਅਤੇ ਮਾਨਸਿਕ ਦੁੱਖ ਆ ਘੇਰਦੇ ਹਨ। ਕੀ ਵਿਸਰੈ? ਦੁੱਖ ਬਹੁਤਾ ਲੱਗੈ, ਦੁੱਖ ਲੱਗੈ, ਤੂੰ ਵਿਸਰ ਨਾਹੀਂ। ਦੂਸਰੇ, ਗੁਰੂ ਕੀ ਬਾਣੀ ਵਿੱਚ ਬਹੁਤ ਵੱਡੀ ਸ਼ਕਤੀ ਹੈ। ਗੁਰਬਾਣੀ ਮਨੁੱਖ ਨੂੰ ਸਰੀਰਕ ਤੇ ਆਤਮਕ ਦੋਵਾਂ ਰੋਗਾਂ ਤੋਂ ਨਿਜਾਤ ਦਵਾਉਂਦੀ ਹੈ। ਲੋੜ ਕੇਵਲ ਭਾਵਨੀ ਨਾਲ ਸੁਣਨ ਅਤੇ ਸੁਣ ਕੇ ਮਨ ਵਿੱਚ ਵਸਾਉਣ ਦੀ ਹੈ। ਜੋ ਸੁਣ ਲੈਂਦਾ ਹੈ ਤੇ ਮਨ ਵਿੱਚ ਵਸਾ ਲੈਂਦਾ ਹੈ ਫਿਰ ਤਾਂ ਦੁੱਖ, ਰੋਗ, ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਤਥਾ ਗੁਰ ਕੀ ਬਾਣੀ ਜਿਸ ਮਨ ਵਸੈ, ਦੁੱਖ ਦਰਦ ਸਭ ਤਾਂ ਕਾ ਨਸੈ ਵਾਲੇ ਬਚਨ ਸੱਤ ਹੋ ਜਾਂਦੇ ਹਨ। ਹੋਰ ਹੱਡ ਬੀਤੀਆਂ ਘਟਨਾਵਾਂ। ਸਰਦਾਰ ਅਮਰੀਕ ਸਿੰਘ ਜੀ, ਜੋ ਦੁਨਿਆਵੀ ਰਿਸ਼ਤੇ ਰਾਹੀਂ ਬਾਬਾ ਜੀ ਦੇ ਪੋਤਰੇ ਲੱਗਦੇ ਹਨ, ਭਾਵ ਬਾਬਾ ਜੀ ਦੇ ਛੋਟੇ ਭਾਈ ਸਾਹਿਬ ਲਛਮਣ ਸਿੰਘ ਹੋਰਾਂ ਦੇ ਪੁੱਤਰ ਪ੍ਰਿੰਸੀਪਲ ਤਰਸੇਮ ਸਿੰਘ ਹੋਰਾਂ ਦੇ ਸਪੁੱਤਰ ਹਨ। ਅੱਜ ਕੱਲ ਅਮਰੀਕਾ ਵਿਖੇ US ਨੇਵੀ ਵਿਚ ਇਲੈਕਟ੍ਰਾਨਿਕ ਇੰਜੀਨੀਅਰ ਦੀ ਅਸਾਬੀ ਤੇ ਕੰਮ ਕਰ ਰਹੇ ਹਨ। ਆਪ ਜੀ ਨੇ ਆਪਣੇ ਬਚਪਨ ਦੀਆਂ ਤਿੰਨ ਚਾਰ ਘਟਨਾਵਾਂ ਜੋ ਮਹਾਂਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਸਨ ਪੱਤਰ ਰਾਹੀਂ ਲਿਖ ਭੇਜੀਆਂ ਹਨ ਤੇ ਨਵੀਂ ਐਡੀਸ਼ਨ ਵਿਚ ਅੰਕਿਤ ਕਰਨ ਲਈ ਹੁਕਮ ਕੀਤਾ ਹੈ। ਸੰਗਤਾਂ ਦੇ ਲਾਭ ਹਿੱਤ ਹੂਬ ਹੂ ਜੋ ਉਨ੍ਹਾਂ ਨੇ ਪੱਤਰ ਰਾਹੀਂ ਲਿਖ ਭੇਜਿਆ ਉਹ ਪੁਸਤਕ ਦੇ ਪੰਨਿਆਂ ਨੂੰ ਸੌਂਪ ਰਹੇ ਹਾਂ ਤਾਂ ਜੋ ਉਨ੍ਹਾਂ ਦੇ ਜੀਵਨ ਦੀਆਂ ਇਹ ਘਟਨਾਵਾਂ ਨੂੰ ਪੜ੍ਹ ਕੇ ਹੋਰ ਪ੍ਰੇਮੀ ਲਾਭ ਉਠਾ ਸਕਣ ਅਤੇ ਉਹ ਭੇਜੀ ਹੋਈ ਚਿੱਠੀ ਹੂਬ ਹੂ ਇਸ ਆਡੀਓ ਪੁਸਤਕ ਦੇ ਵਿਚ ਵੀ ਰਿਕਾਰਡ ਇਸੇ ਤਰ੍ਹਾਂ ਕੀਤੀ ਜਾਂਦੀ ਹੈ। ਗੁਰਫਤਿਹ ਉਪਰੰਤ ਸਰਦਾਰ ਅਮਰੀਕ ਸਿੰਘ ਜੀ ਲਿਖਦੇ ਹਨ ਕਿ ਆਪ ਜੀ ਵੱਲੋਂ ਬਾਬਾ ਜੀ ਦੀ ਜੀਵਨ ਗਾਥਾ ਸੇਕ ਨੇਹਾ ਮਿਲ ਗਈ ਸੀ। ਪੜ੍ਹ ਕੇ ਇਹ ਹੀ ਹਰ ਵੇਲੇ ਉਸ ਮਹਾਨ ਆਤਮਾ ਬਾਰੇ ਨਿਕਲਦਾ ਕਿ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਵਾਕਿਆ ਹੀ ਕੋਈ ਫਰਕ ਨਹੀਂ ਸੀ ਸਾਈਂ ਤੇ ਸਾਡੇ ਸਾਰਿਆਂ ਦੇ ਮਹਾਨ ਬਾਬੇ ਵਿਚ। ਬਾਬੇ ਨਾਨਕ ਦਾ ਦਰ ਬਹੁਤ ਮਹਾਨ ਹੈ ਜਿਸਨੇ ਅਜਿਹੇ ਬਾਬੇ ਦੇ ਲਾਗੇ ਰਹਿਣ ਦਾ ਮੌਕਾ ਦਿੱਤਾ। ਆਪ ਜੀ ਦਾ ਉਦਮ ਬਹੁਤ ਹੀ ਸ਼ਲਾਘਾਯੋਗ ਹੈ। ਜਿਸ ਸ਼ਾਮ ਨੂੰ ਜੀਵਨ ਗਾਥਾ ਦਾ ਗ੍ਰੰਥ ਮਿਲਿਆ ਪ੍ਰਸ਼ਾਦਾ ਛੱਕ ਕੇ ਮਹਾਰਾਜ ਜੀ ਦੇ ਕਮਰੇ ਵਿਚ ਚਲਾ ਗਿਆ, ਰਹਿਰਾ ਸਾਹਿਬ ਦਾ ਪਾਠ ਕਰਕੇ ਸੁਖਾਸਨ ਕੀਤਾ, ਬਾਬਾ ਜੀ ਦੀ ਜੀਵਨੀ ਚ ਅਜਿਹਾ ਮਨ ਖੁਭਿਆ ਕਿ ਸਾਰੀ ਪੁਸਤਕ ਖਤਮ ਕਰਕੇ ਹੀ ਟਾਈਮ ਦੇਖਿਆ। ਸਵੇਰ ਦੇ 2 ਵੱਜ ਚੁੱਕੇ ਸਨ ਪਰ ਨੀਂਦ ਦਾ ਨਾ ਨਿਸ਼ਾਨ ਤੱਕ ਨਹੀਂ ਸੀ। ਬਾਬਾ ਜੀ ਦਾ ਗੁਰਬਾਣੀ ਵਿਚ ਵਿਸ਼ਵਾਸ ਠਾਠਾ ਮਾਰਦਾ ਸੀ। ਉਨ੍ਹਾਂ ਨੇ ਬਾਣੀ ਨੂੰ ਜੀਵਨ ਆਧਾਰ ਬਣਾਇਆ ਹੋਇਆ ਸੀ। ਇਸ ਆਸਰੇ ਹੀ ਉਹ ਆਤਮਾ ਉਸ ਮਹਾਨ ਆਤਮਾ ਵਿਚ ਲੀਨ ਹੋ ਗਈ, ਪਰਮ ਪਦ ਨੂੰ ਪ੍ਰਾਪਤ ਹੋਈ। ਇਵੇਂ ਮਹਿਸੂਸ ਹੋਇਆ ਕਿ ਜਿਵੇਂ ਬਾਬਾ ਜੀ ਮੁੜ ਸਾਡੇ ਪਾਸ ਆ ਗਏ ਹੋਣ। ਦੂਜੇ ਦਿਨ ਬੀਬੀ ਜੀ ਆਪ ਦੇ ਭੂਆ ਜੀ ਵੀਰ ਇਕਬਾਲ ਸਿੰਘ ਦੇ ਨਾਲ ਲਿਵਿੰਗਸਟਨ ਜਾਣ ਲਈ ਤਿਆਰ ਹੋਏ ਤੇ ਕਹਿਣ ਲੱਗੇ, ਅਮਰੀਕ ਸਿੰਘ, ਬਾਬਾ ਜੀ ਦਾ ਗ੍ਰੰਥ ਨਾਲ ਲੈ ਜਾਵਾਂ? ਮੈਂ ਕਿਹਾ ਲੈ ਜਾਵੋ, ਮੈਂ ਤਾਂ ਰਾਤ ਹੀ ਪੜ੍ਹ ਕੇ ਸੁੱਤਾ ਸਾਂ। ਜਦ ਬੀਬੀ ਜੀ ਗ੍ਰੰਥ ਲੈ ਕੇ ਤੁਰਨ ਲੱਗੇ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਬਾਬਾ ਜੀ ਕੱਲ ਸਾਡੇ ਪਾਸ ਆਏ ਹੋਣ ਤੇ ਅੱਜ ਹੀ ਛੱਡ ਕੇ ਚੱਲੇ ਹੋਣ। ਵੈਰਾਗ ਨਾਲ ਅੱਖਾਂ ਭਰ ਆਈਆਂ, ਬੀਬੀ ਜੀ ਤੋਂ ਗ੍ਰੰਥ ਫੜ ਕੇ ਰੱਖ ਲਿਆ ਤੇ ਕਿਹਾ ਅਗਲੀ ਵਾਰ ਆਉਂਦੇ ਹੋਏ ਨਾਲ ਲੈ ਆਵਾਂਗੇ। ਝੂਠ ਬੋਲਣਾ ਪਿਆ ਕਿ ਮੈਂ ਅਜੇ ਦੁਬਾਰਾ ਪੜ੍ਹਨਾ ਹੈ। ਕੋਈ ਕੋਈ ਸਾਖੀ ਦੁਬਾਰਾ ਪੜ੍ਹ ਵੀ ਲੈਂਦਾ ਹਾਂ, ਬੜਾ ਆਨੰਦ ਵੱਜਦਾ ਹੈ। ਬਾਬਾ ਜੀ ਨਾਲ ਮੇਰਾ ਮਿਲਾਪ ਬਹੁਤਾ ਵਿਦਿਆਰਥੀ ਜੀਵਨ ਵਿਚ ਰਿਹਾ। ਗਰਮੀਆਂ ਦੀਆਂ ਛੁੱਟੀਆਂ ਵਿਚ ਪਿੰਡ ਬਾਹਲੇ ਰਹਿਣ ਤੇ ਦਿਨੇ ਬਾਬਾ ਜੀ ਪਾਸ ਪਾਠ ਸਿੱਖਣ ਦਾ ਸੁਭਾਗ ਬਣਿਆ। ਸਵੇਰੇ 6-7 ਵਜੇ ਆ ਜਾਣਾ, ਸ਼ਾਮ ਨੂੰ ਰਹਿਰਾਸ ਦਾ ਪਾਠ ਸੁਣ ਕੇ ਨਾਨਕੇ ਘਰ ਚਲੇ ਜਾਣਾ। ਬਾਬਾ ਜੀ ਦੀ ਅੰਤਰਜਾਮਤਾ ਬੇਅੰਤ ਸੀ, ਪਿਆਰ ਵੀ ਰੱਜ ਕੇ ਕਰਦੇ ਸਨ। ਕਹਿੰਦੇ ਹੁੰਦੇ ਸਨ ਕਿ ਕਾਕਾ, ਸਵੇਰ ਨੂੰ ਨਿਤਨੇਮ ਕਰਕੇ ਆਇਆ ਕਰੋ, ਉਹ ਰੋਜ਼ ਕਰਨ ਨਾਲ ਗੁਰੂ ਘਰ ਵਿਚ ਹਾਜ਼ਰੀ ਲੱਗ ਜਾਂਦੀ ਹੈ, ਪੜ੍ਹਨਾ ਵੀ ਬਹੁਤ ਆਉਂਦਾ ਹੈ। ਇੱਕ ਦਿਨ ਨਿਤਨੇਮ ਨਹੀਂ ਹੋਇਆ, ਲੇਟ ਉੱਠ ਹੋਇਆ, ਕਾਹਲੀ ਕਾਹਲੀ ਵਿਚ ਗੁਰਦੁਆਰੇ ਆ ਗਏ। ਮਨ ਵਿਚ ਸੋਚਿਆ, ਚਲੋ ਬਾਬਾ ਜੀ ਨੂੰ ਪਤਾ ਨਹੀਂ ਲੱਗੇਗਾ, ਇੱਕ ਦਿਨ ਜੇ ਨਿਤਨੇਮ ਨਾਮ ਵੀ ਹੋਇਆ ਤਾਂ ਵੀ ਕੀ ਹੋਇਆ। ਇਹ ਦਿਲ ਚ ਵਿਚਾਰ ਲੈ ਕੇ ਖੇੜਾ ਸਾਹਿਬ ਬਾਬਾ ਜੀ ਨੂੰ ਫਤਿਹ ਬੁਲਾਈ। ਬਾਬਾ ਜੀ ਚਾਹ ਛਕਦੇ ਸਨ, ਆਪਣਾ ਚਾਹ ਵਾਲਾ ਕੱਪ ਮੈਨੂੰ ਦੇ ਦਿੱਤਾ ਤੇ ਆਖਣ ਲੱਗੇ, ਕਾਕਾ ਚਾਹ ਛਕ ਲੈ ਤੇ ਮੇਰੇ ਕੋਲ ਆ ਕੇ ਬਹਿ ਜਾ। ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ, ਜੇ ਕਦੀ ਨਿਤਨੇਮ ਨਾ ਵੀ ਹੋਵੇ ਤਾਂ ਦੂਜੇ ਦਿਨ ਕਰ ਲੈਣਾ ਚਾਹੀਦਾ ਹੈ, ਫਿਰ ਗੁਰੂ ਘਰ ਵਿਚ ਦੁਬਾਰਾ ਹਾਜ਼ਰੀ ਲੱਗ ਜਾਂਦੀ ਹੈ, ਗੈਰ ਹਾਜ਼ਰੀ ਨਹੀਂ ਲੱਗਦੀ। ਮੈਂ ਸੁਣ ਕੇ ਦਿਲ ਵਿਚ ਬਹੁਤ ਪਸ਼ਚਾਤਾਪ ਕੀਤਾ ਤੇ ਉਸ ਦਿਨ ਤੋਂ ਜਦ ਕਦੀ ਨਿਤਨੇਮ ਨਾ ਵੀ ਹੋਵੇ ਦੂਜੇ ਦਿਨ ਕਰ ਲੈਣਾ, ਜੇ ਨਾ ਹੋਵੇ ਤਾਂ ਸਾਰਾ ਦਿਨ ਮਨ ਅਸ਼ਾਂਤ ਤੇ ਉਦਾਸੀ ਨਾਲ ਭਰਿਆ ਰਹਿੰਦਾ ਹੈ।
ਜਿੰਨਾ ਚਿਰ ਪਾਠ ਪੂਰਾ ਨਹੀਂ ਹੁੰਦਾ ਕੰਮ ਵਿੱਚ ਮਨ ਹੀ ਨਹੀਂ ਖੁੱਭਦਾ। ਬਾਬਾ ਜੀ ਨਿਤਨੇਮ ਹਰ ਰੋਜ਼ ਕਰਨ ਨੂੰ ਬਹੁਤ ਉੱਚਾ ਤੇ ਮਹੱਤਵਪੂਰਨ ਗਿਣਦੇ ਸਨ। ਗਰਮੀਆਂ ਦੇ ਦਿਨ ਸਨ, ਛੁੱਟੀਆਂ ਸਨ ਸਕੂਲਾਂ ਤੋਂ। ਬਾਬਾ ਜੀ ਦਾ ਉਹਨਾਂ ਦਿਨਾਂ ਵਿੱਚ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣ ਗਿਆ। ਮੈਨੂੰ ਵੀ ਨਾਲ ਲੈ ਗਏ। ਮੈਨੂੰ ਆਪਣੇ ਕੋਲ ਹੀ ਬਿਠਾ ਲੈਣਾ। ਜੀਪ ਵਿੱਚ 2 ਹਫ਼ਤੇ ਦਾ ਪ੍ਰੋਗਰਾਮ ਸੀ। ਕਸ਼ਮੀਰ ਦੀ ਸੁੰਦਰਤਾ ਸੰਸਾਰ ਪ੍ਰਸਿੱਧ ਹੈ। ਦਿਲ ਸਾਰਾ ਸੀਨ ਦੇਖ ਕੇ ਬਾਗੋ ਬਾਗ ਹੋ ਗਿਆ। ਮਨ ਵਾਪਸ ਆਉਣ ਨੂੰ ਨਹੀਂ ਸੀ ਕਰਦਾ। ਫਿਰ ਐਵੇਂ ਤਲਵਾੜੇ ਤੇ ਕਿਸੇ ਹੋਰ ਸੁੰਦਰ ਜਗ੍ਹਾ ਦਾ ਪ੍ਰੋਗਰਾਮ ਬਣ ਗਿਆ। ਮਨ ਵਿੱਚ ਆਇਆ ਕਿ ਬਾਬਾ ਜੀ ਨਾਲ ਰਹਿ ਕੇ ਤਾਂ ਬਹੁਤ ਸੈਰ ਹੁੰਦੀ ਹੈ, ਜਦ ਮੁੜ ਸਕੂਲ ਸ਼ੁਰੂ ਹੋ ਗਏ ਤਾਂ ਫਿਰ ਸ਼ਾਇਦ ਸੈਰ ਦਾ ਮੌਕਾ ਨਾ ਮਿਲੇ। ਸਵੇਰੇ ਨਿਤਨੇਮ ਤੋਂ ਬਾਅਦ ਮੈਂ ਬਾਬਾ ਜੀ ਪਾਸ ਬੈਠਾ ਪ੍ਰਸ਼ਾਦਾ ਛਕ ਰਿਹਾ ਸਾਂ ਤੇ ਉੱਪਰ ਲਿਖੇ ਵਿਚਾਰ ਮਨ ਵਿੱਚ ਸਨ। ਬਾਬਾ ਜੀ ਨੇ ਪ੍ਰਸ਼ਾਦਾ ਛਕ ਕੇ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਤੇ ਕਹਿਣ ਲੱਗੇ, ਮਨ ਕਈ ਵਾਰ ਕਈ ਵਿਚਾਰਾਂ ਬਣਾ ਕੇ ਦੌੜਦਾ ਹੈ, ਮਨ ਨੂੰ ਰੋਕਣਾ ਆ ਦੌੜਨ ਤੋਂ। ਸੈਰ ਤਾਂ ਤੂੰ ਬਹੁਤ ਕਰਨੀ ਆ। ਅੱਜ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ US ਨੇਵੀ ਵਿਚ ਇਲੈਕਟ੍ਰੋਨਿਕਸ ਇੰਜੀਨੀਅਰ ਦੀ ਨੌਕਰੀ ਹੈ, ਬੇਅੰਤ ਸੈਰ ਹੈ। ਨੌਕਰੀ ਤੇ ਹੀ ਜਪਾਨ, ਕੋਰੀਆ, ਸਕਾਟਲੈਂਡ, ਸਪੇਨ, ਫਿਲੀਪਾਈਨ, ਹਵਾਈ, ਥਾਈਲੈਂਡ ਤੇ ਅਮਰੀਕਾ ਦੇ ਤਕਰੀਬਨ ਸਾਰੇ ਪ੍ਰਸਿੱਧ ਸ਼ਹਿਰ ਨਿਊਯਾਰਕ, ਵਾਸ਼ਿੰਗਟਨ DC, ਲਾਸ ਏਂਜਲਸ, ਸੈਂਡੀਐਗੋ ਵਗੈਰਾ ਵਗੈਰਾ ਅਨੇਕਾਂ ਵਾਰ ਜਾ ਚੁੱਕਾ ਹਾਂ। ਜਦ ਵੀ ਕਦੀ ਏਰੋਪਲਾਨ ਵਿਚ ਬੈਠਦਾ ਹਾਂ ਤੇ ਬਾਬਾ ਜੀ ਦੇ ਬਚਨ ਬੜੇ ਯਾਦ ਆਉਂਦੇ ਹਨ, ਕਾਕਾ ਸੈਰ ਤਾਂ ਤੂੰ ਬਹੁਤ ਕਰਨੀ ਹੈ। ਧੰਨ ਸੀ ਉਹ ਆਤਮਾ ਜਿਸ ਨੂੰ 10-12 ਸਾਲ ਦਾ ਭਵਿੱਖ ਪਹਿਲਾਂ ਹੀ ਦਿਸਦਾ ਸੀ। ਮੈਂ 6ਵੀਂ ਜਾਂ 7ਵੀਂ ਚ ਪੜ੍ਹਦਾ ਸਾਂ। ਇੰਗਲਿਸ਼ ਦਾ ਟੈਸਟ ਸੀ ਸੋਮਵਾਰ ਨੂੰ। ਸ਼ਨਿਚਰ ਐਤਵਾਰ ਖੇੜਾ ਸਾਹਿਬ ਕਿਸੇ ਸਮਾਗਮ ਕਰਕੇ ਰਹਿਣਾ ਪਿਆ। ਇੰਗਲਿਸ਼ ਦੇ ਲੇਖ ਉਸ ਸਮੇਂ ਕਾਫੀ ਘੋਟਾ ਲਾ ਕੇ ਚੇਤੇ ਰੱਖਣੇ ਪੈਂਦੇ ਸਨ। ਸਾਰਾ ਸਾਲ ਦਾ ਪੜ੍ਹਿਆ ਚੇਤੇ ਨਹੀਂ ਰਹਿੰਦਾ ਜੇਕਰ ਲਾਗੇ ਜਾ ਕੇ ਪੜ੍ਹ ਕੇ ਚੇਤਾ ਨਾ ਕੀਤਾ ਹੋਵੇ। ਸਮਾਗਮ ਕਰਕੇ 2 ਦਿਨ ਇਵੇਂ ਹੀ ਲੰਘ ਗਏ, ਸਮਾਂ ਹੀ ਨਾ ਮਿਲਿਆ ਪੜ੍ਹਾਈ ਲਈ। ਜਦ ਸ਼ਾਮ ਪਈ ਤਾਂ ਜਾਣ ਵੇਲੇ ਮਨ ਵਿਚ ਖਿਆਲ ਆਇਆ, ਕੱਲ ਨੂੰ ਮੇਰਾ ਟੈਸਟ ਠੀਕ ਨਹੀਂ ਹੋਣਾ, ਮੈਂ ਐਵੇਂ ਖੇੜਾ ਸਾਹਿਬ ਆ ਗਿਆ, ਘਰ ਹੀ ਰਹਿਣਾ ਸੀ। ਮਨ ਇਹ ਸੋਚ ਕੇ ਉਦਾਸ ਜਿਹਾ ਹੋ ਗਿਆ। ਬਾਬਾ ਜੀ ਮੇਰੀ ਉਦਾਸੀ ਭਾਂਪ ਗਏ ਤੇ ਕਹਿਣ ਲੱਗੇ, 5 ਵਾਰ ਪਹਿਲੀ ਪੌੜੀ ਦਾ ਪਾਠ ਕਰਕੇ ਕਿਤਾਬ ਖੋਲ ਲਈ ਤੇ ਉਹੀ ਵਰਕਾ ਚੇਤੇ ਕਰ ਲੈ, ਉਦਾਸ ਨਹੀਂ ਹੋਣਾ। ਮੈਂ ਇਵੇਂ ਹੀ ਕੀਤਾ। ਇੱਕ ਲੇਖ ਜਿਹੜਾ ਪਹਿਲਾਂ ਆਇਆ ਚੇਤੇ ਕਰਕੇ ਚਲਾ ਗਿਆ। ਜਦ ਟੈਸਟ ਦੇਖਿਆ ਤਾਂ ਉਹੀ ਲੇਖ ਵਿਚ ਸੀ। ਮੇਰੇ 100 ਵਿਚੋਂ 97 ਨੰਬਰ ਆਏ। ਜਦ ਪੇਪਰ ਮੁੱਕਿਆ ਤਾਂ ਸਿੱਧਾ ਬਾਬਾ ਜੀ ਪਾਸ ਗਿਆ। ਬਾਬਾ ਜੀ ਮੈਨੂੰ ਦੇਖ ਕੇ ਮੁਸਕਰਾਏ, ਕਹਿਣ ਲੱਗੇ, ਗੁਰੂ ਘਰ ਵਿਚ ਕਿਸੇ ਚੀਜ਼ ਦਾ ਘਾਟਾ ਨਹੀਂ। ਜਦ ਗੁਰੂ ਘਰ ਆਵੋ ਕਦੀ ਕੋ ਘਾਟਾ ਨਹੀਂ ਪੈਂਦਾ, ਸਗੋਂ ਵਾਧਾ ਹੀ ਹੁੰਦਾ ਹੈ। ਹੁਣ ਇਹ ਗੱਲ ਕਿਤਾਬੀ ਗੱਲ ਨਹੀਂ ਲੱਗਦੀ, ਸੱਚ ਲੱਗਦੀ ਹੈ। ਜਦ ਅਮਰੀਕਾ ਆਇਆ ਤਾਂ ਇੱਥੇ ਆਮ ਹੀ ਘਰ ਘਰ ਵਿਚ ਗੱਲ ਪ੍ਰਚਲਿਤ ਸੀ ਕਿ ਪੱਗ ਭਾਵ ਦਸਤਾਰ ਬੰਨੀ ਹੋਵੇ ਤਾਂ ਨੌਕਰੀ ਨਹੀਂ ਮਿਲਦੀ। ਬਾਬਾ ਜੀ ਨੇ ਮੈਨੂੰ ਥੋੜੇ ਸਮੇਂ ਬਾਅਦ ਹੀ ਪੱਤਰ ਲਿਖਿਆ। ਉਸ ਵਿਚ ਲਿਖਿਆ ਕਿ ਤਕੜੇ ਹੋ ਕੇ ਰਹਿਣਾ, ਪੱਗ ਉੱਚੀ ਰਹੇਗੀ। ਉਹ ਪੱਤਰ ਜੋ ਬਾਬਾ ਜੀ ਨੇ ਬਾਬਾ ਸੇਵਾ ਸਿੰਘ ਜੀ ਹੋਰਾਂ ਨੂੰ ਦੱਸ ਕੇ ਲਿਖਿਆ ਸੀ, ਅੱਜ ਵੀ ਮੇਰੇ ਪਾਸ ਸਾਂਭ ਕੇ ਰੱਖਿਆ ਹੋਇਆ ਹੈ। ਇਸ ਪੱਤਰ ਤੋਂ ਬਾਅਦ ਮਨ ਵਿਚ ਬਹੁਤ ਹੀ ਵਿਸ਼ਵਾਸ ਵੱਧ ਗਿਆ ਤੇ ਜਿੱਥੇ ਵੀ ਨੌਕਰੀ ਲਈ ਅਪਲਾਈ ਕਰਨਾ, ਦੂਜੇ ਦਿਨ ਹੀ ਕੰਮ ਤੇ ਆਉਣ ਦਾ ਫੋਨ ਆ ਜਾਣਾ। ਆਲੇ ਦੁਆਲੇ ਵਾਲੇ ਵੀ ਹੈਰਾਨ ਸਨ ਕਿ ਅਮਰੀਕ ਸਿੰਘ ਨੂੰ ਬੜੀ ਜਲਦੀ ਨੌਕਰੀ ਮਿਲ ਜਾਂਦੀ ਹੈ, ਪਰ ਇਹ ਬਾਬਾ ਜੀ ਦਾ ਹੀ ਆਸ਼ੀਰਵਾਦ ਸੀ। ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ, ਕਈ ਵਾਰ ਮੇਰੇ ਨਾਲ ਉਹ ਸੱਜਣ ਜਿਨ੍ਹਾਂ ਨੌਕਰੀ ਨਾ ਮਿਲਣ ਦੇ ਡਰਦਿਆਂ ਪੱਗ ਉਤਾਰ ਦਿੱਤੀ ਸੀ, ਇੰਟਰਵਿਊ ਲਈ ਜਾਂਦੇ ਹੁੰਦੇ ਸੀ, ਪਰ ਗੁਰੂ ਸਾਹਿਬ ਦੀ ਅਜਿਹੀ ਕਿਰਪਾ ਸੀ ਕਿ ਉਨ੍ਹਾਂ ਨੂੰ ਤਾਂ ਬਿਨਾਂ ਨੌਕਰੀ ਤੋਂ ਹੀ ਮੁੜਨਾ ਪੈਂਦਾ ਸੀ, ਪਰ ਇਹ ਪੱਗ ਬਾਬਾ ਜੀ ਦੇ ਬਚਨ ਅਨੁਸਾਰ ਹਮੇਸ਼ਾ ਹੀ ਉੱਚੀ ਰਹੀ। ਹਮੇਸ਼ਾ ਹਾਂ ਹੁੰਦੀ ਸੀ ਜੌਬ ਵਾਸਤੇ, ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਮਨ ਰਿਹਾ। ਆਪਣੀ ਊਨਤਾ ਹੀ ਭਾਵੇਂ ਹੋ ਜਾਵੇ, ਪਰ ਪੱਗ ਹਮੇਸ਼ਾ ਹੀ ਬਾਬਾ ਜੀ ਦੇ ਕਹਿਣ ਵਾਂਗ ਉੱਪਰ ਹੀ ਰਹੀ ਸਾਰਿਆਂ ਤੋਂ। ਇੱਕ ਘਟਨਾ ਇੱਥੇ ਲਿਖਣੀ ਜ਼ਰੂਰੀ ਸਮਝਾਂਗਾ। ਇੱਕ ਇੱਥੇ ਰਿਸ਼ਤੇਦਾਰ ਜੋ ਪੱਗ ਨਹੀਂ ਬੰਨਦੇ, ਕਿਸੇ ਹੋਰ ਸਟੇਟ ਚੋਂ ਕੈਲੀਫੋਰਨੀਆ ਆ ਗਏ। 1983 ਗਰਮੀਆਂ ਦੀ ਗੱਲ ਹੈ, ਉਹ ਆ ਕੇ ਮੇਰੀ ਪਤਨੀ ਗੁਰਦੀਸ਼ ਕੌਰ ਦੇ ਮਾਮਾ ਜੀ ਪਾਸ ਠਹਿਰੇ। ਕਾਫੀ ਨੌਕਰੀ ਲਈ ਤਰਲੇ ਮਾਰੇ, ਪਰ 7-8 ਮਹੀਨੇ ਕਿਸੇ ਪਾਸੇ ਤੋਂ ਕੋਈ ਵੀ ਨੌਕਰੀ ਦਾ ਸੱਦਾ ਨਾ ਆਇਆ। ਕੰਪਿਊਟਰ ਦੀ ਮਾਸਟਰ ਡਿਗਰੀ ਉਹਨਾਂ ਦੇ ਕੋਲ ਸੀ। ਫਿਰ ਇੱਕ ਦਿਨ ਮਾਮਾ ਜੀ ਨੇ ਉਸ ਸੱਜਣ ਨੂੰ ਤਾਨਾ ਮਾਰਿਆ, ਭਾਈ ਕੀ ਗੱਲ ਹੈ, ਸਾਡਾ ਪ੍ਰਾਹੁਣਾ ਅਮਰੀਕ ਸਿੰਘ ਦੂਜੇ ਦਿਨ ਨੌਕਰੀ ਲੈ ਲੈਂਦਾ ਹੈ, ਤੈਨੂੰ 8 ਮਹੀਨੇ ਹੋ ਗਏ। ਮੈਂ ਉਸ ਸਮੇਂ ਫੁੱਲ ਟਾਈਮ ਪੜ੍ਹਦਾ ਸਾਂ, ਇੰਜੀਨੀਅਰਿੰਗ ਦੀ ਡਿਗਰੀ ਕਰਦਾ ਸਾਂ ਤੇ ਛੁੱਟੀਆਂ ਵਿਚ ਨੌਕਰੀ ਕਰਦਾ ਹੁੰਦਾ ਸੀ ਖਰਚ ਤੋਰਨ ਵਾਸਤੇ। ਉਹ ਅੱਗਿਓਂ ਕਹਿਣ ਲੱਗੇ, ਭਾਈ ਸਾਹਿਬ ਪਹਿਲਾਂ ਨੌਕਰੀਆਂ ਆਮ ਮਿਲ ਜਾਂਦੀਆਂ ਸਨ, ਹੁਣ ਅਮਰੀਕ ਸਿੰਘ ਨੂੰ ਕਹੋ ਕਿ ਉਹ ਲੈ ਕੇ ਦਿਖਾਏ। ਹੁਣ ਸਮਾਂ ਬੜਾ ਖਰਾਬ ਹੈ, ਨੌਕਰੀ ਮਿਲਣੀ ਮੁਸ਼ਕਲ ਹੈ। ਮਾਮਾ ਜੀ ਨੇ ਮੈਨੂੰ ਇਹ ਗੱਲ ਦੱਸੀ ਜਦ ਮੈਂ ਸਕੂਲ ਤੋਂ ਵਿਹਲਾ ਹੋ ਕੇ ਨੌਕਰੀ ਵਾਸਤੇ ਅਪਲਾਈ ਕਰਨ ਗਿਆ। ਮੈਂ ਜਵਾਬ ਦਿੱਤਾ, ਮਾਮਾ ਜੀ ਕੋਈ ਨਾ, ਜਿੱਥੇ ਪਹਿਲਾਂ ਮਿਲ ਜਾਂਦੀਆਂ ਹੁਣ ਵੀ ਮਿਲ ਜਾਊ। ਵਿਸ਼ਵਾਸ ਸੀ ਦਾਤੇ ਤੇ ਬਾਬਾ ਜੀ ਦੇ ਬਚਨਾਂ ਤੇ। ਦੂਜੇ ਦਿਨ ਕੰਪਨੀ ਵਿਚ ਇਕ ਜੌਬ ਦੀ ਵੈਕੈਂਸੀ ਨਿਕਲੀ। ਮੈਨੂੰ ਤਜਰਬਾ ਸੀ ਉਸ ਕੰਮ ਦਾ। ਮੈਂ ਐਪਲੀਕੇਸ਼ਨ ਭਰੀ ਤੇ ਸੈਕਟਰੀ ਨੂੰ ਕਿਹਾ ਕਿ ਮੇਰੀ ਹੁਣੇ ਹੀ ਇੰਟਰਵਿਊ ਕਰਵਾ ਦੇਵੇ।
ਉਸਨੇ ਜਵਾਬ ਦਿੱਤਾ ਕਿ ਅਗਲੇ ਹਫ਼ਤੇ ਫੋਨ ਕਰਕੇ ਦੱਸਾਂਗੇ, ਹੁਣ ਮੈਨੇਜਰ ਮੀਟਿੰਗ ਵਿੱਚ ਹੈ। ਮਨ ਨੂੰ ਪੂਰੀ ਆਸ ਸੀ ਕਿ ਕੰਮ ਅੱਜ ਹੀ ਮਿਲ ਜਾਣਾ ਹੈ। ਮੈਂ ਅਫਸੋਸਿਆ ਜਿਹਾ ਆਪਣੀ ਕਾਰ ਵੱਲ ਤੁਰ ਪਿਆ ਤੇ ਸੋਚਿਆ ਕਿ ਚਲੋ ਅਖਬਾਰ ਜੋ ਕਾਰ ਵਿੱਚ ਪਈ ਸੀ ਕੋਈ ਹੋਰ ਵੈਕੈਂਸੀ ਦੇਖਦਾ ਹਾਂ। ਜਦ ਕਾਰ ਖੋਲੀ ਤਾਂ ਅਖਬਾਰ ਨਾ ਦਿਸੀ, ਆਲੇ ਦੁਆਲੇ ਹੱਥ ਮਾਰਿਆ ਪਰ ਕਿਤੇ ਨਾ। ਫਿਰ ਸੋਚਿਆ ਕਿ ਮੈਂ ਅਖਬਾਰ ਕੰਪਨੀ ਦੇ ਆਫਿਸ ਵਿੱਚ ਹੀ ਭੁੱਲ ਆਇਆ ਹੋਵਾਂਗਾ। ਇਹ ਸੋਚ ਕੇ ਮੈਂ ਆਫਿਸ ਵੱਲ ਤੁਰ ਪਿਆ। ਜਦ ਅੰਦਰ ਗਿਆ ਤਾਂ ਸੈਕਟਰੀ ਫੋਨ ਤੇ ਸੀ। ਦੇਖ ਕੇ ਕਹਿਣ ਲੱਗੀ, ਮਿਸਟਰ ਧੁੱਗਾ ਮੈਨੇਜਰ ਹੁਣੇ ਹੀ ਮੀਟਿੰਗ ਚੋਂ ਨਿਕਲਿਆ ਹੈ, ਕਹਿੰਦਾ ਹੈ ਕਿ ਇੰਟਰਵਿਊ ਹੁਣੇ ਹੀ ਕਰ ਲਵੇਗਾ। ਮੈਂ ਉੱਥੋਂ ਹੀ ਇੰਟਰਵਿਊ ਲਈ ਅੰਦਰ ਚਲਾ ਗਿਆ। ਮੈਨੇਜਰ ਨੇ ਚੰਗੇ ਪੈਸਿਆਂ ਤੇ ਜੌਬ ਦੇ ਦਿੱਤੀ। ਉਸ ਸਮੇਂ ਦੁਪਹਿਰ 2 ਵਜੇ ਦਾ ਸਮਾਂ ਸੀ। ਕਹਿਣ ਲੱਗਾ, ਕੰਮ ਭਾਵੇਂ ਹੁਣੇ ਹੀ ਸ਼ੁਰੂ ਕਰ ਲੈ ਨਹੀਂ ਤਾਂ ਕੱਲ ਸਵੇਰੇ 7 ਵਜੇ ਸ਼ੁਰੂ ਕਰ ਲਈ, ਤੇਰੀ ਮਰਜ਼ੀ ਹੈ। ਮਨ ਖੁਸ਼ੀ ਨਾਲ ਗੁਰੂ ਗੁਰੂ ਕਰ ਰਿਹਾ ਸੀ, ਵਾਹਿਗੁਰੂ ਜੀ ਦੀ ਸ਼ੁਕਰਗੁਜ਼ਾਰੀ ਵਿੱਚ। ਜਦ ਕਾਰ ਵਿੱਚ ਮੁੜ ਕੇ ਗਿਆ ਤਾਂ ਅਖਬਾਰ ਸਾਹਮਣੇ ਪਈ ਸੀ। ਨਾ ਦੱਸਣ ਦਾ ਕਾਰਨ ਸਿਰਫ ਉਸ ਸ਼ਕਤੀ ਵੱਲੋਂ ਆਫਿਸ ਵਿੱਚ ਭੇਜਣ ਦਾ ਸੀ। ਮਾਮਾ ਜੀ ਨੂੰ ਮੈਂ ਫੋਨ ਕਰਕੇ ਦੱਸ ਦਿੱਤਾ ਕਿ ਉਸ ਸੱਜਣ ਨੂੰ ਦੱਸ ਦੇਣ ਕਿ ਮੈਨੂੰ ਨੌਕਰੀ ਮਿਲ ਗਈ ਹੈ, ਕੰਮ ਕੱਲ ਨੂੰ ਸ਼ੁਰੂ ਕਰਨਾ ਹੈ। ਮਾਮਾ ਜੀ ਵੀ ਬਹੁਤ ਖੁਸ਼ ਹੋਏ। ਵਾਹਿਗੁਰੂ ਜੀ ਦੀ ਸ਼ੁਕਰਗੁਜ਼ਾਰੀ ਅਤੇ ਬਾਬਾ ਜੀ ਦੀ ਚਿੱਠੀ ਦਾ ਚੇਤਾ ਕਰਕੇ ਖੁਸ਼ੀ ਨਾਲ ਅੱਖਾਂ ਭਰ ਆਈਆਂ। ਧੰਨ ਸਨ ਬਾਬਾ ਜੀ, ਇਨ੍ਹਾਂ ਖਿਆਲ ਪ੍ਰਦੇਸ਼ਾਂ ਵਿੱਚ ਬੈਠਿਆਂ ਦਾ ਵੀ ਰੱਖਦੇ ਸਨ। ਇੰਨਾ ਪਿਆਰ ਸੀ ਦਿਲ ਵਿੱਚ ਜੋ ਲਿਖਣ ਤੋਂ ਬਾਹਰ ਹੈ। ਮੈਂ ਇੱਥੇ ਇੱਕ ਗੱਲ ਕਹਿਣੀ ਮੁਨਾਸਿਬ ਸਮਝਾਂਗਾ ਕਿ ਜਿਹੜੇ ਸੱਜਣ ਬਾਹਰ ਆ ਕੇ ਦਸਤਾਰ ਨੌਕਰੀ ਦੀ ਖਾਤਰ ਜਾਂ ਤਰੱਕੀ ਵਾਸਤੇ ਲਾਉਣ ਬਾਰੇ ਸੋਚੇ, ਉਹ ਜੇਕਰ ਭਰੋਸਾ ਰੱਖੇ ਤਾਂ ਜਿੱਥੇ ਕੋਈ ਤਰੱਕੀ ਕਰਕੇ ਪਹੁੰਚਣਾ ਚਾਹੇ ਉਸ ਤੋਂ ਵੀ ਉੱਪਰ ਦਸਤਾਰ ਨਾਲ ਪਹੁੰਚੇਗਾ। ਸਿਰਫ ਵਿਸ਼ਵਾਸ ਦੀ ਜ਼ਰੂਰਤ ਹੈ। ਇਹ ਸਨ ਕੁਝ ਕੁ ਖਾਸ ਘਟਨਾਵਾਂ ਜੋ ਮੇਰੇ ਜੀਵਨ ਨਾਲ ਸੰਬੰਧਿਤ ਹਨ। ਧਰਮਯੁੱਧ ਮੋਰਚੇ ਵਿੱਚ ਗ੍ਰਿਫਤਾਰੀ। ਜਿਵੇਂ ਕਿ ਪਿੱਛੇ ਦੱਸਿਆ ਗਿਆ ਹੈ ਕਿ ਬਾਬਾ ਜੀ ਨੂੰ ਖਾਲਸਾ ਪੰਥ ਨਾਲ ਅਤਿਅੰਤ ਦਿਲੀ ਪਿਆਰ ਸੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜੇਕਰ ਕਿਸੇ ਹੋਰ ਵਸਤੂ ਲਈ ਬਾਬਾ ਜੀ ਦੇ ਮਨ ਵਿੱਚ ਥਾਂ ਸੀ ਤੇ ਉਹ ਸੀ ਖਾਲਸਾ ਪੰਥ। ਮਨ ਵਿੱਚ ਹਰ ਵੇਲੇ ਇਹੋ ਲੋਚਾ ਰਹਿੰਦੀ ਕਿ ਖਾਲਸਾ ਪੰਥ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ। ਇਸ ਫੁਰਨੇ ਦੀ ਪੂਰਤੀ ਲਈ ਬਾਬਾ ਜੀ ਹਰ ਰੋਜ਼ 21 ਪਾਠ ਬੇਨਤੀ ਚੌਪੀ ਸਾਹਿਬ ਦੇ ਕਰਦੇ ਅਤੇ ਜੋ ਵੀ ਗੁਰਸਿੱਖ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਉਸ ਨੂੰ ਖਾਸ ਤੌਰ ਤੇ ਇਹ ਬੇਨਤੀ ਹੁੰਦੀ ਕਿ ਨਿਤਨੇਮ ਤੋਂ ਇਲਾਵਾ ਘੱਟੋ ਘੱਟ 1 ਪਾਠ ਬੇਨਤੀ ਚੌਪੀ ਦਾ ਖਾਲਸਾ ਪੰਥ ਨਿਮਿਤ ਹਰ ਰੋਜ਼ ਕਰਨਾ ਹੈ। ਸਮੇਂ ਸਮੇਂ ਜਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥ ਦੀ ਮਾਣ ਮਰਿਆਦਾ ਨੂੰ ਉੱਚਾ ਚੁੱਕਣ ਵਾਸਤੇ ਸੰਘਰਸ਼ ਆਰੰਭੇ ਗਏ, ਆਪ ਜੀ ਉਨ੍ਹਾਂ ਵਿੱਚ ਜਥਾ ਸ਼ਕਤ ਹਿੱਸਾ ਪਾ ਕੇ ਆਪਣੇ ਫਰਜ਼ ਦੀ ਪੂਰਤੀ ਕਰਦੇ। 1982 ਵਿੱਚ ਵੀ ਜਦ ਪੰਥਕ ਆਗੂਆਂ ਵੱਲੋਂ ਸਮੁੱਚੀ ਸਿੱਖ ਕੌਮ ਦੇ ਧਾਰਮਿਕ ਅਤੇ ਰਾਜਸੀ ਮਸਲਿਆਂ ਨੂੰ ਹੱਲ ਕਰਾਉਣ ਲਈ ਤਥਾ ਸਿੱਖ ਧਰਮ ਵਿਰੁੱਧ ਹੋ ਰਹੇ ਧੱਕਿਆਂ ਨੂੰ ਰੋਕਣ ਲਈ ਧਰਮਯੁੱਧ ਮੋਰਚੇ ਦੇ ਨਾਂ ਹੇਠ ਸ਼ਾਂਤਮਈ ਸੰਘਰਸ਼ ਆਰੰਭਿਆ ਗਿਆ, ਜਿਸ ਵਿੱਚ ਸੈਂਕੜਿਆਂ ਤੋਂ ਆਰੰਭ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਹਰ ਰੋਜ਼ ਗ੍ਰਿਫਤਾਰੀਆਂ ਦਿੰਦੇ ਰਹੇ। ਇੱਥੇ ਇਹ ਗੱਲ ਵਰਣਨਯੋਗ ਹੋਵੇਗੀ ਕਿ ਇਹ ਪਹਿਲਾ ਸਮਾਂ ਸੀ ਜਦੋਂ ਸਮੁੱਚਾ ਖਾਲਸਾ ਪੰਥ ਤੇ ਖਾਲਸਾ ਪੰਥ ਦੇ ਨਾਲ ਸੰਬੰਧ ਰੱਖਣ ਵਾਲੀਆਂ ਸਮੁੱਚੀਆਂ ਜਥੇਬੰਦੀਆਂ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਇਹ ਮੋਰਚਾ ਲਾਇਆ। ਬਾਬਾ ਜੀ ਨੇ ਆਪਣੇ ਇਲਾਕੇ ਵਿੱਚੋਂ ਵੀ ਪ੍ਰੇਰਣਾ ਦੇ ਕੇ ਕਈ ਜਥੇ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਲਈ ਭੇਜੇ। ਧਰਮਯੁੱਧ ਮੋਰਚਾ ਅਜੇ ਆਰੰਭ ਹੀ ਹੋਇਆ ਸੀ ਕਿ ਪੰਥਕ ਆਗੂਆਂ ਵੱਲੋਂ ਮੋਰਚੇ ਦੀ ਸਫਲਤਾ ਲਈ ਸੰਤ ਸੰਮੇਲਨ ਸੱਦਿਆ ਗਿਆ। ਬਾਬਾ ਜੀ ਵੀ ਉਸ ਵਿੱਚ ਸ਼ਾਮਲ ਹੋਣ ਲਈ ਸੰਗਤ ਸਮੇਤ ਗਏ। ਬਾਬਾ ਜੀ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਵੀ ਬਾਬਾ ਜੀ ਦੇ ਨਾਲ ਸਨ। ਸੰਤ ਸੰਮੇਲਨ ਵਿੱਚ ਮੋਰਚੇ ਸਬੰਧੀ ਵਿਚਾਰਾਂ ਸਮਾਪਤ ਹੋਣ ਉਪਰੰਤ ਆਪ ਜੀ ਧਰਮਯੁੱਧ ਮੋਰਚੇ ਦੇ ਡਿਕਟੇਟਰ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨੂੰ ਵੱਖਰੇ ਤੌਰ ਤੇ ਮਿਲੇ ਅਤੇ ਬੇਨਤੀ ਕੀਤੀ ਕਿ ਜਿੱਥੇ ਤੁਸੀਂ ਦੁਨਿਆਵੀ ਪੱਖ ਤੋਂ ਮੋਰਚੇ ਨੂੰ ਸਫਲਤਾ ਨਾਲ ਚਲਾ ਰਹੇ ਹੋ ਉੱਥੇ ਜਿੰਨਾ ਚਿਰ ਮੋਰਚਾ ਫਤਿਹ ਨਹੀਂ ਹੋ ਜਾਂਦਾ ਉਨ੍ਹਾਂ ਚਿਰ ਗੌੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪੱਕਰੀ ਪ੍ਰਭ ਸਵਾਮੀ ਦਾ ਜਾਪ ਨਿਰੰਤਰ ਜਾਰੀ ਕਰਵਾ ਦੇਵੋ ਸਤਿਗੁਰੂ ਜੀ ਛੇਤੀ ਹੀ ਕਾਮਯਾਬੀ ਬਖਸ਼ਿਸ਼ ਕਰ ਦੇਣਗੇ ਕਿਉਂਕਿ ਸਾਨੂੰ ਗੁਰਸਿੱਖਾਂ ਨੂੰ ਸਭ ਤੋਂ ਵੱਡਾ ਆਸਰਾ ਗੁਰਬਾਣੀ ਦਾ ਹੀ ਹੈ। ਥੋੜਾ ਚਿਰ ਚੁੱਪ ਰਹਿਣ ਤੋਂ ਪਿੱਛੋਂ ਸੰਤ ਹਰਚੰਦ ਸਿੰਘ ਜੀ ਕਹਿਣ ਲੱਗੇ ਕਿ ਸਾਡੇ ਪਾਸ ਜਾਪ ਨੂੰ ਲਗਾਤਾਰ ਜਾਰੀ ਰੱਖਣ ਵਾਸਤੇ ਸਿੰਘ ਨਹੀਂ ਹਨ, ਤੁਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਜੁੰਮੇ ਇਹ ਡਿਊਟੀ ਲਗਾ ਦੇਵੋ, ਅਸੀਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਲੋੜੀਂਦਾ ਸਹਿਯੋਗ ਦੇਵਾਂਗੇ। ਬਾਬਾ ਜੀ ਸੰਤ ਹਰਚੰਦ ਸਿੰਘ ਹੋਰਾਂ ਨੂੰ ਫਤਿਹ ਬੁਲਾ ਕੇ ਗੁਰੂ ਨਾਨਕ ਨਿਵਾਸ ਵਿੱਚ ਖਾਲਸਾ ਜੀ ਪਾਸ ਆ ਗਏ ਤੇ ਉਪਰੋਕਤ ਬੇਨਤੀ ਕੀਤੀ ਕਿ ਦੁਨਿਆਵੀ ਯਤਨ ਦੇ ਨਾਲ ਨਾਲ ਜੇਕਰ ਸਤਿਗੁਰੂ ਜੀ ਦੀ ਬਾਣੀ ਦੀ ਟੇਕ ਲੈ ਲਈ ਜਾਵੇ ਤਦ ਕਾਮਯਾਬੀ ਜਲਦੀ ਮਿਲ ਜਾਵੇਗੀ। ਸੰਤ ਜਰਨੈਲ ਸਿੰਘ ਹੋਰਾਂ ਨੇ ਵੀ ਉੱਤਰ ਦਿੱਤਾ ਕਿ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਦਿੱਤਾ ਹੈ, ਇਸ ਤੋਂ ਪਿੱਛੋਂ ਇੱਕ ਅਖੰਡ ਪਾਠ ਸਾਹਿਬ ਹੋਰ ਕਰਵਾ ਦੇਵਾਂਗੇ।
ਬਾਬਾ ਜੀ ਨੇ ਆਖਿਆ ਕਿ ਬਹੁਤ ਚੰਗਾ ਕੀਤਾ ਜੋ ਤੁਸੀਂ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਦਿੱਤਾ ਹੈ, ਪਰ ਸਾਨੂੰ ਜੋ ਪ੍ਰੇਰਣਾ ਸਤਿਗੁਰੂ ਜੀ ਵੱਲੋਂ ਮਿਲੀ ਹੈ ਉਹ ਅਸੀਂ ਤੁਹਾਨੂੰ ਬੇਨਤੀ ਕੀਤੀ ਹੈ, ਬਾਕੀ ਜਿਵੇਂ ਤੁਸੀਂ ਮੁਨਾਸਿਬ ਸਮਝੋ ਕਰ ਲੈਣਾ। ਥੋੜਾ ਸਮਾਂ ਹੋਰ ਸੰਤ ਜਰਨੈਲ ਸਿੰਘ ਹੋਰਾਂ ਪਾਸ ਠਹਿਰ ਕੇ ਬਾਬਾ ਜੀ ਵਾਪਸ ਗੁਰਦੁਆਰਾ ਸਾਹਿਬ ਆ ਗਏ। 3 ਅਕਤੂਬਰ 1982 ਦੁਪਹਿਰ ਨੂੰ ਜਦੋਂ ਬਾਬਾ ਜੀ ਆਪਣੇ ਸਿਮਰਨ ਭਜਨ ਦੇ ਰਿਜਮ ਤੋਂ ਵਿਹਲੇ ਹੋਏ ਤਦ ਉਨ੍ਹਾਂ ਨੇ ਬਾਬਾ ਸੇਵਾ ਸਿੰਘ ਹੋਰਾਂ ਨੂੰ ਆਵਾਜ਼ ਮਾਰ ਕੇ ਆਪਣੇ ਕਮਰੇ ਵਿਚ ਸੱਦਿਆ ਤੇ ਕਹਿਣ ਲੱਗੇ ਕਿ ਅਸੀਂ ਧਰਮਯੁੱਧ ਮੋਰਚੇ ਵਿਚ ਗ੍ਰਿਫ਼ਤਾਰੀ ਦੇਣ ਦਾ ਫੈਸਲਾ ਕਰ ਲਿਆ ਹੈ, ਸੋ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਵੋ ਅਤੇ ਗ੍ਰਿਫ਼ਤਾਰੀ ਲਈ ਤਰੀਕ ਲੈ ਕੇ ਆਵੋ। ਮਨ ਵਿਚ ਬੜੀ ਹੈਰਾਨੀ ਹੋਈ ਕਿ ਪਹਿਲੇ ਤਾਂ ਕਿਸੇ ਕਿਸਮ ਦਾ ਕੋਈ ਪ੍ਰੋਗਰਾਮ ਹੈ ਨਹੀਂ ਸੀ ਤੇ ਇਕਦਮ ਆਪ ਜੀ ਹੁਣ ਗ੍ਰਿਫ਼ਤਾਰੀ ਲਈ ਤਰੀਕ ਲੈਣ ਭੇਜ ਰਹੇ ਹਨ। ਸੋ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਅੱਜ ਆਪਾਂ ਨਜ਼ਦੀਕੀ ਸਿੰਘਾਂ ਨੂੰ ਸੱਦ ਲੈਂਦੇ ਹਾਂ, ਫਿਰ ਉਨ੍ਹਾਂ ਨਾਲ ਸਲਾਹ ਕਰਕੇ ਜਿਵੇਂ ਆਪ ਜੀ ਹੁਕਮ ਕਰੋਗੇ ਕਰ ਲਵਾਂਗੇ। ਬਾਬਾ ਜੀ ਆਖਣ ਲੱਗੇ ਕਿ ਤੁਸੀਂ ਆਪਣੀ ਸਲਾਹ ਕਰਨੀ ਹੈ ਤਾਂ ਕਰ ਲਓ, ਅਸੀਂ ਤਾਂ ਫੈਸਲਾ ਕਰ ਲਿਆ ਹੈ। ਸ਼ਾਮ ਤੱਕ 7-8 ਨਜ਼ਦੀਕੀ ਸਿੰਘਾਂ ਨੂੰ ਸੱਦ ਕੇ ਬਾਬਾ ਜੀ ਦਾ ਪ੍ਰੋਗਰਾਮ ਦੱਸਿਆ। ਸਾਰੇ ਸਿੰਘ ਵੀ ਹੈਰਾਨ ਸਨ। ਵਿਚਾਰ ਵਟਾਂਦਰਾ ਕਰਨ ਉਪਰੰਤ ਸੰਗਤੀ ਰੂਪ ਵਿਚ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੀ ਸਿਹਤ ਜੇਲ੍ਹ ਵਿਚ ਜਾਣ ਦੇ ਯੋਗ ਨਹੀਂ, ਸੋ ਆਪ ਜੀ ਵੱਲੋਂ ਅਸੀਂ ਜਥਾ ਲੈ ਕੇ ਚਲੇ ਜਾਂਦੇ ਹਾਂ। ਬਾਬਾ ਜੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਤਨ ਮਨ ਧਨ ਗੁਰੂ ਨੂੰ ਅਰਪਣ ਕੀਤਾ ਹੋਇਆ ਹੈ, ਹੁਣ ਗੁਰੂ ਪੰਥ ਨੂੰ ਸਾਡੇ ਸਰੀਰ ਦੀ ਜ਼ਰੂਰਤ ਹੈ, ਸੋ ਇਹ ਅਮਾਨਤ ਅਸੀਂ ਖਾਲਸਾ ਪੰਥ ਨੂੰ ਸੌਂਪਣੀ ਹੈ। ਤੁਹਾਡੇ ਵਿਚੋਂ ਜਿਸ ਦਾ ਮਨ ਮੰਨੇ ਸਾਡੇ ਨਾਲ ਚੱਲ ਪੈਣਾ, ਪਰ ਅਸੀਂ ਆਪਣਾ ਮਨ ਬਿਲਕੁਲ ਬਣਾ ਲਿਆ ਹੈ ਕਿ ਮੋਰਚੇ ਵਿਚ ਗ੍ਰਿਫ਼ਤਾਰੀ ਦੇ ਕੇ ਆਪਣੇ ਇਸ ਸਰੀਰ ਨੂੰ ਪੰਥ ਦੀ ਖਾਤਰ ਨਿਸ਼ਾਵਰ ਕਰਨਾ ਹੈ। ਆਪ ਜੀ ਦੀ ਦ੍ਰਿੜਤਾ ਸਾਹਮਣੇ ਕਿਸੇ ਦਾ ਵੀ ਹੋਰ ਉੱਤਰ ਦੇਣ ਦਾ ਹੌਸਲਾ ਨਾ ਪਿਆ। ਅਗਲੇ ਦਿਨ ਹੀ ਭਾਈ ਸਵਰਨ ਸਿੰਘ, ਬਾਬਾ ਸੇਵਾ ਸਿੰਘ ਜੀ ਤੇ 2-3 ਹੋਰ ਸਿੰਘ ਗੁਰਦੁਆਰਾ ਸਾਹਿਬ ਤੋਂ ਚੱਲ ਕੇ 10 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜ ਗਏ। ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਕੇ ਗੁਰੂ ਨਾਨਕ ਨਿਵਾਸ ਵਿਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਾਸ ਪੁੱਜੇ ਤੇ ਬਾਬਾ ਜੀ ਦਾ ਪ੍ਰੋਗਰਾਮ ਉਨ੍ਹਾਂ ਨੂੰ ਦੱਸਿਆ। ਸੰਤ ਬਾਬਾ ਜਰਨੈਲ ਸਿੰਘ ਜੀ ਇਹ ਸਾਰੀ ਗੱਲ ਸੁਣ ਕੇ ਕੁਝ ਦੇਰ ਲਈ ਚੁੱਪ ਕਰ ਗਏ। ਥੋੜੀ ਦੇਰ ਬਾਅਦ ਕਹਿਣ ਲੱਗੇ ਕਿ ਤੁਸੀਂ ਮਹਾਂਪੁਰਸ਼ਾਂ ਨੂੰ ਕਹਿਣਾ ਸੀ ਕਿ ਉਹ ਆਪਣੀ ਵੱਲੋਂ ਜਥਾ ਭੇਜ ਦੇਣ, ਕਿਉਂਕਿ ਉਨ੍ਹਾਂ ਦੀ ਉਮਰ ਬਹੁਤ ਵਡੇਰੀ ਹੈ, ਇਸ ਉਮਰ ਵਿਚ ਉਨ੍ਹਾਂ ਨੂੰ ਜੇਲ੍ਹ ਵਿਚ ਕਾਫ਼ੀ ਖੇਚਲ ਹੋਵੇਗੀ, ਉਨ੍ਹਾਂ ਦੀ ਤਾਂ ਸ਼ੁਭ ਅਸੀਸ ਹੀ ਬਹੁਤ ਹੈ। ਅਸੀਂ ਦੱਸਿਆ ਕਿ ਸਾਰੇ ਸੰਗਤੀ ਸਿੰਘਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਹੈ, ਪਰ ਬਾਬਾ ਜੀ ਨੇ ਹੁਕਮ ਕੀਤਾ ਹੈ ਕਿ ਅਸੀਂ ਗ੍ਰਿਫ਼ਤਾਰੀ ਦੇ ਕੇ ਆਪਣਾ ਤਨ ਗੁਰੂ ਪੰਥ ਨੂੰ ਅਰਪਣ ਕਰਨਾ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਿਹਾ ਕਿ ਗ੍ਰਿਫ਼ਤਾਰੀ ਦੀ ਤਰੀਕ ਤਾਂ ਮੋਰਚਾ ਡਿਕਟੇਟਰ ਸੰਤ ਬਾਬਾ ਹਰਚਰਨ ਸਿੰਘ ਜੀ ਪਾਸੋਂ ਲੈ ਲਵੋ, ਪਰ ਨਾਲ ਹੀ ਸਾਡੀ ਵੱਲੋਂ ਬਾਬਾ ਜੀ ਨੂੰ ਆਪ ਖੁਦ ਜੇਲ੍ਹ ਨਾ ਜਾਣ ਲਈ ਬੇਨਤੀ ਤੁਸੀਂ ਸਾਰਿਆਂ ਨੇ ਜ਼ਰੂਰ ਕਰਨੀ। ਖਾਲਸਾ ਜੀ ਨੇ ਆਪਣੇ ਪੀਏ ਭਾਈ ਰਛਪਾਲ ਸਿੰਘ ਅਤੇ ਭਾਈ ਰਾਮ ਸਿੰਘ ਹੋਰਾਂ ਨੂੰ ਸਾਡੇ ਨਾਲ ਲੌਂਗੋਵਾਲ ਸਾਹਿਬ ਪਾਸ ਭੇਜਿਆ। ਜਦੋਂ ਸੰਤ ਹਰਚੰਦ ਸਿੰਘ ਜੀ ਹੋਰਾਂ ਨੂੰ ਬਾਬਾ ਜੀ ਦਾ ਇਹ ਫੈਸਲਾ ਦੱਸਿਆ ਤਾਂ ਉਹ ਵੀ ਬਹੁਤ ਹੈਰਾਨ ਹੋਏ। ਉਨ੍ਹਾਂ ਨੇ ਵੀ ਕਿਹਾ ਕਿ ਸਾਡੀ ਵੱਲੋਂ ਮਹਾਂਪੁਰਖਾਂ ਨੂੰ ਹੱਥ ਜੋੜ ਕੇ ਬੇਨਤੀ ਕਰੋ, ਕਿਉਂਕਿ ਅਸੀਂ ਇਥੋਂ ਮਜਬੂਰੀ ਬਸ ਬਾਹਰ ਜਾ ਕੇ ਨਿੱਜੀ ਤੌਰ ਤੇ ਬੇਨਤੀ ਕਰਨ ਤੋਂ ਅਸਮਰੱਥ ਹਾਂ, ਸੋ ਸਾਡੀ ਵੱਲੋਂ ਤੁਸੀਂ ਹੱਥ ਜੋੜ ਕੇ ਬੇਨਤੀ ਕਰਨੀ ਕਿ ਉਹ ਅਸੀਸ ਦੇ ਕੇ ਜਥਾ ਤੋਰ ਦੇਣ, ਪਰ ਆਪ ਨਾ ਜਾਣ। ਇਹ ਉਨ੍ਹਾਂ ਨੂੰ ਸਾਡੀ ਵੱਲੋਂ ਜ਼ਰੂਰੀ ਬੇਨਤੀ ਹੈ। ਸਾਰੀ ਸੰਗਤ ਨੇ ਬੇਨਤੀ ਕੀਤੀ ਕਿ ਅਸੀਂ ਤਾਂ ਆਪਣੇ ਵੱਲੋਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ, ਪਰ ਬਾਬਾ ਜੀ ਨੇ ਖੁਦ ਗ੍ਰਿਫ਼ਤਾਰੀ ਦੇਣ ਦਾ ਦ੍ਰਿੜ ਨਿਸ਼ਚਾ ਹੋਇਆ ਹੈ, ਉਂਝ ਆਪ ਜੀ ਦੀ ਬੇਨਤੀ ਉਨ੍ਹਾਂ ਤੱਕ ਜ਼ਰੂਰ ਪਹੁੰਚਾ ਦੇਵਾਂਗੇ। 19 ਅਕਤੂਬਰ 1982 ਬਾਬਾ ਜੀ ਦੇ ਜਥੇ ਦੀ ਗ੍ਰਿਫ਼ਤਾਰੀ ਦਾ ਦਿਨ ਨਿਯਤ ਕੀਤਾ ਗਿਆ। ਤਰੀਕ ਲੈ ਕੇ ਅਸੀਂ ਸਾਰੇ ਸਿੰਘ ਸ਼ਾਮ ਨੂੰ ਗੁਰਦੁਆਰਾ ਸਾਹਿਬ ਪੁੱਜ ਗਏ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬੇਨਤੀ ਵੀ ਬਾਬਾ ਜੀ ਨੂੰ ਕਰ ਦਿੱਤੀ, ਪਰ ਬਾਬਾ ਜੀ ਤਾਂ ਆਪਣੇ ਫੈਸਲੇ ਉੱਤੇ ਦ੍ਰਿੜ ਸਨ। ਥੋੜੇ ਹੀ ਦਿਨਾਂ ਵਿਚ ਸਾਰਾ ਪ੍ਰੋਗਰਾਮ ਉਲੀਕ ਕੇ ਇਸ਼ਤਿਹਾਰਾਂ ਅਤੇ ਅਖ਼ਬਾਰਾਂ ਰਾਹੀਂ ਸੰਗਤ ਨੂੰ ਸੂਚਿਤ ਕਰ ਦਿੱਤਾ ਗਿਆ ਕਿ 18 ਅਕਤੂਬਰ ਨੂੰ ਗੁਰਦੁਆਰਾ ਰਾਮਪੁਰ ਖੇੜੇ ਤੋਂ ਬਾਬਾ ਜੀ ਸੰਗਤ ਸਮੇਤ ਧਰਮਯੁੱਧ ਮੋਰਚੇ ਵਿਚ ਗ੍ਰਿਫ਼ਤਾਰੀ ਦੇਣ ਲਈ ਚੱਲਣਗੇ ਅਤੇ 19 ਅਕਤੂਬਰ ਸ਼ਾਮ ਨੂੰ ਗ੍ਰਿਫ਼ਤਾਰੀ ਦਿੱਤੀ ਜਾਵੇਗੀ। ਇਲਾਕੇ ਵਿਚ ਵਿਚਰ ਕੇ ਵੀ ਸਾਰੀਆਂ ਸੰਗਤਾਂ ਨਾਲ ਸੰਪਰਕ ਕੀਤਾ ਗਿਆ। ਸੰਗਤਾਂ ਵਿਚ ਬਾਬਾ ਜੀ ਦੀ ਅਗਵਾਈ ਹੇਠ ਗ੍ਰਿਫ਼ਤਾਰੀ ਦੇਣ ਲਈ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਹੋ ਗਿਆ। ਉਧਰ ਉਸ ਵਕਤ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਉਸ ਦੀ ਘਰਵਾਲੀ ਨੂੰ ਵੀ ਪਤਾ ਲੱਗਾ ਕਿ ਬਾਬਾ ਜੀ ਆਪ ਇਸ ਧਰਮਯੁੱਧ ਮੋਰਚੇ ਵਿਚ ਗ੍ਰਿਫ਼ਤਾਰੀ ਦੇ ਰਹੇ ਹਨ। ਤਦ ਇਨ੍ਹਾਂ ਦੋਵਾਂ ਨੇ ਖੁਦ 2 ਵਾਰ ਬਾਬਾ ਜੀ ਪਾਸ ਗੁਰਦੁਆਰਾ ਸਾਹਿਬ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਆਪ ਜਥੇ ਵਿਚ ਨਾ ਜਾਵੋ, ਪਰ ਬਾਬਾ ਜੀ ਨੇ ਉਨ੍ਹਾਂ ਦੀ ਵੀ ਇਕ ਗੱਲ ਨਾ ਸੁਣੀ ਤੇ ਕਿਹਾ ਕਿ ਤੁਸੀਂ ਸਾਨੂੰ ਰੋਕਣ ਦੀ ਥਾਂ ਦਿੱਲੀ ਸਰਕਾਰ ਨੂੰ ਸਾਰੀ ਸਚਾਈ ਦੱਸ ਕੇ ਸਿੰਘਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੋ। ਅਜੇ ਸਾਡੀ ਗ੍ਰਿਫ਼ਤਾਰੀ ਵਿਚ 10 ਦਿਨ ਦਾ ਸਮਾਂ ਹੈ, ਜੇਕਰ ਤੁਹਾਡੀ ਸਰਕਾਰ ਇਹ ਮੰਗਾਂ ਮੰਨ ਲਵੇ ਤਾਂ ਇਸ ਵਿਚ ਹੀ ਸਾਰੇ ਦੇਸ਼ ਦਾ ਭਲਾ ਹੈ, ਜੇਕਰ ਕੋਈ ਗੱਲ ਸਿਰੇ ਨਹੀਂ ਚੜ੍ਹਦੀ ਅਸੀਂ ਤਾਂ ਆਪਣੇ ਫੈਸਲੇ ਤੇ ਪੂਰਨ ਤੌਰ ਤੇ ਦ੍ਰਿੜ ਹਾਂ।
ਇਧਰ ਸਾਹ ਜਸਜੀਤ ਸਿੰਘ ਪਿੰਡ ਆਰਾਂ ਵਾਲੇ ਜੋ ਕਿ ਅਕਾਲੀ ਦਲ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਸਨ ਨੇ 18 ਅਕਤੂਬਰ ਨੂੰ ਜਥੇ ਸਮੇਤ ਗ੍ਰਿਫ਼ਤਾਰੀ ਦੇਣੀ ਸੀ। ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਬਾਬਾ ਜੀ ਦੇ ਨਾਲ ਹੀ ਸਾਰੇ ਇਲਾਕੇ ਵੱਲੋਂ ਗ੍ਰਿਫ਼ਤਾਰੀ ਦੇਣ ਦਾ ਫੈਸਲਾ ਕਰ ਲਿਆ। ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਹੋਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ। ਸਰ ਜਸਜੀਤ ਸਿੰਘ ਜੀ ਵੀ 18 ਅਕਤੂਬਰ ਦੀ ਥਾਂ 19 ਅਕਤੂਬਰ ਨੂੰ ਹੀ ਬਾਬਾ ਜੀ ਦੇ ਨਾਲ ਗ੍ਰਿਫ਼ਤਾਰੀ ਦੇਣਗੇ, ਸੋ ਇਹ ਤਰੀਕ ਕਿਸੇ ਹੋਰ ਨੂੰ ਦੇ ਦਿੱਤੀ ਜਾਵੇ। ਸੰਤ ਜੀ ਨੇ ਵੀ ਇਸ ਪ੍ਰੋਗਰਾਮ ਨਾਲ ਸਹਿਮਤੀ ਪ੍ਰਗਟਾਈ। 17 ਅਕਤੂਬਰ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ। ਬਾਬਾ ਜੀ ਪਾਸ ਜਿੰਨੀ ਵੀ ਮਾਇਆ ਸੀ ਉਹ ਬੈਂਕ ਵਿਚੋਂ ਕਢਵਾ ਲਈ, ਜੋ ਕਿ ਕਰੀਬਨ 25,000 ਰੁਪਏ ਦੇ ਨੇੜੇ ਤੇੜੇ ਸੀ। ਬਾਬਾ ਜੀ ਦਾ ਵਿਚਾਰ ਸੀ ਕਿ ਜਿੱਥੇ ਧਨ ਗੁਰੂ ਪੰਥ ਨੂੰ ਸੌਂਪਣਾ ਹੈ ਉਥੇ ਇਹ ਧਨ ਵੀ ਪਿੱਛੇ ਨਾ ਰਹਿ ਜਾਵੇ। ਸ਼ਾਮ ਨੂੰ ਹੀ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ। ਸਵੇਰ ਤੱਕ 50 ਦੇ ਕਰੀਬ ਟਰੱਕ, 4-5 ਬੱਸਾਂ, 10-15 ਦੇ ਕਰੀਬ ਕਾਰਾਂ ਜੀਪਾਂ ਆ ਗਈਆਂ। 18 ਅਕਤੂਬਰ 1982 ਨੂੰ ਸਵੇਰੇ 10 ਵਜੇ ਦੇ ਕਰੀਬਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸਾਂ ਸੋਧ ਕੇ ਜਲੂਸ ਦੀ ਸ਼ਕਲ ਵਿਚ ਬਾਬਾ ਜੀ ਦੇ ਇਸ ਵੱਡੇ ਕਾਫਲੇ ਨੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਚਾਲੇ ਪਾਏ। ਜਾਣ ਤੋਂ ਪਹਿਲਾਂ ਕੁਝ ਸੰਗਤਾਂ ਜੋ ਨਾਲ ਨਹੀਂ ਸਨ ਜਾ ਸਕਦੀਆਂ, ਪਿਆਰ ਸਹਿਤ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਆਪ ਜੀ ਦੇ ਦਰਸ਼ਨ ਕਦੋਂ ਹੁਣ ਹੋਣਗੇ, ਤਦ ਆਪ ਨੇ ਹੁਕਮ ਕੀਤਾ ਕਿ ਹੁਣ ਜੇਲ੍ਹਾਂ ਵਿਚ ਬੰਦ ਸਾਰੀਆਂ ਸੰਗਤਾਂ ਨੂੰ ਆਜ਼ਾਦ ਕਰਵਾ ਕੇ ਹੀ ਵਾਪਸ ਮੁੜਨਾ ਹੈ। ਸੋ ਇਸ ਤਰ੍ਹਾਂ ਦੇ ਪਿਆਰ ਭਰੇ ਬਚਨ ਕਰਕੇ ਇਸ ਕਾਫਲੇ ਨੇ ਗੁਰਦੁਆਰਾ ਸਾਹਿਬ ਤੋਂ ਚਾਲੇ ਪਾ ਦਿੱਤੇ। ਤੇ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਜੇ ਜਥਾ ਇੱਥੋਂ ਤੁਰਿਆ ਹੀ ਸੀ ਕਿ ਸਾਨੂੰ ਅਖਬਾਰਾਂ ਰਾਹੀਂ ਅਤੇ ਹੋਰ ਵਸੀਲਿਆਂ ਰਾਹੀਂ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਸਰਕਾਰ ਨੇ ਜੇਲ੍ਹਾਂ ਵਿਚ ਬੰਦ ਸਾਰੇ ਧਰਮਯੁੱਧ ਮੋਰਚੇ ਦੇ ਸਿੰਘਾਂ ਨੂੰ ਰਿਹਾ ਕਰ ਦਿੱਤਾ ਹੈ, ਜੇਲ੍ਹਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਹਨ। ਇਕਦਮ ਬਾਬਾ ਜੀ ਦਾ ਇਹ ਬਚਨ ਯਾਦ ਆਉਣ ਲੱਗ ਪਿਆ ਕਿ ਬਾਬਾ ਜੀ ਨੇ ਆਖਿਆ ਸੀ ਕਿ ਹੁਣ ਸਾਰੀਆਂ ਸੰਗਤਾਂ ਨੂੰ ਜੇਲ੍ਹਾਂ ਵਿਚੋਂ ਆਜ਼ਾਦ ਕਰਵਾ ਕੇ ਹੀ ਵਾਪਸ ਆਵਾਂਗੇ। ਸੋ ਹੁਣ ਸੰਗਤਾਂ ਨੂੰ ਪਹਿਲਾਂ ਹੀ ਪਤਾ ਹੋਣ ਕਰਕੇ ਹਰ ਪਿੰਡ ਦੇ ਪ੍ਰੇਮੀਆਂ ਨੇ ਗੇਟ ਬਣਾ ਕੇ ਬਾਬਾ ਜੀ ਅਤੇ ਬਾਕੀ ਜਲੂਸ ਦਾ ਸਵਾਗਤ ਕੀਤਾ। ਬਾਬਾ ਜੀ ਨੂੰ ਬੇਅੰਤ ਮਾਇਆ ਜੋ ਨਗਰਾਂ ਵਾਲਿਆਂ ਨੇ ਇਕੱਤਰ ਕੀਤੀ ਸੀ ਉਹ ਵੀ ਭੇਟਾ ਕੀਤੀ। ਥਾਂ ਥਾਂ ਜਲ ਪਾਣੀ ਦੀ ਸੇਵਾ ਵੀ ਕੀਤੀ ਗਈ। ਉਸ ਦਿਨ ਬਾਬਾ ਜੀ ਦੇ ਚਿਹਰੇ ਤੇ ਇੰਨਾ ਜਲਾਲ ਸੀ ਜੋ ਕਿ ਵਰਣਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਵਿਭਾਗੀਆਂ ਨੇ ਉਸ ਸਮੇਂ ਬਾਬਾ ਜੀ ਦੇ ਦਰਸ਼ਨ ਕੀਤੇ ਉਨ੍ਹਾਂ ਨੂੰ ਹੀ ਇਸ ਚੜਤਲ ਦਾ ਪਤਾ ਹੈ। ਬਾਬਾ ਜੀ ਅੱਜ ਤੋਂ ਪੂਰੇ 6 ਸਾਲ ਪਹਿਲਾਂ 17 ਅਕਤੂਬਰ 1976 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਪਰ ਉਪਕਾਰਾਂ ਨੂੰ ਯਾਦ ਕਰਦੇ ਤੇ ਕਰਾਉਂਦੇ ਹੋਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਨਾਲ ਇਸੇ ਤਰ੍ਹਾਂ ਦੇ ਮਹਾਨ ਜਲੂਸ ਵਿਚ ਸੰਗਤਾਂ ਨੂੰ ਧਨ ਮਨ ਧਨ ਗੁਰੂ ਨੂੰ ਅਰਪਣ ਕਰਨ ਦੀ ਪ੍ਰੇਰਨਾ ਦਿੰਦੇ ਤਥਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਦੇ ਨਾਰੇ ਬੁਲੰਦ ਕਰਦੇ ਇਸੇ ਮਾਰਗ ਉੱਪਰ ਦੀ ਹੀ ਗੁਜਰੇ ਸਨ। ਤੇ ਅੱਜ ਪੂਰੇ 6 ਸਾਲ ਬਾਅਦ ਉਸੇ ਚੜਤਲ ਵਿਚ ਉਨ੍ਹਾਂ ਸੰਕਲਪਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਆਪ ਜੀ ਸੰਗਤ ਸਮੇਤ ਉਸ ਮਾਰਗ ਉੱਪਰ ਦੀ ਜਾ ਰਹੇ ਸਨ। ਸਾਰੇ ਰਸਤੇ ਵਿਚ ਰੁਕ ਰੁਕ ਕੇ ਸੰਗਤਾਂ ਦਾ ਪਿਆਰ ਲੈਂਦੇ ਦੁਪਹਿਰ 2 ਵਜੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਚ ਇਹ ਸਾਰਾ ਜਲੂਸ ਪੁੱਜਿਆ। ਪ੍ਰਬੰਧਕਾਂ ਨੇ ਲੰਗਰ ਤੇ ਚਾਹ ਨਾਲ ਪ੍ਰੇਮ ਸਹਿਤ ਸੇਵਾ ਕੀਤੀ। ਇੱਥੇ ਹੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪੰਜਾਬ ਜੋ ਲੁਧਿਆਣਾ ਜੇਲ੍ਹ ਤੋਂ ਰਿਹਾਅ ਹੋ ਕੇ ਵਾਪਸ ਅੰਮ੍ਰਿਤਸਰ ਸਾਹਿਬ ਪੁੱਜ ਰਹੇ ਸਨ, ਉਨ੍ਹਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਅਤੇ ਆਪਣਾ ਸਤਿਕਾਰ ਭੇਟਾ ਕੀਤਾ। ਆਹਾਰ ਕਰਕੇ ਇਥੋਂ ਵੀ ਸੰਗਤ ਦਾ ਪਿਆਰ ਲੈ ਕੇ ਸ਼ਾਮ ਤੱਕ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਪੁੱਜ ਗਈ। ਰਾਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਆਰਾਮ ਕੀਤਾ। ਰਸਤੇ ਵਿਚ ਜੋ ਪਿਆਰ ਸੰਗਤਾਂ ਨੇ ਦਿੱਤਾ ਉਹ ਵਰਣਨ ਨਹੀਂ ਕੀਤਾ ਜਾ ਸਕਦਾ। ਨਗਰਾਂ ਵੱਲੋਂ ਭੇਟ ਕੀਤੀ ਗਈ ਮਾਇਆ ਤੋਂ ਇਲਾਵਾ ਜਿੰਨੀ ਵੀ ਕਿਸੇ ਪ੍ਰੇਮੀ ਪਾਸ ਹੋਰ ਮਾਇਆ ਸੀ ਉਹ ਆਪਣੀ ਜੇਬ ਵਿਚੋਂ ਕੱਢ ਕੇ ਬਾਬਾ ਜੀ ਨੂੰ ਦੇਈ ਜਾਂਦਾ ਅਤੇ ਸੱਜਣ ਨੇਤਰਾਂ ਨਾਲ ਵਿਦਾਇਗੀ ਦਿੰਦਾ। ਬਾਬਾ ਜੀ ਦਾ ਨਿਵਾਸ ਪ੍ਰਬੰਧਕਾਂ ਨੇ ਅਕਾਲ ਰੈਸਟ ਹਾਊਸ ਵਿਚ ਕਰਾਇਆ। ਆਪ ਜੀ ਕਮਰੇ ਵਿਚ ਆਰਾਮ ਕਰਨ ਲੱਗ ਪਏ। ਦੂਸਰੇ ਕਮਰੇ ਵਿਚ ਸੰਗਤ ਨੇ ਜੋ ਪਿਆਰ ਭੇਟਾ ਮਾਇਆ ਦੇ ਰੂਪ ਵਿਚ ਦਿੱਤੀ ਸੀ ਉਸ ਨੂੰ ਗਿਣਿਆ ਤਾਂ ਰਸਤੇ ਦੀ ਮਾਇਆ 50,000 ਰੁਪਏ ਦੇ ਤਕਰੀਬਨ ਹੋ ਗਈ ਸੀ। 50,000 ਦੀ ਇਹ ਰਸਤੇ ਵਾਲੀ ਸੰਗਤ ਦੀ ਮਾਇਆ ਤੇ 25,000 ਜੋ ਬਾਬਾ ਜੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਗਏ ਸਨ ਸਾਰੀ ਭਾਵ 75,000 ਰੁਪਏ ਦੀ ਇਕ ਥੈਲੀ ਬਣਾ ਲਈ ਗਈ। 19 ਅਕਤੂਬਰ ਦਾ ਅੰਮ੍ਰਿਤ ਵੇਲਾ ਹੋਇਆ। ਨਿਤਨੇਮ ਅਤੇ ਸਿਮਰਨ ਉਪਰੰਤ ਸਾਰੀ ਸੰਗਤ ਨੇ ਗੁਰੂ ਚਰਨਾਂ ਵਿਚ ਹਾਜ਼ਰੀ ਭਰੀ ਅਤੇ ਦਰਸ਼ਨ ਇਸ਼ਨਾਨ ਕੀਤੇ। ਬਾਬਾ ਜੀ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਮਸਕਾਰ ਕੀਤੀ ਅਤੇ ਵਾਪਸ ਜਲ ਪਾਣੀ ਛੱਕ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਇਕ ਕਮਰੇ ਵਿਚ ਬੈਠ ਗਏ। ਬਾਬਾ ਜੀ ਨੂੰ ਗੋਡਿਆਂ ਦੀ ਦਰਦ ਹੋਣ ਕਾਰਨ ਆਪ ਪੌੜੀਆਂ ਨਹੀਂ ਸਨ ਚੜ ਸਕਦੇ, ਸੋ ਜਿਸ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਪਤਾ ਲੱਗਦੇ ਸਾਰ ਹੀ ਬੜੇ ਪਿਆਰ ਨਾਲ ਹੇਠਾਂ ਉਸੇ ਕਮਰੇ ਵਿਚ ਆ ਮਿਲੇ ਅਤੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੀ ਆਜੂ ਜੇਲ੍ਹ ਜਾਣ ਦੇ ਯੋਗ ਨਹੀਂ।
ਤੁਰਨ ਵਿੱਚ ਵੀ ਬਹੁਤ ਕਠਿਨਾਈ ਹੈ, ਸੋ ਆਪ ਜੀ ਕਿਰਪਾ ਕਰੋ, ਜਥੇ ਨੂੰ ਵਿਦਾਇਗੀ ਦੇ ਦੇਵੋ, ਪਰ ਆਪ ਖੁਦ ਨਾ ਜਾਵੋ। ਪਰ ਆਪ ਜੀ ਨੇ ਉਹਨਾਂ ਦਾ ਬਚਨ ਸੁਣ ਕੇ ਬੜੀ ਨਿਮਰਤਾ ਸਹਿਤ ਕਿਹਾ ਕਿ ਅਸੀਂ ਗੁਰੂ ਪ੍ਰੇਰਣਾ ਅਨੁਸਾਰ ਗ੍ਰਿਫਤਾਰੀ ਦੇਣ ਦਾ ਮਨ ਬਣਾ ਚੁੱਕੇ ਹਾਂ ਤੇ ਗੁਰੂ ਚਰਨਾਂ ਵਿੱਚ ਅਰਦਾਸ ਕਰ ਦਿੱਤੀ ਹੈ, ਸੋ ਹੁਣ ਤੁਸੀਂ ਸਾਨੂੰ ਰੋਕਣ ਦੀ ਜਗ੍ਹਾ ਇਸ ਪ੍ਰੋਗਰਾਮ ਦੀ ਸਫਲਤਾ ਲਈ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੀ ਕਰੋ। ਇਥੋਂ ਵਿਦਾ ਲੈ ਕੇ ਬਾਬਾ ਜੀ ਸੰਗਤ ਸਮੇਤ ਗੁਰੂ ਨਾਨਕ ਨਿਵਾਸ ਵਿੱਚ ਗਏ। ਸੰਤ ਜਰਨੈਲ ਸਿੰਘ ਜੀ ਵੀ ਪਤਾ ਲੱਗਦੇ ਸਾਰ ਹੇਠਾਂ ਆ ਗਏ। ਬੜੇ ਪਿਆਰ ਵਿੱਚ ਫਤਿਹ ਬੁਲਾਉਣ ਉਪਰੰਤ ਗਲਾ ਭਰ ਕੇ ਕਹਿਣ ਲੱਗੇ ਕਿ ਬਾਬਾ ਜੀ, ਇਹ ਸ਼ੋਭਦਾ ਨਹੀਂ ਕਿ ਪੁੱਤਰ ਬਾਹਰ ਬੈਠਾ ਹੋਵੇ ਤੇ ਬਾਪੂ ਜੇਲ੍ਹ ਵਿੱਚ ਚਲਾ ਜਾਵੇ। ਬਾਬਾ ਜੀ ਨੇ ਸੰਤ ਜਰਨੈਲ ਸਿੰਘ ਹੋਰਾਂ ਨੂੰ ਕਲਾਵੇ ਵਿੱਚ ਲੈ ਕੇ ਕਿਹਾ ਕਿ ਤੁਹਾਡੇ ਜਿੰਮੇ ਅਜੇ ਹੋਰ ਸੇਵਾ ਲੱਗੀ ਹੋਈ ਹੈ, ਤੁਸੀਂ ਉਹ ਪੂਰੀ ਕਰੋ। ਇਸ ਪ੍ਰਕਾਰ ਦੇ ਬਚਨ ਕਰਕੇ ਥੋੜਾ ਸਮਾਂ ਆਪ ਜੀ ਅਕਾਲ ਰੈਸਟ ਹਾਊਸ ਦੇ ਕਮਰੇ ਵਿੱਚ ਆਰਾਮ ਕਰਨ ਲਈ ਆ ਗਏ। ਇਹ ਸਮੁੱਚੇ ਬਚਨ ਬਾਬਾ ਜੀ ਦੀ ਵਿਦਾਇਗੀ ਵੇਲੇ ਸ੍ਰੀ ਮੰਜੀ ਸਾਹਿਬ ਵਿਖੇ ਸਜੇ ਦੀਵਾਨ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਮੁਖਾਰਬਿੰਦ ਤੋਂ, ਜੋ ਬਾਬਾ ਜੀ ਨੂੰ ਵਿਦਾਇਗੀ ਵੇਲੇ ਦਾ ਦੀ ਤਕਰੀਰ ਹੈ, ਉਸ ਵਿੱਚ ਬੜੇ ਪਿਆਰ ਦੇ ਬਚਨ ਸਰਵਣ ਕੀਤੇ ਜਾ ਸਕਦੇ ਹਨ। ਇਹ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਦੀ ਡੀਵੀਡੀ ਵੀਡੀਓ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਪਿਆਰ ਭਰੇ ਬਚਨਾਂ ਦੀ ਆਡੀਓ ਸੰਗਤਾਂ ਦੀ ਸੇਵਾ ਲਈ ਵੀ ਉਪਲਬਧ ਹੈ, ਸੋ ਉਸ ਵਿੱਚੋਂ ਆਪ ਸਾਰੀਆਂ ਸੰਗਤਾਂ ਇਹਨਾਂ ਬਚਨਾਂ ਦੀ ਝਲਕ ਮਹਿਸੂਸ ਕਰ ਸਕਦੇ ਹੋ। ਦੁਪਹਿਰ ਦਾ ਲੰਗਰ ਛਕਣ ਉਪਰੰਤ ਥੋੜਾ ਆਰਾਮ ਕਰਕੇ ਸਾਰੀ ਸੰਗਤ ਸਮੇਤ ਬਾਬਾ ਜੀ ਨੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਪ੍ਰਸ਼ਾਦ ਕਰਵਾ ਕੇ ਹਾਜ਼ਰੀ ਭਰੀ, ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰੋਪਾ ਦੇ ਰੂਪ ਵਿੱਚ ਬਖਸ਼ਿਸ਼ਾਂ ਪ੍ਰਾਪਤ ਕਰਕੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਜੇ ਦੀਵਾਨ ਵਿੱਚ ਆ ਹਾਜ਼ਰੀ ਭਰੀ। ਹਰ ਰੋਜ਼ ਦੀ ਤਰ੍ਹਾਂ ਬੜਾ ਭਾਰੀ ਦੀਵਾਨ ਸਜਿਆ। ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਥੇ ਸਮੇਤ ਮੰਜੀ ਸਾਹਿਬ ਪੁੱਜ ਗਏ। ਜਥੇਦਾਰ ਹਰਚਰਨ ਸਿੰਘ ਜੀ ਮਹਾਲੋਂ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਉਚੇਚੇ ਤੌਰ ਤੇ ਬਾਬਾ ਜੀ ਨੂੰ ਵਿਦਾਇਗੀ ਦੇਣ ਲਈ ਆਏ ਸਨ। ਤਕਰੀਰਾਂ ਤੋਂ ਬਾਅਦ ਬਾਬਾ ਜੀ ਨੇ ਸਰਬ ਸੰਗਤ ਦਾ ਧੰਨਵਾਦ ਕੀਤਾ ਅਤੇ 75,000 ਰੁਪਏ ਦੀ ਥੈਲੀ ਸੰਤ ਜਰਨੈਲ ਸਿੰਘ ਜੀ ਖਾਲਸਾ ਦੇ ਰਾਹੀਂ ਸੰਤ ਹਰਚਰਨ ਸਿੰਘ ਲੌਂਗੋਵਾਲ ਨੂੰ ਭੇਟ ਕੀਤੀ। ਦੀਵਾਨ ਦੀ ਸਮਾਪਤੀ ਪਿੱਛੋਂ ਅਰਦਾਸਾ ਸੋਧਿਆ ਗਿਆ। ਸਾਰਾ ਜਥਾ, ਜੋ ਕਿ 1500 ਤੋਂ ਉਪਰ ਸਿੰਘ ਸਿੰਘਣੀਆਂ ਦਾ ਸੀ, ਨੇ ਅੱਜ ਪਹਿਲੇ ਜਥਿਆਂ ਨਾਲੋਂ ਅਨੋਖੇ ਢੰਗ ਨਾਲ ਗ੍ਰਿਫਤਾਰੀ ਦੇਣ ਲਈ ਚਾਲੇ ਪਾਏ। ਇਸ ਦਿਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਤੋਂ ਇਲਾਵਾ ਕਿਸੇ ਵੀ ਕਿਸਮ ਦਾ ਕੋਈ ਨਾਰਾ ਨਹੀਂ ਲਾਇਆ ਗਿਆ। ਕੇਵਲ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੀ ਕੋਤਵਾਲੀ ਨੂੰ ਕੂਚ ਕੀਤਾ। ਬੇਅੰਤ ਸੰਗਤਾਂ ਸੜਕ ਦੇ ਦੁਵੱਲੇ ਅਤੇ ਸੜਕ ਨਾਲ ਲੱਗਦੇ ਮਕਾਨਾਂ ਉਪਰ ਖੜੋ ਕੇ ਮਹਾਂਪੁਰਖਾਂ ਦੀ ਅਗਵਾਈ ਵਿਚ ਜਾ ਰਹੇ ਇਸ ਅਨੋਖੇ ਜਥੇ ਦੇ ਦਰਸ਼ਨ ਕਰ ਰਹੀਆਂ ਸਨ। ਹਰ ਪ੍ਰਾਣੀ ਇਹ ਜਾਣਨ ਲਈ ਉਤਸੁਕ ਸੀ ਕਿ ਐਡੇ ਵੱਡੇ ਜਥੇ ਦੀ, ਜਿਸ ਵਿਚ ਕੋਈ ਵੀ ਨਾਰਾ ਨਹੀਂ ਲੱਗ ਰਿਹਾ, ਕੇਵਲ ਸਤਨਾਮ ਵਾਹਿਗੁਰੂ ਦੀਆਂ ਧੁਨੀਆਂ ਹੀ ਗੂੰਜ ਰਹੀਆਂ ਹਨ, ਕਿਹੜਾ ਮਹਾਂਪੁਰਸ਼ ਅਗਵਾਈ ਕਰ ਰਿਹਾ ਹੈ। ਬਹੁਤ ਸਾਰੇ ਪ੍ਰੇਮੀ, ਜੋ ਕਿ ਕੇਵਲ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਇਸ ਜਥੇ ਨੂੰ ਵਿਦਾਇਗੀ ਦੇਣ ਲਈ ਹੀ ਆਏ ਸਨ, ਉਹ ਵੀ ਗ੍ਰਿਫਤਾਰੀ ਦੇਣ ਲਈ ਨਾਲ ਹੀ ਤਿਆਰ ਹੋ ਗਏ। ਵਾਪਸ ਘਰਾਂ ਨੂੰ ਪਰਤਣ ਦਾ ਖਿਆਲ ਹੀ ਭੁੱਲ ਗਿਆ। ਅਗਾਂਹ ਕੁਤਰਾਗ ਪਿੱਛਾ ਫੇਰਨਾ ਮੋਢੜਾ ਵਾਲੀ ਗੱਲ ਹੀ ਬਣੀ ਕਿ ਜੇ ਬਾਬਾ ਜੀ ਐਡੀ ਵਡੇਰੀ ਉਮਰ ਵਿਚ ਗ੍ਰਿਫਤਾਰੀ ਦੇਣ ਜਾ ਸਕਦੇ ਹਨ, ਤਦ ਅਸੀਂ ਜੋ ਸਰੀਰ ਕਰਕੇ ਕਾਫ਼ੀ ਤਕੜੇ ਹਾਂ, ਕਿਸ ਮੂੰਹ ਨਾਲ ਵਾਪਸ ਜਾਈਏ। ਸ਼ਾਮ ਪੈਣ ਵਾਲੀ ਸੀ। ਸਾਰਾ ਜਥਾ ਕੋਤਵਾਲੀ ਪੁੱਜ ਗਿਆ। ਕਰਮਚਾਰੀਆਂ ਨੇ ਸਿੰਘਾਂ ਦੇ ਗ੍ਰਿਫਤਾਰੀ ਵਾਰੰਟ ਬਣਾਉਣੇ ਆਰੰਭ ਕਰ ਦਿੱਤੇ। ਰਾਤ 9 ਵਜੇ ਦੇ ਕਰੀਬਨ ਸੰਗਤ ਨੇ ਕੋਤਵਾਲੀ ਅੰਦਰ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਵਿਚੋਂ ਆਇਆ ਪ੍ਰਸ਼ਾਦਾ ਛਕਿਆ। ਜਥੇ ਨੂੰ ਵਿਦਾ ਕਰਨ ਆਈ ਸੰਗਤ ਵੀ ਅਜੇ ਕੋਤਵਾਲੀ ਹੀ ਸੀ। ਬਾਬਾ ਜੀ 4-5 ਸਿੰਘਾਂ ਨਾਲ ਇਕ ਛੋਟੇ ਕਮਰੇ ਵਿਚ ਬੈਠੇ ਸਨ। ਆਪ ਜੀ ਨੇ ਰਹਿਰਾ ਸਾਹਿਬ ਦਾ ਪਾਠ ਕਰਨ ਉਪਰੰਤ ਜਲ ਪਾਣੀ ਛਕਿਆ। 10 ਵਜੇ ਤੱਕ ਸਾਰੀ ਸਰਕਾਰੀ ਕਾਰਵਾਈ ਪੂਰੀ ਹੋ ਗਈ। ਬਾਬਾ ਜੀ ਨੂੰ ਮੁਖੀ ਸਿੰਘਾਂ ਨੇ ਦੱਸਿਆ ਜੀ ਕਿ ਸਾਰੀ ਤਿਆਰੀ ਹੋ ਗਈ ਹੈ, ਸੰਗਤ ਨੂੰ ਬਠਿੰਡਾ ਜੇਲ੍ਹ ਵਿਚ ਲਿਜਾਇਆ ਜਾਵੇਗਾ। ਆਪ ਜੀ ਨੇ ਕਿਹਾ ਕਿ ਜਿੱਥੇ ਇਨ੍ਹਾਂ ਦੀ ਮਰਜ਼ੀ ਹੈ ਲੈ ਚੱਲਣ, ਤੁਸੀਂ ਸਾਰੀ ਸੰਗਤ ਨੂੰ ਸਾਡੀ ਵੱਲੋਂ ਬੇਨਤੀ ਕਰ ਦੇਵੋ ਕਿ ਉਹ ਬੱਸਾਂ ਵਿਚ ਬੈਠ ਜਾਣ ਅਤੇ ਸਾਰੇ ਰਸਤੇ ਵਿਚ ਬੇਨਤੀ ਚੌਪੀ ਸਾਹਿਬ ਦੇ ਪਾਠ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਹੀ ਕਰਨਾ ਹੈ, ਕਿਸੇ ਕਿਸਮ ਦੀਆਂ ਫਾਲਤੂ ਗੱਲਾਂ ਨਹੀਂ ਕਰਨੀਆਂ। ਸਾਰੀ ਸੰਗਤ ਤੱਕ ਬਾਬਾ ਜੀ ਦਾ ਇਹ ਸੁਨੇਹਾ ਪਹੁੰਚਾ ਦਿੱਤਾ ਗਿਆ। ਸੰਗਤ ਜਾਪ ਕਰਦੀ ਹੋਈ ਬੱਸਾਂ ਵਿਚ ਬੈਠ ਗਈ। ਬਾਬਾ ਜੀ ਅਤੇ ਹੁਣ ਬਾਬਾ ਜੀ ਦੇ ਉੱਤਰਾਧਿਕਾਰੀ ਜੋ ਬਾਬਾ ਸੇਵਾ ਸਿੰਘ ਜੀ ਇੱਕ ਬੱਸ ਵਿਚ ਡਰਾਈਵਰ ਦੀ ਸੀਟ ਦੇ ਪਿਛਲੇ ਪਾਸੇ 3 ਸਵਾਰੀਆਂ ਵਾਲੀ ਸੀਟ ਉੱਤੇ ਬੈਠ ਗਏ। ਗਰਮੀ ਹੋਣ ਕਾਰਨ ਬਾਬਾ ਸੇਵਾ ਸਿੰਘ ਜੀ ਬਾਬਾ ਜੀ ਨੂੰ ਪੱਖੀ ਝੱਲਣ ਦੀ ਸੇਵਾ ਕਰਨ ਲੱਗ ਪਏ। ਇੰਨੇ ਚਿਰ ਨੂੰ ਜਸਜੀਤ ਸਿੰਘ ਹੋਰੀ ਸਾਹਿਬ ਬਗੀਚਾ ਸਿੰਘ ਜੀ ਦੇ ਨਾਲ ਆਏ ਤੇ ਆਖਣ ਲੱਗੇ ਕਿ ਬਾਬਾ ਜੀ, ਆਪ ਜੀ ਬੱਸ ਬਦਲ ਲਵੋ, ਕਿਉਂਕਿ ਇਸ ਬੱਸ ਦੇ ਡਰਾਈਵਰ ਨੇ ਸਾਡੇ ਸਾਹਮਣੇ ਕਾਫੀ ਸਾਰੀ ਅਫੀਮ ਖਾਧੀ ਹੈ ਤੇ ਹੁਣ ਨਸ਼ਾ ਵਧਾਉਣ ਲਈ ਤੰਬਾਕੂ ਆਦਿਕ ਮਲ ਰਿਹਾ ਹੈ, ਕਿਤੇ ਇਹ ਐਕਸੀਡੈਂਟ ਹੀ ਨਾ ਕਰ ਦੇਵੇ। ਬਾਬਾ ਜੀ ਨੇ ਉੱਤਰ ਦਿੱਤਾ ਕਿ ਫਿਕਰ ਨਾ ਕਰੋ, ਸ਼ਾਇਦ ਇਸੇ ਤਰ੍ਹਾਂ ਹੀ ਇਸ ਦਾ ਭਲਾ ਹੋਣਾ ਹੋਵੇ।
ਦੂਸਰਾ ਹੁਣ ਦੇਰੀ ਨਾ ਕਰੋ, ਜਲਦੀ ਚਾਲੇ ਪਾ ਦੇਵੋ ਤਾਂ ਜੋ ਸਵੇਰ ਦੇ ਨਿਤਨੇਮ ਦੇ ਵਕਤ ਕਿਸੇ ਟਿਕਾਣੇ ਪੁੱਜ ਜਾਈਏ। ਜੈਕਾਰਿਆਂ ਦੀ ਗੂੰਜ ਵਿਚ 30-31 ਬੱਸਾਂ ਵਿਚ ਸੰਗਤ ਨੇ ਚਾਲੇ ਪਾ ਦਿੱਤੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਰਨ ਤਾਰਨ ਸਾਹਿਬ, ਹਰੀਕੇ ਪੱਤਣ, ਮੋਗਾ ਵਿਚ ਦੀ ਬੱਸਾਂ ਅਜੇ ਭਾਈ ਭਗਤਾ ਕਸਬੇ ਤੋਂ ਪਿੱਛੇ ਹੀ ਪੁੱਜੀਆਂ ਸਨ ਕਿ ਸੜਕ ਵਿਚਕਾਰ ਡਰੰਮ ਅਤੇ ਲੱਕੜਾਂ ਸੁੱਟ ਕੇ ਸੜਕ ਬੰਦ ਕੀਤੀ ਹੋਈ ਸੀ। ਬੱਸਾਂ ਰੁਕ ਗਈਆਂ। ਬੱਸਾਂ ਦੀ ਲਾਈਟ ਵਿਚ ਜਿੱਥੇ ਤੱਕ ਨਿਗਾਹ ਜਾਂਦੀ ਸੀ ਪੁਲਿਸ ਅਤੇ CRPF ਹੀ ਦਿਸ ਰਹੀ ਸੀ। ਬਾਬਾ ਜੀ ਨੇ ਬੱਸਾਂ ਰੁਕਣ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੂੰ ਦੱਸਿਆ ਗਿਆ ਕਿ ਅਜੇ ਤੱਕ ਕਿਸੇ ਕਾਰਨ ਦਾ ਪਤਾ ਨਹੀਂ ਲੱਗਾ, ਪਰ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਪੁਲਿਸ ਹੀ ਪੁਲਿਸ ਹੈ। ਆਪ ਜੀ ਨੇ ਹੁਕਮ ਕੀਤਾ ਕਿ ਇਨ੍ਹਾਂ ਨੂੰ ਪੁੱਛੋ ਕਿ ਕੀ ਚਾਹੁੰਦੇ ਹਨ। ਇੰਨੇ ਚਿਰ ਨੂੰ 1-2 ਮੁਖੀ ਸਿੰਘਾਂ ਨਾਲ ਪੁਲਿਸ ਦੇ ਉੱਚ ਅਧਿਕਾਰੀ ਬਾਬਾ ਜੀ ਪਾਸ ਬੱਸ ਵਿਚ ਆ ਗਏ ਤੇ ਕਹਿਣ ਲੱਗੇ ਕਿ ਸਾਡੇ ਪਾਸ ਜੇਲ੍ਹ ਵਿਚ ਜਗ੍ਹਾ ਨਹੀਂ ਹੈ, ਇਸ ਕਰਕੇ ਅਸੀਂ ਤੁਹਾਨੂੰ ਜੇਲ੍ਹ ਵਿਚ ਨਹੀਂ ਲਿਜਾ ਸਕਦੇ। ਜੇਕਰ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਤਾਂ ਇਹੀ ਬੱਸਾਂ ਜਿੱਥੇ ਆਖੋ ਉੱਥੇ ਛੱਡ ਆਉਣਗੀਆਂ, ਪਰ ਇਹ ਜੇ ਵਾਪਸ ਨਹੀਂ ਜਾਣਾ ਤਾਂ ਸਾਰੀਆਂ ਬੱਸਾਂ ਖਾਲੀ ਕਰ ਦੇਵੋ। ਬਾਬਾ ਜੀ ਨੇ ਸਾਰੀ ਗੱਲ ਸੁਣ ਕੇ ਉੱਤਰ ਦਿੱਤਾ ਕਿ ਭਾਈ, ਅਸੀਂ ਸਰਬ ਸੰਗਤ ਦੀ ਹਾਜ਼ਰੀ ਵਿਚ ਸਤਿਗੁਰੂ ਜੀ ਅੱਗੇ ਜੇਲ੍ਹ ਜਾਣ ਦੀ ਅਰਦਾਸ ਕੀਤੀ ਹੋਈ ਹੈ, ਸੋ ਅਸੀਂ ਉਨਾ ਚਿਰ ਬੱਸਾਂ ਖਾਲੀ ਨਹੀਂ ਕਰਾਂਗੇ ਜਿੰਨਾ ਚਿਰ ਤੁਸੀਂ ਸਾਨੂੰ ਜੇਲ੍ਹ ਵਿਚ ਨਹੀਂ ਲੈ ਜਾਂਦੇ। ਸਾਡਾ ਇਹ ਪੱਕਾ ਫੈਸਲਾ ਹੈ। ਉਹ ਅਧਿਕਾਰੀ ਵਾਪਸ ਚਲੇ ਗਏ। ਕੁਝ ਸਿੰਘਾਂ ਦੀ ਬਾਬਾ ਜੀ ਨੇ ਡਿਊਟੀ ਲਗਾ ਦਿੱਤੀ ਕਿ ਸਾਰੀਆਂ ਬੱਸਾਂ ਵਿਚਲੀਆਂ ਸੰਗਤਾਂ ਨੂੰ ਸੂਚਿਤ ਕਰ ਦੇਵੋ ਕਿ ਕੋਈ ਵੀ ਬੱਸ ਖਾਲੀ ਨਾ ਕੀਤੀ ਜਾਵੇ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਜਾਰੀ ਰੱਖੋ। ਕੁਝ ਸਿੰਘਾਂ ਨੇ ਬੱਸਾਂ ਉਪਰ ਚੜ ਕੇ ਉੱਚੀ ਉੱਚੀ ਜਕਾਰੇ ਛੱਡਣੇ ਆਰੰਭ ਕਰ ਦਿੱਤੇ। ਇਸ ਵੇਲੇ ਤੱਕ ਤੜਕੇ 4 ਵਜੇ ਦਾ ਸਮਾਂ ਹੋ ਚੁੱਕਾ ਸੀ। ਸਾਰੀ ਸੰਗਤ ਨੇ ਇਹ ਦ੍ਰਿੜ ਫੈਸਲਾ ਕਰ ਲਿਆ ਕਿ ਜੇਕਰ ਪੁਲਿਸ ਨੇ ਜਬਰੀ ਬੱਸਾਂ ਖਾਲੀ ਕਰਾਉਣ ਦਾ ਯਤਨ ਕੀਤਾ ਤਦ ਵੀ ਬੱਸਾਂ ਖਾਲੀ ਨਹੀਂ ਕੀਤੀਆਂ ਜਾਣਗੀਆਂ। ਨੇੜੇ ਦੇ ਪਿੰਡਾਂ ਵਿਚ ਕੁਝ ਤਾਂ ਜਕਾਰਿਆਂ ਦੀ ਗੂੰਜ ਰਾਹੀਂ ਤੇ ਕੁਝ ਸੜਕ ਦੇ ਆਉਣ ਜਾਣ ਵਾਲੇ ਪ੍ਰੇਮੀਆਂ ਰਾਹੀਂ ਪਤਾ ਲੱਗ ਗਿਆ ਕਿ ਕੇਸਰ ਸਿੰਘ ਵਾਲਾ ਦੇ ਮਿਡਲ ਸਕੂਲ ਦੇ ਲਾਗੇ ਸਿੱਖ ਸੰਗਤਾਂ ਦਾ ਇਕ ਬਹੁਤ ਵੱਡਾ ਜਥਾ ਜੋ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫ਼ਤਾਰ ਕਰਕੇ ਬਠਿੰਡਾ ਜੇਲ੍ਹ ਲਿਜਾਇਆ ਜਾ ਰਿਹਾ ਸੀ, ਉਸ ਨੂੰ ਪੁਲਿਸ ਨੇ ਰੋਕਿਆ ਹੋਇਆ ਹੈ ਅਤੇ ਕਾਫ਼ੀ ਤਣਾਅ ਵਾਲਾ ਵਾਤਾਵਰਣ ਬਣਿਆ ਹੋਇਆ ਹੈ। ਉਧਰ ਸਤਿਗੁਰੂ ਜੀ ਨੇ ਨਗਰ ਦੀਆਂ ਸੰਗਤਾਂ ਨੂੰ ਐਸੀ ਪ੍ਰੇਰਣਾ ਦਿੱਤੀ ਕਿ ਸੰਗਤਾਂ ਚਾਹ ਦੁੱਧ ਦੀਆਂ ਗਾਗਰਾਂ ਲੈ ਕੇ ਆਉਣ ਲੱਗ ਪਈਆਂ। ਕੁਝ ਪ੍ਰੇਮੀ ਕੇਸਰ ਸਿੰਘ ਵਾਲਾ ਤੋਂ ਜਾ ਕੇ ਡਬਲ ਰੋਟੀਆਂ ਲੈ ਆਏ। ਸ਼ਹਿਰ ਦੁੱਧ ਲਿਜਾ ਰਹੇ ਦੁੱਧੀਆਂ ਨੇ ਵੀ ਆਪਣਾ ਦੁੱਧ ਚਾਹ ਦੀਆਂ ਗਾਗਰਾਂ ਵਿਚ ਰਲਾ ਕੇ ਸੰਗਤਾਂ ਨੂੰ ਛਕਾਉਣਾ ਸ਼ੁਰੂ ਕਰ ਦਿੱਤਾ। ਤਕਰੀਬਨ 5:30 ਵਜੇ ਤੱਕ ਸਾਰੇ ਜਥੇ ਨੂੰ ਚਾਹ, ਦੁੱਧ ਅਤੇ ਡਬਲ ਰੋਟੀਆਂ ਨਾਲ ਆਨੰਦਿਤ ਕਰ ਦਿੱਤਾ ਗਿਆ। ਹੁਣ ਦਿਨ ਦਾ ਚੜਾਅ ਹੋ ਚੁੱਕਾ ਸੀ। ਇਕ ਸਿੰਘ ਨੂੰ ਭੇਜ ਕੇ ਬਾਬਾ ਜੀ ਨੇ ਮੁਖੀ ਸਿੰਘਾਂ ਨੂੰ ਆਪਣੇ ਪਾਸ ਸੱਦਿਆ ਅਤੇ ਨਵੀਂ ਸਥਿਤੀ ਬਾਰੇ ਪੁੱਛਿਆ। ਸਿੰਘਾਂ ਨੇ ਦੱਸਿਆ ਕਿ ਅਫਸਰ ਆਪਣੇ ਫੈਸਲੇ ਤੇ ਬਜਿਦ ਹਨ ਕਿ ਜਾਂ ਤਾਂ ਵਾਪਸ ਚਲੇ ਜਾਓ ਜਾਂ ਬੱਸਾਂ ਖਾਲੀ ਕਰ ਦਿਓ। 2-3 ਮਿੰਟ ਦੇ ਮਸ਼ਵਰੇ ਪਿੱਛੋਂ ਇਹ ਗੁਰਮਤਾ ਹੋ ਗਿਆ ਕਿ ਸਾਰੀਆਂ ਬੱਸਾਂ ਸੜਕ ਤੋਂ ਲਾਹ ਕੇ ਮਿਡਲ ਸਕੂਲ ਦੇ ਅਹਾਤੇ ਵਿਚ ਖੜੀਆਂ ਕਰ ਦਿੱਤੀਆਂ ਜਾਣ ਅਤੇ ਇਨ੍ਹਾਂ ਉਪਰ ਕਬਜ਼ਾ ਕਰਕੇ ਸਕੂਲ ਵਿਚ ਹੀ ਦੀਵਾਨ ਸਜਾ ਦਿੱਤਾ ਜਾਵੇ। ਇਸ ਗੁਰਮਤੇ ਤੋਂ ਬਾਅਦ ਸਿੰਘਾਂ ਨੇ ਅਗਲੀਆਂ ਬੱਸਾਂ ਦੇ ਡਰਾਈਵਰਾਂ ਨੂੰ ਬਾਬਾ ਜੀ ਦਾ ਫੈਸਲਾ ਦੱਸ ਦਿੱਤਾ ਅਤੇ ਪਿੱਛੇ ਵੀ ਖ਼ਬਰ ਜਾ ਭੇਜੀ, ਸਾਰੀਆਂ ਬੱਸਾਂ ਸਾਡੇ ਮਗਰ ਲੈ ਆਓ। ਡਰਾਈਵਰਾਂ ਨੇ ਬੱਸਾਂ ਸਟਾਰਟ ਕੀਤੀਆਂ। ਪੁਲਿਸ ਵਾਲੇ ਇਕਦਮ ਸਾਵਧਾਨ ਹੋ ਗਏ ਕਿ ਸ਼ਾਇਦ ਇਹ ਬੱਸਾਂ ਅਗਾਂਹ ਤੋਰਨ ਲੱਗੇ ਹਨ, ਪਰ ਹੋਇਆ ਉਨ੍ਹਾਂ ਦੇ ਅੰਦਾਜ਼ੇ ਤੋਂ ਉਲਟ। ਸਿੰਘਾਂ ਨੇ ਜੈਕਾਰੇ ਛੱਡਦਿਆਂ ਹੋਇਆਂ ਬੱਸਾਂ 1-1 ਕਰਕੇ ਸਕੂਲ ਵਿਚ ਖੜੀਆਂ ਕਰਨੀਆਂ ਆਰੰਭ ਕਰ ਦਿੱਤੀਆਂ। ਪੁਲਿਸ ਨੇ ਰੋਕਣ ਦਾ ਯਤਨ ਕੀਤਾ, ਪਰ ਜਥੇ ਦੇ ਸਿੰਘ ਪੁਲਿਸ ਦੇ ਅੱਗੇ ਦੋਹਰੀ ਤੇਰੀ ਦੀਵਾਰ ਬਣ ਕੇ ਖਲੋ ਗਏ, ਜਿਸ ਸਦਕਾ ਪੁਲਿਸ ਦੀ ਕੋਈ ਵੀ ਪੇਸ਼ ਨਾ ਗਈ। ਬੱਸਾਂ ਸਕੂਲ ਦੇ ਅਹਾਤੇ ਵਿਚ ਖੜੀਆਂ ਕਰ ਦਿੱਤੀਆਂ ਗਈਆਂ ਅਤੇ ਸਕੂਲ ਇਕ ਬਹੁਤ ਵੱਡੇ ਬੱਸ ਸਟੈਂਡ ਦੀ ਤਰ੍ਹਾਂ ਲੱਗਣ ਲੱਗ ਪਿਆ। ਇੰਨੇ ਚਿਰ ਤੱਕ ਉਸ ਇਲਾਕੇ ਦੇ ਮੁਖੀ ਸੱਜਣ ਅਤੇ ਹੋਰ ਬੇਅੰਤ ਸੰਗਤਾਂ ਉੱਥੇ ਪੁੱਜ ਚੁੱਕੀਆਂ ਸਨ ਅਤੇ ਇਹ ਸਾਰਾ ਨਜ਼ਾਰਾ ਆਪਣੇ ਅੱਖੀਂ ਵੇਖ ਰਹੇ ਸਨ। ਬਾਬਾ ਜੀ ਪਾਸ ਉਸ ਇਲਾਕੇ ਦੇ ਪਤਵੰਤੇ ਸੱਜਣ ਆਏ ਤੇ ਬੇਨਤੀ ਕੀਤੀ ਕਿ ਆਪ ਜੀ ਭੋਰਾ ਜਿੰਨੀ ਵੀ ਚਿੰਤਾ ਨਾ ਕਰੋ, ਇਹ ਸਾਰਾ ਇਲਾਕਾ ਤੁਹਾਡੇ ਸੇਵਾ ਵਿਚ ਹੈ। ਅਸੀਂ ਥੋੜੇ ਸਮੇਂ ਵਿਚ ਹੀ ਜੋ ਵੀ ਤੁਸੀਂ ਹੁਕਮ ਕਰੋ ਉਸੇ ਤਰ੍ਹਾਂ ਦਾ ਪ੍ਰਬੰਧ ਕਰ ਦਿੰਦੇ ਹਾਂ। ਲੰਗਰ ਤਾਂ ਪਿੰਡਾਂ ਵਿਚੋਂ ਪੱਕਿਆ ਪਕਾਇਆ 2-3 ਘੰਟੇ ਤੱਕ ਆ ਜਾਵੇਗਾ। ਜੇਕਰ ਕਿਸੇ ਵਸਤੂ ਦੀ ਛੇਤੀ ਜ਼ਰੂਰਤ ਹੈ ਤਾਂ ਹੁਕਮ ਕਰੋ। ਬਾਬਾ ਜੀ ਨੇ ਜਥੇ ਦੇ ਸਿੰਘਾਂ ਨਾਲ ਸਲਾਹ ਕਰਕੇ ਪ੍ਰੋਗਰਾਮ ਬਣਾਇਆ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਲਿਆ ਕੇ ਸਕੂਲ ਦੇ ਕਿਸੇ ਚੰਗੇ ਕਮਰੇ ਵਿਚ ਸਫਾਈ ਆਦਿ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ ਜਾਵੇ ਤੇ ਬਾਹਰ ਖੁੱਲੇ ਥਾਂ ਦੀਵਾਨ ਸਜਾ ਦਿੱਤਾ ਜਾਵੇ। ਇਸ ਤਰ੍ਹਾਂ ਇਕ ਤਾਂ ਗੁਰਮਤ ਦਾ ਪ੍ਰਚਾਰ ਹੋਵੇਗਾ, ਦੂਸਰਾ ਜਥੇ ਦੀ ਸੰਗਤ ਫਾਲਤੂ ਗੱਲਾਂ ਵਿਚ ਅਜਾਈ ਸਮਾਂ ਗਵਾਉਣ ਦੀ ਜਗ੍ਹਾ ਗੁਰਬਾਣੀ ਤਥਾ ਕੀਰਤਨ ਸੁਣ ਕੇ ਲਾਹਾ ਪ੍ਰਾਪਤ ਕਰੇਗੀ। ਆਪ ਜੀ ਨੇ ਇਲਾਕੇ ਦੇ ਮੁਖੀਆਂ ਨੂੰ ਬੇਨਤੀ ਕੀਤੀ ਕਿ ਸਭ ਤੋਂ ਪਹਿਲਾਂ ਤੁਸੀਂ ਸਤਿਗੁਰ ਜੀ ਦਾ ਪ੍ਰਕਾਸ਼ ਕਰਨ ਲਈ ਲੋੜੀਂਦੇ ਸਮਾਨ ਅਤੇ ਸਕੂਲ ਦੇ ਕਿਸੇ ਚੰਗੇ ਕਮਰੇ ਦਾ ਪ੍ਰਬੰਧ ਕਰ ਦੇਵੋ। ਸਾਡਾ ਪ੍ਰੋਗਰਾਮ ਉਸ ਕਮਰੇ ਵਿਚ ਸਫਾਈ ਆਦਿ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਦੀਵਾਨ ਆਰੰਭ ਕਰ ਦੇਣ ਦਾ ਹੈ। ਇਹ ਸੁਣ ਕੇ ਇਲਾਕੇ ਵਾਲੇ ਪ੍ਰੇਮੀ ਬਹੁਤ ਹੀ ਪ੍ਰਸੰਨ ਹੋਏ ਅਤੇ ਕਹਿਣ ਲੱਗੇ ਕਿ ਸਾਡੇ ਵੀ ਧੰਨ ਭਾਗ ਹਨ ਜੋ ਸਾਨੂੰ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਵੇਗਾ। ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਲਈ ਨਗਰ ਨੂੰ ਚਲੇ ਗਏ
ਅਤੇ ਕੁਝ ਸਕੂਲ ਦਾ ਕਮਰਾ ਖੋਲ੍ਹ ਕੇ ਸਫਾਈ ਕਰਨ ਲੱਗ ਪਏ। ਸਕੂਲ ਦੀ ਇੱਕ ਨੁੱਕਰੇ ਛੋਟਾ ਜਿਹਾ ਕਮਰਾ ਸੀ ਜਿੱਥੇ ਸਕੂਲ ਦਾ ਸੇਵਾਦਾਰ ਰਹਿੰਦਾ ਸੀ। ਉਸ ਕਮਰੇ ਵਿੱਚ ਸੰਗਤ ਨੇ ਬਾਬਾ ਜੀ ਦਾ ਆਸਣ ਲਾ ਦਿੱਤਾ। ਸਤਿਗੁਰੂ ਜੀ ਦੇ ਆਉਣ ਤੱਕ ਬਾਬਾ ਜੀ ਨੇ ਆਰਾਮ ਕੀਤਾ। ਇਧਰ ਕਮਰੇ ਦੀ ਸਫਾਈ ਆਦਿ ਕਰਕੇ ਸਤਿਗੁਰੂ ਜੀ ਦੇ ਪ੍ਰਕਾਸ਼ ਕਰਨ ਲਈ ਸਾਰੀ ਤਿਆਰੀ ਕਰ ਲਈ ਗਈ। ਉਧਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਸੰਗਤਾਂ ਨੇ ਲੈ ਆਂਦਾ। ਜਥੇ ਦੀ ਸੰਗਤ ਨੇ ਜੈਕਾਰੇ ਛੱਡ ਕੇ ਸਤਿਗੁਰੂ ਜੀ ਦਾ ਸਵਾਗਤ ਕੀਤਾ। ਸੰਗਤ ਨੂੰ ਵੀ ਪਤਾ ਲੱਗ ਗਿਆ ਸੀ ਕਿ ਅਸੀਂ ਹੁਣ ਇੱਥੇ ਹੀ ਟਿਕਣਾ ਹੈ। ਲਾਊਡ ਸਪੀਕਰ ਵੀ ਨਗਰ ਵਾਲੇ ਨਾਲ ਹੀ ਲੈ ਆਏ। ਸਤਿਗੁਰੂ ਜੀ ਦਾ ਪ੍ਰਕਾਸ਼ ਕਰਕੇ ਸਾਰੀ ਸੰਗਤ ਨੂੰ ਪ੍ਰੋਗਰਾਮ ਤੋਂ ਜਾਣੂ ਕਰਵਾ ਦਿੱਤਾ ਗਿਆ। 10:30 ਵਜੇ ਦੇ ਕਰੀਬਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਦੀ ਅਰਦਾਸ ਹੋਈ। ਜਥੇ ਵਿਚ ਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਸਿੰਘ ਕਾਫੀ ਸਨ। ਜਦੋਂ ਪਾਠੀ ਸਿੰਘਾਂ ਦੇ ਨਾਂ ਲਿਖੇ ਗਏ ਤਾਂ ਇਹ ਲੋੜੀਂਦੇ ਪਾਠੀਆਂ ਤੋਂ ਬਹੁਤ ਜ਼ਿਆਦਾ ਸਨ। ਜਦ ਬਾਬਾ ਜੀ ਨੂੰ ਇਸ ਬਾਰੇ ਦੱਸਿਆ ਤਾਂ ਆਪ ਜੀ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਨਾਲ ਦੇ ਕਮਰਿਆਂ ਵਿਚ ਬੇਨਤੀ ਚੌਪੀ ਅਤੇ ਮੂਲ ਮੰਤਰ ਦੇ ਅਖੰਡ ਜਾਪ ਆਰੰਭ ਕਰ ਦੇਵੋ। ਥੋੜੇ ਚਿਰ ਬਾਅਦ ਹੀ ਦੋ ਹੋਰ ਕਮਰਿਆਂ ਦੀ ਸਫਾਈ ਕਰਕੇ ਵਿਛਾਈ ਕਰਕੇ ਬੇਨਤੀ ਚੌਪੀ ਅਤੇ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ ਗਿਆ। ਉਧਰ ਪਿੰਡਾਂ ਵਿਚੋਂ ਸੰਗਤਾਂ ਨੇ ਜਥੇ ਵਾਸਤੇ ਲੰਗਰ ਪਕਾ ਕੇ ਦਾਲਾਂ ਸਬਜ਼ੀਆਂ ਦੀਆਂ ਦੇਗਾਂ ਭਰ ਕੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਹਰ ਨਗਰ ਵਿਚੋਂ ਬੇਅੰਤ ਦੁੱਧ ਆਉਣ ਲੱਗ ਪਿਆ। ਕੁਝ ਪ੍ਰੇਮੀ ਬਾਲਣ ਦੀਆਂ ਟਰਾਲੀਆਂ, ਸੁੱਕੀ ਰਸਤ ਅਤੇ ਵੱਡੇ ਵੱਡੇ ਕੜਾਹੇ ਅਤੇ ਦੇਗਾਂ ਲੈ ਆਏ। ਸੰਗਤਾਂ ਨੇ ਕੜਾਹੇ ਰੱਖਣ ਵਾਸਤੇ ਭੱਟੀਆਂ ਪੁੱਟ ਕੇ ਉੱਪਰ ਕੜਾਹੇ ਰੱਖ ਲਏ ਅਤੇ ਜਿੰਨਾ ਦੁੱਧ ਆਇਆ ਉਹ ਇੱਕ ਕੜਾਹੇ ਵਿਚ ਪਾ ਕੇ ਉਬਾਲ ਲਿਆ ਅਤੇ ਸੰਗਤਾਂ ਵਿਚ ਵਰਤਾਉਣਾ ਸ਼ੁਰੂ ਕਰ ਦਿੱਤਾ। ਪ੍ਰਸ਼ਾਦੇ ਸਬਜ਼ੀ ਦੇ ਨਾਲ ਪਾਣੀ ਦੀ ਜਗ੍ਹਾ ਖੁੱਲਾ ਦੁੱਧ ਵਰਤਣ ਲੱਗ ਪਿਆ। ਬਾਅਦ ਵਿਚ ਆਇਆ ਦੁੱਧ ਦੂਸਰੇ ਕੜਾਹੇ ਵਿਚ ਪਾ ਕੇ ਉਬਾਲ ਲਿਆ। ਜਦੋਂ ਬੱਚੇ ਵੀ ਬਸਤੇ ਲੈ ਕੇ ਸਕੂਲ ਪੜ੍ਹਨ ਆਏ ਪਰ ਸਕੂਲ ਵਿਚ ਤਾਂ ਹੋਰ ਹੀ ਰੰਗ ਬੱਝਾ ਹੋਇਆ ਸੀ। ਜਿਨ੍ਹਾਂ ਕਮਰਿਆਂ ਵਿਚ ਉਹ ਪੜ੍ਹਨ ਲਈ ਬੈਠਦੇ ਸਨ ਉਨ੍ਹਾਂ ਵਿਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਅਤੇ ਗੁਰਬਾਣੀ ਦੇ ਅਖੰਡ ਜਾਪ ਚੱਲ ਰਹੇ ਸਨ। ਗਰਾਊਂਡ ਜਿਸ ਵਿਚ ਉਹ ਵਿਹਲੇ ਸਮੇਂ ਖੇਡਿਆ ਕਰਦੇ ਸਨ ਸੰਗਤ ਦੀਆਂ ਪੰਗਤਾਂ ਨਾਲ ਭਰੀ ਹੋਈ ਹੈ। ਸਾਰੇ ਬੱਚੇ ਹੈਰਾਨ ਸਨ ਕਿ ਰਾਤੋ ਰਾਤ ਇਹ ਕੀ ਖੇਡ ਵਰਤ ਗਈ। ਉਂਝ ਬੜੇ ਖੁਸ਼ ਸਨ ਕਿ ਸਕੂਲ ਤੋਂ ਛੁੱਟੀ ਹੋ ਗਈ। ਇਲਾਕੇ ਦੀ ਸੰਗਤ ਜੋ ਸੁੱਕੀ ਰਸਦ ਲੈ ਕੇ ਆਉਂਦੀ ਉਸ ਨੂੰ ਇਕ ਕਮਰੇ ਵਿਚ ਸਟੋਰ ਕਰ ਲਿਆ ਜਾਂਦਾ ਕਿਉਂਕਿ ਸੰਗਤਾਂ ਬੜੇ ਚਾਓ ਨਾਲ ਪਿੰਡਾਂ ਵਿਚੋਂ ਹੀ ਲੰਗਰ ਪਕਾ ਕੇ ਟਰਾਲੀਆਂ ਭਰ ਕੇ ਲੈ ਆਉਂਦੀਆਂ ਜੋ ਕਿ ਜਥੇ ਦੇ ਵਰਤਣ ਤੋਂ ਵੀ ਵੱਧ ਜਾਂਦਾ। 5 ਦਿਨ ਇਸ ਅਸਥਾਨ ਤੇ ਕੋਈ ਲੰਗਰ ਨਹੀਂ ਪਕਾਇਆ। ਸਤਿਗੁਰੂ ਜੀ ਦੀ ਐਸੀ ਮਿਹਰ ਸੀ ਕਿ ਸੰਗਤਾਂ ਨੂੰ ਆਪ ਹੀ ਪ੍ਰੇਰਣਾ ਦੇ ਕੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਜਥੇ ਵਾਸਤੇ ਭੇਜੀ ਜਾਂਦੇ। ਦੁਪਹਿਰ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਸਰਾ ਸਰੂਪ ਲਿਆ ਕੇ ਸਕੂਲ ਦੇ ਅਹਾਤੇ ਵਿਚ ਚਾਨਣੀਆਂ ਸਜਾ ਕੇ ਪ੍ਰਕਾਸ਼ ਕਰ ਲਿਆ ਅਤੇ ਦੀਵਾਨ ਆਰੰਭ ਹੋ ਗਿਆ। ਕੀਰਤਨੀਏ ਅਤੇ ਢਾਡੀ ਸਿੰਘ ਬੇਅੰਤ ਆ ਗਏ। ਸੰਗਤ ਹੇਠ ਝੋਨੇ ਦੀ ਪਰਾਲੀ ਜੋ ਕਿ ਨਜ਼ਦੀਕੀ ਖੇਤਾਂ ਵਾਲਿਆਂ ਨੇ ਲੈ ਆਂਦੀ ਸੀ ਵਿਛਾ ਦਿੱਤੀ। ਮਨੁੱਖ ਦੇਖ ਕੇ ਹੈਰਾਨ ਰਹਿ ਜਾਂਦਾ ਸੀ ਕਿ ਇੰਨੀ ਸੰਗਤ ਦਾ ਅਤੇ ਲੰਗਰ ਪਾਣੀ ਦਾ ਪ੍ਰਬੰਧ ਕੌਣ ਚਲਾ ਰਿਹਾ ਹੈ। ਬਸ ਸਾਰੇ ਕੰਮ ਕੋਈ ਗੈਬੀ ਸ਼ਕਤੀ ਹੀ ਕਰਦੀ ਪ੍ਰਤੀਤ ਹੋ ਰਹੀ ਸੀ। ਹਰ ਕੰਮ ਬਹੁਤ ਸੁਚੱਜੇ ਢੰਗ ਨਾਲ ਅਤੇ ਸਮੇਂ ਸਿਰ ਆਪਣੇ ਆਪ ਹੀ ਹੋਈ ਜਾਂਦਾ ਸੀ। 6 ਦਿਨ ਜਥਾ ਇਸ ਅਸਥਾਨ ਤੇ ਠਹਿਰਿਆ। ਕਿਸੇ ਨੇ ਆਪਣੀ ਇੱਛਾ ਨਾਲ ਜਲ ਛਕਿਆ ਹੋਵੇ ਤਾਂ ਉਸ ਦੀ ਮਰਜ਼ੀ, ਪਰ ਪ੍ਰਸ਼ਾਦੇ ਨਾਲ ਉਂਝ ਬਹੁਤੀ ਸੰਗਤ ਦੁੱਧ ਹੀ ਛਕਦੀ ਸੀ। ਸੰਗਤ ਜਿੰਨਾ ਕੁ ਦੁੱਧ ਛਕਦੀ ਉਸ ਨਾਲੋਂ ਵਧੇਰੇ ਹੋਰ ਆ ਜਾਂਦਾ। ਰਾਤ ਨੂੰ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨ ਸਿੰਘ ਨੇਜੇ, ਭਾਲੇ, ਗੰਡਾਸੀਆਂ ਤੇ ਸੋਟੇ ਆਦਿ ਲੈ ਕੇ ਸਾਰੇ ਜਥੇ ਦੇ ਇਰਦ ਗਿਰਦ ਪਹਿਰਾ ਦਿੰਦੇ ਤੇ ਜਥੇ ਦੇ ਸਿੰਘ ਨਿਸ਼ਚਿੰਤ ਹੋ ਕੇ ਆਰਾਮ ਕਰਦੇ। ਪਾਰਸੀ ਜੀਵਨ ਦਾ ਚਮਤਕਾਰ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਉਪਰੰਤ ਕੁਝ ਸੰਗਤ ਨੇੜੇ ਦੇ ਟਿਊਬਵੈੱਲਾਂ ਤੇ ਇਸ਼ਨਾਨ ਕਰਨ ਚਲੀ ਗਈ। ਬਾਬਾ ਜੀ ਆਰਾਮ ਕਰਨ ਲੱਗ ਪਏ। ਕੁਝ ਸੰਗਤ ਦੀਵਾਨ ਦੀ ਹਾਜ਼ਰੀ ਭਰ ਰਹੀ ਸੀ ਤੇ ਕੁਝ ਸਕੂਲ ਦੇ ਦਰਖਤਾਂ ਥੱਲੇ ਪਰਾਲੀ ਵਿਛਾ ਕੇ ਆਰਾਮ ਕਰਨ ਲੱਗ ਪਏ। ਬਾਬਾ ਜੀ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਲਿਖਦੇ ਹਨ ਕਿ ਮੈਂ ਵੀ ਆਪਣਾ ਕਛਹਿਰਾ ਪਰਨਾ ਲੈ ਕੇ ਇੱਕ ਟਿਊਬਵੈੱਲ ਤੇ ਇਸ਼ਨਾਨ ਕਰਨ ਚਲਾ ਗਿਆ। ਅਜੇ ਮੈਂ ਟਿਊਬਵੈੱਲ ਤੋਂ ਕਾਫੀ ਪਿੱਛੇ ਸੀ ਕਿ ਬਾਬਾ ਜੀ ਦੀ ਬੱਸ ਵਾਲਾ ਉਹ ਰਾਤ ਵਾਲਾ ਡਰਾਈਵਰ ਜਿਸ ਦੀ ਬੱਸ ਵਿਚੋਂ ਪ੍ਰਬੰਧਕ ਬਾਬਾ ਜੀ ਨੂੰ ਉਤਰਨ ਵਾਸਤੇ ਕਹਿ ਰਹੇ ਸਨ ਕਿ ਜਿਸ ਨੇ ਬੱਸ ਤੋਰਨ ਤੋਂ ਪਹਿਲਾਂ ਕਾਫੀ ਸਾਰੀ ਅਫੀਮ ਅਤੇ ਜਰਦੇ ਦੇ ਰੂਪ ਵਿਚ ਤੰਬਾਕੂ ਖਾਧਾ ਸੀ ਅਤੇ ਜੋ ਅਫੀਮ ਦਾ ਨਸ਼ਾ ਹੋਰ ਤੇਜ਼ ਹੋ ਜਾਵੇ ਉਹ ਪ੍ਰੇਮੀ ਇਸ਼ਨਾਨ ਕਰਨ ਦੀ ਤਿਆਰੀ ਵਿਚ ਸੀ ਅਤੇ ਅਜੇ ਕੱਪੜੇ ਹੀ ਧੋ ਰਿਹਾ ਸੀ। ਇਕਦਮ ਉੱਠਿਆ ਤੇ ਬਾਬਾ ਸੇਵਾ ਸਿੰਘ ਹੋਰਾਂ ਵੱਲ ਆ ਗਿਆ ਤੇ ਕਹਿਣ ਲੱਗਾ ਕਿ ਭਾਈ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਜੋ ਜ਼ਰੂਰ ਪ੍ਰਵਾਨ ਕਰਨੀ। ਬਾਬਾ ਸੇਵਾ ਸਿੰਘ ਹੋਰਾਂ ਨੇ ਆਖਿਆ, ਵੀਰ ਜੀ ਹੁਕਮ ਕਰੋ। ਉਸ ਨੇ ਕਿਹਾ ਕਿ ਮੈਂ ਅੰਮ੍ਰਿਤ ਛਕਣਾ ਹੈ ਅਤੇ ਮੈਂ ਇਹ ਬੇਨਤੀ ਬਾਕੀਆਂ ਤੋਂ ਅਲੱਗ ਤਾਂ ਕੀਤੀ ਹੈ ਕਿਉਂਕਿ ਮੇਰੇ ਜੀਵਨ ਬਾਰੇ ਮੇਰੇ ਸਾਥੀ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਉਨ੍ਹਾਂ ਨੇ ਮੇਰੀ ਇਹ ਖਾਹਿਸ਼ ਸੁਣ ਕੇ ਮਖੌਲ ਕਰਨਾ ਸੀ ਤੇ ਕਹਿਣਾ ਸੀ ਕਿ ਇਸ ਦੀ ਤਾਂ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਵਾਲੀ ਗੱਲ ਹੈ ਕਿਉਂਕਿ ਐਸਾ ਕੋਈ ਵੀ ਨਸ਼ਾ ਨਹੀਂ ਜਿਹੜਾ ਮੈਂ ਜ਼ਿੰਦਗੀ ਵਿਚ ਨਾ ਕੀਤਾ ਹੋਵੇ। ਮੇਰੇ ਪਰਿਵਾਰ ਦੇ ਮੈਂਬਰਾਂ ਨੇ ਮੈਨੂੰ ਇਹ ਨਸ਼ੇ ਛੱਡਣ ਲਈ ਸੌਹਾਂ ਵੀ ਖਿਲਾਈਆਂ ਪਰ ਮੈਂ ਇਹ ਨਸ਼ੇ ਤਿਆਗ ਨਹੀਂ ਸਕਿਆ। ਪਰ ਪਤਾ ਨਹੀਂ ਕਿ 6-7 ਘੰਟੇ ਦੀ ਮਹਾਂਪੁਰਸ਼ਾਂ ਦੀ ਸੰਗਤ ਨਾਲ ਕੀ ਖੇਡ ਵਰਤੀ,
ਮੇਰਾ ਮਨ ਹੁਣ ਅੰਦਰੋਂ ਬਦਲ ਗਿਆ ਹੈ ਅਤੇ ਇਨ੍ਹਾਂ ਨਸ਼ਿਆਂ ਅਤੇ ਮਾੜੇ ਕਰਮਾਂ ਵੱਲੋਂ ਇਕਦਮ ਨਫ਼ਰਤ ਜਿਹੀ ਆਉਣ ਲੱਗ ਪਈ ਹੈ। ਡਰਾਈਵਰ ਪ੍ਰੇਮੀ ਦੀ ਗੱਲ ਸੁਣ ਕੇ ਮੈਂ ਚੁੱਪ ਸਾਂ ਅਤੇ ਕਦੀ ਉਸ ਦੇ ਪੈਰਾਂ ਅਤੇ ਕਦੇ ਮੂੰਹ ਵੱਲ ਵੇਖਾਂ ਕਿ ਇਹ ਕਹਿ ਕੀ ਰਿਹਾ ਹੈ। ਉਸ ਨੇ ਮੇਰੀ ਚੁੱਪ ਵੇਖ ਕੇ ਫੇਰ ਕਿਹਾ ਕਿ ਮੈਂ ਅੰਮ੍ਰਿਤ ਜ਼ਰੂਰ ਛਕਣਾ ਹੈ, ਇਸ ਲਈ ਮੇਰਾ ਨਾਮ ਜ਼ਰੂਰ ਲਿਖ ਲਵੋ। ਮੇਰਾ ਨਾਮ ਸੁਰਿੰਦਰ ਸਿੰਘ ਹੈ ਅਤੇ ਮੇਰਾ ਪਿੰਡ ਬਾਬੇ ਬਕਾਲੇ ਕੋਲ ਧਰਦੇ ਹੈ। ਉਸ ਦੇ ਦੂਜੀ ਵਾਰੀ ਕਹਿਣ ਤੇ ਬਾਬਾ ਸੇਵਾ ਸਿੰਘ ਹੋਰੀ ਲਿਖਦੇ ਹਨ ਕਿ ਮੈਂ ਉੱਤਰ ਦਿੱਤਾ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਨੇ ਉਜਾੜ ਵਿਚ ਬੱਸਾਂ ਰੋਕੀਆਂ ਹਨ, ਇੱਥੇ ਸਾਡਾ ਕੋਈ ਜਾਣੂ ਪਛਾਣੂ ਵੀ ਨਹੀਂ, ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕਿਵੇਂ ਹੋ ਸਕੇਗਾ। ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕਾ ਹੈ, 2 ਦਿਨ ਅਜੇ ਹੋਰ ਹਨ, ਸੋ ਤੁਸੀਂ ਬਾਬਾ ਜੀ ਦੇ ਨੇੜੇ ਹੋ, ਇਸ ਲਈ ਬਾਬਾ ਜੀ ਬਸ ਮੇਰੀ ਬੇਨਤੀ ਜ਼ਰੂਰ ਪਹੁੰਚਾ ਦਿਓ। ਮੈਂ ਉਸ ਪ੍ਰੇਮੀ ਨੂੰ ਕਿਹਾ ਕਿ ਮੈਂ ਤੁਹਾਡੀ ਬੇਨਤੀ ਬਾਬਾ ਜੀ ਪਾਸ ਜ਼ਰੂਰ ਪਹੁੰਚਾ ਦੇਵਾਂਗਾ ਅਤੇ ਜੋ ਵੀ ਪ੍ਰੋਗਰਾਮ ਬਣਿਆ ਉਸ ਦਾ ਸ਼ਾਮ ਨੂੰ ਪਤਾ ਕਰ ਲੈਣਾ। ਇਹ ਗੱਲ ਕਰਕੇ ਸੁਰਿੰਦਰ ਸਿੰਘ ਮੇਰੇ ਨਾਲ ਹੀ ਟਿਊਬਵੈੱਲ ਵੱਲ ਇਸ਼ਨਾਨ ਕਰਨ ਚਲਾ ਗਿਆ। ਇਲਾਕੇ ਦੀ ਸੰਗਤ ਵਿਚ ਜਥੇ ਦੇ ਸਿੰਘਾਂ ਦੀ ਸੇਵਾ ਕਰਨ ਦਾ ਅਤਿਅੰਤ ਚਾਅ ਸੀ। ਕਿਸੇ ਵੀ ਟਿਊਬਵੈੱਲ ਉੱਪਰ ਜਦੋਂ ਸਿੰਘ ਇਸ਼ਨਾਨ ਕਰਨ ਜਾਂਦੇ ਤਾਂ ਟਿਊਬਵੈੱਲ ਵਾਲੇ ਪ੍ਰੇਮੀ ਸਾਬਣ ਤੇਲ ਆਪਣੇ ਪਾਸੋਂ ਦਿੰਦੇ ਤੇ ਚਾਹ ਪਾਣੀ ਦਾ ਲੰਗਰ ਛਕਾ ਕੇ ਤੋਰਦੇ। ਇਸ਼ਨਾਨ ਕਰਨ ਉਪਰੰਤ ਵਾਪਸ ਬਾਬਾ ਜੀ ਪਾਸ ਆ ਕੇ ਸੁਰਿੰਦਰ ਸਿੰਘ ਡਰਾਈਵਰ ਦੀ ਸਾਰੀ ਵਿਥਿਆ ਦੱਸੀ। ਥੋੜਾ ਚਿਰ ਚੁੱਪ ਰਹਿ ਕੇ ਬਾਬਾ ਜੀ ਬੜੀ ਖੁਸ਼ੀ ਵਿਚ ਕਹਿਣ ਲੱਗੇ, ਜੀ ਬਹੁਤ ਚੰਗੀ ਗੱਲ ਹੈ, ਜੀ ਬਹੁਤ ਚੰਗੀ ਗੱਲ ਹੈ। ਦੀਵਾਨ ਵਿਚ ਸ਼ਾਮ ਨੂੰ ਅਨਾਉਂਸਮੈਂਟ ਕਰ ਦੇਣੀ ਕਿ ਜਿਸ ਵੀ ਕਿਸੇ ਪ੍ਰੇਮੀ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਪਿੱਛੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ, ਜੋ ਵੀ ਅਜੇ ਨਗੁਰਾ ਹੈ ਉਹ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਵੇ। ਇਹ ਮਨੁੱਖਾ ਜਨਮ ਦਾ ਸਮਾਂ ਵਾਰ ਵਾਰ ਹੱਥ ਨਹੀਂ ਆਉਣਾ। ਬਾਬਾ ਜੀ ਦਾ ਹੁਕਮ ਸਟੇਜ ਸਕੱਤਰ ਨੂੰ ਪਹੁੰਚਾ ਦਿੱਤਾ। ਸ਼ਾਮ ਨੂੰ ਸੰਗਤ ਨੂੰ ਸੂਚਿਤ ਕੀਤਾ ਗਿਆ। 35 ਦੇ ਕਰੀਬ ਅੰਮ੍ਰਿਤ ਛਕਣ ਲਈ ਜਥੇ ਅਤੇ ਇਲਾਕੇ ਦੀ ਸੰਗਤ ਵਿਚੋਂ ਨਾਂ ਆ ਗਏ। ਹੁਣ ਹੋਰ ਉਤਸ਼ਾਹ ਬਣ ਗਿਆ। ਅਗਲੇ ਦਿਨ ਸਵੇਰੇ ਸ਼ਾਮ ਸੰਗਤ ਨੂੰ ਬਾਬਾ ਜੀ ਨੇ ਗੁਰਸ਼ਬਦ ਦੀ ਕਥਾ ਰਾਹੀਂ ਗੁਰੂ ਵਾਲੇ ਬਣ ਕੇ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ, ਜਿਸ ਸਦਕਾ 400 ਦੇ ਕਰੀਬਨ ਸਿੰਘ ਸਿੰਘਣੀਆਂ ਅੰਮ੍ਰਿਤ ਪਾਰ ਕਰਨ ਲਈ ਤਿਆਰ ਹੋ ਗਏ। ਇਸੇ ਦੌਰਾਨ ਕੁਝ ਮੁਖੀ ਸਿੰਘਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਭੇਜ ਕੇ ਖੰਡਾ ਬਾਟਾ, ਚੋਲੇ ਅਤੇ ਕਕਾਰ ਮੰਗਵਾਏ ਗਏ। ਕਕਾਰ ਘੱਟ ਮਿਲਣ ਕਾਰਨ ਕੇਵਲ 350 ਪ੍ਰਾਣੀ ਹੀ ਗੁਰੂ ਵਾਲੇ ਬਣ ਸਕੇ। ਇਨ੍ਹਾਂ 350 ਪ੍ਰਾਣੀਆਂ ਵਿਚ ਬਾਬਾ ਜੀ ਦੀ ਬੱਸ ਦਾ ਉਹ ਡਰਾਈਵਰ ਵੀ ਸੀ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਉਸ ਕਮਰੇ ਵਿਚ ਅੰਮ੍ਰਿਤ ਸੰਚਾਰ ਕੀਤਾ ਗਿਆ ਅਤੇ ਇਕ ਹੋਰ ਕਮਰੇ ਵਿਚ ਸਤਿਗੁਰੂ ਜੀ ਦਾ ਹੋਰ ਪ੍ਰਕਾਸ਼ ਕਰਕੇ ਦੂਸਰਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ ਗਿਆ। ਪਿਛਲੇ ਦਿਨਾਂ ਵਾਂਗ ਹੀ ਸ੍ਰੀ ਅਖੰਡ ਪਾਠ ਸਾਹਿਬ ਅਤੇ ਜਾਪ ਦੇ ਨਾਲ ਸਾਰਾ ਦਿਨ ਦੀਵਾਨ ਸਜਿਆ ਰਹਿੰਦਾ, ਜਿਸ ਵਿਚ ਜਥੇ ਦੀ ਸੰਗਤ ਤੋਂ ਇਲਾਵਾ ਦੂਰ ਦੂਰ ਤੋਂ ਇਲਾਕੇ ਦੀ ਸੰਗਤ ਟਰੱਕਾਂ ਟਰਾਲੀਆਂ ਵਿਚ ਬੈਠ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ, ਦੀਵਾਨ ਦੀ ਹਾਜ਼ਰੀ ਭਰਨ ਅਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਉਂਦੀਆਂ। ਸੰਗਤਾਂ ਦੇ ਪਿਆਰ ਅਤੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੇਵਲ ਬਾਬਾ ਜੀ ਨੂੰ ਗੁਰਫਤਿਹ ਬੁਲਾ ਕੇ ਸੰਗਤ ਜੋ ਮਾਇਆ ਭੇਟਾ ਰੱਖਦੀ ਸੀ ਉਹ ਰਕਮ ਇਨ੍ਹਾਂ ਚੋਂ 5 ਦਿਨਾਂ ਵਿਚ 15,000 ਰੁਪਏ ਤੋਂ ਵੀ ਵੱਧ ਇਕੱਤਰ ਹੋ ਗਈ ਸੀ। ਬਾਬਾ ਜੀ ਨੇ ਉਹ ਸਾਰੀ ਮਾਇਆ ਪ੍ਰਬੰਧਕਾਂ ਨੂੰ ਦੇ ਦਿੱਤੀ ਅਤੇ ਹੁਕਮ ਕੀਤਾ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰੀ ਸੰਗਤ ਨੂੰ ਇਸ ਮਾਇਆ ਦਾ ਖੋਆ ਪਨੀਰ ਅਤੇ ਹੋਰ ਚੰਗੀਆਂ ਚੰਗੀਆਂ ਸਬਜ਼ੀਆਂ ਬਣਾ ਕੇ ਅਤੇ ਫਲ ਆਦਿ ਛਕਾ ਕੇ ਦੇਸੀ ਘਿਓ ਦਾ ਖੁੱਲ੍ਹਾ ਪ੍ਰਸ਼ਾਦ ਬਣਾਇਆ ਜਾਵੇ। ਬਾਬਾ ਜੀ ਦਾ ਬਚਨ ਮੰਨ ਕੇ ਨਜ਼ਦੀਕ ਦੇ ਛੋਟੇ ਸ਼ਹਿਰ ਭਾਈ ਭਗਤੇ ਦੀਆਂ ਸਾਰੀਆਂ ਦੁਕਾਨਾਂ ਤੋਂ ਦੇਸੀ ਘਿਓ ਖਰੀਦ ਕੇ ਲੈ ਆਂਦਾ। ਮਟਰ ਪਨੀਰ, ਹੋਰ ਸਬਜ਼ੀਆਂ ਅਤੇ ਫਲਾਂ ਦੇ ਨਾਲ ਬਦਾਮ ਮੇਵੇ ਪਾ ਕੇ ਖੀਰ ਅਤੇ ਲੰਗਰ ਸੰਗਤਾਂ ਨੂੰ ਛਕਾਇਆ ਗਿਆ। ਇਸ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਵੀ ਅੰਮ੍ਰਿਤ ਸੰਚਾਰ ਕਰਨ ਦਾ ਪ੍ਰੋਗਰਾਮ ਸੀ, ਜਿਸ ਬਾਬਤ ਸੰਗਤਾਂ ਨੂੰ ਪਹਿਲੇ ਦੀਵਾਨਾਂ ਦੇ ਦੀਵਾਨਾਂ ਵਿਚ ਦੱਸ ਦਿੱਤਾ। ਭੋਗ ਉਪਰੰਤ ਹੋਰ 250 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਇਸ ਤਰ੍ਹਾਂ ਬਾਬਾ ਜੀ ਦੇ ਕੀਤੇ ਉਸ ਟਿਕਾਣੇ ਦੌਰਾਨ ਤਕਰੀਬਨ 600 ਦੇ ਨੇੜੇ ਤੇੜੇ ਸੰਗਤਾਂ ਨੇ ਅੰਮ੍ਰਿਤ ਛਕ ਕੇ ਗੁਰੂ ਚਰਨਾਂ ਨਾਲ ਆਪਣੀ ਆਤਮਕ ਗੰਢ ਪਾਈ। ਭੋਗ ਉਪਰੰਤ ਤੀਸਰਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀਆਂ ਵਿਚਾਰਾਂ ਚੱਲ ਰਹੀਆਂ ਸਨ ਕਿ ਮੌਕੇ ਦੇ ਉੱਚ ਅਧਿਕਾਰੀ ਇਲਾਕੇ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਬਾਬਾ ਜੀ ਪਾਸ ਆ ਹਾਜ਼ਰ ਹੋਏ ਤੇ ਬੇਨਤੀ ਕੀਤੀ ਕਿ ਹੁਣ ਹੋਰ ਸ੍ਰੀ ਅਖੰਡ ਪਾਠ ਸਾਹਿਬ ਨਾ ਰੱਖਣਾ, ਆਪ ਜੀ ਜੋ ਚਾਹੁੰਦੇ ਹੋ ਸਾਨੂੰ ਦੱਸੋ, ਅਸੀਂ ਹਾਜ਼ਰ ਹਾਂ। ਬਾਬਾ ਜੀ ਨੇ ਮੁੜ ਆਪਣਾ 2 ਲਾਈਨਾਂ ਦਾ ਫੈਸਲਾ ਸੁਣਾਇਆ ਕਿ ਭਾਈ, ਅਸੀਂ ਸਤਿਗੁਰੂ ਜੀ ਦੇ ਸਨਮੁਖ ਅਰਦਾਸ ਕਰਕੇ ਗ੍ਰਿਫਤਾਰੀ ਦੇਣ ਵਾਸਤੇ ਚੱਲੇ ਹਾਂ, ਤੁਸੀਂ ਸਾਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿਓ। ਉਨ੍ਹਾਂ ਅਧਿਕਾਰੀਆਂ ਨੇ ਥੋੜੀ ਦੂਰ ਜਾ ਕੇ ਸਲਾਹ ਕੀਤੀ ਅਤੇ ਮੁੜ ਆ ਬਾਬਾ ਜੀ ਨੂੰ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਸਾਰੇ ਜਥੇ ਨੂੰ ਫਿਰੋਜ਼ਪੁਰ ਜੇਲ੍ਹ ਭੇਜ ਦਿੰਦੇ ਹਾਂ, ਤੁਸੀਂ ਹੋਰ ਅਖੰਡ ਪਾਠ ਨਾ ਰੱਖਣਾ। ਸਾਰੀ ਸੰਗਤ ਵਿਚ ਇਹ ਗੱਲ ਫੈਲ ਗਈ। ਜਥੇ ਦੇ ਸਿੰਘ ਤਾਂ ਪਹਿਲਾਂ ਹੀ ਜੇਲ੍ਹ ਜਾਣ ਦੀ ਤਿਆਰੀ ਕਰ ਰਹੇ ਸਨ। ਉਧਰ ਇਲਾਕੇ ਦੀਆਂ ਸੰਗਤਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਕੁਝ ਦਿਨ ਹੋਰ ਸਾਡੇ ਇਲਾਕੇ ਵਿਚ ਟਿਕ ਕੇ ਗੁਰਸਿੱਖੀ ਪ੍ਰਚਾਰ ਕਰੋ, ਕਿਉਂਕਿ ਸਾਡੇ ਅਜੇ ਬਹੁਤ ਸਾਰੇ ਨਗਰ ਐਸੇ ਹਨ ਜਿਨ੍ਹਾਂ ਨੂੰ ਅਜੇ ਤੱਕ ਆਪ ਜੀ ਦੀ ਸੇਵਾ ਦਾ ਸੁਭਾਗਾ ਸਮਾਂ ਨਹੀਂ ਮਿਲਿਆ। ਬਾਬਾ ਜੀ ਨੇ ਦੋਵੇਂ ਹੱਥ ਜੋੜ ਕੇ ਸਾਰੀ ਇਲਾਕਾ ਨਿਵਾਸੀ ਸੰਗਤ ਦਾ ਧੰਨਵਾਦ ਕੀਤਾ ਕਿ ਤੁਸੀਂ ਸਾਰੇ ਪ੍ਰੇਮੀਆਂ ਨੇ
ਸਮੁੱਚੀ ਸੰਗਤ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ। ਅਸੀਂ ਤਾਂ ਕੇਵਲ ਤੁਹਾਡਾ ਧੰਨਵਾਦ ਹੀ ਕਰ ਸਕਦੇ ਹਾਂ। ਸੇਵਾ ਦਾ ਫਲ ਤਾਂ ਤੁਹਾਨੂੰ ਸਤਿਗੁਰੂ ਜੀ ਅਵਸ਼ ਬਖਸ਼ਿਸ਼ ਕਰਨਗੇ। ਸਾਡਾ ਪ੍ਰੋਗਰਾਮ ਅਕਾਲ ਪੁਰਖ ਦੇ ਹੱਥ ਹੈ। ਗੁਰੂ ਹੁਕਮ ਹੈ ਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ। ਬੇਨਤੀ ਚੌਪੀ ਸਾਹਿਬ ਅਤੇ ਮੂਲ ਮੰਤਰ ਦੇ ਅਖੰਡ ਜਾਪਾਂ ਦਾ ਵੀ ਭੋਗ ਪਾ ਦਿੱਤਾ। ਦੀਵਾਨ ਅਤੇ ਅੰਮ੍ਰਿਤ ਸੰਚਾਰ ਦੀ ਸਮਾਪਤੀ ਤੋਂ ਪਿੱਛੋਂ ਸਾਰੀ ਸੰਗਤ ਨੂੰ ਅਗਲਾ ਪ੍ਰੋਗਰਾਮ ਦੱਸਿਆ ਗਿਆ। ਸ਼ਾਮ 4 ਵਜੇ ਸਾਰੀ ਸੰਗਤ ਮੁੜ ਗ੍ਰਿਫਤਾਰੀ ਦੇਣ ਲਈ ਬੱਸਾਂ ਵਿਚ ਸਵਾਰ ਹੋ ਗਈ। ਇਲਾਕੇ ਦੀ ਸੰਗਤ ਨੇ ਜਥੇ ਦੀ ਸੇਵਾ ਲਈ ਜੋ ਆਟਾ, ਦਾਲਾਂ, ਖੰਡ ਦੀਆਂ ਬੋਰੀਆਂ ਤੇ ਹੋਰ ਸੁੱਕਾ ਰਾਸ਼ਨ ਲਿਆਂਦਾ ਸੀ, ਉਹ ਦੋ ਟਰੱਕਾਂ ਉਪਰ ਲੱਦ ਕੇ ਸਰਬ ਸੰਗਤ ਦੀ ਸਹਿਮਤੀ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਸ੍ਰੀ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ ਗਿਆ। ਬੜੇ ਪਿਆਰ ਭਰੇ ਵਾਤਾਵਰਣ ਵਿਚ ਇਲਾਕੇ ਦੀਆਂ ਸੰਗਤਾਂ ਪਾਸੋਂ ਵਧਾਈ ਲੈ ਕੇ ਜਥੇ ਦੇ ਸਿੰਘਾਂ ਦੇ ਇਸ ਕਾਫਲੇ ਨੇ ਜੈਕਾਰਿਆਂ ਦੀ ਗੂੰਜ ਵਿਚ ਫਿਰੋਜ਼ਪੁਰ ਜੇਲ੍ਹ ਲਈ ਚਾਲੇ ਪਾਏ। 7 ਵਜੇ ਦੇ ਕਰੀਬਨ ਜਥਾ ਅਜੇ ਘੁੱਲਾ ਨਹਿਰ ਪਾਸ ਹੀ ਪੁੱਜਾ ਸੀ ਕਿ ਪੁਲਿਸ ਨੇ ਫਿਰ ਰੋਕ ਲਿਆ ਅਤੇ ਦੋ ਹੁਕਮ ਸੁਣਾਏ ਕਿ ਤੁਹਾਨੂੰ ਜੇਲ੍ਹ ਨਹੀਂ ਖੜਨਾ, ਵਾਪਸ ਜਿੱਥੇ ਕਹੋ ਛੱਡ ਆਉਂਦੇ ਹਾਂ। ਜੇਕਰ ਜੇਲ੍ਹ ਜ਼ਰੂਰੀ ਜਾਣਾ ਹੈ ਤਾਂ ਗਾਤਰੇ ਵਾਲੀ ਕਿਰਪਾਨ ਉਤਾਰ ਕੇ ਅੰਦਰ ਜਾਣਾ ਪਵੇਗਾ। ਬਾਬਾ ਜੀ ਨੇ ਇਹ ਦੋਵੇਂ ਗੱਲਾਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸਰ ਜਸਜੀਤ ਸਿੰਘ ਅਤੇ ਹੋਰ ਮੁਖੀ ਪ੍ਰੇਮੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਸਮਝਾਇਆ ਕਿ ਭਾਈ ਇਹ ਮਹਾਂਪੁਰਖਾਂ ਦਾ ਜਥਾ ਹੈ, ਜੋ ਉਨ੍ਹਾਂ ਆਪਣੀ ਜਮਾਨ ਵਿਚੋਂ ਕਹਿ ਦਿੱਤਾ ਉਸ ਵਿਚ ਕਿਸੇ ਕਿਸਮ ਦਾ ਕੋਈ ਵਾਧਾ ਘਾਟਾ ਨਹੀਂ ਹੋਣਾ। ਅਖੀਰ ਰਾਤ 10 ਵਜੇ ਤੱਕ ਕਾਫ਼ੀ ਤਣਾਅ ਦਾ ਵਾਤਾਵਰਣ ਬਣਿਆ ਰਿਹਾ। ਪੁਲਿਸ ਅਧਿਕਾਰੀਆਂ ਨੇ 10:30 ਵਜੇ ਜਥੇ ਨੂੰ ਫਿਰੋਜ਼ਪੁਰ ਜੇਲ੍ਹ ਵਿਚ ਦਾਖਲ ਕਰ ਦਿੱਤਾ। ਸਾਰੇ ਸਿੰਘਾਂ ਦੇ ਨਾਂ ਪਤਾ ਲਿਖਦਿਆਂ ਨੂੰ 2 ਵਜ ਗਏ। ਥੋੜਾ ਥੋੜਾ ਲੰਗਰ ਛਕ ਕੇ ਆਰਾਮ ਕੀਤਾ। ਸਵੇਰੇ ਆਪੋ ਆਪਣੇ ਨਿਤਨੇਮ ਕਰਨ ਉਪਰੰਤ ਹਰ ਰੋਜ਼ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੀ। ਫਿਰ ਚਾਹ ਦਾ ਲੰਗਰ ਆ ਜਾਂਦਾ, ਚਾਹ ਛੱਕ ਕੇ ਜੇਲ੍ਹ ਦੇ ਅਹਾਤੇ ਵਿਚ ਸੰਗਤ ਘੁੰਮ ਫਿਰ ਕੇ ਸੈਰ ਕਰਦੀ। ਤਕਰੀਬਨ 10 ਵਜੇ ਲੰਗਰ ਛੱਕ ਕੇ ਸੰਗਤ ਥੋੜਾ ਆਰਾਮ ਕਰਦੀ। ਫਿਰ ਛੋਟੇ ਛੋਟੇ ਜਥੇ ਬਣਾ ਕੇ ਸ੍ਰੀ ਸੁਖਮਨੀ ਸਾਹਿਬ ਅਤੇ ਹੋਰ ਬਾਣੀਆਂ ਦਾ ਪਾਠ ਕਰਦੀ ਅਤੇ ਸੁਣਦੀ। ਸ਼ਾਮ ਨੂੰ ਫਿਰ ਸੋਧਾ ਰਹਿਰਸ ਦੀ ਹਾਜ਼ਰੀ ਭਰੀ ਜਾਂਦੀ। ਉਪਰੰਤ ਲੰਗਰ ਛੱਕ ਕੇ ਆਰਾਮ ਕੀਤਾ ਜਾਂਦਾ। ਜਿਤਨੀ ਮਾਇਆ ਬਾਬਾ ਜੀ ਪਾਸ ਅਜੇ ਹੋਰ ਬਚੀ ਸੀ, ਉਸ ਦੇ ਕੇਲੇ, ਸੇਬ ਇਤ ਆਦਿਕ ਫਲ ਤਥਾ ਹੋਰ ਚੰਗੀਆਂ ਚੰਗੀਆਂ ਸਬਜ਼ੀਆਂ ਲਿਆ ਕੇ ਸੰਗਤਾਂ ਨੂੰ ਛਕਾਈਆਂ ਜਾਂਦੀਆਂ। ਇਹ 10 ਦਿਨ ਦਾ ਸਮਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮਾਣਿਆ ਹੈ ਉਨ੍ਹਾਂ ਨੂੰ ਹੀ ਪਤਾ ਹੈ। ਲਿਖੇ ਹੋਏ ਨੂੰ ਜਾਂ ਇਸ ਤਰ੍ਹਾਂ ਦੱਸੇ ਹੋਏ ਨੂੰ ਸੁਣ ਕੇ ਸ਼ਾਇਦ ਕੋਈ ਸਮਝੇ ਕਿ ਇਹ ਅਤ ਕਥਨੀ ਹੈ। ਇਨ੍ਹਾਂ 10 ਦਿਨਾਂ ਵਿਚ ਸੰਗਤ ਨੂੰ ਘਰਾਂ ਤਥਾ ਹੋਰ ਰੁਝੇਵਿਆਂ ਦੀ ਯਾਦ ਹੀ ਭੁੱਲੀ ਰਹੀ। ਕਈ ਇਕ ਪ੍ਰੇਮੀ ਇਹ ਕਹਿੰਦੇ ਸੁਣੇ ਗਏ ਕਿ ਬਾਬਾ ਜੀ ਦੀ ਅਗਵਾਈ ਵਿਚ ਜੇਲ੍ਹ ਯਾਤਰਾ ਦਾ ਸਮਾਂ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਤੇ ਸੁਨਹਿਰੀ ਸਮਾਂ ਸੀ। ਜੇ ਕਿਸੇ ਕਾਰਨ ਇਸ ਸਮੇਂ ਤੋਂ ਵਾਂਝੇ ਰਹਿ ਜਾਂਦੇ ਤਾਂ ਮਨ ਵਿਚ ਪਛਤਾਵਾ ਹੀ ਰਹਿਣਾ ਸੀ। ਸਰਬ ਸੰਗਤ ਇਕ ਦੂਜੇ ਨਾਲ ਬੜੇ ਪ੍ਰੇਮ ਪਿਆਰ ਨਾਲ ਵਰਤਾਓ ਕਰਦੀ। 3 ਦਿਨ ਜੇਲ੍ਹ ਰਹਿਣ ਉਪਰੰਤ 30 ਅਕਤੂਬਰ 1982 ਨੂੰ ਜੇਲ੍ਹ ਅਧਿਕਾਰੀਆਂ ਨੇ ਸਰਬ ਸੰਗਤ ਨੂੰ ਰਿਹਾ ਕਰਨ ਦਾ ਹੁਕਮ ਸੁਣਾ ਦਿੱਤਾ। ਬਾਬਾ ਜੀ ਦੇ ਕਹਿਣ ਤੇ ਸਰਬ ਸੰਗਤ ਨੇ ਵਾਪਸੀ ਦੀ ਤਿਆਰੀ ਕਰ ਲਈ। ਜੇਲ੍ਹ ਤੋਂ ਬਾਹਰ ਬੱਸਾਂ ਤਿਆਰ ਖੜੀਆਂ ਸਨ। ਸਾਰੀ ਸੰਗਤ ਬੱਸਾਂ ਵਿਚ ਬੈਠ ਕੇ, ਕੁਝ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕੁਝ ਆਪੂ ਆਪਣੇ ਨਗਰਾਂ ਨੂੰ ਪੁੱਜ ਗਈ। ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀ ਰਾਣ। ਬਾਬਾ ਜੀ ਦਾ ਸਰੀਰ ਬਿਰਧ ਹੋਣ ਦਾ ਸਦਕਾ ਅਤੇ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਦੇ ਮੇਲ ਮਿਲਾਪ ਦੀ ਖੇਚਲ ਕਾਰਨ ਆਪ ਜੀ ਨੂੰ 21 ਅਕਤੂਬਰ 1982 ਨੂੰ ਬੁਖਾਰ ਹੋ ਗਿਆ ਸੀ। ਪਰ ਆਪ ਜੀ ਨੇ ਫਿਰ ਵੀ ਸਰੀਰਕ ਤਕਲੀਫ਼ ਦੀ ਪਰਵਾਹ ਨਹੀਂ ਕੀਤੀ ਅਤੇ ਪਹਿਲੇ ਦੀ ਤਰ੍ਹਾਂ ਹੀ ਸੰਗਤਾਂ ਵਿਚ ਵਿਚਰਦੇ ਰਹੇ। ਖੇਚਲ ਕਾਰਨ ਇਹ ਸਰੀਰਕ ਤਕਲੀਫ਼ ਕਾਫ਼ੀ ਵੱਧ ਗਈ ਤੇ ਬੁਖਾਰ ਦੇ ਨਾਲ ਖਾਂਸੀ ਵੀ ਹੋ ਗਈ। 26 ਅਕਤੂਬਰ 1982 ਨੂੰ ਜੇਲ੍ਹ ਪੁੱਜਣ ਤੱਕ ਬਾਬਾ ਜੀ ਨੂੰ ਬਹੁਤ ਜ਼ਿਆਦਾ ਬੁਖਾਰ ਅਤੇ ਬਲੱਡ ਪ੍ਰੈਸ਼ਰ ਦੀ ਤਕਲੀਫ਼ ਸੀ। ਜੇਲ੍ਹ ਸੁਪਰਡੈਂਟ ਨੇ ਉਚੇਚਾ ਸਿਵਲ ਸਰਜਨ ਅਤੇ ਹੋਰ ਮਾਹਿਰ ਡਾਕਟਰਾਂ ਨੂੰ ਸੱਦ ਕੇ ਬਾਬਾ ਜੀ ਲਈ ਦਵਾਈ ਆਦਿਕ ਦਾ ਪ੍ਰਬੰਧ ਕੀਤਾ। ਜੇਲ੍ਹ ਵਿਚ ਰਹਿੰਦਿਆਂ 3 ਦਿਨ ਦੇ ਲਗਾਤਾਰ ਇਲਾਜ ਨਾਲ ਵੀ ਸਿਹਤ ਵਿਚ ਬਹੁਤਾ ਸੁਧਾਰ ਨਾ ਹੋਇਆ, ਪਰ ਆਤਮਾ ਬਲਵਾਨ ਹੋਣ ਕਾਰਨ ਆਪ ਜੀ ਨੇ ਇੰਨੀ ਸਰੀਰਕ ਖੇਚਲ ਹੁੰਦਿਆਂ ਹੋਇਆਂ ਵੀ ਕੋਈ ਪ੍ਰਵਾਹ ਨਾ ਕੀਤੀ ਅਤੇ ਸੰਗਤਾਂ ਦੀ ਅਗਵਾਈ ਉਸੇ ਤਰ੍ਹਾਂ ਜਾਰੀ ਰੱਖੀ। ਰਿਹਾਈ ਉਪਰੰਤ ਬਾਕੀ ਸੰਗਤਾਂ ਦੇ ਨਾਲ ਹੀ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ। ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਆਪ ਜੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਹੇਠਲੇ ਕਮਰੇ ਵਿਚ ਬੈਠ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਆਪ ਜੀ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਉਥੇ ਆ ਕੇ ਮਿਲੇ। ਕੁਝ ਸਮਾਂ ਪ੍ਰੇਮ ਪਿਆਰ ਦੇ ਬਚਨ ਕਰਨ ਉਪਰੰਤ ਆਪ ਜੀ ਨੇ ਸਰੀਰ ਠੀਕ ਨਾ ਹੋਣ ਕਾਰਨ ਉਨ੍ਹਾਂ ਪਾਸੋਂ ਆਗਿਆ ਲਈ ਸ਼ਾਮ ਨੂੰ ਬਾਬਾ ਜੀ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ, ਸਰ ਜਸਜੀਤ ਸਿੰਘ, ਭਾਈ ਬਗੀਚਾ ਸਿੰਘ, ਨੰਬਰਦਾਰ ਚੰਨਣ ਸਿੰਘ, ਭਾਈ ਸਵਰਨ ਸਿੰਘ, ਸੈਂਟਰਲ ਟਾਊਨ ਜਲੰਧਰ ਸਰ ਸਰਵਣ ਸਿੰਘ ਹੋਰਾਂ ਦੇ ਘਰ ਪੁੱਜ ਗਏ। ਰਾਤ ਇੱਥੇ ਹੀ ਵਿਸਰਾਮ ਕੀਤਾ। ਅਗਲੇ ਦਿਨ ਸਵੇਰੇ ਜਲ ਪਾਣੀ ਛੱਕ ਕੇ ਪਿੰਡ ਆਰਾ ਸਰ ਜਸਜੀਤ ਸਿੰਘ ਹੋਰਾਂ ਦੇ ਘਰ ਕੁਝ ਸਮਾਂ ਠਹਿਰ ਕੇ
ਬਾਬਾ ਜੀ ਬਾਕੀ ਸੰਗਤਾਂ ਸਮੇਤ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਪੁੱਜ ਗਏ। ਹਰ ਰੋਜ਼ ਕਾਫੀ ਸੰਗਤ ਆਪ ਜੀ ਦੇ ਦਰਸ਼ਨ ਕਰਨ ਆਉਂਦੀ। ਇਨ੍ਹਾਂ ਦਿਨਾਂ ਵਿਚ ਡਾਕਟਰ ਪ੍ਰੀਤਮ ਸਿੰਘ ਹੋਰਾਂ ਨੇ ਬੜੇ ਪਿਆਰ ਨਾਲ ਦਵਾ ਦਾਰੂ ਕੀਤਾ, ਜਿਸ ਸਦਕਾ ਸਿਹਤ ਵਿਚ ਪਹਿਲਾਂ ਨਾਲੋਂ ਥੋੜਾ ਸੁਧਾਰ ਹੋ ਗਿਆ। 8 ਨਵੰਬਰ 1982 ਸ਼ਾਮ ਨੂੰ ਆਪ ਸੰਗਤਾਂ ਨਾਲ ਪੰਗਤ ਵਿਚ ਪ੍ਰਸ਼ਾਦਾ ਛਕ ਕੇ ਆਪਣੇ ਕਮਰੇ ਵਿਚ ਆਰਾਮ ਕਰਨ ਲਈ ਗਏ ਹੀ ਸਨ ਕਿ ਅਚਾਨਕ ਹੀ ਆਪ ਜੀ ਦੀਆਂ ਆਂਤੜੀਆਂ ਵਿਚੋਂ ਖੂਨ ਆਉਣਾ ਸ਼ੁਰੂ ਹੋ ਗਿਆ। ਕਾਫੀ ਇਲਾਜ ਕੀਤਾ ਗਿਆ ਪਰ ਹਾਲਤ ਹੋਰ ਵਿਗੜ ਗਈ। ਦਿਨ ਦੇ ਚੜਾ ਨਾਲ ਹੀ ਪ੍ਰਿੰਸੀਪਲ ਤਰਸੇਮ ਸਿੰਘ ਜੀ ਜੋ ਕਿ ਬਾਬਾ ਜੀ ਦੇ ਭਤੀਜੇ ਸਨ, ਉਨ੍ਹਾਂ ਨੂੰ ਧੁੱਗੇ ਪਿੰਡ ਤੋਂ ਸੱਦ ਲਿਆ ਅਤੇ ਸਾਰੇ ਪ੍ਰੇਮੀਆਂ ਨੇ ਇਲਾਜ ਹਿੱਤ ਬਾਬਾ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਜਾਣ ਦੀ ਸਲਾਹ ਬਣਾਈ। ਰਸਤੇ ਚੋਂ ਹੀ ਡਾਕਟਰ ਪ੍ਰੀਤਮ ਸਿੰਘ ਹੋਰਾਂ ਨੂੰ ਵੀ ਨਾਲ ਲੈ ਲਿਆ ਤੇ 10 ਵਜੇ ਦੇ ਕਰੀਬਨ ਸ੍ਰੀ ਅੰਮ੍ਰਿਤਸਰ ਸਾਹਿਬ ਡਾਕਟਰ ਹਰਚਰਨ ਸਿੰਘ ਜੀ ਜੋ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਬਾਬਾ ਜੀ ਦੇ ਪ੍ਰੇਮੀ ਸਨ, ਉਨ੍ਹਾਂ ਪਾਸ ਪੁੱਜ ਗਏ। ਉਨ੍ਹਾਂ ਨੇ ਹੋਰ ਮਾਹਰ ਡਾਕਟਰਾਂ ਨਾਲ ਸਲਾਹ ਕਰਕੇ ਬਾਬਾ ਜੀ ਨੂੰ ਵਰਿਆਮ ਸਿੰਘ ਮੈਮੋਰੀਅਲ ਨਰਸਿੰਗ ਹੋਮ ਅੰਮ੍ਰਿਤਸਰ ਵਿਚ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ। ਉਧਰ ਮੰਜੀ ਸਾਹਿਬ ਬਾਬਾ ਜੀ ਦੀ ਸਿੱਧ ਜਾਬੀ ਲਈ ਸੰਤ ਹਰਚਰਨ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਰਬ ਸੰਗਤਾਂ ਦੇ ਵਿਚ ਇਕੱਤਰ ਹੋ ਕੇ ਅਰਦਾਸ ਕੀਤੀ ਤੇ ਸ੍ਰੀ ਅਖੰਡਪੜ ਸਾਹਿਬ ਆਰੰਭ ਕਰ ਦਿੱਤਾ। ਸਤਿਗੁਰੂ ਜੀ ਦੀ ਮਿਹਰ ਅਤੇ ਡਾਕਟਰ ਹਰਚਰਨ ਸਿੰਘ ਹੋਰਾਂ ਤੇ ਹੋਰ ਡਾਕਟਰਾਂ ਦੀ ਮਿਹਨਤ ਸਦਕਾ ਬਾਬਾ ਜੀ ਦੀ ਸਿਹਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ। 10 ਕੁ ਦਿਨ ਵਿਚ ਹੀ ਆਪ ਜੀ ਤੁਰਨ ਫਿਰਨ ਲੱਗ ਪਏ। ਪਹਿਲੀ ਬਿਮਾਰੀ ਤਾਂ ਠੀਕ ਹੋ ਗਈ ਪਰ ਹੁਣ ਪਿਸ਼ਾਬ ਰੁਕਣ ਦੀ ਤਕਲੀਫ਼ ਹੋ ਗਈ। 1 ਮਹੀਨਾ ਲਗਾਤਾਰ ਇਲਾਜ ਚੱਲਦਾ ਰਿਹਾ ਪਰ ਇਸ ਤਕਲੀਫ਼ ਵਿਚ ਕੋਈ ਸੁਧਾਰ ਨਾ ਆਇਆ। ਅਖੀਰ ਡਾਕਟਰ ਹਰਚਰਨ ਸਿੰਘ ਹੋਰਾਂ ਨੇ ਸਲਾਹ ਦਿੱਤੀ ਕਿ ਬਾਬਾ ਜੀ ਦੀ ਸਿਹਤ ਵੱਡਾ ਆਪਰੇਸ਼ਨ ਕਰਨ ਦੇ ਕਾਬਲ ਨਹੀਂ ਹੈ, ਇਸ ਲਈ ਛੋਟਾ ਆਪਰੇਸ਼ਨ TUR ਕਰਵਾ ਲਿਆ ਜਾਵੇ ਜਿਸ ਨਾਲ ਸਰੀਰ ਨੂੰ ਖੇਚਲ ਨਹੀਂ ਹੋਵੇਗੀ ਤੇ ਪਿਸ਼ਾਬ ਦੀ ਤਕਲੀਫ਼ ਵੀ ਠੀਕ ਹੋ ਜਾਵੇਗੀ। ਉਸ ਸਮੇਂ TUR ਦਾ ਪ੍ਰਬੰਧ ਕੇਵਲ PGI ਚੰਡੀਗੜ੍ਹ ਵਿਚ ਜਾਂ ਦਿੱਲੀ ਹੀ ਸੀ। ਚੰਡੀਗੜ੍ਹ ਪਤਾ ਕੀਤਾ ਤਾਂ ਸਬੰਧਤ ਮਾਹਰ ਡਾਕਟਰ ਛੁੱਟੀ ਗਿਆ ਹੋਇਆ ਸੀ। ਸਾਰੀ ਨਜ਼ਦੀਕੀ ਸੰਗਤ ਨਾਲ ਸਲਾਹ ਕੀਤੀ ਕਿ ਹੋਰ ਦੇਰ ਕਰਨ ਦੀ ਥਾਂ ਬਾਬਾ ਜੀ ਨੂੰ ਜਲਦੀ ਹੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਵਿਚ ਲਿਜਾ ਕੇ ਆਪਰੇਸ਼ਨ ਕਰਵਾ ਲਿਆ ਜਾਵੇ। ਜਦੋਂ ਬਾਬਾ ਜੀ ਨੂੰ ਪਤਾ ਲੱਗਾ ਕਿ ਸੰਗਤ ਨੇ ਸਾਡਾ ਇਲਾਜ ਕਰਵਾਉਣ ਲਈ ਦਿੱਲੀ ਖੜਨ ਦੀ ਸਲਾਹ ਬਣਾਈ ਹੈ ਤਦ ਆਪ ਜੀ ਕਾਫ਼ੀ ਨਾਰਾਜ਼ ਹੋਏ ਅਤੇ ਕਹਿਣ ਲੱਗੇ ਕਿ ਤੁਸੀਂ ਸਾਨੂੰ ਵਾਪਸ ਗੁਰਦੁਆਰਾ ਸਾਹਿਬ ਹੀ ਲੈ ਚੱਲੋ, ਐਵੇਂ ਸਾਡੇ ਸਰੀਰ ਨੂੰ ਦਿੱਲੀ ਲਿਜਾਣ ਦੀਆਂ ਸਲਾਹਾਂ ਨਾ ਬਣਾਵੋ। ਭਾਵੇਂ ਬਾਬਾ ਜੀ ਦੀ ਮਰਜ਼ੀ ਦਿੱਲੀ ਜਾਣ ਦੀ ਨਹੀਂ ਸੀ ਪਰ ਆਪ ਜੀ ਦਾ ਸਰੀਰਕ ਕਸ਼ਟ ਵੀ ਸੰਗਤਾਂ ਲਈ ਸਹਾਰਨਾ ਬਹੁਤ ਔਖਾ ਸੀ। ਸੰਗਤ ਦੇ ਮਨ ਵਿਚ ਇਹ ਤੀਬਰ ਖਿੱਚ ਸੀ ਕਿ ਆਪ ਜੀ ਦਾ ਇਹ ਸਰੀਰਕ ਕਸ਼ਟ ਛੇਤੀ ਦੂਰ ਹੋਵੇ ਤਾਂ ਜੋ ਆਪ ਜੀ ਅਰੋਗ ਹੋ ਕੇ ਪਹਿਲਾਂ ਵਾਂਗ ਹੀ ਸੰਗਤਾਂ ਵਿਚ ਵਿਚਰਨ। 16 ਦਸੰਬਰ 1982 ਨੂੰ ਰੇਲ ਗੱਡੀ ਦੀਆਂ ਸਲੀਪਿੰਗ ਸੀਟਾਂ ਰਿਜ਼ਰਵ ਕਰਵਾ ਕੇ ਬਾਬਾ ਜੀ ਨੂੰ ਦਿੱਲੀ ਲਿਜਾਇਆ ਗਿਆ ਅਤੇ ਮੈਡੀਕਲ ਇੰਸਟੀਚਿਊਟ ਵਿਚ ਪ੍ਰਾਈਵੇਟ ਕਮਰਾ ਲੈ ਕੇ ਆਪ ਜੀ ਨੂੰ ਦਾਖਲ ਕਰਵਾ ਦਿੱਤਾ। ਡਾਕਟਰਾਂ ਦੀਆਂ ਪਿਛਲੀਆਂ ਰਿਪੋਰਟਾਂ ਅਤੇ ਨਵੇਂ ਟੈਸਟਾਂ ਦੇ ਆਧਾਰ ਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ। ਇਸੇ ਇਲਾਜ ਦੌਰਾਨ ਹੀ ਆਪ ਜੀ ਦਾ ਬਲੱਡ ਯੂਰੀਆ ਬਹੁਤ ਵੱਧ ਗਿਆ। ਉਸ ਨੂੰ ਕਾਬੂ ਕਰਦਿਆਂ ਕਰਦਿਆਂ ਹੀ ਪੇਟ ਦੀ ਤਕਲੀਫ਼ ਹੋ ਗਈ। ਚੰਗੇ ਤੋਂ ਚੰਗਾ ਦੁਨਿਆਵੀ ਯਤਨ ਕੀਤਾ, ਇਲਾਜ ਕੀਤਾ ਪਰ ਜਿਵੇਂ ਨੌਵੇਂ ਗੁਰਦੇਵ ਜੀ ਦਾ ਫਰਮਾਨ ਹੈ ਕਿ ਨਰ ਚਾਹਤ ਕਛ ਔਰੈ ਕੀ ਔਰੈ ਭਈ ਵਾਲੀ ਗੱਲ ਬਣਦੀ ਗਈ। ਇੱਕ ਬਿਮਾਰੀ ਹਟਣ ਤੋਂ ਪਿੱਛੋਂ ਕੋਈ ਹੋਰ ਤਕਲੀਫ਼ ਹੋ ਜਾਣੀ। 3-3 ਸਿੰਘ ਵਾਰੀ ਵਾਰੀ 6-6 ਘੰਟੇ ਸੇਵਾ ਵਿਚ ਹਾਜ਼ਰ ਰਹਿੰਦੇ। 2 ਸਿੰਘ ਤਾਂ ਬਾਬਾ ਜੀ ਦੀ ਸਰੀਰਕ ਸੇਵਾ ਕਰਦੇ, 1 ਸਿੰਘ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਉਣ ਦੀ ਸੇਵਾ ਕਰਦਾ। ਜਿੰਨਾ ਚਿਰ ਤਾਂ ਆਪ ਜੀ ਪਾਸ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਚੱਲਦਾ ਰਹਿੰਦਾ ਉਨਾ ਚਿਰ ਆਪ ਜੀ ਬੜੀ ਸ਼ਾਂਤੀ ਮਹਿਸੂਸ ਕਰਦੇ ਅਤੇ ਬੜੇ ਟਿਕਾ ਸਹਿਤ ਗੁਰਬਾਣੀ ਸੁਣਦੇ, ਜਿਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦਿੱਲੀ ਵਿਖੇ ਬਾਬਾ ਜੀ ਦੀ ਬਿਮਾਰੀ ਦੇ ਸਮੇਂ ਦੌਰਾਨ ਆਪ ਜੀ ਪਾਸ ਗੁਰਬਾਣੀ ਦਾ ਲਗਾਤਾਰ ਪ੍ਰਵਾਹ ਚੱਲਦਾ ਰਿਹਾ। 16-17 ਦਿਨ ਦੇ ਇਲਾਜ ਨਾਲ ਵੀ ਆਪ ਜੀ ਦੀ ਸਿਹਤ ਵਿਚ ਬਹੁਤਾ ਸੁਧਾਰ ਨਾ ਹੋਇਆ। 3 ਜਨਵਰੀ ਦੁਪਹਿਰ ਨੂੰ ਆਪ ਜੀ ਕਹਿਣ ਲੱਗੇ ਕਿ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ ਲੈ ਚੱਲੋ। ਅਸੀਂ ਬਾਬਾ ਜੀ ਨੂੰ ਬੜੀ ਨਿਮਰਤਾ ਸਤ ਬੇਨਤੀ ਕੀਤੀ ਕਿ ਬਾਬਾ ਜੀ ਹਸਪਤਾਲ ਵਿਚੋਂ ਬਾਹਰ ਜਾਣਾ ਆਪ ਜੀ ਲਈ ਔਖਾ ਹੈ, ਪਰੰਤੂ ਬਾਬਾ ਜੀ ਲਗਾਤਾਰ ਜ਼ੋਰ ਨਾਲ ਉੱਠਣ ਦਾ ਯਤਨ ਕਰਨ ਅਤੇ ਇਹੀ ਮੁੜ ਮੁੜ ਕੇ ਕਹਿਣ ਕਿ ਸਾਡਾ ਸਮਾਂ ਹੁਣ ਨੇੜੇ ਆ ਗਿਆ ਹੈ, ਭਾਈ ਤੁਸੀਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ ਲੈ ਚੱਲੋ। ਅਸੀਂ ਸਾਰੇ ਸੇਵਾਦਾਰ ਬਾਬਾ ਜੀ ਦੀ ਇਸ ਖਿੱਚ ਨੂੰ ਮਹਿਸੂਸ ਤਾਂ ਕਰਦੇ ਸਾਂ ਪਰ ਦੁਨਿਆਵੀ ਤੌਰ ਤੇ ਮਜਬੂਰ ਸਾਂ। ਸ਼ਾਮ ਤੱਕ ਬਾਬਾ ਜੀ ਨੀਮ ਬੇਹੋਸ਼ੀ ਦੀ ਹਾਲਤ ਵਿਚ ਚਲੇ ਗਏ। ਅਗਲੇ ਦਿਨ ਚੜੇ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਰਾਹੀਂ ਹੈਲਥ ਸੈਕਟਰੀ ਤੱਕ ਪਹੁੰਚ ਕੀਤੀ ਕਿ ਬਾਬਾ ਜੀ ਦੀ ਸਿਹਤ ਵਿਚ ਸੁਧਾਰ ਲਿਆਉਣ ਲਈ ਕੋਈ ਹੋਰ ਚੰਗਾ ਯਤਨ ਕੀਤਾ ਜਾਵੇ। ਹੈਲਥ ਸੈਕਟਰੀ ਨੇ ਕਿਹਾ ਕਿ ਮੈਂ 3-4 ਵਜੇ ਸ਼ਾਮ ਤੇ ਤਕਰੀਬਨ ਖੁਦ ਆਪ ਹਸਪਤਾਲ ਆਵਾਂਗਾ ਤੇ ਸਾਰੇ ਡਾਕਟਰਾਂ ਨੂੰ ਹੋਰ ਬਿਹਤਰ ਇਲਾਜ ਲਈ ਹਦਾਇਤ ਕਰਾਂਗਾ।
ਕੁਝ ਸਿੰਘ ਉਸ ਦੀ ਉਡੀਕ ਵਿਚ ਬਾਹਰ ਸੜਕ ਤੇ ਖੜੇ ਸਨ ਕਿ ਚੌਥੀ ਮੰਜ਼ਿਲ ਦੇ ਪ੍ਰਾਈਵੇਟ ਵਾਰਡ ਦੇ 23 ਨੰਬਰ ਕਮਰੇ ਵਿਚੋਂ ਮਾਸਟਰ ਮਹਿੰਦਰ ਸਿੰਘ ਹੋਰਾਂ ਨੇ ਹੇਠਾਂ ਆ ਕੇ ਸੱਜਲ ਨੇਤਰਾਂ ਨਾਲ ਦੱਸਿਆ ਕਿ ਬਾਬਾ ਜੀ ਤਾਂ 2:10 ਤੇ ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰਕੀਓ ਪਿਆਨ ਦੇ ਪੂਰਨੇ ਪਾ ਕੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਹਨ। ਇਹ ਬੋਲ ਸੁਣ ਕੇ ਅਸੀਂ ਫਿਰ ਮਾਸਟਰ ਮਹਿੰਦਰ ਸਿੰਘ ਹੋਰਾਂ ਨੂੰ ਪੁੱਛਿਆ ਕਿ ਕੀ ਇਹ ਸੱਚ ਹੈ। ਤਦ ਉਹਨਾਂ ਵੈਰਾਗ ਵਿਚ ਆ ਕੇ ਕਿਹਾ ਕਿ ਮੈਂ ਉਥੋਂ ਕੇਵਲ ਤੁਹਾਨੂੰ ਦੱਸਣ ਹੀ ਆਇਆ ਹਾਂ ਕਿ ਬਾਬਾ ਜੀ ਦੀ ਆਤਮਾ ਸਰੀਰ ਰੂਪੀ ਚੋੜੇ ਨੂੰ ਛੱਡ ਕੇ ਸਤਿਗੁਰ ਜੀ ਪਾਸ ਪੁੱਜ ਗਈ ਹੈ। ਬਸ ਫਿਰ ਕੀ ਸੀ, ਮਨ ਕੀ ਮਨ ਹੀ ਮਾਹੇ ਰਹੀ। ਵਿਛੋੜੇ ਦੀ ਇਹ ਖਬਰ ਸੁਣ ਕੇ ਲੱਤਾਂ ਸਰੀਰ ਦਾ ਭਾਰ ਚੁੱਕਣ ਤੋਂ ਜਵਾਬ ਦੇਣ ਲੱਗੀਆਂ। ਦਿਲ ਵਿਚ ਵਿਛੋੜੇ ਦਾ ਸਾਲ ਅੱਤ ਦੁੱਖ ਦੇ ਰਿਹਾ ਸੀ, ਕਿਉਂਕਿ ਦੁਨੀਆਂ ਵਿਚ ਸਰੀਰ ਕਰਕੇ ਸਭ ਤੋਂ ਪਿਆਰੇ ਸੱਜਣ ਦਾ ਵਿਛੋੜਾ ਸਹਿਣ ਕਰਨ ਦਾ ਇਹ ਪਹਿਲਾ ਦਿਨ ਸੀ। ਸਾਰੀਆਂ ਆਸਾਂ ਉਮੀਦਾਂ ਉੱਪਰ ਪਾਣੀ ਫਿਰ ਗਿਆ। ਕੁਛ ਪਲ ਲਈ ਬੁੱਧੀ ਕੁਝ ਵੀ ਸੋਚਣ ਤੋਂ ਅਸਮਰੱਥ ਸੀ। ਅੱਖਾਂ ਸਾਵੇਂ ਹਰ ਪਾਸੇ ਹਨੇਰਾ ਹੀ ਹਨੇਰਾ ਦਿਸ ਰਿਹਾ ਸੀ। ਥੋੜੇ ਪਲਾਂ ਬਾਅਦ ਸਤਿਗੁਰੂ ਜੀ ਨੇ ਕੁਝ ਬਲ ਬਖਸ਼ਿਸ਼ ਕੀਤਾ। ਅਸੀਂ ਸਾਰੇ ਉੱਪਰ ਗਏ। ਪ੍ਰਿੰਸੀਪਲ ਤਰਸੇਮ ਸਿੰਘ ਜੀ ਸੱਜਲ ਨੇਤਰਾਂ ਨਾਲ ਬਾਬਾ ਜੀ ਦੇ ਸਰੀਰ ਕੋਲ ਖੜੇ ਸਨ। ਅਸੀਂ ਵੀ ਸਾਰਿਆਂ ਨੇ ਭਰੇ ਦਿਲ ਨਾਲ ਬਾਬਾ ਜੀ ਦੇ ਚਰਨਾਂ ਵੱਲ ਖਲੋ ਕੇ ਉਹਨਾਂ ਦੇ ਹੋਰ ਰੂਪ ਵਿਚ ਦਰਸ਼ਨ ਕੀਤੇ ਅਤੇ ਥਿੜਕਦੇ ਬੁੱਲਾਂ ਨਾਲ ਫਤਿਹ ਬੁਲਾਈ, ਪਰ ਅੱਗੋਂ ਅੱਜ ਕੋਈ ਉੱਤਰ ਨਾ ਆਇਆ। ਇੰਝ ਜਾਣ ਲਵੋ ਕਿ ਮਨ ਸਤਿਗੁਰੂ ਜੀ ਪਾਸੋਂ ਪੁੱਛ ਰਿਹਾ ਸੀ ਕਿ ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ੍ਰਹਿ ਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਥੋੜਾ ਚਿਰ ਸਰੀਰ ਦੇ ਦਰਸ਼ਨ ਕਰਨ ਉਪਰੰਤ ਮਨ ਨੇ ਨਿਸ਼ਚਾ ਕਰ ਲਿਆ ਕਿ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਬਸ ਹੁਣ ਤਾਂ ਹਮ ਵੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ। ਇੱਕ ਦੂਸਰੇ ਨੂੰ ਇੱਕ ਦੂਜੇ ਨੂੰ ਧਰਵਾਸ ਦਿੱਤਾ ਅਤੇ ਕਿਹਾ ਕਿ ਸਾਡੇ ਪਾਸੋਂ ਸਤਿਗੁਰੂ ਜੀ ਨੇ ਜਿੰਨੀ ਸੇਵਾ ਲੈਣੀ ਸੀ ਲੈ ਲਈ ਹੈ। ਆਪਾਂ ਆਪਣੇ ਵਿੱਤ ਅਨੁਸਾਰ ਸਾਰਾ ਯਤਨ ਵੀ ਕਰਕੇ ਵੇਖਿਆ ਹੈ, ਪਰ ਇਹ ਤੋਂ ਬਸਤ ਗੋਪਾਲ ਕੀ ਜਬ ਭਾਵੇ ਲੈ ਖਸ ਅਨੁਸਾਰ ਸਾਡਾ ਹੁਣ ਇੱਥੇ ਕੋਈ ਜ਼ੋਰ ਨਹੀਂ, ਨਾ ਹੀ ਪਿੱਛੇ ਕਿਸੇ ਦਾ ਚੱਲਿਆ ਹੈ। ਹੁਣ ਤਾਂ ਹੌਸਲੇ ਸਹਿਤ ਅਗਲਾ ਪ੍ਰਬੰਧ ਕਰਨਾ ਪੈਣਾ ਹੈ। ਦਾਸ ਦੇ ਜਿੰਮੇ ਸ੍ਰੀ ਅੰਮ੍ਰਿਤਸਰ ਸਾਹਿਬ ਸੰਤਾਂ ਨੂੰ ਤੇ ਹੋਰ ਦੇਸ਼ ਵਿਦੇਸ਼ ਵਿਚ ਵਸਦੇ ਪ੍ਰੇਮੀਆਂ ਨੂੰ ਬਾਬਾ ਜੀ ਦੇ ਸਰੀਰ ਸ਼ਾਂਤ ਹੋਣ ਦੀ ਸੂਚਨਾ ਟੈਲੀਫੋਨ ਰਾਹੀਂ ਦੇਣ ਦੀ ਸੇਵਾ ਲੱਗੀ। ਭਾਈ ਸਵਰਨ ਸਿੰਘ ਹੋਰਾਂ ਨੂੰ ਨਾਲ ਲੈ ਕੇ ਸਾਹਰ ਭਗਤ ਸਿੰਘ DSP ਜੋ ਦਿੱਲੀ ਰਹਿੰਦੇ ਸਨ ਤੇ ਬਾਬਾ ਜੀ ਦੇ ਬੜੇ ਪ੍ਰੇਮੀ ਹਨ ਪਾਸ ਪੁੱਜੇ। ਉਹਨਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸੰਤਾਂ ਨੂੰ ਸੂਚਿਤ ਕੀਤਾ ਕਿ ਬਾਬਾ ਜੀ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਆਪਣਾ ਸਰੀਰ ਰੂਪੀ ਚੋਲਾ ਤਿਆਗ ਕੇ ਸਰੀਰ ਰੂਪੀ ਚੋਲੇ ਨੂੰ ਪੰਥ ਦੇ ਲੇਖੇ ਲਾ ਕੇ ਸਤਿਗੁਰੂ ਜੀ ਪਾਸ ਜਾ ਬਰਾਜੇ ਹਨ। ਅਤੇ ਅਗਲਾ ਪ੍ਰੋਗਰਾਮ ਵੀ ਦੱਸਿਆ ਕਿ ਅਸੀਂ ਰਾਤੋ ਰਾਤ ਹੀ ਬਾਬਾ ਜੀ ਦਾ ਸਰੀਰਕ ਚੋਲਾ ਲੈ ਕੇ ਗੁਰਦੁਆਰਾ ਸਾਹਿਬ ਪੁੱਜ ਜਾਵਾਂਗੇ, ਸੋ ਤੁਸੀਂ ਸੰਗਤਾਂ ਨੂੰ ਸੂਚਿਤ ਕਰ ਦੇਵੋ। ਇਹ ਸ਼ੋਕਮਈ ਖਬਰ ਪੁੱਜਦੇ ਹੀ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਦਫ਼ਤਰ 2 ਦਿਨਾਂ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸੰਤ ਜਰਨੈਲ ਸਿੰਘ ਜੀ ਹੋਰਾਂ ਬਾਰੇ ਸਿੰਘਾਂ ਨੇ ਬਾਅਦ ਵਿਚ ਦੱਸਿਆ ਕਿ ਜਦੋਂ ਬਾਬਾ ਜੀ ਦੇ ਸਰੀਰ ਸ਼ਾਂਤ ਹੋਣ ਦੀ ਖ਼ਬਰ ਉਨ੍ਹਾਂ ਦੇ ਕੰਨੀ ਪਈ ਤਦ ਉਸੇ ਵੇਲੇ ਉਹ ਗੁਰੂ ਨਾਨਕ ਨਿਵਾਸ ਦੀ ਉਪਰਲੀ ਛੱਤ ਤੋਂ ਸੰਗਤ ਵਿਚੋਂ ਉੱਠ ਕੇ ਆਪਣੇ ਕਮਰੇ ਵਿਚ ਆ ਗਏ ਤੇ ਸਿੰਘਾਂ ਦੀ ਡਿਊਟੀ ਲਾ ਦਿੱਤੀ ਕਿ ਤੁਸੀਂ ਸਾਡੇ ਵੱਲੋਂ ਦੁਸ਼ਾਲਾ ਅਤੇ ਹੋਰ ਸੰਗਤ ਸਮੇਤ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਪੁੱਜ ਜਾਵੋ ਅਤੇ ਆਪ ਚਾਦਰਾ ਉੱਪਰ ਲੈ ਕੇ ਅੰਦਰੋਂ ਕੁੰਡਾ ਮਾਰ ਲੰਮੇ ਪੈ ਗਏ ਤੇ ਬਾਬਾ ਜੀ ਦਾ ਸੰਸਕਾਰ ਹੋਣ ਤੱਕ ਬਿਨਾਂ ਕੁਝ ਖਾਧੇ ਪੀਤੇ ਅੰਦਰ ਹੀ ਪਏ ਰਹੇ। ਜਿੱਥੇ ਜਿੱਥੇ ਵੀ ਟੈਲੀਫੋਨ ਰਾਹੀਂ ਪਤਾ ਦੇ ਸਕਦੇ ਸਾਂ ਸੋ ਸੰਗਤਾਂ ਨੂੰ ਸੂਚਿਤ ਕਰਨ ਉਪਰੰਤ ਅਸੀਂ ਬਾਬਾ ਹਰਬੰਸ ਸਿੰਘ ਜੀ ਪਾਸ ਆਏ। ਉਨ੍ਹਾਂ ਨੂੰ ਵੀ ਬਾਬਾ ਜੀ ਦੇ ਪ੍ਰਭ ਪੁਰਕੀਓ ਪਿਆਨ ਦੀ ਖ਼ਬਰ ਸੁਣਾਈ। ਇਹ ਸ਼ੋਕਮਈ ਖ਼ਬਰ ਸੁਣ ਕੇ ਉਨ੍ਹਾਂ ਵੀ ਬਹੁਤ ਜ਼ਿਆਦਾ ਦੁੱਖ ਮਹਿਸੂਸ ਕੀਤਾ ਅਤੇ ਸੇਵਾਦਾਰ ਨੂੰ ਭੇਜ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਬੰਗਲਾ ਸਾਹਿਬ ਤੋਂ ਇੱਕ ਫੁੱਲਾਂ ਦਾ ਹਾਰ ਸਿਹਰੇ ਰੂਪ ਵਿਚ ਮੰਗਾਇਆ, ਇੱਕ ਦੁਸ਼ਾਲਾ ਆਪਣੀ ਵੱਲੋਂ ਬਾਬਾ ਜੀ ਦੇ ਸਰੀਰ ਲਈ ਭੇਟ ਕੀਤਾ, ਸਰੀਰ ਨੂੰ ਸਤਿਕਾਰ ਨਾਲ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਪਹੁੰਚਾਉਣ ਲਈ ਆਪਣੀ ਜੀਪ ਵਿਛਾਈ ਕਰਕੇ ਹਸਪਤਾਲ ਭੇਜ ਦਿੱਤੀ। ਇੰਨੇ ਸਮੇਂ ਵਿਚ ਦਿੱਲੀ ਦੇ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੂੰ ਬਾਬਾ ਜੀ ਦੇ ਸਰੀਰ ਤਿਆਗਣ ਦੀ ਖ਼ਬਰ ਮਿਲੀ ਉਹ ਸਾਰੇ ਪ੍ਰੇਮੀ ਇਕਦਮ ਹਸਪਤਾਲ ਪੁੱਜ ਗਏ। ਸਾਡੇ ਵਾਪਸ ਹਸਪਤਾਲ ਜਾਣ ਤੱਕ ਕਾਫ਼ੀ ਸੰਗਤ ਉੱਥੇ ਇਕੱਤਰ ਹੋ ਚੁੱਕੀ ਸੀ। ਇਸੇ ਸਮੇਂ ਦੌਰਾਨ ਪ੍ਰਿੰਸੀਪਲ ਤਰਸੇਮ ਸਿੰਘ ਹੋਰਾਂ ਨੇ ਹਸਪਤਾਲ ਦੀ ਸਾਰੀ ਕਾਰਵਾਈ ਪੂਰੀ ਕਰ ਲਈ ਸੀ। ਸ਼ਾਮ ਦੇ 7 ਵਜੇ ਦੇ ਕਰੀਬਨ ਬਾਬਾ ਜੀ ਦੇ ਸਰੀਰ ਨੂੰ ਜੀਪ ਵਿਚ ਸਜਾ ਕੇ ਗੁਰਦੁਆਰਾ ਸਾਹਿਬ ਨੂੰ ਚਾਲੇ ਪਾ ਦਿੱਤੇ। ਰਸਤੇ ਵਿਚ ਸਿੰਘ ਵਾਰੀ ਵਾਰੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਨਿਰੰਤਰ ਕਰਦੇ ਰਹੇ। ਸਰਦੀ ਵੀ ਕਾਫ਼ੀ ਸੀ, ਰਸਤੇ ਵਿਚ ਧੁੰਦ ਬਹੁਤ ਜ਼ਿਆਦਾ ਹੋਣ ਕਰਕੇ ਸਹਿਜੇ ਸਹਿਜੇ ਚੱਲਦੇ ਸੰਗਤਾਂ ਸਮੇਤ
ਉਸ ਸਥਾਨ ਤੇ ਉਸੇ ਟਾਈਮ ਹੀ ਪੁੱਜੇ ਜਿੱਥੋਂ ਇੱਕ ਮਹੀਨਾ 24 ਦਿਨ ਪਹਿਲਾਂ ਬਾਬਾ ਜੀ ਦੇ ਸਰੀਰ ਨੂੰ ਤੰਦਰੁਸਤ ਕਰਨ ਲਈ ਸੰਗਤਾਂ ਲੈ ਕੇ ਗਈਆਂ ਸਨ। ਰਾਤੋ ਰਾਤ ਹੀ ਸੰਗਤਾਂ ਨੂੰ ਇਹ ਖ਼ਬਰ ਹੋ ਚੁੱਕੀ ਸੀ ਕਿ ਬਾਬਾ ਜੀ ਤਾਂ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸਿੰਘ ਜੋਤ ਸਮਾਨਾ ਅਨੁਸਾਰ ਸਾਨੂੰ ਸਰੀਰਕ ਵਿਛੋੜਾ ਦੇ ਗਏ ਹਨ, ਕਿਉਂਕਿ ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਬਾਬਾ ਜੀ ਦੇ ਸਰੀਰ ਤਿਆਗਣ ਦੀ ਖ਼ਬਰ ਪ੍ਰਸਾਰਿਤ ਹੋ ਚੁੱਕੀ ਸੀ, ਜਿਸ ਕਰਕੇ ਬਾਬਾ ਜੀ ਦਾ ਸਰੀਰ ਗੁਰਦੁਆਰਾ ਸਾਹਿਬ ਪੁੱਜਣ ਤੋਂ ਪਹਿਲਾਂ ਹੀ ਕਾਫ਼ੀ ਸੰਗਤਾਂ ਦੁਖੀ ਹਿਰਦੇ ਅਤੇ ਸੱਜਲ ਨੇਤਰਾਂ ਨਾਲ ਬਾਬਾ ਜੀ ਦੇ ਅੰਤਮ ਦਰਸ਼ਨਾਂ ਦੀ ਇੰਤਜ਼ਾਰ ਕਰ ਰਹੀਆਂ ਸਨ। ਅੰਤਮ ਯਾਤਰਾ ਲੰਗਰ ਵਾਲੇ ਵੱਡੇ ਬਰਾਂਡੇ ਵਿੱਚ ਪਲੰਘ ਵਿਛਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਬਾਬਾ ਜੀ ਦਾ ਸਰੀਰ ਜੀਪ ਵਿੱਚੋਂ ਕੱਢ ਕੇ ਸੰਗਤ ਦੇ ਦਰਸ਼ਨਾਂ ਲਈ ਉਸ ਉੱਪਰ ਸੁਝਾ ਦਿੱਤਾ ਗਿਆ। ਸੰਗਤ ਨੇ ਜਿਵੇਂ ਕਿ ਗੁਰਬਾਣੀ ਵਿੱਚ ਹੁਕਮ ਹੈ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਅਤੇ ਕਰਨਾ ਕੀ ਹੈ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਉੱਚੀ ਸਟੇਜ ਲਗਾ ਕੇ ਬਾਬਾ ਜੀ ਦੇ ਸਰੀਰ ਕੋਲ ਗੁਰਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ, ਜੋ ਕਿ 6 ਜਨਵਰੀ ਦੁਪਹਿਰ 12:30 ਵਜੇ ਤੱਕ ਨਿਰੰਤਰ ਜਾਰੀ ਰਿਹਾ। ਦੂਰ ਦਰੇਡੇ ਤੋਂ ਅਤੇ ਸਾਰੇ ਇਲਾਕੇ ਵਿੱਚੋਂ ਸੰਗਤ ਬਾਬਾ ਜੀ ਦੇ ਅੰਤਮ ਦਰਸ਼ਨ ਕਰਨ ਲਈ ਵਹੀਰਾਂ ਘੱਤ ਕੇ ਆ ਰਹੀ ਸੀ। ਥੋੜੇ ਸਮੇਂ ਵਿੱਚ ਹੀ ਇੰਨੀ ਸੰਗਤ ਹੋ ਗਈ ਕਿ ਪ੍ਰਬੰਧਕਾਂ ਲਈ ਸੰਗਤ ਨੂੰ ਸਾਂਭਣਾ ਔਖਾ ਹੋ ਗਿਆ। ਸਾਰੀ ਸੰਗਤ ਬਾਬਾ ਜੀ ਦੇ ਦਰਸ਼ਨ ਕਰ ਸਕੇ ਇਸ ਮੰਤਵ ਲਈ ਬਾਂਸ ਆਦਿਕ ਬੰਨ ਕੇ ਰਸਤਾ ਬਣਾਉਣਾ ਪਿਆ। ਇੱਕ ਪਾਸੇ ਤੋਂ ਦਰਸ਼ਨਾਂ ਲਈ ਸੰਗਤ ਆਉਂਦੀ, ਫਿਰ ਦੂਜੇ ਪਾਸੇ ਦੀ ਅਗਾਂਹ ਲੰਘ ਜਾਂਦੀ। ਸਾਰਾ ਦਿਨ ਇਸੇ ਪ੍ਰਕਾਰ ਸੰਗਤਾਂ ਦਾ ਤਾਂਤਾ ਵੱਜਾ ਰਿਹਾ। ਸੰਗਤਾਂ ਪਿਆਰ ਦੇ ਹੰਝੂ ਵਹਾਉਂਦੀਆਂ ਇੱਕ ਦੂਸਰੇ ਨਾਲ ਬਾਬਾ ਜੀ ਦੇ ਪਰਵ ਪਕਾਰਾਂ ਨੂੰ ਸਾਂਝਾ ਕਰਦੀਆਂ ਦਰਸ਼ਨ ਦੀਦਾਰੇ ਕਰ ਰਹੀਆਂ ਸਨ। ਇੱਕ ਆਪਣੀ ਹੱਡ ਬੀਤੀ ਦਾ ਬਿਰਤਾਂਤ ਦੱਸਦਾ, ਦੂਸਰਾ ਆਪਣੇ ਨਾਲ ਬੀਤੀ ਪੁਰਾਣੀ ਯਾਦ ਨੂੰ ਦੁਹਰਾਉਂਦਾ। ਬਸ ਇੱਥੇ ਤਾਂ ਇਹੋ ਹੀ ਗੁਰੂ ਕੀ ਪੰਕਤੀ ਦੁਹਰਾਉਣੀ ਢੁਕਦੀ ਹੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਝੱਕ ਝੱਕ ਆਵੈ ਜਾਵੈ। ਆ ਮੁਹਾਰੇ ਹੀ ਮੂੰਹੋਂ ਨਿਕਲਦਾ ਸੀ ਕਿ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਸਾਰਾ ਦਿਨ ਹੀ ਬੇਅੰਤ ਸੰਗਤ ਮਹਾਂਪੁਰਖਾਂ ਦੇ ਦਰਸ਼ਨ ਕਰਨ ਲਈ ਪੁੱਜਦੀ ਰਹੀ, ਰਾਤ ਵੀ ਸੰਗਤ ਦੀ ਆਮਦ ਜਾਰੀ ਰਹੀ। 6 ਜਨਵਰੀ ਨੂੰ ਸੂਰਜ ਉਦੈ ਹੋਣ ਦੇ ਨਾਲ ਤਾਂ ਇਤਨੀ ਸੰਗਤ ਇਕੱਤਰ ਹੋ ਗਈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਤੁਰਨਾ ਫਿਰਨਾ ਤਾਂ ਇੱਕ ਪਾਸੇ ਰਿਹਾ, ਖੜੋਣਾ ਵੀ ਮੁਸ਼ਕਲ ਹੋ ਗਿਆ। ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬਾਨ, ਬਾਕੀ ਤਖ਼ਤਾਂ ਦੇ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ ਸਾਹਿਬ ਗੁਰਚਰਨ ਸਿੰਘ ਜੀ ਟੌੜਾ ਵੀ ਪੁੱਜ ਗਏ। ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜੋ ਕਿ ਸਮੇਂ ਦੇ ਹਾਲਾਤ ਸੁਖਾਵੇਂ ਨਾ ਹੋਣ ਕਾਰਨ ਬਾਬਾ ਜੀ ਦੀ ਅੰਤਮ ਯਾਤਰਾ ਵਿੱਚ ਚਾਹੁੰਦਿਆਂ ਹੋਇਆਂ ਵੀ ਨਹੀਂ ਪੁੱਜ ਸਕੇ, ਉਨ੍ਹਾਂ ਨੇ ਉਚੇਚੇ ਤੌਰ ਤੇ ਉਜਾਗਰ ਸਿੰਘ ਸੇਖਵਾਂ ਅਤੇ ਬਾਬਾ ਠਾਕਰ ਸਿੰਘ ਹੋਰਾਂ ਨੂੰ ਦੁਸ਼ਾਲੇ ਦੇ ਕੇ ਭੇਜਿਆ। ਸਿੱਖ ਸੰਪਰਦਾਵਾਂ ਦੇ ਮੁਖੀ, ਹੋਰ ਸਾਧੂ ਮਹਾਤਮਾ ਵੀ ਦਿਨ ਚੜ੍ਹਦੇ ਤੱਕ ਗੁਰਦੁਆਰਾ ਸਾਹਿਬ ਪੁੱਜ ਗਏ। ਨਿਹੰਗ ਸਿੰਘ ਸੰਪਰਦਾਵਾਂ ਵੱਲੋਂ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਤਾਂ ਰਾਤ ਹੀ ਪੁੱਜ ਗਏ ਸਨ। 11 ਵਜੇ ਬਾਬਾ ਜੀ ਦਾ ਅੰਤਮ ਸੰਸਕਾਰ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ, ਪਰ ਅਜੇ ਬੇਅੰਤ ਸੰਗਤ ਐਸੀ ਸੀ ਜੋ ਕਿ ਬਾਬਾ ਜੀ ਦੇ ਦਰਸ਼ਨ ਨਹੀਂ ਸੀ ਕਰ ਸਕੀ, ਜਿਸ ਕਾਰਨ ਸੰਸਕਾਰ ਦਾ ਸਮਾਂ 2 ਘੰਟੇ ਲੇਟ ਕਰਨਾ ਪਿਆ। ਇਸ਼ਨਾਨ ਆਦਿਕ ਕਰਵਾ ਕੇ 12:30 ਵਜੇ ਸਰਬ ਸੰਗਤ ਨੇ ਬਾਬਾ ਜੀ ਦਾ ਬਿਵਾਨ ਸਤਨਾਮ ਵਾਹਿਗੁਰੂ ਦੀ ਧੁਨੀ ਉਚਾਰਦੇ ਹੋਏ ਉਠਾਇਆ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਹਾਲ ਦੇ ਸਾਹਮਣੇ ਪੱਕੇ ਫਰਸ਼ ਉੱਪਰ ਗਿੱਲੀ ਮਿੱਟੀ ਪਾ ਕੇ, ਜੋ 1.5 ਫੁੱਟ ਉੱਚਾ ਕੱਚਾ ਥੜਾ ਬਣਾ ਕੇ ਅੰਗੀਠਾ ਤਿਆਰ ਕੀਤਾ ਸੀ, ਸਹਿਜੇ ਸਹਿਜੇ ਲਿਜਾ ਕੇ ਉਸ ਉੱਪਰ ਟਿਕਾ ਦਿੱਤਾ। ਜਪਜੀ ਸਾਹਿਬ ਦਾ ਪਾਠ ਆਰੰਭ ਹੋ ਗਿਆ। ਜਿੱਧਰ ਵੀ ਨਿਗਾਹ ਮਾਰੂ ਸੰਗਤ ਹੀ ਸੰਗਤ ਸੀ। ਬੇਅੰਤ ਸੰਗਤ ਬਾਬਾ ਜੀ ਦੇ ਸਰੀਰ ਦੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਬਰਾਂਡਿਆਂ, ਹਾਲ ਤੇ ਹੋਰ ਕਮਰਿਆਂ ਦੀਆਂ ਛੱਤਾਂ ਜਾਂ ਜਿੱਥੇ ਵੀ ਕਿਸੇ ਨੂੰ ਪੈਰ ਟਿਕਾਉਣ ਲਈ ਜਗ੍ਹਾ ਮਿਲੀ ਉੱਤੇ ਚੜ੍ਹ ਕੇ ਇਸ ਸਮੇਂ ਦੀ ਉਡੀਕ ਵਿੱਚ ਸੀ ਕਿ ਅਸੀਂ ਆਪਣੀਆਂ ਅੱਖਾਂ ਨਾਲ ਉਸ ਪਾਵਨ ਸਰੀਰ ਦੇ ਅੰਤਮ ਸੰਸਕਾਰ ਦੀ ਝਲਕ ਵੀ ਵੇਖ ਲਈਏ, ਜਿਸ ਪਾਵਨ ਸਰੀਰ ਰਾਹੀਂ ਉਹ ਮਹਾਨ ਆਤਮਾ, ਉਹ ਮਹਾਨ ਰੂਹ ਇਸ ਸੰਸਾਰ ਵਿੱਚ ਵਿਚਰ ਕੇ ਗੁਰਮੁਖ ਗਾਡੀ ਰਾਹ ਦਾ ਮਾਰਗ ਦਰਸ਼ਨ ਕਰਦੀ ਰਹੀ ਅਤੇ ਆਪ ਜਪੈ ਅਵਰੈ ਨਾਮ ਜਪਾਵੈ ਦੀ ਗੁਰਮੁਖੀ ਕਾਰ ਕਰਿਆ ਕਰਦੀ ਸੀ। ਸਭ ਪਾਸੇ ਬੜੇ ਵੈਰਾਗ ਵਿੱਚ ਸਤਨਾਮ ਵਾਹਿਗੁਰੂ ਦੀ ਧੁਨੀ ਅਲਾਪੀ ਜਾ ਰਹੀ ਸੀ। ਸ੍ਰੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ। ਉਧਰ ਸੰਗਤ ਵੱਲੋਂ ਚਿਖਾ ਉੱਪਰ ਬੇਅੰਤ ਦੇਸੀ ਘਿਓ, ਚੰਦਨ ਦੀ ਲੱਕੜ ਅਤੇ ਹੋਰ ਸੁਗੰਧਿਤ ਸਮੱਗਰੀ ਸਥਾਪਿਤ ਕਰਕੇ ਪੂਰੀ ਤਿਆਰੀ ਕਰ ਲਈ ਗਈ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅੰਤਮ ਅਰਦਾਸਾ ਸੋਧਿਆ। ਉਪਰੰਤ ਬਾਬਾ ਜੀ ਦੇ ਛੋਟੇ ਭਾਈ ਸਾਹਿਬ ਬਾਬਾ ਠਾਕਰ ਸਿੰਘ ਹੋਰਾਂ ਨੇ ਪੂਰੇ 1 ਵਜੇ ਚਿਤਾ ਨੂੰ ਅਗਨੀ ਵਿਖਾਈ ਅਤੇ ਦੇਖਦਿਆਂ ਦੇਖਦਿਆਂ ਹੀ ਪਵਨੇ ਮਹਿ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਵਾਲੀ ਦਸ਼ਾ ਵਰਤ ਗਈ। ਹਰ ਪ੍ਰਾਣੀ ਦੀ ਰਸਨਾ ਤੇ ਇਹੋ ਸ਼ਬਦ ਸਨ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ,
ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਮਹਾਂਪੁਰਖਾਂ ਦੀਆਂ ਪਰਮ ਪੁਕਾਰੀ ਪਿਆਰੀਆਂ ਯਾਦਾਂ ਨੂੰ ਹਿਰਦੇ ਵਿਚ ਯਾਦ ਕਰਦੀ ਸਰਬ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਪੁੱਜੀ। ਅਲਾਣੀਆਂ ਦਾ ਪਾਠ ਕਰਕੇ ਅਰਦਾਸਾ ਸੋਧਿਆ ਗਿਆ, ਉਪਰੰਤ ਹੁਕਮਨਾਮਾ ਲੈ ਕੇ ਦੇਗ ਵਰਤਾਈ ਗਈ। ਲੋੜ ਅਨੁਸਾਰ ਸੰਗਤਾਂ ਨੇ ਲੰਗਰ ਛਕਿਆ। ਦੂਰ ਦੁਰੇਡੇ ਜਾਣ ਵਾਲੀਆਂ ਸੰਗਤਾਂ ਵਾਹਿਗੁਰੂ ਵਾਹਿਗੁਰੂ ਜਪਦੀਆਂ ਭਰੇ ਦਿਲਾਂ ਨਾਲ ਵਿਦਾ ਹੋਈਆਂ। ਨਜ਼ਦੀਕੀ ਸੰਗਤ ਨੇ ਬਾਬਾ ਜੀ ਦੇ ਅੰਗੀਠੇ ਪਾਸ ਹੀ ਸੋਦਰ ਦਾ ਦੀਵਾਨ ਸਜਾਇਆ ਅਤੇ ਰਾਤ ਵਾਰੀ ਵਾਰੀ ਆਰਾਮ ਕੀਤਾ। ਇਸ ਰਾਤ ਬਹੁਤ ਸਾਰੇ ਪ੍ਰੇਮੀਆਂ ਨੂੰ ਬਾਬਾ ਜੀ ਨੇ ਸਾਕਸ਼ਾਤ ਦਰਸ਼ਨ ਦਿੱਤੇ ਅਤੇ ਢਾਰਸ ਦੇਣ ਵਾਲੇ ਕਈ ਪ੍ਰਕਾਰ ਦੇ ਬਚਨ ਵੀ ਕੀਤੇ। ਹੁਣ ਹਰ ਰੋਜ਼ ਬੇਅੰਤ ਸੰਗਤ ਪਿਆਰ ਵਸ ਹੋ ਕੇ ਗੁਰਦੁਆਰਾ ਸਾਹਿਬ ਆਉਂਦੀ। ਸਵੇਰੇ ਸ਼ਾਮ ਦੀਵਾਨ ਸਜਦਾ, ਕੀਰਤਨ ਉਪਰੰਤ ਸਵੇਰੇ ਸਹਿਸਕ੍ਰਿਤੀ ਸਲੋਕਾਂ ਦੀ ਅਤੇ ਸ਼ਾਮ ਨੂੰ ਜੈਤਸਰੀ ਦੀ ਵਾਰ ਦੇ ਸਲੋਕਾਂ ਦੀ ਕਥਾ। ਪੰਡਿਤ ਬਖਸ਼ੀਸ਼ ਸਿੰਘ ਜੀ ਦਮਦਮੀ ਟਕਸਾਲ ਵਾਲੇ, ਜਿਨ੍ਹਾਂ ਦੀ ਉਚੇਚੀ ਡਿਊਟੀ ਸਨ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੇ, ਬਾਬਾ ਜੀ ਦੇ ਦੁਸਹਿਰੇ ਤੱਕ ਗੁਰਦੁਆਰਾ ਸਾਹਿਬ ਟਿਕਣ ਦੀ ਤੇ ਕਥਾ ਕਰਨ ਦੀ ਲਾਈ ਸੀ ਬੜੇ ਪ੍ਰੇਮ ਨਾਲ ਕਰਦੇ। ਹੁਣ ਤਾਂ ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ ਰੱਬੀ ਰਜ਼ਾ ਦੇ ਹੁਕਮ ਅਤੇ ਬਿਰਹੋਂ ਦੀ ਤੜਫ ਦੀ ਲਪੇਟ ਵਿਚ ਬਾਬਾ ਜੀ ਦੀ ਪਿਆਰ ਭਰੀ ਨਿੱਘੀ ਯਾਦ ਹਰ ਹਿਰਦੇ ਵਿਚ ਸਮੋਈ ਹੋਈ ਸੀ। ਨਾਮ ਸੱਜਣ ਦਾ ਜੀ ਵਿਚੜ ਗਿਆ ਜਾਂ ਸੱਜਣ ਉੱਠ ਤੁਰਿਆ, ਮਲ ਲਏ ਦੋ ਨੈਣ ਧਿਆਨ ਨੇ ਸਬਕ ਰਜ਼ਾ ਦਾ ਫੁਰਿਆ, ਬਿਰਹੋਂ ਦੇ ਹੱਥ ਸੌਂਪ ਅਸਾਨੂੰ ਜੇ ਸੱਜਣ ਤੂੰ ਰਾਜ਼ੀ, ਯਾਦ ਤੁਸਾਡੀ ਛੁੱਟੇ ਨਾ ਸਾਥੋਂ ਪਿਆਰ ਰਹੇ ਲੂੰ ਪੁੜਿਆ। ਦੁਸਹਿਰਾ 8 ਜਨਵਰੀ 1983 ਨੂੰ ਸਵੇਰੇ 10 ਵਜੇ ਅਰਦਾਸਾ ਸੋਧ ਕੇ ਸੰਗਤ ਨੇ ਬਾਬਾ ਜੀ ਦਾ ਅੰਗੀਠਾ ਸੰਕੋਚਿਆ ਅਤੇ ਜਿਵੇਂ ਬਾਬਾ ਜੀ ਹਦਾਇਤ ਕਰ ਗਏ ਸਨ ਕਿ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉਂ ਅਨੁਸਾਰ ਸਾਡਾ ਜੀਵਨ ਆਧਾਰ ਗੁਰਬਾਣੀ ਹੈ। ਸੋ ਜਿਸ ਵੇਲੇ ਸਾਡਾ ਇਹ ਪੰਜ ਭੂਤਕ ਸਰੀਰ ਗੁਰਬਾਣੀ ਉਚਾਰਨ ਅਤੇ ਸਰਵਣ ਕਰਨ ਤੋਂ ਅਸਮਰੱਥ ਹੋ ਜਾਵੇ, ਤਦ ਸਾਡੇ ਸਰੀਰ ਦੀ ਮਿੱਟੀ ਨੂੰ ਗੁਰਦੇਵ ਜੀ ਦੇ ਪ੍ਰਕਾਸ਼ ਅਸਥਾਨ ਹੇਠ ਡੂੰਘਾ ਟੂਆ ਪੱਟ ਕੇ ਸਥਾਪਨ ਕਰ ਦੇਣਾ, ਤਾਂ ਜੋ ਸਾਡੀ ਇਹ ਦੇਹ ਦੀ ਮਿੱਟੀ ਦਾ ਵੀ ਗੁਰਬਾਣੀ ਤੋਂ ਵਿਛੋੜਾ ਨਾ ਪਵੇ। ਇਹ ਸਰੀਰ ਦੀ ਮਿੱਟੀ ਦਾ ਵੀ ਗੁਰਬਾਣੀ ਸੁਣ ਕੇ ਸਦਾ ਵਾਸਤੇ ਸਫਲ ਹੋ ਜਾਵੇ। ਇਸ ਹੁਕਮ ਅਨੁਸਾਰ ਪਿੱਤਲ ਦਾ ਇੱਕ ਵੱਡਾ ਬਕਸਾ ਬਣਾ ਕੇ ਸਾਰਾ ਅੰਗੀਠਾ ਉਸ ਵਿਚ ਸੰਕੋਚ ਕੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਹੇਠ ਡੂੰਘਾ ਟੂਆ ਪੱਟ ਕੇ ਉਹ ਬਕਸਾ ਉਥੇ ਰੱਖ ਦਿੱਤਾ, ਉਪਰ ਸੰਗਮਰਮਰ ਦੀ ਸਿਲਾ ਲਾ ਕੇ ਸਦਾ ਲਈ ਬੰਦ ਕਰ ਦਿੱਤਾ। 16 ਜਨਵਰੀ 1983 ਐਤਵਾਰ ਨੂੰ ਬਾਬਾ ਜੀ ਦਾ ਦੁਸਹਿਰਾ ਮਨਾਉਣ ਦਾ ਦਿਨ ਨਿਯਤ ਕੀਤਾ ਗਿਆ ਸੀ, ਕਿਉਂਕਿ 13-14 ਜਨਵਰੀ ਨੂੰ ਮਾਘੀ ਸੀ, ਜਿਸ ਕਾਰਨ ਸਾਰੇ ਪੰਥਕ ਲੀਡਰਾਂ ਨੂੰ ਰੁਝੇਵੇਂ ਸਨ। ਸਹਿਜ ਪਾਠ ਤਾਂ 6 ਜਨਵਰੀ ਨੂੰ ਸੰਸਕਾਰ ਉਪਰੰਤ ਹੀ ਆਰੰਭ ਕਰ ਦਿੱਤਾ ਸੀ। 11 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 13 ਜਨਵਰੀ ਨੂੰ ਦੁਸਹਿਰੇ ਵਾਲੇ ਦਿਨ ਭੋਗ ਪਾਇਆ ਗਿਆ। 14 ਜਨਵਰੀ ਨੂੰ ਦੁਬਾਰਾ ਫਿਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ ਗਿਆ, ਜਿਸ ਦਾ ਭੋਗ 16 ਜਨਵਰੀ ਨੂੰ ਸਵੇਰੇ 9 ਵਜੇ ਪਿਆ। ਉਪਰੰਤ ਬਾਹਰ ਖੇਤ ਵਿਚ ਜੋ ਵੱਡੀ ਸਟੇਜ ਬਣਾਈ ਗਈ ਸੀ, ਉਥੇ ਸਹਿਜ ਪਾਠ ਦਾ ਭੋਗ ਪੈਣ ਉਪਰੰਤ ਗੁਰੂ ਕੀ ਬਾਣੀ ਦਾ ਵੈਰਾਗਮਈ ਕੀਰਤਨ ਹੋਇਆ। ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਹਨ ਕਿ ਭਾਵੇਂ ਦਾਸ ਇਸ ਪਵਿੱਤਰ ਅਸਥਾਨ ਦੀ ਸੇਵਾ ਦਾ ਭਾਰ ਚੁੱਕਣ ਤੋਂ ਅਸਮਰੱਥ ਸੀ ਅਤੇ ਨਾ ਹੀ ਇਸ ਜ਼ਿੰਮੇਵਾਰੀ ਨੂੰ ਸੰਭਾਲਣਾ ਚਾਹੁੰਦਾ ਸੀ, ਪਰ ਭਾਵੇਂ ਬਾਬਾ ਜੀ ਆਪਣੇ ਸਰੀਰ ਵਿਚ ਵਿਚਰਦੇ ਸਮੇਂ ਦਾਸ ਨੂੰ ਕਈ ਵਾਰ ਇਹ ਸੇਵਾ ਕਰਨ ਲਈ ਕਹਿ ਚੁੱਕੇ ਸਨ, ਪਰ ਹਰ ਵਾਰ ਬਾਬਾ ਜੀ ਨੂੰ ਇਹੋ ਬੇਨਤੀ ਕਰਨੀ ਕਿ ਬਾਬਾ ਜੀ ਮੈਂ ਇਸ ਸੇਵਾ ਨੂੰ ਨਿਭਾਉਣ ਦੇ ਯੋਗ ਨਹੀਂ। ਪਰ ਆਪ ਜੀ ਨੇ ਕਈ ਵਾਰ ਪਿਆਰ ਵਿਚ ਇਹ ਬਖਸ਼ਿਸ਼ ਦੇ ਬਚਨ ਹੀ ਕਹਿਣੇ ਕਿ ਸੇਵਾ ਸਿੰਗਤ ਨੂੰ ਬਹੁਤੀ ਘਾਲ ਕਰਨ ਦੀ ਲੋੜ ਨਹੀਂ, ਅਸੀਂ ਤੇਰੇ ਲਈ ਸਭ ਕੁਝ ਕਰ ਛੱਡਿਆ ਹੈ, ਜਿਵੇਂ ਸਰੀਰ ਵਿਚ ਰਹਿੰਦੇ ਤੇਰਾ ਖਿਆਲ ਰੱਖਦੇ ਹਾਂ, ਇਸੇ ਤਰ੍ਹਾਂ ਸਰੀਰ ਛੱਡਣ ਉਪਰੰਤ ਵੀ ਅਸੀਂ ਹਮੇਸ਼ਾ ਤੇਰੇ ਨਾਲ ਰਹਾਂਗੇ। ਪਰ ਜਦ ਫਿਰ ਵੀ ਨਾ ਕਰਕੇ ਬਾਬਾ ਜੀ ਦੀ ਪ੍ਰਸੰਨਤਾ ਨਾ ਲੈ ਸਕਿਆ, ਤਦ ਆਪ ਜੀ ਨੇ ਬਚਨ ਕੀਤਾ ਕਿ ਸਾਡੇ ਕਹਿਣ ਤੇ ਤਾਂ ਤੂੰ ਮੰਨਦਾ ਨਹੀਂ, ਸਮਾਂ ਆਉਣ ਤੇ ਸੰਗਤ ਆਪੇ ਫੈਸਲਾ ਕਰ ਦੇਵੇਗੀ। ਸੋ ਸਮੇਂ ਸਮੇਂ ਆਪ ਜੀ ਨੇ ਹੋਰ ਵੀ ਬਖਸ਼ਿਸ਼ਾਂ ਭਰੇ ਬੇਅੰਤ ਬਚਨ ਕੀਤੇ, ਜਿਨ੍ਹਾਂ ਨੂੰ ਲਿਖਣਾ ਇੱਥੇ ਯੋਗ ਨਹੀਂ, ਬਾਬਾ ਜੀ ਦੇ ਨਜ਼ਦੀਕੀ ਸੰਗੀਆਂ ਨੂੰ ਬਹੁਤਾ ਪਤਾ ਹੀ ਹੈ। ਸੋ ਸਮੁੱਚੇ ਪੰਥ ਦੀਆਂ ਉੱਚ ਸ਼ਖਸੀਅਤਾਂ ਤੇ ਸਰਬ ਸੰਗਤ ਦੇ ਹੁਕਮ ਅਨੁਸਾਰ ਦਾਸ ਨੂੰ ਇਹ ਸੇਵਾ ਲੈਣ ਲਈ ਸਿਰ ਝੁਕਾਉਣਾ ਹੀ ਪਿਆ। ਦਸਤਾਰਬੰਦੀ ਦੀ ਰਸਮ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ, ਸ੍ਰੀ ਹਰਿਮੰਦਰ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਗੁਰਚਰਨ ਸਿੰਘ ਟੌੜਾ, ਦਮਦਮੀ ਟਕਸਾਲ ਵੱਲੋਂ ਬਾਬਾ ਠਾਕੁਰ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਹਿਬ ਉਜਾਗਰ ਸਿੰਘ ਸੇਖਵਾਂ, ਕਾਰ ਸੇਵਾ ਸੰਪਰਦਾ ਵੱਲੋਂ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲੇ, ਉਦਾਸੀ ਸੰਪਰਦਾਵਾਂ ਵੱਲੋਂ ਮਹੰਤ ਸੇਵਾ ਦਾਸ ਜੀ, ਨਿਹੰਗ ਸਿੰਘ ਸੰਪਰਦਾਵਾਂ ਵੱਲੋਂ ਬਾਬਾ ਨਿਹਾਲ ਸਿੰਘ ਜੀ ਨੇ ਸਾਰੇ ਦਸਤਾਰੇ ਇਕੱਠੇ ਕਰਕੇ ਹੋਰ ਸਾਧੂ ਮਹਾਤਮਾਵਾਂ ਨਾਲ ਰਲ ਕੇ ਵੱਡੀ ਦਸਤਾਰ ਬਣਾ ਕੇ
ਦਾਸ ਦੇ ਸਿਰ ਤੇ ਸਜਾ ਇਸ ਅਸਥਾਨ ਦੀ ਸੇਵਾ ਦਾ ਭਾਰ ਰੱਖ ਦਿੱਤਾ। ਉਪਰੰਤ ਸਾਰੇ ਮਹਾਂਪੁਰਖਾਂ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਰਾਮ ਸਿੰਘ ਜੀ ਅਤੇ ਇਲਾਕੇ ਦੇ ਪਤਵੰਤੇ ਗੁਰਮੁਖਾਂ ਨੇ ਦਸਤਾਰੇ ਅਤੇ ਮਾਇਆ ਭੇਟ ਕੀਤੀ। ਜਥੇਦਾਰ ਜਗਦੇਵ ਸਿੰਘ ਤਲਵੰਡੀ, ਇਲਾਕੇ ਦੇ ਸਾਰੇ MLA, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਖਾਲਸਾ ਵਿਦਿਅਕ ਸੰਸਥਾਵਾਂ ਵੱਲੋਂ ਵੀ ਸਿਰੋਪਾਓ ਦਿੱਤੇ ਗਏ। ਅੱਧੇ ਘੰਟੇ ਵਿਚ ਇਹ ਰਸਮ ਪੂਰੀ ਹੋਣ ਉਪਰੰਤ ਆਏ ਹੋਏ ਪ੍ਰਤਿਸ਼ਠ ਵਿਅਕਤੀਆਂ, ਸਮੂਹ ਮਹਾਂਪੁਰਖਾਂ ਤੇ ਲੀਡਰ ਸਾਹਿਬਾਨਾਂ ਨੇ ਬਾਬਾ ਜੀ ਵੱਲੋਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਦਰਸਾਉਂਦਿਆਂ ਹੋਇਆਂ ਆਪ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਸਮੇਂ ਗੁਰਚਰਨ ਸਿੰਘ ਟੌੜਾ ਨੇ ਬਾਬਾ ਜੀ ਨੂੰ ਕੌਮ ਦਾ ਮਹਾਨ ਸ਼ਹੀਦ ਕਰਾਰ ਦਿੱਤਾ ਅਤੇ ਬਾਬਾ ਜੀ ਦੀ ਯਾਦ ਨੂੰ ਸਦੀਵ ਕਾਲ ਲਈ ਤਾਜ਼ਾ ਰੱਖਣ ਹਿੱਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਬਾਬਾ ਜੀ ਦੀ ਤਸਵੀਰ ਲਗਾਉਣ ਦਾ ਐਲਾਨ ਕੀਤਾ। ਇਸ ਦਿਨ ਜਿੰਨੀ ਕੁ ਸੰਗਤ ਆਈ ਉਸ ਦਾ ਅੰਦਾਜ਼ਾ ਲਗਾਉਣਾ ਕਠਿਨ ਸੀ। ਹਰ ਪਾਸੇ ਜਿੱਧਰ ਵੀ ਨਿਗਾਹ ਮਾਰੂ ਜਨ ਸਮੂਹ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਸੀ। ਅਰਦਾਸ ਉਪਰੰਤ ਦੇਗ ਵਰਤਾ ਕੇ ਸਾਰੇ ਦੀਵਾਨ ਦੀ ਸਮਾਪਤੀ ਕੀਤੀ ਗਈ। ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ, ਜੋ ਸਵੇਰ ਤੋਂ ਹੀ ਚੱਲ ਰਿਹਾ ਸੀ, ਲੋੜ ਅਨੁਸਾਰ ਇਹਦੀ ਸੰਗਤ ਨੇ ਛਕਿਆ। ਕਿਸੇ ਪ੍ਰਕਾਰ ਦਾ ਰੌਲਾ ਨਹੀਂ ਸੀ। ਬੜੇ ਅਦਬ ਅਤੇ ਭੈ ਭਾਵਨੀ ਵਿਚ ਸਾਰੀ ਸੰਗਤ ਦੀ ਹਿਰਦੇ ਵਿਚ ਬਾਬਾ ਜੀ ਦੀ ਪਿਆਰੀ ਨਿੱਘੀ ਯਾਦ ਨੂੰ ਸਮੋਈ। ਬਾਬਾ ਜੀ ਦੇ ਸਰੀਰਕ ਵਿਛੋੜੇ ਦੀ ਕਸਕ ਨੂੰ ਮਨ ਵਿਚ ਸਹਿੰਦੀ ਹੋਈ ਆਪੋ ਆਪਣੇ ਨਗਰਾਂ ਨੂੰ ਹੌਲੀ ਹੌਲੀ ਵਿਦਾ ਹੋ ਰਹੀ ਸੀ। ਅੰਤਮ ਬੇਨਤੀ। ਬਾਬਾ ਜੀ ਨੇ ਆਪਣੇ ਜੀਵਨ ਕਾਲ ਵਿਚ ਹਰ ਪੱਖ ਤੋਂ ਬਹੁਤ ਸੰਕੋਚਮਾ ਜੀਵਨ ਬਤੀਤ ਕੀਤਾ। ਆਪ ਜੀ ਬਹੁਤ ਕਲਾਰੇ ਤੋਂ ਹਮੇਸ਼ਾ ਸੰਕੋਚ ਕਰਦੇ, ਪਰ ਆਪ ਜੀ ਵੱਲੋਂ ਦੇਸ਼ ਵਿਦੇਸ਼ ਵਿਚ ਨਾਮ ਦੀ ਖੁਸ਼ਬੋਈ ਵੰਡਣ ਅਤੇ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਸਦਕਾ ਹਰ ਗੁਰੂ ਨਾਨਕ ਨਾਮ ਲੇਵਾ ਆਪ ਜੀ ਦੀ ਸ਼ਖਸੀਅਤ ਤੋਂ ਭਲੀ ਪ੍ਰਕਾਰ ਜਾਣੂ ਹੋ ਗਿਆ। ਜੋ ਪ੍ਰਾਣੀ ਬਾਬਾ ਜੀ ਦੇ ਸਰੀਰ ਸਮੇਂ ਦਰਸ਼ਨ ਨਹੀਂ ਕਰ ਸਕਿਆ, ਹੁਣ ਉਸਦੇ ਮਨ ਵਿਚ ਖਿੱਚ ਸੀ ਕਿ ਜੇ ਅਸੀਂ ਉਸ ਮਹਾਨ ਆਤਮਾ ਦੇ ਸਰੀਰਕ ਦਰਸ਼ਨ ਨਹੀਂ ਵੀ ਕਰ ਸਕੇ ਤਾਂ ਘੱਟੋ ਘੱਟ ਉਸ ਅਸਥਾਨ ਦੀ ਧੂੜੀ ਜ਼ਰੂਰ ਪਰਸੀਏ, ਜਿਸ ਅਸਥਾਨ ਤੇ ਬੈਠ ਕੇ ਇਸ ਮਹਾਨ ਆਤਮਾ ਨੇ ਬੇਅੰਤ ਨਾਮ ਸਿਮਰਨ ਕੀਤਾ, ਜਿਸ ਨਾਮ ਸਿਮਰਨ ਦੀ ਬਰਕਤ ਸਦਕਾ ਸਿੱਖੀ ਦੀ ਮਹਿਕ ਦੇਸ਼ ਵਿਦੇਸ਼ ਵਿਚ ਫੈਲੀ, ਅਤੇ ਉਨ੍ਹਾਂ ਸਮਾਗਮਾਂ ਵਿਚ ਜ਼ਰੂਰ ਹਾਜ਼ਰੀ ਭਰੀਏ ਜਿਨ੍ਹਾਂ ਵਿਚ ਬਾਬਾ ਜੀ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੁੜਨ ਲਈ ਪ੍ਰੇਰਣਾ ਅਤੇ ਅਵਸਰ ਪ੍ਰਦਾਨ ਕਰਿਆ ਕਰਦੇ ਸਨ। ਸੰਗਤਾਂ ਸਮਾਗਮ ਉਪਰ ਬੇਅੰਤ ਇਕੱਤਰ ਹੋਣ ਲੱਗ ਪਈਆਂ। ਸਤਿਗੁਰੂ ਜੀ ਦੀ ਪ੍ਰੇਰਣਾ ਅਤੇ ਸੰਗਤ ਦੇ ਉਦਮ ਸਦਕਾ ਬਾਬਾ ਜੀ ਨੇ ਆਪਣੇ ਸਮੇਂ ਜੋ ਇਕ 60 ਫੁੱਟ x 40 ਫੁੱਟ ਦਾ ਵੱਡਾ ਹਾਲ ਕਮਰਾ ਸਤਿਗੁਰੂ ਜੀ ਦੇ ਪ੍ਰਕਾਸ਼ ਵਾਸਤੇ ਅਤੇ ਸੰਗਤ ਦੀ ਰਹਿਸ਼ ਲਈ ਜੋ 20x2 ਕਮਰੇ ਬਣਾਏ ਸਨ, ਸਤਿਗੁਰੂ ਜੀ ਦੀ ਅਪਾਰ ਕਿਰਪਾ ਤੇ ਮਹਾਂਪੁਰਖਾਂ ਵੱਲੋਂ ਬਖਸ਼ੀ ਪ੍ਰੇਰਣਾ ਸਦਕਾ ਹੁਣ ਉਸ ਵਿਚ ਵਾਧਾ ਹੋਣ ਲੱਗ ਪਿਆ। ਥੋੜੇ ਅਰਸੇ ਵਿਚ ਹੀ ਸੰਗਤ ਦੀ ਰਹਿਸ਼ ਲਈ ਹੋਰ 40-42 ਕਮਰੇ ਬਣ ਗਏ। ਅੰਮ੍ਰਿਤ ਪ੍ਰਚਾਰ ਲਈ ਕਰੀਬਨ 27 ਫੁੱਟ x 52 ਫੁੱਟ ਦਾ ਇਕ ਹੋਰ ਹਾਲ ਬਣ ਗਿਆ, ਸੋ ਜਿਸ ਨੂੰ ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ ਲਾਇਬ੍ਰੇਰੀ ਅਤੇ ਅਜਾਇਬ ਘਰ ਵਿਚ ਬਦਲਿਆ ਗਿਆ ਸੀ। ਸੰਗਤਾਂ ਦੀ ਰਹਾਇਸ਼ੀ ਸਹੂਲਤ ਨੂੰ ਮੁੱਖ ਰੱਖ ਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ ਉਤੇ ਗੁਰੂ ਰਾਮਦਾਸ ਨਿਵਾਸ ਦੀ ਉਸਾਰੀ ਆਰੰਭ ਕੀਤੀ ਗਈ, ਜਿਸ ਵਿਚ ਕਰੀਬਨ 200 ਦੇ ਕਮਰੇ ਸਮੇਤ ਲੈਟਰਿਨ ਬਾਥਰੂਮ ਤਿਆਰ ਹੋ ਗਏ ਹਨ ਤੇ ਅਗਾਂਹ ਉਸਾਰੀ ਚੱਲ ਰਹੀ ਹੈ। ਅੰਮ੍ਰਿਤ ਸੰਚਾਰ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਵਾਸਤੇ 35x75 ਫੁੱਟ ਦਾ ਹਾਲ ਤਿਆਰ ਹੋ ਗਿਆ ਹੈ। ਸੰਗਤਾਂ ਦੇ ਲੰਗਰ ਛਕਣ ਵਾਸਤੇ ਇਕ ਸ਼ੈੱਡ ਜੋ ਪਹਿਲਾਂ ਬਣਾਇਆ ਗਿਆ, ਸੋ ਉਸ ਤੋਂ ਬਾਅਦ ਪ੍ਰਕਾਸ਼ ਅਸਥਾਨ ਉਪਰ 6 ਮੰਜ਼ਿਲਾ 125 ਫੁੱਟ ਉੱਚਾ ਗੁੰਬਜ ਵੀ ਤਿਆਰ ਹੋ ਗਿਆ ਹੈ। ਟੀਨਾ ਦੇ ਸ਼ੈੱਡ ਜਿਸ ਵਿਚ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਸੀ ਪ੍ਰਕਾਸ਼ ਅਸਥਾਨ ਦੇ ਬਿਲਕੁਲ ਨਜ਼ਦੀਕ ਸੀ, ਜਿਸ ਕਾਰਨ ਸੰਗਤ ਦਾ ਬੋਲ ਬੁਲਾਰਾ ਤੇ ਬਰਤਨਾਂ ਦਾ ਖੜਾਕ ਚੱਲ ਰਹੇ ਦੀਵਾਨ ਵਿਚ ਵਿਘਨਕਾਰੀ ਬਣ ਕੇ ਸੰਗਤਾਂ ਦੀ ਸੁਰਤ ਸ਼ਬਦ ਨਾਲੋਂ ਉਖੇੜਨ ਦਾ ਕਾਰਨ ਬਣਦਾ ਸੀ। ਸੋ ਇਸ ਸਮੱਸਿਆ ਦੇ ਹੱਲ ਲਈ ਗੁਰਦੁਆਰਾ ਸਾਹਿਬ ਦੇ ਚੜ੍ਹਦੇ ਪਾਸੇ ਜੋ 1 ਕਿੱਲਾ ਥਾਂ ਸੀ, ਉਸ ਸਾਰੇ ਥਾਂ ਵਿਚ 120 ਫੁੱਟ ਲੰਬਾ 120 ਫੁੱਟ ਚੌੜਾ ਚੌਰਸ ਹਾਲ ਸੰਗਤ ਦੇ ਲੰਗਰ ਛਕਣ ਵਾਸਤੇ ਬਣਾਇਆ ਗਿਆ ਅਤੇ ਏਡਾ ਵੱਡਾ 120 ਫੁੱਟ x 120 ਫੁੱਟ ਦਾ ਹਾਲ ਇਸ ਦੇ ਉਪਰ ਦੂਸਰੀ ਮੰਜ਼ਿਲ ਤੇ ਬਣਾਇਆ ਗਿਆ, ਜਿਸ ਵਿਚ ਸਿੱਖ ਇਤਿਹਾਸ ਨਾਲ ਸੰਬੰਧਿਤ ਚਿੱਤਰ ਲਗਾਏ ਗਏ ਹਨ ਤਾਂ ਜੋ ਸੰਗਤਾਂ ਆਪਣੇ ਵਿਰਸੇ ਦੀ ਜਾਣਕਾਰੀ ਲੈਣ ਲਈ ਇਸ ਅਜਾਇਬ ਘਰ ਤੋਂ ਲਾਭ ਪ੍ਰਾਪਤ ਕਰ ਸਕਣ ਅਤੇ ਆਉਣ ਵਾਲੇ ਸਮੇਂ ਵਿਚ ਇਸ ਨੂੰ ਮਲਟੀ ਮੀਡੀਆ ਅਜਾਇਬ ਘਰ ਬਣਾਉਣ ਦਾ ਫੁਰਨਾ ਵੀ ਮਨ ਵਿਚ ਹੈ, ਜੋ ਸਤਿਗੁਰੂ ਜੀ ਆਪਣੇ ਭਾਣੇ ਵਿਚ ਆਪਣੇ ਹੁਕਮ ਵਿਚ ਸਾਕਾਰ ਕਰਨਗੇ। ਅਤੇ ਇਸੇ ਹੀ ਹਾਲ ਦੇ ਉਪਰ ਤੀਜੀ ਮੰਜ਼ਿਲ ਉਪਰ ਸੰਗਤਾਂ ਦੀ ਰਹਾਇਸ਼ ਵਾਸਤੇ ਕੁਝ ਹਾਲ ਤੇ ਕੁਝ ਕਮਰੇ ਬਣਾਏ ਗਏ ਹਨ, ਜੋ ਸੰਗਤਾਂ ਦੀ ਜ਼ਿਆਦਾ ਸੰਗਤਾਂ
ਕਿਸੇ ਸਥਾਨ ਤੋਂ ਆ ਜਾਂਦੀਆਂ ਹਨ ਤੇ ਉਹਨਾਂ ਨੂੰ ਇਕੱਠਿਆਂ ਉਸ ਸਥਾਨ ਤੇ ਵਿਸਰਾਮ ਕਰਾਉਣ ਲਈ ਇਹ ਹਾਲ ਕਮਰੇ ਤੇ ਦੂਸਰੇ ਕਮਰੇ ਸੋ ਉਹਨਾਂ ਨੂੰ ਆਰਾਮ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਇਸ ਲੰਗਰ ਹਾਲ ਦੇ ਸਾਹਮਣੇ ਫੁੱਲਾਂ ਦੀ ਪਾਰਕ ਬਣਾਈ ਗਈ ਹੈ। ਦੂਸਰੇ ਦੱਖਣ ਵਾਲੇ ਪਾਸੇ ਲੰਗਰ ਤਿਆਰ ਕਰਨ ਲਈ ਰਸਦ ਅਤੇ ਬਰਤਨ ਆਦਿ ਸਟੋਰ ਕਰਨ ਲਈ 150 ਫੁੱਟ ਲੰਬਾ 30 ਫੁੱਟ ਚੌੜਾ ਹਾਲ ਤੇ ਕਮਰੇ, ਇਸੇ ਹਾਲ ਦੇ ਉੱਪਰ ਸਟੋਰਾਂ ਉੱਪਰ ਸੰਗਤ ਦੀ ਰਹਿਸ਼ ਵਾਸਤੇ 48 ਕਮਰੇ ਤਕਰੀਬਨ 2 ਸਾਲ ਦੇ ਅੰਦਰ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਤਿਆਰ ਕਰਵਾ ਲਏ ਹਨ। ਹੁਣ ਗੁਰਦੁਆਰਾ ਸਾਹਿਬ ਦਾ ਵਿਹੜਾ ਖੁੱਲ੍ਹਾ ਕਰਨ ਅਤੇ ਇਸ ਵਿਹੜੇ ਹੇਠ ਬੇਸਮੈਂਟ ਦੀ ਸੇਵਾ ਦਾ ਕਾਰਜ ਜੋ ਗੁਰੂ ਆਸਰੇ ਚੱਲ ਰਿਹਾ ਸੀ ਉਹ ਵੀ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਸੰਪੂਰਨ ਹੈ। ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊੜੀ ਦੀ ਸੇਵਾ ਵੀ ਚੱਲ ਰਹੀ ਹੈ, ਛੇਤੀ ਹੀ ਸਤਿਗੁਰੂ ਜੀ ਸੰਪੂਰਨ ਕਰਨਗੇ। ਇਸ ਦੇ ਨਾਲ ਹੀ ਉੱਤਰ ਵਾਲੇ ਪਾਸੇ ਜਿੱਥੇ ਮਹਾਂਪੁਰਸ਼ਾਂ ਦੀ ਬਰਸੀ ਦਾ ਸਾਲਾਨਾ ਦੀਵਾਨ ਸਜਿਆ ਕਰਦਾ ਸੀ, ਸੋਚੂ ਕਿ ਸਮਾਗਮਾਂ ਉੱਪਰ ਸੰਗਤਾਂ ਬੇਅੰਤ ਹਾਜ਼ਰੀ ਭਰਦੀਆਂ ਹਨ, ਜਿਸ ਕਰਕੇ ਰਹਾਇਸ਼ ਦੀ ਸਮੱਸਿਆ ਉਵੇਂ ਦੀ ਉਵੇਂ ਕਾਇਮ ਸੀ। ਸੋ ਉੱਥੇ 3 ਮੰਜ਼ਿਲਾ ਇਮਾਰਤ ਸੰਗਤਾਂ ਦੇ ਆਰਾਮ ਕਰਨ ਵਾਸਤੇ ਹੋਰ ਉਸਾਰੀ ਅਧੀਨ ਹੈ, ਜੋ ਸਤਿਗੁਰੂ ਜੀ ਕਿਰਪਾ ਕਰਕੇ ਜਲਦੀ ਹੀ ਸੰਪੂਰਨ ਕਰਾਉਣਗੇ। ਮਹਾਂਪੁਰਖਾਂ ਦੀ ਯਾਦ ਵਿਚ ਹੁਸ਼ਿਆਰਪੁਰ ਦਸੂਹਾ ਮੇਨ ਰੋਡ ਤੋਂ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਤੋਂ ਪਿੰਡ ਬਾਲੇ ਅਤੇ ਤਲਵੰਡੀ ਤੱਕ ਸਟਰੀਟ ਲਾਈਟਾਂ ਲਾ ਕੇ ਇਸ ਮਾਰਗ ਦਾ ਨਾਂ ਸੰਤ ਬਾਬਾ ਹਰਨਾਮ ਸਿੰਘ ਮਾਰਗ ਰੱਖਿਆ ਗਿਆ ਹੈ ਅਤੇ ਇਸ ਸੜਕ ਨੂੰ ਚੌੜੀ ਕਰਾ ਕੇ ਉੱਤੇ ਪ੍ਰੀ ਮਿਕਸ ਪਵਾ ਦਿੱਤਾ ਗਿਆ ਹੈ। ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਵੱਡੇ ਵੱਡੇ ਜਨਰੇਟਰ ਸੰਗਤ ਦੀ ਸੇਵਾ ਲਈ ਹਾਜ਼ਰ ਹਨ। ਸੰਗਤ ਲਈ ਚਾਹ ਦੁੱਧ ਦੀ ਸੇਵਾ ਹਿੱਤ ਸਤਿਗੁਰੂ ਜੀ ਨੇ ਸੰਗਤ ਨੂੰ ਪ੍ਰੇਰਣਾ ਦੇ ਕਰਕੇ ਬੇਅੰਤ ਗਊ ਮੱਝਾਂ ਭੇਜ ਦਿੱਤੀਆਂ ਹਨ, ਜਿਨ੍ਹਾਂ ਵਾਸਤੇ 3 ਵੱਡੇ ਸ਼ੈੱਡ ਉਸਾਰੇ ਹਨ। ਗੁਰਦੁਆਰਾ ਸਾਹਿਬ ਦੇ ਸਾਹਮਣੇ ਜੋ ਜ਼ਮੀਨ ਸੀ ਉਹ ਵੀ ਖਰੀਦ ਕੇ ਲੋਹ ਲੰਗਰ ਗੁਰਦੁਆਰਾ ਰਾਮਪੁਰ ਖੇੜਾ ਦੇ ਨਾਮ ਲਾ ਦਿੱਤੀ ਹੈ। ਪਿਛਲੇਰੇ ਸਾਲਾਂ ਵਿਚ ਪਿੰਡ ਬਾਲੇ ਚੱਕਬੰਦੀ ਹੋ ਰਹੀ ਸੀ। ਕੁਝ ਪ੍ਰੇਮੀਆਂ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਨਾਮ ਤੇ ਕੋਈ ਜ਼ਮੀਨ ਨਹੀਂ, ਜਿਸ ਕਰਕੇ ਪਸ਼ੂਆਂ ਲਈ ਹਰੇ ਪੱਠੇ ਬੀਜਣ ਲਈ ਔਖ ਹੁੰਦੀ ਹੈ। ਸੋ ਸੰਗਤ ਨੇ ਗੁਰੂ ਪ੍ਰੇਰਣਾ ਸਦਕਾ 5.5 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਦਾਨ ਕੀਤੀ ਹੋਈ ਹੈ। ਇਹ ਸਭ ਬਰਕਤਾਂ ਉਸ ਨਾਮ ਜਪਣ ਦੀਆਂ ਹੀ ਹਨ, ਜਿਨ੍ਹਾਂ ਪ੍ਰਤੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫੁਰਮਾਨ ਅੰਕਿਤ ਕੀਤਾ ਹੈ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੁਬਾਰੇ। ਸਤਿਗੁਰੂ ਜੀ ਵੱਲੋਂ ਬਖਸ਼ੇ ਹੁਕਮ ਸਦਕਾ ਮਹਾਂਪੁਰਖਾਂ ਨੇ ਅੰਮ੍ਰਿਤ ਸੰਚਾਰ ਅਤੇ ਗੁਰਸਿੱਖੀ ਪ੍ਰਚਾਰ ਦਾ ਜੋ ਸਰਵ ਸ੍ਰੇਸ਼ਟ ਕਾਰਜ ਆਰੰਭਿਆ ਸੀ, ਕੁਝ ਨਾਸਤਕ ਲੋਕਾਂ ਅਤੇ ਸਮੇਂ ਦੀ ਸਰਕਾਰ ਨੇ ਉਸ ਨੂੰ ਬੰਦ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਜਿਸ ਸਦਕਾ ਮਹਾਂਪੁਰਸ਼ਾਂ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਅਤੇ ਅੱਤ ਦੇ ਸਰੀਰਕ ਤਸ਼ੱਦਦ ਦਾ ਸ਼ਿਕਾਰ ਵੀ ਬਣਨਾ ਪਿਆ। ਪਰ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਅਤੇ ਮਹਾਂਪੁਰਖਾਂ ਦਾ ਮਿਹਰ ਭਰਿਆ ਹੱਥ ਸਿਰ ਉੱਪਰ ਹੋਣ ਸਦਕਾ ਗੁਰਦੇਵ ਜੀ ਨੇ ਹਰ ਜਗ੍ਹਾ ਹਰ ਪ੍ਰਕਾਰ ਪ੍ਰਤੱਖ ਹੋ ਕਰਕੇ ਰੱਖਿਆ ਕੀਤੀ। ਅੰਮ੍ਰਿਤ ਪ੍ਰਚਾਰ ਜੋ ਕੇਵਲ ਮਹਾਂਪੁਰਖਾਂ ਦੇ ਸਮੇਂ ਗੁਰਪੁਰਬਾਂ ਅਤੇ ਹੋਰ ਸਮਾਗਮਾਂ ਤੇ ਹੁੰਦਾ ਸੀ, ਹੁਣ ਹਰ ਸੰਗਰਾਂਦ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਨਿਯਤ ਕੀਤਾ ਹੈ। ਹਰ ਸੰਗਰਾਂਦ ਤੇ ਬੇਅੰਤ ਪ੍ਰਾਣੀ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਚਰਨਾਂ ਨਾਲ ਜੁੜਦੇ ਹਨ। ਇਸ ਤੋਂ ਇਲਾਵਾ ਗੁਰਪੁਰਬਾਂ ਉੱਤੇ ਉਚੇਚਾ ਅੰਮ੍ਰਿਤ ਸੰਚਾਰ ਦੇ ਸਮਾਗਮ ਕੀਤੇ ਜਾਂਦੇ ਹਨ। ਜਿਸ ਵੀ ਨਗਰ ਵਿਚ ਅੰਮ੍ਰਿਤ ਅਵਲਾਕੀ ਅੰਮ੍ਰਿਤ ਛਕਣ ਦੀ ਇੱਛਾ ਰੱਖਦੇ ਹੋਣ ਉਸ ਨਗਰ ਵਿਚ ਜਾ ਕੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। ਕਈ ਵਾਰ ਤਾਂ ਇੱਕੋ ਦਿਨ 5-6 ਜਗ੍ਹਾ ਵੀ ਅੰਮ੍ਰਿਤ ਸੰਚਾਰ ਲਈ ਪੰਜਾਂ ਪਿਆਰਿਆਂ ਦੇ ਜਥੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਅਸਥਾਨ ਤੋਂ ਜਾਂਦੇ ਹਨ। ਅੰਮ੍ਰਿਤ ਸੰਚਾਰ ਹਿੱਤ ਪੰਜਾਂ ਪਿਆਰਿਆਂ ਦੇ ਜਾਣ ਲਈ ਉਚੇਚਾ ਗੱਡੀਆਂ ਖਰੀਦੀਆਂ ਗਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ ਸਾਰੇ ਇਲਾਕੇ ਵਿਚੋਂ ਸੰਭਾਲ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਾਉਣ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਵੇਂ ਸਤਿਗੁਰੂ ਜੀ ਦੇ ਪਾਵਨ ਸਰੂਪ ਲਿਆ ਕੇ ਨਗਰਾਂ ਵਿਚ ਅਦਬ ਸਤਕਾਰ ਨਾਲ ਪਹੁੰਚਾਉਣ ਦੀ ਸੇਵਾ ਵੀ ਨਿਰੰਤਰ ਗੁਰੂ ਕਿਰਪਾ ਨਾਲ ਜਾਰੀ ਹੈ। ਗੁਰਬਾਣੀ ਦਾ ਨਿਰਧਾਰਤ ਰਾਗਾਂ ਵਿਚ ਕੀਰਤਨ ਦੀ ਸਿਖਲਾਈ ਦੇਣ ਵਾਸਤੇ ਸੰਗੀਤ ਦੇ ਮਾਹਰ ਪ੍ਰੋਫੈਸਰ ਰੱਖ ਕੇ ਮਹਾਂਪੁਰਖਾਂ ਦੀ ਯਾਦ ਵਿਚ ਗੁਰਮਤਿ ਸੰਗੀਤ ਵਿਦਿਆਲਿਆ ਖੋਲਿਆ ਗਿਆ ਹੈ, ਜਿਸ ਵਿਚ 60-70 ਦੇ ਕਰੀਬ ਵਿਦਿਆਰਥੀ ਗੁਰਮਤਿ ਸੰਗੀਤ ਦੀ ਵਿਦਿਆ ਪ੍ਰਾਪਤ ਕਰ ਰਹੇ ਹਨ। ਬਾਬਾ ਜੀ ਦੇ ਸਮੇਂ ਤੋਂ ਚੱਲ ਰਹੇ ਸਮਾਗਮਾਂ ਤੋਂ ਇਲਾਵਾ ਹੋਰ ਵੀ ਨਾਮ ਸਿਮਰਨ ਦੇ ਸਮਾਗਮਾਂ ਵਿਚ ਵਾਧਾ ਹੋਇਆ ਹੈ। ਮਹਾਂਪੁਰਖਾਂ ਦੀ ਸਾਲਾਨਾ ਬਰਸੀ ਹਰ ਸਾਲ 4 ਜਨਵਰੀ ਨੂੰ ਸੰਗਤਾਂ ਬੜੇ ਉਤਸ਼ਾਹ ਅਤੇ ਪ੍ਰੇਮ ਸਹਿਤ ਮਨਾਉਂਦੀਆਂ ਹਨ। ਬਰਸੀ ਤੋਂ 4 ਦਿਨ ਪਹਿਲੇ ਨਾਮ ਅਭਿਆਸ ਕਮਾਈ ਸਮਾਗਮ ਰਚਿਆ ਜਾਂਦਾ ਹੈ। 3-4 ਜਨਵਰੀ ਦੀ ਰਾਤ ਨੂੰ ਰੈਣ ਸੁਬਾਈ ਕੀਰਤਨ ਹੁੰਦਾ ਹੈ। 4 ਜਨਵਰੀ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਉਪਰੰਤ ਸਾਰਾ ਦਿਨ ਵੱਡੇ ਪੰਡਾਲ ਵਿਚ ਦੀਵਾਨ ਸਜਦੇ ਹਨ, ਤਾਂ ਜੋ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮੁੱਖ ਵਾਕ ਦੀ ਸਫਲਤਾ ਕਰਕੇ
ਸਤਿਗੁਰੂ ਜੀ ਦੇ ਉਪਦੇਸ਼ਾਂ ਅਤੇ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਸੀਂ ਆਪਣੇ ਜੀਵਨ ਨੂੰ ਹੋਰ ਉਚੇਰਾ ਚੁੱਕੀਏ ਅਤੇ ਗੁਰਮਤਿ ਮਾਰਗ ਦੇ ਦ੍ਰਿੜਧਾਰਨੀ ਬਣ ਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਕਰ ਸਕੀਏ। ਨਾਮ ਅਭਿਆਸ ਕਮਾਈ ਸਮਾਗਮ ਜੋ ਪਹਿਲਾਂ ਜੁਲਾਈ ਤੋਂ ਅਕਤੂਬਰ ਦੇ ਮਹੀਨੇ ਵਿਚ ਕੀਤਾ ਗਿਆ, ਸੋ ਪਹਿਲਾਂ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਅਗਲੇ ਐਤਵਾਰ ਤੱਕ 8 ਦਿਨ ਚੱਲਦਾ ਸੀ ਤੇ ਹੁਣ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੰਗਤ ਦੀ ਤੀਬਰ ਮੰਗ ਨੂੰ ਮੁੱਖ ਰੱਖ ਕੇ 2001 ਤੋਂ ਇੱਕ ਹੋਰ ਨਾਮ ਅਭਿਆਸ ਕਮਾਈ ਸਮਾਗਮ ਅਪ੍ਰੈਲ ਦੇ ਮਹੀਨੇ ਦੇ ਪਹਿਲੇ ਐਤਵਾਰ ਤੋਂ ਅਗਲੇ ਐਤਵਾਰ ਤੱਕ 8 ਦਿਨਾਂ ਦਾ ਆਰੰਭ ਕਰ ਦਿੱਤਾ ਹੈ, ਜੋ ਨਿਰੰਤਰ ਗੁਰੂ ਮੇਹਰ ਆਸਰੇ ਚੱਲਦਾ ਰਹੇਗਾ। ਗੁਰੂ ਪਾਤਸ਼ਾਹ ਲਾਹੇ ਬਖਸ਼ਿਸ਼ ਕਰਨ। ਇਹ ਸੀ ਅਨੰਤ ਸ਼ਕਤੀ ਦੇ ਦਰੋਂ ਵਰਸਾਏ ਦੈਵੀ ਗੁਣਾਂ ਨਾਲ ਸਰਸ਼ਾਰ ਉਸ ਪਿਆਰੇ ਹਰਜੀ ਦੇ ਪਿਆਰੇ ਦੀ ਸੰਖੇਪ ਜੀਵਨ ਗਾਥਾ, ਜਿਸ ਨੇ ਉਸ ਸ਼ੋ ਦੇ ਗੱਲ ਲੱਗਣ ਦੀ ਜਾਚ ਸਿਖਾਈ। ਅੰਤ ਵਿਚ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਹੈ ਕਿ ਬੀਤ ਰਹੀ ਹੁਣ ਬੀਤ ਚੱਲੀ ਹੈ, ਬੀਤ ਜਾਏਗੀ ਇੱਕ ਦਿਨ, ਛਿਨ ਛਿਨ ਜਾਤ ਪੱਕੇ ਲਿਵ ਬਣ ਜਾਏ, ਬਣੇ ਸਦੈਵੀ ਇਹ ਛਿਨ, ਤਰਲੇ ਲਏ ਬਹੁ ਤੇਰੇ ਸ਼ੋ ਜੀ, ਭੁੱਲ ਝਾਤੀਆਂ ਮਾਰੇ, ਸ਼ਾਲਾ ਸ਼ਰਨ ਲਾਜ ਹੁਣ ਪਾਲੋ, ਸਮਰੱਥ ਕੋਏ ਨਾ ਤੁਝ ਬਿਨ। ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕਾਂ ਨੂੰ ਦੁਹਰਾਉਂਦਿਆਂ ਹੋਇਆਂ ਅਸੀਸ ਰੂਪ ਮੰਗਦੇ ਹੋਏ ਸੰਗਤ ਤੋਂ ਇੱਥੇ ਖਿਮਾ ਲੈਂਦੇ ਹਾਂ। ਦੇਹੋ ਸੱਜਣ ਅਸੀਸੜੀਆ, ਜਿਉਂ ਹੋਵੈ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਰਾਤੱਤਵ ਇਤਿਹਾਸ ਰਾਮਪੁਰ ਖੇੜਾ। ਭੂਗੋਲਿਕ ਸਥਿਤੀ। ਰਾਮਪੁਰ ਖੇੜੇ ਦਾ ਥੇ ਹੁਸ਼ਿਆਰਪੁਰ ਤੋਂ ਦਸੂਹਾ, ਮੁਕੇਰੀਆਂ ਤੇ ਪਠਾਨਕੋਟ ਜਾਣ ਵਾਲੀ ਜਰਨੈਲੀ ਸੜਕ ਤੇ 18 ਮੀਲ ਦੀ ਵਿੱਥ ਤੇ ਪਿੰਡ ਮਾਛੀਆਂ ਦੇ ਲਹਿੰਦੇ ਪਾਸੇ ਕੋਈ 2 ਕੁ ਫੁਰਲਾਂਗ ਤੇ ਵਾਕਿਆ ਹੈ, ਜੋ ਜ਼ਿਲ੍ਹਾ ਹੁਸ਼ਿਆਰਪੁਰ ਸਬ ਤਹਿਸੀਲ ਤੇ ਥਾਣਾ ਭੁੰਗਾ ਵਿਚ ਪੈਂਦਾ ਹੈ। 1947 ਈਸਵੀ ਤੋਂ ਪਹਿਲਾਂ ਅੰਗਰੇਜ਼ ਰਾਜ ਸਮੇਂ ਇਹ ਥੇ ਪਹਿਲਾਂ ਤਹਿਸੀਲ ਦਸੂਹਾ ਵਿਚ ਵਾਕਿਆ ਸੀ। ਸੰਸਾਰ ਦੇ ਨਕਸ਼ੇ ਤੇ ਇਸ ਪੁਰਾਤਨ ਤੇ ਇਤਿਹਾਸਕ ਥੇ ਦੀ ਸਥਿਤੀ 32° 5' ਲੈਟੀਚਿਊਡ ਅਤੇ 30° 58' ਲੌਂਗੀਚਿਊਡ ਤੇ ਹੈ। ਸਥਾਨਕ ਤੌਰ ਤੇ ਇਹ ਥੇ ਚੜ੍ਹਦੇ ਪਾਸਿਓਂ ਪਿੰਡ ਮਾਛੀਆਂ, ਪੱਛਮ ਵੱਲੋਂ ਪਿੰਡ ਗੋਇੰਦਪੁਰ, ਲਹਿੰਦੇ ਵੱਲੋਂ ਪਿੰਡ ਬਾਲਾ ਅਤੇ ਦੱਖਣ ਵੱਲੋਂ ਪਿੰਡ ਤਲਵੰਡੀ ਜੱਟਾਂ ਵਿਚ ਘਿਰਿਆ ਹੋਇਆ ਹੈ। ਇਸ ਥੇ ਦੀਆਂ ਹੱਦਾਂ ਉਪਰੋਕਤ ਪਿੰਡਾਂ ਨਾਲ ਲੱਗਦੀਆਂ ਹਨ, ਪਰ ਸਰਕਾਰੀ ਕਾਗਜ਼ਾਂ ਵਿਚ ਗੋਇੰਦਪੁਰ ਪਿੰਡ ਦੀ ਹੱਦ ਵਿਚ ਹੈ, ਜੋ ਅੰਗਰੇਜ਼ ਸਰਕਾਰ ਦੇ ਪੰਜਾਬ ਦੇ ਸੂਬੇ ਦੀ ਜਿੱਤ ਪਿੱਛੋਂ ਬੰਦੋਬਸਤ ਸਮੇਂ ਆਇਆ ਸੀ। ਇਸ ਥੇ ਦੇ ਇਰਦ ਗਿਰਦ ਦੇ ਪਿੰਡਾਂ ਦੀ ਮੌਜੂਦਾ ਹੱਦਬੰਦੀ ਸੰਨ 1853 ਵਿਚ ਅੰਗਰੇਜ਼ ਸਰਕਾਰ ਨੇ ਪੰਜਾਬ ਦੇ ਪਹਿਲੇ ਬੰਦੋਬਸਤ ਸਮੇਂ ਕੀਤੀ ਸੀ। ਇਹ ਹੱਦਬੰਦੀ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਵਜ਼ੀਰ ਦੀ ਹੱਦਬੰਦੀਆਂ ਦੇ ਆਧਾਰ ਤੇ ਹੋਈ ਸੀ, ਪਰ ਅੰਗਰੇਜ਼ ਸਰਕਾਰ ਦੀ ਜ਼ਮੀਨ ਦੀ ਵੰਡ ਵਜ਼ੀਰ ਟੋਡਰ ਮੱਲ ਨਾਲੋਂ ਵਧੇਰੇ ਵਿਸਥਾਰ ਅਤੇ ਪੱਕੇ ਢੰਗ ਵਾਲੀ ਸੀ, ਜੋ ਭਾਰਤ ਦੇ ਆਜ਼ਾਦ ਹੋਣ ਦੇ ਸਮੇਂ ਤੋਂ ਅੱਜ ਤੱਕ ਉਹ ਸਿਸਟਮ ਚੱਲਿਆ ਆ ਰਿਹਾ ਹੈ। ਇਤਿਹਾਸ। ਰਾਮਪੁਰ ਥੇ ਦਾ ਨਾਂ ਇੰਨਾ ਹੀ ਪੁਰਾਣਾ ਹੈ ਜਿੰਨਾ ਪੰਜਾਬ ਅਤੇ ਭਾਰਤ ਦੇ ਹੋਰ ਪੁਰਾਤਨ ਥੇ ਹਨ। ਥੇਹਾਂ ਦਾ ਇਤਿਹਾਸ ਸਮਿਆਂ ਦੇ ਦੁੱਖਾਂ ਸੁੱਖਾਂ ਦੀਆਂ ਘਟਨਾਵਾਂ ਦੇ ਫਿਲਮਾਂ ਦੇ ਝਲਕਾਰਿਆਂ ਵਾਂਗ ਹੈ, ਜਿਨ੍ਹਾਂ ਦੀਆਂ ਕੁੱਖਾਂ ਨੂੰ ਫਰੋਲਣ ਨਾਲ ਹਰ ਸਮੇਂ ਦੇ ਇਤਿਹਾਸਕ, ਸਭਿਆਚਾਰਕ, ਧਾਰਮਿਕ, ਮਕਾਨ ਉਸਾਰੀ ਅਤੇ ਹੋਰ ਹਰ ਸਮੇਂ ਦੀ ਰੰਗਣ ਦੀਆਂ ਹੂਬ ਹੂ ਤਸਵੀਰਾਂ ਨਿਕਲ ਆਉਂਦੀਆਂ ਹਨ। ਪੁਰਾਤੱਤਵੀ ਆਰਕਿਓਲੋਜੀ ਦੇ ਮਾਹਰਾਂ ਨੇ ਥੇਹਾਂ ਦੀ ਖੁਦਾਈ ਕਰਦੇ ਸਮੇਂ ਦੀਆਂ ਘਟਨਾਵਾਂ ਨੂੰ ਲੜੀਵਾਰ ਜੋੜ ਕੇ ਪੂਰੇ ਇਤਿਹਾਸ ਨੂੰ ਜੀਵਿਤ ਕੀਤਾ ਹੈ। ਪੰਜਾਬ ਤੇ ਭਾਰਤ ਵਿਚ ਹੀ ਨਹੀਂ ਬਲਕਿ ਸੰਸਾਰ ਦੇ ਕੋਨੇ ਕੋਨੇ ਵਿਚ ਸਰਕਾਰਾਂ ਅਤੇ ਵਿਗਿਆਨੀਆਂ ਨੇ ਥੇਹਾਂ ਦੀਆਂ ਖੁਦਾਈਆਂ ਵਿਚ ਬਹੁਤ ਜ਼ਿਆਦਾ ਦਿਲਚਸਪੀ ਲੈ ਕੇ ਗੁਜਰੀਆਂ ਸਦੀਆਂ ਵਿਚ ਹੋਏ ਲੋਕਾਂ ਦੀ ਰਹਿਣੀ ਬਹਿਣੀ, ਧਰਮ, ਯੁੱਧ, ਫਸਲਬਾੜੀ ਅਤੇ ਹਰ ਜੀਵਨ ਦੇ ਪੱਖ ਉਤੇ ਰੋਸ਼ਨੀਆਂ ਪਾਈਆਂ ਹਨ। ਇਸ ਥੇ ਦੀ ਕੁੱਖ ਵਿਚ ਬਹੁਤ ਕੁਝ ਲੁਕਿਆ ਜਾਪਦਾ ਹੈ ਜੋ ਬਾਕਾਇਦਾ ਖੁਦਾਈ ਰਾਹੀਂ ਹੀ ਪਤਾ ਲੱਗ ਸਕਦਾ ਹੈ। ਇਹ ਗੱਲ ਯਕੀਨੀ ਹੈ ਕਿ ਕਿਸੇ ਵੇਲੇ ਇਸ ਥੇ ਦਾ ਘੇਰਾ 150-200 ਏਕੜਾਂ ਵਿਚ ਸੀ। ਚੜ੍ਹਦੇ ਅਤੇ ਲਹਿੰਦੇ ਪਾਸੇ 2 ਨਦੀਆਂ ਵਗਦੀਆਂ ਸਨ, ਜਿਨ੍ਹਾਂ ਦੇ ਚਿੰਨ ਅੱਜ ਵੀ ਮਿਲਦੇ ਹਨ। ਇਨ੍ਹਾਂ ਦੇ ਨਿਰਮਲ ਜਲ ਇੱਥੋਂ ਦੇ ਜੀਵਾਂ ਅਤੇ ਪਸ਼ੂਆਂ ਦੀ ਜੀਵਨ ਦੀ ਹਰ ਲੋੜ ਨੂੰ ਪੂਰਾ ਕਰਦੀਆਂ ਸਨ। ਦੋਨੋ ਨਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿਚੋਂ ਸਾਰਾ ਸਾਲ ਵਗਦੀਆਂ ਰਹਿੰਦੀਆਂ ਸਨ, ਪਰ ਹਜ਼ਾਰਾਂ ਸਾਲ ਦੇ ਲੰਬੇਰੇ ਪੰਧ ਨੇ ਧਰਤੀ ਉੱਤੇ ਹੋਏ ਉਲੱਥ ਪੁਲੱਥ ਨੇ ਇਨ੍ਹਾਂ ਦੇ ਸਦੀਵੀ ਰਸਤਿਆਂ ਨੂੰ ਬਦਲ ਦਿੱਤਾ ਹੈ। ਅੰਗਰੇਜ਼ ਸਰਕਾਰ ਦੀਆਂ ਰਿਕਾਰਡਾਂ ਵਿਚ ਇਸ ਥੇ ਨੂੰ ਕੋਨਾ ਲਿਖਿਆ ਹੈ, ਜੋ ਫਾਰਸੀ ਭਾਸ਼ਾ ਦਾ ਸ਼ਬਦ ਹੈ। ਅਰਥ ਹਨ ਪੁਰਾਣਾ, ਬੁੱਢਾ, ਭੱਜਿਆ, ਟੁੱਟਾ ਅਥਵਾ ਖੜਸੂਕ ਹੋਏ ਦਰਖਤਾਂ ਦੇ ਸੇਂਕ ਖਾਧੇ ਮੁੰਡ ਵਾਂਗ ਰੁੰਡ ਮੁੰਡ। ਜ਼ਿਲ੍ਹਾ ਹੁਸ਼ਿਆਰਪੁਰ ਦੇ ਥੇ।
ਇਸ ਅਲਾਹੀ ਪੁਸਤਕ ਦੇ ਵਿਸਤਾਰ ਨੂੰ ਲੰਬਾ ਨਾ ਕਰਨ ਦੇ ਖਿਆਲ ਨਾਲ ਇਸ ਥੇਹ ਦੇ ਇਤਿਹਾਸ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਥੇਹਾਂ ਤੱਕ ਹੀ ਸੀਮਿਤ ਕਰਨਾ ਮੁਨਾਸਬ ਹੋਵੇਗਾ। ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਰਮੌਰ ਥੇਹਾਂ ਵਿਚੋਂ ਢੋਲਵਾਹਾ ਅਤੇ ਅਜੜਾਮ ਪੁਰਾਤਨ ਹਨ, ਜਿਨ੍ਹਾਂ ਦੀ ਮਹੱਤਤਾ ਭਾਰਤੀ ਥੇਹਾਂ ਦੀ ਪੱਧਰ ਨਾਲ ਜੁੜਦੀ ਹੈ। ਦੂਜੇ ਦਰਜੇ ਦੇ ਇਸ ਜ਼ਿਲ੍ਹੇ ਦੇ ਥੇਹਾਂ ਵਿਚੋਂ ਜ਼ਹੂਰਾ, ਰਾਮਪੁਰ ਖੇੜਾ ਅਤੇ ਦਸੂਹਾ ਦੇ ਥੇਹ ਆਉਂਦੇ ਹਨ। ਹੁਸ਼ਿਆਰਪੁਰ ਤੋਂ 15 ਮੀਲ ਅਤੇ ਹਰਿਆਣਾ ਤੋਂ 9 ਮੀਲ ਸ਼ਿਵਾਲਕ ਪਹਾੜੀਆਂ ਦੇ ਚਰਨਾਂ ਵਿਚ ਵਾਕਿਆ ਪਿੰਡ ਢੋਲਵਾਹਾ ਤੋਂ ਬਹੁਤ ਪੁਰਾਤਨ ਸਮਿਆਂ ਦੀਆਂ ਬਹੁਤ ਸਾਰੀਆਂ ਵਸਤੂਆਂ ਮਿਲੀਆਂ ਹਨ, ਜਿਵੇਂ ਹਿੰਦੂ ਅਤੇ ਜੈਨ ਧਰਮਾਂ ਦੀਆਂ ਮੂਰਤੀਆਂ, ਰਾਜਿਆਂ ਦੀਆਂ ਮੂਰਤੀਆਂ, ਮੋਹਰਾਂ, ਮੰਦਰ ਅਤੇ ਹਥਿਆਰ ਆਦਿਕ। ਪੰਜਾਬ ਸਰਕਾਰ ਦੇ ਪੁਰਾਤੱਤਵ ਵਿਭਾਗ ਅੱਜ ਵੀ ਇਸ ਥੇਹ ਦੀ ਖੁਦਾਈ ਕਰਵਾ ਰਿਹਾ ਹੈ। ਅਜੜਾਮ ਦਾ ਥੇਹ ਹੁਸ਼ਿਆਰਪੁਰ ਤੋਂ ਫਗਵਾੜਾ ਜਾਣ ਵਾਲੀ ਸੜਕ ਪਿੰਡ ਅਹਿਰਾਣਾ ਕਲਾਂ ਦੇ ਲਹਿੰਦੇ ਪਾਸੇ 2.5-3 ਮੀਲ ਤੇ ਸਥਿਤ ਹੈ, ਜੋ ਢੋਲਵਾਹਾ ਦੇ ਥੇਹ ਨਾਲੋਂ ਵੀ ਪੁਰਾਣਾ ਜਾਪਦਾ ਹੈ। ਇੱਥੋਂ ਮੋਰੀਆ ਅਤੇ ਗੁਪਤਾ ਬਾਦਸ਼ਾਹਾਂ ਤੋਂ ਵੀ ਬਹੁਤ ਪਹਿਲਾਂ ਦੇ ਪੈਸੇ ਸਿੱਕੇ, ਮੋਹਰਾਂ ਮੂਰਤੀਆਂ, ਹਥਿਆਰ ਅਤੇ ਢੇਰੀ ਹੋਏ ਪਏ ਇਨਸਾਨਾਂ ਤੇ ਪਸ਼ੂਆਂ ਦੇ ਪਿੰਜਰ ਮਿਲੇ ਹਨ। ਜ਼ਹੂਰਾ ਦਾ ਥੇਹ ਜਲੰਧਰ ਤੇ ਦਸੂਹਾ ਵਾਲੀ ਸੜਕ ਦੇ ਲਹਿੰਦੇ ਪਾਸੇ ਟਾਂਡਾ ਉੜਮੜ ਤੋਂ 3-4 ਮੀਲਾਂ ਤੇ ਦੱਖਣ ਵੱਲ ਵਾਕਿਆ ਹੈ, ਪਰ ਇਹ ਥੇਹ ਰਾਮਪੁਰ ਖੇੜਾ ਨਾਲੋਂ ਬਹੁਤ ਘੱਟ ਪੁਰਾਣਾ ਹੈ, ਜਿਸ ਵਿਚੋਂ ਸਿਰਫ 200 ਸਾਲ ਦੀਆਂ ਹੀ ਪੁਰਾਣੀਆਂ ਵਸਤੂਆਂ ਮਿਲੀਆਂ ਹਨ। ਰਾਮਪੁਰ ਖੇੜਾ ਥੇਹ ਉਪਰੋਕਤ ਸਾਰਿਆਂ ਥੇਹਾਂ ਨਾਲੋਂ ਰਾਮਪੁਰ ਖੇੜਾ ਥੇਹ ਦੀ ਵੱਖਰੀ ਗੱਲ ਹੈ। ਪੰਜਾਬ ਦੇ ਸਾਰੇ ਪੁਰਾਤਨ ਥੇਹਾਂ ਵਿਚੋਂ ਇਹ ਥੇਹ ਸਰਾਪਿਆ ਥੇਹ ਹੈ। ਸਰਾਪਿਆ ਥੇਹ ਇਸ ਲਈ ਆਖਿਆ ਜਾਂਦਾ ਹੈ ਕਿ ਕਿਸੇ ਸਮੇਂ ਅਚਾਨਕ ਅਰਬੀ ਕਰੋਪ ਨੇ ਇਸ ਪਿੰਡ ਨੂੰ ਗਰਕ ਕਰ ਦਿੱਤਾ ਸੀ, ਜੋ ਕਈ ਸਦੀਆਂ ਗੁਜ਼ਰ ਜਾਣ ਨਾਲ ਵੀ ਬਾਕੀ ਦੇ ਸੰਯੁਕਤ ਪੰਜਾਬ ਦੇ ਥੇਹਾਂ ਵਾਂਗ ਇਸ ਥੇਹ ਤੇ ਮੁੜ ਵਸੋਂ ਨਹੀਂ ਹੋ ਸਕੀ। ਰੱਬੀ ਕਰੋਪੀ ਨੂੰ ਰੱਬ ਦਾ ਨਾਂ ਹੀ ਦੂਰ ਕਰ ਸਕਦਾ ਹੈ, ਜੋ ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਘੋਰ ਤਪੱਸਿਆ ਦੇ ਸਦਕੇ ਇੱਥੇ ਮੁੜ ਵਸੋਂ ਹੋਈ। ਰਾਮਪੁਰ ਖੇੜਾ ਦਾ ਥੇਹ ਮੋਹਜੰਦਰੋ, ਮੋਇਆਂ ਦੀ ਢੇਰੀ, ਸਿੰਧ ਪਾਕਿਸਤਾਨ ਦੇ ਥੇਹ ਵਾਂਗ ਹੀ ਅਚਾਨਕ ਗਰਕ ਹੋ ਗਿਆ ਸੀ। ਸੰਤ ਬਾਬਾ ਹਰਨਾਮ ਸਿੰਘ ਜੀ ਨੇ ਸਮੇਂ ਸਮੇਂ ਸਿਰ ਇਸ ਥੇਹ ਅੰਦਰ ਗਰਕ ਹੋਈਆਂ ਰੂਹਾਂ ਅਤੇ ਹੋਰ ਕਈ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਖੁੱਲੇ ਤੌਰ ਤੇ ਆਪਣੇ ਸੇਵਕਾਂ ਪਾਸ ਕੀਤਾ ਸੀ ਤੇ ਉਨ੍ਹਾਂ ਦਾ ਝਲਕਾਰਾ ਸਾਫ਼ ਸਾਫ਼ ਇਸ ਪੁਸਤਕ ਵਿਚ ਸੰਤ ਬਾਬਾ ਸੇਵਾ ਸਿੰਘ ਜੀ ਨੇ ਅੰਕਿਤ ਕੀਤਾ ਹੈ। ਭਾਰਤ ਦੀ ਇਹ ਬਦਕਿਸਮਤੀ ਰਹੀ ਹੈ ਕਿ ਮੁਸਲਮਾਨਾਂ ਦੇ ਸਮੇਂ ਦੇ ਰਿਕਾਰਡ ਸੰਭਾਲੇ ਨਹੀਂ ਗਏ। ਸੁਭਾਵਕ ਹੀ ਹਿੰਦੂ ਰਾਜਿਆਂ ਦੇ ਸਮਿਆਂ ਦੇ ਹਾਲਾਤ ਇਸ ਤਰ੍ਹਾਂ ਦਰਜ ਹੋਏ ਨਹੀਂ ਮਿਲਦੇ ਜਿਵੇਂ ਮੁਸਲਮਾਨਾਂ ਦੇ ਸਮੇਂ ਦੇ ਸਨ। ਮੁਸਲਮਾਨ ਅੰਗਰੇਜ਼ ਅਤੇ ਯਹੂਦੀ ਕੌਮਾਂ ਇਤਿਹਾਸ ਨੂੰ ਪੱਕੇ ਪੈਰੀਂ ਲਿਖਦੀਆਂ ਅਤੇ ਸੰਭਾਲਦੀਆਂ ਆਈਆਂ ਹਨ, ਜਿਸ ਦੀ ਭਾਰਤ ਵਿਚ ਹਰ ਸਮੇਂ ਥੁੜ ਰਹੀ ਹੈ। ਸਿਰਫ ਅਕਬਰ ਬਾਦਸ਼ਾਹ ਦੇ ਸਮੇਂ ਭਾਰਤੀ ਇਤਿਹਾਸ ਨੂੰ ਪਹਿਲਾ ਮੌਕਾ ਮਿਲਿਆ, ਜਦਕਿ ਅਕਬਰ ਦੇ ਦਰਬਾਰੀਆਂ ਨੇ ਭਾਰਤੀ ਜੀਵਨ ਦੇ ਹਰ ਤੱਤ ਦਾ ਰਿਕਾਰਡ ਕਾਇਮ ਕੀਤਾ। ਆਈਨੇ ਅਕਬਰੀ ਕਰਤਾ ਵਜ਼ੀਰ ਅਬੂ ਫਜ਼ਲ ਦਾ ਪਹਿਲਾ ਗੈਜ਼ੀਟੀਅਰ ਆਫ ਇੰਡੀਆ ਹੈ, ਜਿਸ ਵਿਚ ਭਾਰਤ ਦੇ ਹਰ ਸੂਬੇ ਦੀ ਜ਼ਮੀਨ, ਪਹਾੜਾਂ ਅਤੇ ਨਦੀਆਂ ਨਾਲਿਆਂ ਨੂੰ ਮਾਪਿਆ, ਜ਼ਮੀਨਦਾਰਾਂ ਨੂੰ ਸਰਕਾਰੀ ਪੱਟੇ ਦੇ ਕੇ ਜ਼ਮੀਨਾਂ ਤੇ ਜਾਇਦਾਦਾਂ ਦੇ ਮਾਲਕ ਬਣਾਇਆ, ਜੋ ਭਾਰਤ ਲਈ ਅਕਬਰ ਬਾਦਸ਼ਾਹ ਦੀ ਇਕ ਸਦੀਵੀ ਦੇਣ ਸੀ। ਅੰਗਰੇਜ਼ ਸਰਕਾਰ ਨੇ ਮੁਗਲ ਬਾਦਸ਼ਾਹਾਂ ਦੇ ਢਾਂਚੇ ਨੂੰ ਹੀ ਥੋੜੀ ਬਹੁਤੀ ਸੋਧ ਕਰਕੇ ਜਾਰੀ ਰੱਖਿਆ। ਅੰਗਰੇਜ਼ ਸਰਕਾਰ ਦੀ ਆਮਦ। ਅੰਗਰੇਜ਼ ਸਰਕਾਰ ਨੇ ਪੰਜਾਬ ਦੇ ਸੂਬੇ ਨੂੰ ਪੱਕੀ ਤਰ੍ਹਾਂ 1849 ਈਸਵੀ ਵਿਚ ਅੰਗਰੇਜ਼ੀ ਹਕੂਮਤ ਵਿਚ ਸ਼ਾਮਲ ਕੀਤਾ ਸੀ, ਪਰ 1846 ਈਸਵੀ ਵਿਚ ਸਿੱਖਾਂ ਦੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਸਮੇਂ ਦਰਿਆ ਬਿਆਸ ਤੱਕ ਦਾ ਪੰਜਾਬ ਅੰਗਰੇਜ਼ ਸਰਕਾਰ ਦੇ ਪੇਟੇ ਪੈ ਚੁੱਕਾ ਸੀ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਸਭ ਤੋਂ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਬੰਦੋਬਸਤ 1852 ਵਿਚ ਕੀਤਾ ਸੀ। ਇਸ ਬੰਦੋਬਸਤ ਸਮੇਂ ਮਾਲ ਦੇ ਮਹਿਕਮੇ ਦੇ ਬੜੇ ਤਜਰਬੇਕਾਰ ਅਫਸਰਾਂ ਨੂੰ ਇਹ ਕੰਮ ਸੰਭਾਲਿਆ ਗਿਆ, ਜਿਨ੍ਹਾਂ ਦੀ ਦੇਖਭਾਲ ਡਿਪਟੀ ਕਮਿਸ਼ਨਰ ਆਪ ਕਰਦਾ ਸੀ। ਬੰਦੋਬਸਤ ਸਮੇਂ ਹਰ ਪਿੰਡ ਦੀ ਜ਼ਮੀਨ ਹਰ ਮਾਲਕ ਨੂੰ ਉਸਦੇ ਹਿੱਸੇ ਮੁਤਾਬਕ ਸਰਕਾਰੀ ਤੌਰ ਤੇ ਦਰਜ ਕੀਤੀ ਗਈ, ਜਿਸ ਦਾ ਸਦੀਵੀ ਰਿਕਾਰਡ ਅੱਜ ਤੱਕ ਚੱਲਿਆ ਆ ਰਿਹਾ ਹੈ। ਇਸ ਮੌਕੇ ਤੇ ਜਾਇਦਾਦ ਦੀ ਵੰਡ ਦੇ ਨਾਲ ਨਾਲ ਇਕ ਬਹੁਤ ਨਿੱਗਰ ਕੰਮ ਇਹ ਹੋਇਆ ਕਿ ਹਰ ਪਿੰਡ ਨੂੰ ਸਰਕਾਰੀ ਰਿਕਾਰਡਾਂ ਵਿਚ ਬਣਨ ਵੇਲੇ ਉਸ ਪਿੰਡ ਦੇ ਵੱਡੇ ਵਡੇਰਿਆਂ ਪਾਸੋਂ ਦਰਜ ਕੀਤੇ ਗਏ ਹਰ ਤੱਥ ਦੀ ਤਸਦੀਕ ਕਰਵਾਈ ਤੇ ਨਾਲ ਹੀ ਉਸ ਪਿੰਡ ਦੇ ਇਤਿਹਾਸ ਨੂੰ ਉਸ ਪਿੰਡ ਅਤੇ ਇਲਾਕੇ ਦੇ ਸਿਆਣੇ ਲੋਕਾਂ ਪਾਸੋਂ ਪੁੱਛ ਕੇ ਦਰਜ ਕੀਤਾ ਕਿ ਉਹ ਪਿੰਡ ਕਦ ਅਤੇ ਕਿਸ ਨੇ ਕਿਸ ਸਮੇਂ ਆਬਾਦ ਕੀਤਾ ਸੀ। ਇਸ ਪਿੰਡ ਦੀਆਂ ਪਵਿੱਤਰ ਥਾਵਾਂ ਜਿਵੇਂ ਗੁਰਦੁਆਰੇ, ਮੰਦਰ, ਮਸਜਿਦਾਂ ਅਤੇ ਥੇਹਾਂ ਦਾ ਹਾਲ ਵੀ ਦਰਜ ਕਰਵਾਇਆ ਗਿਆ। ਤਲਵੰਡੀ ਜੱਟਾਂ, ਜੋ ਉਸ ਵੇਲੇ ਪੋਟੇ ਜੱਟਾਂ ਦਾ ਪਿੰਡ ਸੀ, ਦੇ ਪੰਚਾਂ ਨੇ ਰਾਮਪੁਰ ਖੇੜਾ ਥੇਹ ਬਾਰੇ ਇੰਨਾ ਹੀ ਦੱਸਿਆ ਹੈ ਕਿ ਇਸ ਪਿੰਡ ਦੇ ਲਹਿੰਦੇ ਵੱਲ 400 ਕਰਮਾਂ ਦੀ ਵਿੱਥ ਤੇ ਇਕ ਥੇਹ ਹੈ, ਜੋ ਬੜਾ ਸਗਤਾ ਥੇਹ ਹੈ, ਗੈਰ ਆਬਾਦ ਹੈ। ਇਹ ਬਿਆਨ 1852 ਈਸਵੀ ਦਾ ਹੈ।
ਦੰਦ ਕਥਾ। ਇਹ ਗੱਲ ਸੁਣਨ ਵਿਚ ਆਈ ਹੈ ਕਿ ਰਾਮਪੁਰ ਖੇੜੇ ਦਾ ਥੇ ਈਸਵੀ ਸਦੀ ਤੋਂ 300 ਸਾਲ ਪਹਿਲਾਂ ਘੁੱਗ ਵਸਦਾ ਪਿੰਡ ਸੀ। ਹੁਸ਼ਿਆਰਪੁਰ ਇਲਾਕੇ ਦੇ ਚਾਰ ਰਾਜਿਆਂ ਦੀਆਂ ਰਿਆਸਤਾਂ ਨੰਦਾ ਚੌਰ, ਅਲਾ ਚੌਰ, ਬਲਾ ਚੌਰ ਤੇ ਗੁਣਾ ਚੌਰ ਸਮੇਂ ਇਸ ਘੁੱਗ ਵਸਦੇ ਪਿੰਡ ਦਾ ਥੇ ਪੈ ਚੁੱਕਾ ਸੀ। ਚੌਰ ਦੇ ਅਰਥ ਹਨ ਤਾਜ, ਤਖ਼ਤ, ਗੱਦੀ। ਇਹ ਚਾਰ ਰਾਜੇ ਸਮਕਾਲੀ ਹੋਏ ਹਨ ਤੇ ਮਹਾਂਭਾਰਤ ਦੇ ਜੰਗ ਸਮੇਂ ਵੀ ਚੜ੍ਹਦੀਆਂ ਕਲਾ ਵਿਚ ਸਨ। ਪਾਂਡਵਾਂ ਨੇ ਹਾਰ ਖਾਣ ਪਿੱਛੋਂ ਇਸ ਜ਼ਿਲ੍ਹੇ ਵਿਚ ਹੀ ਬਨਵਾਸ ਕੱਟਿਆ ਸੀ। ਲਿਖਤੀ ਰਿਕਾਰਡਾਂ ਅਤੇ ਦੰਦ ਕਥਾਵਾਂ ਅਨੁਸਾਰ ਉਹ ਕਾਫ਼ੀ ਸਮਾਂ ਦਸੂਹਾ, ਗੜ੍ਹਦੀਵਾਲਾ, ਰਾਮਪੁਰ ਖੇੜਾ, ਢੋਲਵਾਹਾ, ਨੰਦਾ ਚੌਰ, ਭਾਮ, ਲਸਾੜਾ ਵਿਚ ਆਮ ਵਿਚਰਦੇ ਰਹੇ ਸਨ। ਰਿਕਾਰਡਾਂ ਵਿਚ ਆਈ ਇਹ ਗੱਲ ਸਪਸ਼ਟ ਹੈ ਕਿ ਮਹਾਂਭਾਰਤ ਜੰਗ ਵਿਚ ਹਾਰ ਖਾ ਕੇ ਪਾਂਡਵ 13 ਸਾਲ ਦਸੂਹੇ ਦੇ ਰਾਜੇ ਵਿਰਾਟ ਦੀ ਸੇਵਾ ਵਿਚ ਰਹੇ ਸਨ ਤੇ ਇਨ੍ਹਾਂ 13 ਸਾਲਾਂ ਵਿਚ ਹੁਸ਼ਿਆਰਪੁਰ ਦੇ ਇਲਾਕੇ ਵਿਚ ਹੀ ਰਹੇ। ਦਸੂਹਾ ਦੇ ਵਾਸੀ ਅੱਜ ਤੱਕ ਨਿਰਮੇ ਮੂੰਹ ਦਸੂਹਾ ਨੂੰ ਵਿਰਾਟ ਦੀ ਨਗਰੀ ਆਖਦੇ ਹਨ। ਵਿਰਾਟ ਰਾਜਾ ਬੜਾ ਧਰਮਾਤਮਾ, ਪ੍ਰਜਾ ਪਾਲਕ ਤੇ ਬੜਾ ਯੋਧਾ ਸੀ। ਉਸ ਦੇ ਰਾਜ ਵਿਚ ਪ੍ਰਜਾ ਬੜੀ ਸੁਖੀ ਸੀ। ਲੋਕੀ ਉਸ ਦੀ ਦੇਵਤਿਆਂ ਵਾਂਗ ਇੱਜ਼ਤਮਾਨ ਕਰਦੇ ਸਨ। ਉਹ ਰਵਾਇਤ ਰਾਜਾ ਵਿਰਾਟ ਦੀ ਮਹਾਨਤਾ ਤੇ ਹਰਮਨ ਪਿਆਰਾ ਹੋਣ ਦੀ ਪ੍ਰਤੀਕ ਸੀ। ਦਸੂਹਾ ਮੁਗਲ ਰਾਜ ਵਿਚ ਵੀ ਬੜੀ ਰਾਜਨੀਤਿਕ ਮਹੱਤਤਾ ਵਾਲੀ ਥਾਂ ਰਹੀ ਹੈ। ਅਕਬਰ ਬਾਦਸ਼ਾਹ ਦੇ ਸਮੇਂ ਹੁਸ਼ਿਆਰਪੁਰ ਅਤੇ ਬਜਵਾੜਾ ਅਜੇ ਹੋਂਦ ਵਿਚ ਨਹੀਂ ਸਨ ਆਏ। ਬਾਬਰ ਦੇ ਹੱਲਿਆਂ ਤੱਕ ਇਹ ਇਲਾਕਾ ਚੰਦਰਬੰਸੀ ਰਾਜਪੂਤਾਂ ਦੇ ਅਧੀਨ ਰਿਹਾ, ਜਿਸ ਦੇ ਜਾ ਨਸ਼ੀਨ ਸਨ 1947 ਤੱਕ ਛੋਟੀਆਂ ਮੋਟੀਆਂ ਰਿਆਸਤਾਂ ਦੇ ਰਾਜੇ ਰਹੇ। ਮੁਸਲਮਾਨ ਕਾਲ। ਭਾਰਤ ਵਿਚ ਮੁਸਲਮਾਨਾਂ ਦਾ ਰਾਜ ਭਾਵੇਂ 8ਵੀਂ ਸਦੀ ਤੋਂ ਆਰੰਭ ਹੋਇਆ ਸੀ, ਪਰ ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਤੱਕ ਇਸ ਇਲਾਕੇ ਵਿਚ ਚੰਦਰਬੰਸੀ ਕੁਲ ਦੇ ਰਾਜਿਆਂ ਦਾ ਹੀ ਰਾਜ ਰਿਹਾ ਸੀ। ਫਿਰ ਵੀ ਮੁਸਲਮਾਨਾਂ ਦਾ ਇਕਤਦਾਰ ਬਾਕੀ ਪੰਜਾਬ ਅਤੇ ਭਾਰਤ ਵਾਂਗ ਇਸ ਇਲਾਕੇ ਵਿਚ ਵੀ ਵੱਧਦਾ ਵੱਧਦਾ ਸਿਖਰ ਤੇ ਪੁੱਜ ਗਿਆ ਸੀ। ਅਮੀਰ ਤੈਮੂਰ ਦਾ ਹੱਲਾ। ਜਨਵਰੀ 1399 ਈਸਵੀ ਨੂੰ ਅਮੀਰ ਤੈਮੂਰ ਦਿੱਲੀ ਦੀ ਮਾਰ ਵੱਢ ਅਤੇ ਲੁੱਟਮਾਰ ਕਰਨ ਪਿੱਛੋਂ ਕਾਂਗੜਾ ਦੇ ਮੰਦਰਾਂ ਨੂੰ ਢਾਹੁਣ ਅਤੇ ਹਿੰਦੂ ਰਾਜਿਆਂ ਨੂੰ ਲੁੱਟਣ ਲਈ ਦੂਨ ਦੇ ਰਸਤੇ ਰੋਪੜ ਤੋਂ ਕਾਂਗੜੇ ਵੱਲ ਵਧਿਆ ਸੀ। ਉਸ ਸਮੇਂ ਇਸ ਇਲਾਕੇ ਦੇ ਲੋਕਾਂ ਨੂੰ ਭਾਰੀ ਭੱਜ ਦੌੜ ਪਈ ਸੀ। ਭਾਵੇਂ ਅਮੀਰ ਤੈਮੂਰ ਦਾ ਧਾਵਾ ਕਾਂਗੜੇ ਤੇ ਹੀ ਸੀ, ਪਰ ਫੌਜ ਦੇ ਕੁਝ ਦਸਤੇ ਗੜ੍ਹ ਸ਼ੰਕਰ, ਹਰਿਆਣਾ, ਦਸੂਹਾ ਤੇ ਪਠਾਨਕੋਟ ਵਿਚ ਦੀ ਲੰਘਦੇ ਹੋਏ ਜੰਮੂ ਲਾਗੇ ਤੈਮੂਰ ਦੀਆਂ ਫੌਜਾਂ ਨੂੰ ਮਿਲੇ ਸਨ। ਇਨ੍ਹਾਂ ਮੁਸਲਮਾਨ ਦਸਤਿਆਂ ਨੇ ਵੀ ਰਸਤੇ ਵਿਚ ਲੋਕਾਂ ਦੀ ਮਾਰ ਵੱਢ ਅਤੇ ਲੁੱਟਮਾਰ ਕੀਤੀ ਸੀ। ਰਵਾਇਤ ਹੈ ਕਿ ਉਨ੍ਹਾਂ ਫੌਜੀ ਦਸਤਿਆਂ ਵਿਚੋਂ ਕੁਝ ਕੁ ਨੇ ਇਸ ਥੇ ਪਰ ਹਫ਼ਤਾ ਦੋ ਹਫ਼ਤਾ ਗੁਜ਼ਾਰੇ ਸਨ। ਇਸ ਇਲਾਕੇ ਦੇ ਮੁਲਾਣਿਆਂ ਨੇ ਫੌਜੀ ਦਸਤਿਆਂ ਨੂੰ ਰਾਸ਼ਨ ਪਾਣੀ ਵੀ ਪੁੱਜਦਾ ਕੀਤਾ ਸੀ। ਬਾਬਰ ਸਮੇਂ। ਤੁਜਕੇ ਬਾਬਰੀ ਵਿਚ ਬਾਬਰ ਦੀ ਸਵਾਨਿਆ ਉਮਰੀ। ਬਾਬਰ ਪਹਿਲੇ ਮੁਗਲ ਬਾਦਸ਼ਾਹ ਨੇ ਰਾਮਪੁਰ ਖੇੜੇ ਦੇ ਆਲੇ ਦੁਆਲੇ ਦਾ ਇਤਿਹਾਸ ਲਿਖਿਆ ਹੈ, ਜੋ ਬੜਾ ਮਹੱਤਵਪੂਰਨ ਹੈ। ਬਾਬਰ ਦੀਆਂ ਫੌਜਾਂ ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਦੀ ਲੜਨ ਤੋਂ ਪਹਿਲਾਂ ਲਾਹੌਰ ਅਤੇ ਕਲਾਨੌਰ ਤੋਂ ਕਾਨੂੰਵਾਨ ਲੰਘ ਕੇ ਬਿਆਸ ਦਰਿਆ ਪਾਰ ਕਰਕੇ ਗੁਰਦੁਆਰਾ ਗਰਨਾ ਸਾਹਿਬ, ਜੋ ਅਜੇ ਹੋਂਦ ਵਿਚ ਨਹੀਂ ਸੀ ਆਇਆ, ਦਸੂਹਾ ਤੋਂ ਹੇਠਾਂ ਲੰਘ ਕੇ ਬਾਬਰ ਦੀਆਂ ਫੌਜਾਂ ਰਾਮਪੁਰ ਖੇੜੇ ਦੇ ਥੇ ਤੇ ਪੁੱਜੀਆਂ ਸਨ। ਉੱਚੀ ਅਤੇ ਸੁਰੱਖਿਅਤ ਥਾਂ ਵੇਖ ਕੇ ਕਿਲ੍ਹਾ ਮਲੌਤ, ਜਿਸ ਦੇ ਖੰਡਰਾਤ ਅੱਜ ਵੀ ਹਰਿਆਣਾ ਕਸਬੇ ਵੱਲੋਂ ਚੜ੍ਹਦੇ ਵੱਲ 3-4 ਮੀਲਾਂ ਦੀ ਵਿੱਥ ਤੇ ਵੇਖੇ ਜਾ ਸਕਦੇ ਹਨ, ਹੱਲਾ ਕਰਨ ਤੋਂ ਪਹਿਲਾਂ ਸਾਰੀ ਫੌਜ ਨੂੰ ਇਸ ਥੇ ਤੇ ਤਰਤੀਬ ਦਿੱਤੀ ਗਈ। ਹੱਲੇ ਤੋਂ 3-4 ਦਿਨ ਪਹਿਲਾਂ ਕਿਲ੍ਹਾ ਮਲੌਤ ਦੇ ਦੁਆਲੇ ਦੀ ਵਾਕਫੀਅਤ ਅਤੇ ਦੌਲਤ ਖਾਂ ਦੀ ਫੌਜ ਦਾ ਅੰਦਾਜ਼ਾ ਲਾਉਣ ਲਈ ਬਾਬਰ ਬਾਦਸ਼ਾਹ ਵੱਲੋਂ ਹਰ ਪਾਸੇ ਜਸੂਸ ਭੇਜੇ ਗਏ, ਜਿਨ੍ਹਾਂ ਵਿਚੋਂ ਹਰਿਆਣਾ, ਬਜਵਾੜਾ ਅਤੇ ਇਰਦ ਗਿਰਦ ਦੀਆਂ ਬਸਤੀਆਂ ਦੇ ਗਦਾਰ ਪਠਾਣ ਵੀ ਸ਼ਾਮਲ ਸਨ। ਦੌਲਤ ਖਾਂ ਦੀ ਮਕਾਰੀ। ਦੌਲਤ ਖਾਂ ਲੋਧੀ ਗਵਰਨਰ ਪੰਜਾਬ ਨੇ ਕਿਲ੍ਹਾ ਮਲੌਤ ਨੂੰ ਆਪਣੀ ਪੂਰੀ ਪੂਰੀ ਡਿਫੈਂਸ ਲਾਈਨ ਬਣਾ ਰੱਖਿਆ ਸੀ। ਲਾਹੌਰੋਂ ਭੇਜ ਕੇ ਮੁਗਲ ਫੌਜਾਂ ਨਾਲ ਟੱਕਰ ਲੈਣ ਲਈ ਦੌਲਤ ਖਾਂ ਨੇ ਕਿਲ੍ਹਾ ਮਲੌਤ ਵਿਚ ਪੂਰੀ ਤਿਆਰੀ ਕੀਤੀ ਹੋਈ ਸੀ। ਦੌਲਤ ਖਾਂ ਬਾਬਰ ਨਾਲ ਆਖਰੀ ਸਮੇਂ ਵੀ ਸੁਲਾਹ ਕਰਨੀ ਚਾਹੁੰਦਾ ਸੀ, ਪਰ ਬਾਬਰ ਨੇ ਉਸ ਦੀ ਬਦਨੀਤੀ, ਮਕਾਰੀ ਤੇ ਗਦਾਰੀ ਨੂੰ ਚੰਗੀ ਤਰ੍ਹਾਂ ਅਜਮਾਇਆ ਹੋਇਆ ਸੀ। ਉਸ ਦੇ ਮੱਕਰ ਫਰੇਬ ਤੇ ਧੋਖੇ ਵਿਚ ਫਸਣਾ ਨਹੀਂ ਸੀ ਚਾਹੁੰਦਾ। ਦੌਲਤ ਖਾਂ ਦਾ ਖਿਆਲ ਸੀ ਕਿ ਬਾਬਰ ਇਸ ਪਾਸੇ ਨੂੰ ਅੱਖਾਂ ਉਹਲੇ ਕਰਕੇ ਸਿੱਧਾ ਹੀ ਇਬਰਾਹਿਮ ਨਾਲ ਟੱਕਰ ਜਾ ਲਵੇਗਾ ਤੇ ਦੌਲਤ ਖਾਂ ਬਾਬਰ ਉੱਤੇ ਪਿੱਛੋਂ ਹੱਲਾ ਕਰਕੇ ਬਾਬਰ ਨੂੰ ਹਾਰ ਦੇ ਕੇ ਇਬਰਾਹਿਮ ਪਾਸੋਂ ਕਾਫ਼ੀ ਕੁਝ ਪ੍ਰਾਪਤ ਕਰਕੇ ਮੁੜ ਪੰਜਾਬ ਦਾ ਗਵਰਨਰ ਬਣ ਕੇ ਕਿਸੇ ਸਮੇਂ ਮੌਕਾ ਮਿਲਣ ਤੇ ਦਿੱਲੀ ਦੇ ਰਾਜ ਨੂੰ ਪ੍ਰਾਪਤ ਕਰ ਸਕੇਗਾ। ਪਰ ਬਾਬਰ ਕੱਚੀਆਂ ਗੋਲੀਆਂ ਦਾ ਖਿਡਾਰੀ ਨਹੀਂ ਸੀ। ਉਹ ਫਰਗਾਨਾ ਤੋਂ ਲੈ ਕੇ ਲਾਹੌਰ ਤੱਕ ਮੁਲਕ ਜਿੱਤ ਕੇ ਹੁਣ ਸੋਨੇ ਦੀ ਚਿੜੀ ਨੂੰ ਕਾਬੂ ਕਰਨਾ ਚਾਹੁੰਦਾ ਸੀ। ਦੌਲਤ ਖਾਂ ਸਿਆਸੀ ਖੇਡ ਬਾਬਰ ਆਲਮ ਖਾਂ ਸੁਲਤਾਨ ਤੇ ਇਬਰਾਹਿਮ ਵਿਚਕਾਰ ਖੇਡ ਕੇ ਆਪ ਸ਼ਾਹਨਸ਼ਾਹ ਹਿੰਦ ਬਣਨਾ ਚਾਹੁੰਦਾ ਸੀ। ਦੌਲਤ ਖਾਂ ਨੇ ਆਪਣੇ ਏਲਚੀ ਬਾਬਰ ਪਾਸ ਭੇਜ ਕੇ ਆਖਿਆ ਸੀ ਕਿ ਉਹ ਜ਼ੁਲਮ ਅਤੇ ਨਿਰਦਈ ਇਬਰਾਹਿਮ ਸੁਲਤਾਨ ਤੋਂ ਖਲਾਸੀ ਲੈਣਾ ਚਾਹੁੰਦਾ ਹੈ।
ਤੇ ਇਸ ਲੜਾਈ ਵਿਚ ਉਹ ਆਪਣੀਆਂ ਫੌਜਾਂ ਨਾਲ ਬਾਬਰ ਦੀ ਮਦਦ ਕਰੇਗਾ। ਦੂਜੀ ਵੱਲ ਸੁਲਤਾਨ ਇਬਰਾਹਿਮ ਨੂੰ ਆਖਦਾ ਸੀ ਕਿ ਮੁਗਲਾਂ ਦਾ ਰਾਜ ਭਾਰਤ ਵਿਚ ਕਾਇਮ ਨਹੀਂ ਹੋਣ ਦਿੱਤਾ ਜਾਵੇਗਾ। ਦੌਲਤ ਖਾਂ ਦਿੱਲੀ ਦੀ ਵਿਗੜੀ ਹੋਈ ਰਾਜਸੀ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਇਬਰਾਹਿਮ ਨੇ ਸਾਰੇ ਜਰਨੈਲਾਂ, ਗਵਰਨਰਾਂ ਤੇ ਹੋਰ ਰਸੂਖ ਵਾਲੇ ਅਫਗਾਨਾਂ ਨਾਲ ਵਿਗਾੜੀ ਹੋਈ ਸੀ। ਬਹੁਤ ਸਾਰਿਆਂ ਨੂੰ ਬੇਇੱਜ਼ਤ ਅਤੇ ਜਲੀਲ ਕਰਕੇ ਜੇਲ੍ਹਾਂ ਵਿਚ ਸੁੱਟ ਰੱਖਿਆ ਸੀ। ਉਸਦਾ ਚਾਚਾ ਆਲਮ ਖਾਂ ਉਸ ਦੇ ਵਿਰੁੱਧ ਬਗਾਵਤ ਕਰੀ ਬੈਠਾ ਸੀ ਤੇ ਬਾਬਰ ਨੂੰ ਦਿੱਲੀ ਤੇ ਹੱਲਾ ਕਰਨ ਲਈ ਸੱਦ ਘੱਲਿਆ। ਦੌਲਤ ਖਾਂ ਅੰਦਰੋ ਅੰਦਰੀ ਇਬਰਾਹਿਮ ਦਾ ਵੈਰੀ ਸੀ ਤੇ ਆਲਮ ਖਾਂ ਨੂੰ ਵੀ ਭਾਰੀ ਦੁਸ਼ਮਣ ਸਮਝਦਾ ਸੀ। ਉਸ ਨੇ ਵੀ ਬਾਬਰ ਨੂੰ ਦਿੱਲੀ ਤੇ ਹਮਲਾ ਕਰਨ ਲਈ ਸੱਦ ਘੱਲਿਆ, ਪਰ ਅੰਦਰੋਂ ਬਾਬਰ ਦੀ ਪੂਰੀ ਮੁਖਾਲਫਤ ਕਰਦਾ ਸੀ। ਦੌਲਤ ਖਾਂ ਲੋਧੀ ਦਾ ਪੁੱਤਰ ਗਾਜੀ ਖਾਂ ਕਿਲ੍ਹਾ ਮਲੌਤ ਦਾ ਗਵਰਨਰ ਸੀ, ਜੋ ਅੰਬ ਦੇ ਇਲਾਕੇ ਦੇ ਰਾਜਪੂਤਾਂ ਦੇ ਵਿਆਹਿਆ ਹੋਇਆ ਸੀ। ਇੱਥੇ ਰਾਜਪੂਤਾਂ ਦੀ ਮਦਦ ਨਾਲ ਗਾਜੀ ਖਾਂ ਬਾਬਰ ਦੇ ਹੱਲੇ ਸਮੇਂ ਕਿਲ੍ਹਾ ਮਲੌਤ ਤੋਂ ਭੱਜ ਨਿਕਲਿਆ ਅਤੇ ਦਿੱਲੀ ਪੁੱਜ ਕੇ ਇਬਰਾਹਿਮ ਨਾਲ ਜਾ ਮਿਲਿਆ ਸੀ। ਗਾਜੀ ਖਾਂ ਦਾ ਟੱਬਰ ਮਲੌਤ ਦੇ ਕਿਲੇ ਵਿਚ ਹੀ ਸੀ। ਅਫਗਾਨਾਂ ਅਤੇ ਮੁਗਲਾਂ ਵਿਚਕਾਰ ਬੜੀ ਘਮਸਾਨ ਦੀ ਲੜਾਈ ਹੋਈ। ਭਾਰਤੀ ਇਤਿਹਾਸਕਾਰ ਮੁਗਲ ਰਾਜ ਦੀ ਬੁਨਿਆਦ ਇਸੇ ਲੜਾਈ ਦੀ ਜਿੱਤ ਨੂੰ ਆਖਦੇ ਹਨ, ਕਿਉਂਕਿ ਦੌਲਤ ਖਾਂ ਲੋਧੀ ਅਤੇ ਆਲਮ ਖਾਂ ਲੋਧੀ ਦੀਆਂ ਹਾਰਾਂ ਭਾਰਤੀ ਅਫਗਾਨ ਰਾਜ ਨੂੰ ਸਦੀਵੀ ਸੱਟ ਸੀ। ਕਿਲ੍ਹਾ ਮਲੌਤ ਦੀ ਜੰਗ। ਕਿਲ੍ਹਾ ਮਲੌਤ ਦੀ ਲੜਾਈ ਦੀ ਕਮਾਨ ਬਾਬਰ ਨੂੰ ਆਪ ਕਰਨੀ ਪਈ ਸੀ। ਦੌਲਤ ਖਾਂ ਨੇ ਇਸ ਕਿਲੇ ਵਿਚ ਵੱਧ ਤੋਂ ਵੱਧ ਫੌਜ, ਦਾਰੂ ਸਿੱਕਾ ਅਤੇ ਹਥਿਆਰ ਰੱਖੇ ਹੋਏ ਸਨ। ਇਸ ਕਿਲੇ ਵਿਚ ਲੋਧੀਆਂ ਦੀ ਬੜੀ ਭਾਰੀ ਪੁਸਤਕਾਲਾ ਅਤੇ ਧਨ ਦੌਲਤ ਜਮ੍ਹਾਂ ਕੀਤੇ ਹੋਏ ਸਨ। ਘਮਸਾਨ ਦੀ ਲੜਾਈ ਦੇ ਕੁਝ ਸਮਾਂ ਪਿੱਛੋਂ ਦੋਨਾਂ ਪਾਸਿਆਂ ਦੇ ਫੌਜੀ ਕਿਲੇ ਵਿਚ ਰੱਖੇ ਧਨ ਦੌਲਤ ਅਤੇ ਕੀਮਤੀ ਸਮਾਨ ਨੂੰ ਲੁੱਟਣ ਲੱਗ ਪਏ। ਬਾਬਰ ਨੂੰ ਆਪ ਕੁਝ ਲੁਟੇਰਿਆਂ ਨੂੰ ਮਾਰ ਕੇ ਧਨ ਦੌਲਤ ਦੀ ਰਾਖੀ ਕਰਨੀ ਪਈ ਸੀ। ਦੌਲਤ ਖਾਂ ਨੂੰ ਹਾਰ ਹੋਈ। ਮੁਗਲ ਫੌਜਾਂ ਦੇ ਜਰਨੈਲਾਂ ਨੇ ਦੌਲਤ ਖਾਂ ਨੂੰ ਉਸ ਦੀਆਂ ਦੋਨੋਂ ਤਲਵਾਰਾਂ, ਜੋ ਅਕਸਰ ਪਹਿਨਿਆ ਕਰਦਾ ਸੀ, ਖੱਬੇ ਤੇ ਸੱਜੇ ਮੋਢਿਆਂ ਵਿਚ ਲਟਕਾ ਕੇ ਬਾਬਰ ਅੱਗੇ ਪੇਸ਼ ਕੀਤਾ। ਬਾਬਰ ਨੇ ਪੁੱਛਿਆ, ਤੂੰ ਮਦਦ ਕਰਨ ਦਾ ਵਾਅਦਾ ਕਰਕੇ ਬਾਗੀ ਹੋਇਆ ਹੈ, ਤੇਰੇ ਨਾਲ ਕੀ ਸਲੂਕ ਕੀਤਾ ਜਾਵੇ? ਤੇ ਉਸਨੇ ਉੱਤਰ ਦਿੱਤਾ, ਮੇਰੀ ਭੁੱਲ ਬਖਸ਼ ਕੇ ਆਪਣਾ ਗੁਲਾਮ ਬਣਾ ਲਿਆ ਜਾਵੇ। ਦੌਲਤ ਖਾਂ ਨੇ ਉੱਤਰ ਦਿੱਤਾ। ਜਿੱਤ ਦੀ ਪ੍ਰਾਪਤੀ ਪਿੱਛੋਂ ਬਾਬਰ ਨੇ ਫੁਰਤੀ ਨਾਲ ਕਾਰਵਾਈ ਕਰਦਿਆਂ ਹੋਇਆਂ ਦੌਲਤ ਖਾਂ ਨੂੰ ਕਿਲ੍ਹਾ ਸੁਲਤਾਨਪੁਰ ਲੋਧੀ ਵਿਚ ਕੈਦ ਕਰ ਲਿਆ। ਮਲੌਤ ਕਿਲੇ ਦੀ ਪ੍ਰਾਪਤੀ ਤੇ ਦੌਲਤ ਖਾਂ ਲੋਧੀ ਨੂੰ ਕੈਦੀ ਬਣਾਉਣ ਪਿੱਛੋਂ ਬਾਬਰ ਬਾਦਸ਼ਾਹ ਨੇ ਫੌਰੀ ਤੌਰ ਤੇ ਅਫਗਾਨ ਫੌਜਾਂ ਦੇ ਅਫਸਰਾਂ ਨੂੰ ਕੈਦੀ ਬਣਾ ਕੇ ਇਸ ਕਿਲੇ ਦੀ ਇਕ ਗੁੱਠ ਵਿਚ ਬੰਦ ਕਰਕੇ ਬਾਕੀ ਫੌਜੀਆਂ ਨੂੰ, ਜੋ ਈਨ ਮੰਨ ਗਏ, ਰਿਹਾ ਕਰ ਦਿੱਤੇ ਤੇ ਕੁਝ ਕੋ ਕਤਲ ਕਰ ਦਿੱਤੇ ਗਏ। ਕਿਲੇ ਵਿਚ ਦੀ ਬਹੁਮੁੱਲੀ ਲਾਇਬ੍ਰੇਰੀ, ਧਨ ਦੌਲਤ, ਕੀਮਤੀ ਕੱਪੜਾ, ਲੀੜਾ ਤੇ ਹੋਰ ਲੋੜੀਂਦਾ ਸਮਾਨ ਖੱਚਰਾਂ, ਘੋੜਿਆਂ ਅਤੇ ਗੱਡਿਆਂ ਵਿਚ ਲੱਦ ਕੇ ਆਪਣੇ ਵੱਡੇ ਪੁੱਤਰ ਮਿਰਜ਼ਾ ਕਾਮਰਾਨ ਨੂੰ ਸੂਬਾ ਪੰਜਾਬ ਦਾ ਗਵਰਨਰ ਬਣਾ ਕੇ ਲਾਹੌਰ ਭੇਜ ਦਿੱਤਾ। ਇਥੋਂ ਦਾ ਪ੍ਰਬੰਧ ਆਪਣੇ ਸਭ ਤੋਂ ਛੋਟੇ ਪੁੱਤਰ ਮਿਰਜ਼ਾ ਅਸਕਰੀ ਨੂੰ ਸੰਭਾਲ ਕੇ ਆਪ ਮੁੜ ਮੁਗਲ ਫੌਜ ਨੂੰ ਤਰਤੀਬ ਦੇ ਕੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਦੂਣ ਦੇ ਰਸਤੇ ਰੋਪੜ ਪੁੱਜ ਕੇ ਪਾਣੀਪਤ ਦੀ ਪਹਿਲੀ ਲੜਾਈ ਲੜਨ ਲਈ ਕਮਰ ਕੱਸੇ ਕਰਨ ਵਿਚ ਮਸ਼ਗੂਲ ਹੋਇਆ। ਰਾਮਪੁਰ ਥੇ ਦਾ ਫੌਜੀ ਕੈਂਪ। ਕਿਲ੍ਹਾ ਮਲੌਤ ਦੇ ਕੂਚ ਕਰਨ ਸਮੇਂ ਦੋ ਮੁਗਲ ਫੌਜੀ ਦਸਤਿਆਂ ਦਾ ਕੈਂਪ, ਜੋ ਥੇ ਰਾਮਪੁਰ ਵਿਚ ਸਥਿਤ ਸੀ, ਨੂੰ ਮਿਰਜ਼ਾ ਕਾਮਰਾਨ ਦੀ ਫੌਜ ਨਾਲ ਲਾਹੌਰ ਜਾਣ ਲਈ ਆਦੇਸ਼ ਦਿੱਤੇ ਗਏ। ਮਿਰਜ਼ਾ ਕਾਮਰਾਨ ਨੂੰ ਲਾਹੌਰ ਵੱਲ ਪਰਤਦੇ ਨੂੰ ਥੇ ਰਾਮਪੁਰ ਦੇ ਕੈਂਪ ਵਿਚ ਨੰਦਾਚੌਰ, ਹਰਿਆਣਾ, ਘੋੜੇਵਾਹਾ, ਟਾਂਡਾ ਉਡਮੜ ਤੇ ਚਟਾਲਾ ਦੇ ਨਾਰੂ ਮੁਸਲਮਾਨ ਰਾਜਪੂਤ ਪਿਆਰ ਨਾਲ ਅਤੇ ਸਤਿਕਾਰ ਨਾਲ ਜੀ ਆਇਆਂ ਆਖਣ ਆਏ ਸਨ। ਨਾਰੂ ਰਾਜਪੂਤਾਂ ਨੇ ਮਿਰਜ਼ਾ ਕਾਮਰਾਨ ਨੂੰ ਦਰਿਆ ਬਿਆਸ ਨੂੰ ਪਾਰ ਕਰਨ ਲਈ ਪੂਰਾ ਪੂਰਾ ਸਹਿਯੋਗ ਦਿੱਤਾ। ਅਕਬਰ ਬਾਦਸ਼ਾਹ ਦੇ ਵਜ਼ੀਰ ਅਬੁਲ ਫਜ਼ਲ ਦੇ ਲਿਖੇ ਅਕਬਰਨਾਮਾ ਜਿਲਦ 2 ਵਿਚ ਜ਼ਿਕਰ ਆਇਆ ਹੈ ਕਿ ਬੈਰਮ ਖਾਂ ਨੇ ਅਕਬਰ ਪਾਤਸ਼ਾਹ ਦੇ ਖਿਲਾਫ਼ ਬਗਾਵਤ ਕੀਤੀ। ਅਕਬਰ ਦੀਆਂ ਫੌਜਾਂ ਨੇ ਬੈਰਮ ਖਾਂ ਨੂੰ ਤਲਵਾੜਾ ਵਿਖੇ ਆਖਰੀ ਹਾਰ ਦਿੱਤੀ ਸੀ। ਦਿੱਲੀ ਤੋਂ ਫੌਜਾਂ ਨਾਲ ਬਾਗੀ ਬੈਰਮ ਖਾਂ ਦਾ ਪਿੱਛਾ ਕਰਦਾ ਕਰਦਾ ਅਕਬਰ ਹਰਿਆਣੇ ਪੁੱਜਾ। ਕੈਦੀ ਬੈਰਮ ਖਾਂ 2 ਦਿਨ ਰਾਮਪੁਰ ਦੇ ਥੇ ਤੇ ਰਿਹਾ ਸੀ। ਸਮਕਾਲੀ ਇਤਿਹਾਸਕਾਰਾਂ ਨੇ ਸੰਖੇਪ ਤੌਰ ਤੇ ਬਿਆਨਿਆ ਹੈ ਕਿ ਕਦੀ ਬੈਰਮ ਖਾਂ ਨੇ ਰਮਣੀਕ ਪਰ ਵਿਰਾਨ ਪਾਏ ਇਸ ਰਾਮਪੁਰ ਦੇ ਥੇ ਤੇ 2 ਦਿਨ ਕਿਆਮ ਦੌਰਾਨ ਨਮਾਜ਼ੇ ਮਗਫਰਤ, ਮੁਆਫ਼ੀ ਛੁਟਕਾਰਾ ਗੁਜ਼ਾਰੀ ਸੀ। ਹਰਿਆਣੇ ਤੋਂ ਇਕ ਫੌਜੀ ਦਸਤਾ ਬੈਰਮ ਖਾਂ ਨੂੰ ਇਸੇ ਥੇ ਤੋਂ ਲੈਣ ਆਇਆ ਸੀ। ਇਸੇ ਥੇ ਤੋਂ ਬੈਰਮ ਖਾਂ ਭਿੱਜਿਆ ਨੇਤਰਾਂ ਨਾਲ ਅਕਬਰ ਦੀ ਹਜ਼ੂਰੀ ਲਈ ਗਿਆ ਸੀ। ਬੈਰਮ ਖਾਂ ਨੇ ਅਕਬਰ ਨੂੰ ਗੋਦੀ ਵਿਚ ਲੈ ਕੇ ਖਿਲਾਇਆ, ਪੜਾਇਆ ਤੇ ਪਾਲਿਆ ਹੋਇਆ ਸੀ। ਹਮਾਯੂ ਦੇ ਭਾਰਤ ਤੋਂ 14 ਸਾਲ ਦੇ ਦੇਸ਼ ਨਿਕਾਲੇ ਸਮੇਂ ਮੁਗਲ ਰਾਜ ਨੂੰ ਮੁੜ ਭਾਰਤ ਵਿਚ ਸਥਾਪਿਤ ਕਰਨ ਵਾਲਾ ਵਫ਼ਾਦਾਰ ਜਰਨੈਲ ਬੈਰਮ ਖਾਂ ਸੀ, ਜਿਸ ਨੇ ਨਿਆਣੇ ਅਕਬਰ ਨੂੰ ਬਾਪ ਬਣ ਕੇ ਪਾਲਿਆ ਪਲੋਸਿਆ। ਉਸ ਬੈਰਮ ਖਾਂ ਨੂੰ ਜੰਜੀਰਾਂ ਵਿਚ ਜਕੜਿਆ ਹੋਇਆ ਤੇ ਕੈਦੀ ਹੋਇਆ ਦੇਖ ਕੇ ਅਕਬਰ ਬਾਦਸ਼ਾਹ ਦੀਆਂ ਅੱਖਾਂ ਵਿਚੋਂ ਆਮ ਹਾਰੇ ਹੰਝੂ ਕਰਨ ਲੱਗ ਪਏ। ਬੈਰਮ ਖਾਂ ਦੀਆਂ ਜੰਜੀਰਾਂ ਫੌਰਨ ਤੁੜਾਈਆਂ ਗਈਆਂ ਤੇ ਅਦਬ ਨਾਲ ਉਸ ਨੂੰ ਬਰਾਬਰ ਦੀ ਕੁਰਸੀ ਤੇ ਬਿਠਾਇਆ। ਆਪਣੇ ਮਹਾਨ ਤੇ ਵਫ਼ਾਦਾਰ ਬਾਗੀ ਜਰਨੈਲ ਨੂੰ ਹਰਿਆਣੇ ਵਿਖੇ ਮੁਆਫ਼ ਕਰਕੇ ਉਸ ਨੂੰ ਮੱਕਾ ਸ਼ਰੀਫ਼ ਜਾਣ ਦੇ ਹੁਕਮ ਕਰਕੇ
ਅਕਬਰ ਆਪ ਰਾਮਪੁਰ ਖੇੜਾ ਕਾਨੂੰਵਾਨ ਤੇ ਕਲਾਨਾਰ ਹੁੰਦਾ ਹੋਇਆ ਲਾਹੌਰ ਪੁੱਜਾ ਸੀ। ਸਮਕਾਲੀ ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਅਕਬਰ ਰੱਦ ਵਲੀ ਅਹਿਦ ਸੀ। ਸਿਕੰਦਰ ਸੂਰ ਨੂੰ ਪਠਾਨਕੋਟ ਦੇ ਕਰੀਬ ਹਾਰ ਦੇ ਕੇ ਦਿੱਲੀ ਵੱਲ ਵਾਪਸੀ ਸਮੇਂ ਇੱਕ ਰਾਤ ਤੇ ਦੂਜੇ ਦਿਨ ਦੀ ਦੁਪਹਿਰ ਗੁਜ਼ਾਰ ਕੇ ਹਰਿਆਣੇ ਅਜੇ ਪੁੱਜਾ ਹੀ ਸੀ ਕਿ ਦਿੱਲੀ ਤੋਂ ਹਰਕਾਰਾ ਹਮਾਊਂ ਬਾਦਸ਼ਾਹ ਦੀ ਮੌਤ ਦੀ ਖ਼ਬਰ ਲੈ ਕੇ ਪੁੱਜਾ। ਹਰਿਆਣੇ ਹੀ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ ਸੀ, ਪਰ ਸ਼ਾਹੀ ਐਲਾਨ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਜਹਾਂਗੀਰ ਦਾ ਕੈਂਪ ਤੁਜ਼ ਕੇ ਜਹਾਂਗੀਰੀ ਵਿੱਚ ਜ਼ਿਕਰ ਆਉਂਦਾ ਹੈ ਕਿ 1613 ਈਸਵੀ ਦੇ ਕਰੀਬ ਜਦ ਜਹਾਂਗੀਰ ਦੀਆਂ ਫੌਜਾਂ ਕਾਂਗੜਾ ਦੇ ਹਿੰਦੂ ਮੰਦਿਰ ਨੂੰ ਢਾ ਕੇ ਢਾ ਰਹੀਆਂ ਸਨ ਤਾਂ ਜਹਾਂਗੀਰ ਦਿੱਲੀ ਤੋਂ ਤਫਰੀ ਤਬਾਹ ਅਤੇ ਸਰਕਾਰੀ ਦੌਰੇ ਤੇ ਜੰਮੂ ਕਸ਼ਮੀਰ ਵੱਲ ਆਇਆ ਸੀ। ਇਸ ਦੌਰੇ ਸਮੇਂ ਰੋਪੜ, ਗੜਸ਼ੰਕਰ, ਬਜਵਾੜਾ, ਹਰਿਆਣਾ, ਗੜ੍ਹਦੀਵਾਲਾ, ਦਸੂਹਾ ਅਤੇ ਪਠਾਨਕੋਟ ਵਿੱਚ ਦੀ ਹੁੰਦਾ ਹੋਇਆ ਕਸ਼ਮੀਰ ਪੁੱਜਾ ਸੀ। ਉਸ ਦੌਰੇ ਸਮੇਂ ਜਹਾਂਗੀਰ ਦਾ ਫੌਜੀ ਕੈਂਪ ਜਿਵੇਂ ਘੋੜੇ, ਹਾਥੀ, ਖੱਚਰਾਂ ਆਦਿਕ ਇਸੇ ਰਾਮਪੁਰ ਖੇੜੇ ਦੇ ਥੇਹ ਤੇ ਲੱਗਾ ਸੀ। ਇਸ ਇਲਾਕੇ ਦੇ ਮੁਸਲਮਾਨ ਨਾਰੂ ਰਾਜਪੂਤ ਬਾਦਸ਼ਾਹ ਏ ਵਕਤ ਪਾਸ ਸ਼ਿਕਾਇਤਾਂ ਅਤੇ ਬਹੁਤ ਸਾਰਾ ਮਾਲ ਅਸਬਾਬ ਲੈ ਕੇ ਇਸੇ ਹੀ ਥੇਹ ਤੇ ਮਿਲੇ ਸਨ। ਸ਼ਿਕਾਇਤਾਂ ਦੇ ਹੱਲ ਮੌਕੇ ਤੇ ਹੀ ਕਰ ਦਿੱਤੇ ਗਏ ਸਨ। ਹਰਿਆਣਾ, ਨੰਦਾਚੌਰ ਦੇ ਅਤੇ ਹੋਰ ਮੁਸਲਮਾਨਾਂ ਨੂੰ ਜਹਾਂਗੀਰ ਨੇ ਸਿਉਰਗਾਲ ਧਰਮ ਫੰਡ ਦੀ ਰਕਮ ਵਿਚ ਵਾਧਾ ਕੀਤਾ। ਜ਼ਿਮੀਂਦਾਰਾਂ ਨੂੰ ਪਟੇ ਦਿੱਤੇ ਗਏ ਜਿਨ੍ਹਾਂ ਵਿਚ ਗੋਇੰਦਵਾਲ ਦੇ ਕਾਲਕਟ ਜੱਟ ਵੀ ਸਨ। ਇਨ੍ਹਾਂ ਦੀ ਤਫਸੀਲ ਸ਼ਾਹੀ ਫਰਮਾਨਾਂ ਦੀ ਸੂਚੀ ਵਿਚ ਦਰਜ ਹੈ, ਜਿਨ੍ਹਾਂ ਨੂੰ ਰੋਜਨਾਮਚਾ ਵੀ ਆਖਦੇ ਹਨ। ਸਿੱਖ ਰਾਜ ਸਮੇਂ ਸਿੱਖਾਂ ਦੇ ਰਾਜ 1734 ਤੋਂ 1849 ਵਿਚ ਵੀ ਰਾਮਪੁਰ ਥੇਹ ਤੇ ਸਮੇਂ ਸਮੇਂ ਸਿੰਘ, ਘੋੜ ਸਵਾਰ ਇਥੋਂ ਦੀਆਂ ਬੁਹੜਾਂ ਤੇ ਪਿੱਪਲਾਂ ਦੀਆਂ ਸੰਘਣੀਆਂ ਛਾਵਾਂ ਦੀ ਮੌਜ ਮਾਣਦੇ ਰਹੇ ਹਨ। ਖਾਸ ਕਰਕੇ ਜਦ ਸਿੰਘ, ਘੋੜ ਸਵਾਰ ਵੈਰੀ ਦੀਆਂ ਹੱਲਿਆਂ ਤੇ ਹਾੜ ਜੇਠ ਦੀਆਂ ਧੁੱਪਾਂ ਵਿਚ ਥੇਹ ਦੇ ਦੋਨੋਂ ਪਾਸੇ ਵਗਦੀਆਂ ਨਦੀਆਂ ਵਿਚ ਆਪ ਇਸ਼ਨਾਨ ਕਰਦੇ ਅਤੇ ਘੋੜਿਆਂ ਦੇ ਕਮਰ ਕੱਸੇ ਖੋਲ ਕੇ ਨਦੀਆਂ ਵਿਚ ਇਸ਼ਨਾਨ ਕਰਾਉਂਦੇ ਸਨ। ਸਿੱਖ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਸ ਥੇਹ ਦੇ ਆਲੇ ਦੁਆਲੇ ਦੂਰ ਦੂਰ ਤੱਕ ਘਾਸ ਦੀ ਬਹੁਤਾਤ ਸੀ ਅਤੇ ਜੰਗਲ ਹੋਣ ਦੇ ਨਾਤੇ ਸਿੰਘਾਂ ਦੀ ਛਾਉਣੀ ਲਈ ਬਹੁਤ ਮਹਿਫੂਜ਼ ਥਾਂ ਸੀ। ਇਨ੍ਹਾਂ ਦਿਨਾਂ ਵਿਚ ਗੜ੍ਹਦੀਵਾਲੇ ਦੇ ਸਰਦਾਰ ਮਨਸਾ ਸਿੰਘ ਸਹੋਤਾ ਨੇ ਆਪਣੀ ਸਰਦਾਰੀ ਕਾਇਮ ਕੀਤੀ ਸੀ। ਸਰਦਾਰ ਮਨਸਾ ਸਿੰਘ ਗੜ੍ਹਦੀਵਾਲੀਏ ਦਾ ਉਹ ਸਮਾਂ ਸੀ ਜਦ ਫੈਜ਼ਲਪੁਰੀਆ ਮਿਸਲ ਦੇ ਸਰਦਾਰ ਨੇ ਤਹਿਸੀਲ ਹੁਸ਼ਿਆਰਪੁਰ ਦੇ ਪਿੰਡ ਪੱਟੀ ਨੂੰ ਜਿੱਤਿਆ ਸੀ ਤੇ ਸਰਦਾਰ ਕਰੋੜਾ ਸਿੰਘ ਨੇ ਹਰਿਆਣਾ ਅਤੇ ਸ਼ਾਮ ਚੁਰਾਸੀ ਨੂੰ ਆਪਣੇ ਕਬਜ਼ੇ ਵਿਚ ਕੀਤਾ ਸੀ। ਫਗਵਾੜੇ ਦਾ ਚੌਧਰੀ ਹਕੂਮਤ ਰਾਏ ਸੀ। ਸਰਦਾਰ ਮਨਸਾ ਸਿੰਘ ਨੂੰ ਗੜ੍ਹਦੀਵਾਲੇ ਦੀ ਚੌਧਰ ਵਿਰਸੇ ਵਿਚ ਮਿਲੀ ਸੀ। ਉਹ ਐਸ਼ ਇਸ਼ਰਤ ਦੀ ਮੌਜ ਵਿਚ ਸਰਕਾਰੀ ਮਾਲੀਆ ਨਾ ਦੇ ਸਕਿਆ, ਜਿਸ ਕਰਕੇ ਉਸ ਨੂੰ ਲਾਹੌਰ ਵਿਖੇ ਜੇਲ੍ਹ ਦੀ ਹਵਾ ਵੀ ਫੱਕਣੀ ਪਈ ਸੀ। ਸਰਦਾਰ ਮਨਸਾ ਸਿੰਘ ਲਾਹੌਰ ਦੀ ਜੇਲ੍ਹ ਵਿਚੋਂ ਭਗੌੜਾ ਹੋ ਕੇ ਡੱਲੇ ਵਾਲੀਆ ਮਿਸਲ ਵਿਚ ਸ਼ਾਮਲ ਹੋ ਗਿਆ ਅਤੇ ਮੁੜ ਆਪਣੇ ਇਲਾਕੇ ਦਾ ਆਜ਼ਾਦ ਸਰਦਾਰ ਹੋ ਗਿਆ। ਉਸ ਦਾ ਪੋਤਾ ਸਰਦਾਰ ਮਹਿਤਾਬ ਸਿੰਘ ਆਲੂ ਵਾਲੀਆ ਮਿਸਲ ਦੇ ਸਰਦਾਰ ਫਤਿਹ ਸਿੰਘ ਨਾਲ ਮਿਲ ਕੇ ਆਪਣੇ ਇਲਾਕੇ ਨੂੰ ਹੋਰ ਵਧਾ ਰਿਹਾ ਸੀ। ਜਦ ਕਾਂਗੜੇ ਦਾ ਰਾਜਾ ਸੰਸਾਰ ਚੰਦ ਦੁਆਬੇ ਨੂੰ ਜਿੱਤਣਾ ਚਾਹੁੰਦਾ ਸੀ ਤਾਂ ਸਰਦਾਰ ਮਹਿਤਾਬ ਸਿੰਘ ਡਰੌਲੀ ਦੇ ਮੋਰਚੇ ਵਿਚ ਲੜਦਾ ਸ਼ਹੀਦ ਹੋ ਗਿਆ ਸੀ, ਪਰ ਰਾਜਾ ਸੰਸਾਰ ਚੰਦ ਹਾਰ ਖਾ ਕੇ ਭੱਜ ਗਿਆ ਸੀ। ਇਨ੍ਹਾਂ ਦਿਨਾਂ ਦੀ ਗੱਲ ਹੈ ਕਿ ਪਿੰਡ ਬਾਲਾ ਦੇ ਵਸਨੀਕ ਭੁੱਖ ਅਤੇ ਗਰੀਬੀ ਨਾਲ ਮਾਰੇ ਹੋਏ ਪਿੰਡ ਨੂੰ ਛੱਡ ਗਏ, ਕਿਸੇ ਹੋਰ ਥਾਂ ਜਾ ਵਸੇ ਸਨ। ਇਸ ਉਜੜੇ ਪਿੰਡ ਵਿਚ ਗੜ੍ਹਦੀਵਾਲੇ ਦੇ ਸਰਦਾਰ ਨੇ ਨੰਨਰ ਚਿੱਟਾ ਨੂੰ ਵਸਣ ਲਈ ਪਿੰਡ ਬਾਲਾ ਵਿਚ ਥਾਂ ਦਿੱਤੀ ਸੀ, ਪਰ ਪਿੰਡ ਦਾ ਨਾਂ ਪਹਿਲਾਂ ਹੀ ਚੱਲਦਾ ਰਿਹਾ। ਸਰਦਾਰ ਬਘੇਲ ਸਿੰਘ ਦੇ ਘੋੜ ਸਵਾਰਾਂ ਨੇ ਚੋਖਾ ਸਮਾਂ ਰਾਮਪੁਰ ਥੇਹ ਨੂੰ ਛਾਉਣੀ ਬਣਾਈ ਰੱਖਿਆ। ਇਹ ਥੇਹ ਇਕ ਵੱਡਾ ਫੌਜੀ ਕੈਂਪ ਸੀ ਜੋ ਆਏ ਅਵਾਰਾ ਟੋਲਿਆਂ ਦੀ ਆਰਾਮਗਾਹ ਸੀ। ਸਿੱਖ ਮਿਸਲਾਂ ਦੇ ਸਮੇਂ ਇਹ ਥੇਹ ਭਗੌੜੇ ਸਿੰਘਾਂ ਲਈ ਵਾਰਾ ਖਾਂਦਾ ਸੀ ਕਿਉਂਕਿ ਬਹੁਤ ਸੁਰੱਖਿਅਤ ਸੀ। ਇਸ ਇਲਾਕੇ ਦੇ ਨਾਰੂ ਮੁਸਲਮਾਨ ਰਾਜਪੂਤ ਸਿੱਖਾਂ ਨੂੰ ਅੰਦਰ ਗਤੀ ਸਹਿਯੋਗ ਦਿੰਦੇ ਸਨ। ਸਿੱਖਾਂ ਦੇ ਪਹਿਲੇ ਅਤੇ ਦੂਜੇ ਘੱਲੂਘਾਰਿਆਂ ਸਮੇਂ ਕੁਝ ਸੂਬੇਦਾਰ ਲਾਹੌਰ ਵੱਲੋਂ ਸਿੱਖ ਵਿਰੁੱਧ ਹੋਈਆਂ ਵਧੀਕੀਆਂ ਕਾਰਨ ਪੂਰੀ ਪੂਰੀ ਹਮਦਰਦੀ ਰੱਖਦੇ ਸਨ। ਇਹ ਗੱਲ ਯਕੀਨੀ ਹੈ ਕਿ ਇਸ ਇਲਾਕੇ ਦੇ ਮੁਸਲਮਾਨ ਰਾਜਪੂਤਾਂ ਨੇ ਇਸ ਥੇਹ ਤੇ ਸਿੰਘਾਂ ਨੂੰ ਰਾਸ਼ਨ ਪੁੱਜਦੇ ਕੀਤੇ ਅਤੇ ਘੋੜਿਆਂ ਨੂੰ ਦਾਣਾ ਪਾਣੀ ਵੀ ਦਿੱਤਾ। ਅੰਗਰੇਜ਼ ਸਰਕਾਰ ਦੇ ਸਮੇਂ 1808 ਈਸਵੀ ਤੋਂ ਹੀ ਅੰਗਰੇਜ਼ ਸਰਕਾਰ ਨੇ ਪੰਜਾਬ, ਜੰਮੂ ਕਸ਼ਮੀਰ ਅਤੇ ਅਫਗਾਨਿਸਤਾਨ ਦੇ ਹਰ ਰਸਤੇ ਦੇ ਨਕਸ਼ੇ, ਦਰਿਆ ਤੇ ਨਦੀ ਨਾਲਿਆਂ ਦੀ ਜਾਣਕਾਰੀ ਖੁਫੀਆ ਤੌਰ ਤੇ ਠੋਸ ਲੀਹਾਂ ਤੇ ਆਰੰਭ ਦਿੱਤੀ ਸੀ। ਇਸ ਸਬੰਧ ਵਿਚ ਇਕ ਅੰਗਰੇਜ਼ ਯਾਤਰੀ ਮਿਸਟਰ ਥਾਮਸ ਬੀਲ 1829 ਈਸਵੀ ਦੇ ਕਰੀਬ ਦਿੱਲੀ ਤੋਂ ਜੰਮੂ ਕਸ਼ਮੀਰ ਨੂੰ ਪਾਣੀਪਤ, ਕਰਨਾਲ, ਅੰਬਾਲਾ, ਬਨੂੜ, ਰੋਪੜ, ਬਲਾਚੌਰ, ਗੜ੍ਹਸ਼ੰਕਰ, ਹਰਿਆਣਾ, ਗੜ੍ਹਦੀਵਾਲਾ, ਦਸੂਹਾ, ਮੁਕੇਰੀਆਂ ਤੇ ਪਠਾਨਕੋਟ ਦੇ ਰਸਤੇ ਪੈਦਲ ਸ੍ਰੀਨਗਰ ਪੁੱਜਾ ਸੀ। ਉਸ ਨੇ ਇਸ ਸਾਰੇ ਸਫ਼ਰ ਵਾਲੇ ਰਸਤੇ ਦੀ ਵਿਸਥਾਰ ਪੂਰਵਕ ਰਿਪੋਰਟ ਅੰਗਰੇਜ਼ ਸਰਕਾਰ ਨੂੰ ਭੇਜੀ ਸੀ, ਜੋ ਪਹਿਲਾਂ ਬਹੁਤ ਗੁਪਤ ਰੱਖੀ ਸੀ, ਪਰ ਪੰਜਾਬ ਨੂੰ ਅੰਗਰੇਜ਼ ਰਾਜ ਦਾ ਹਿੱਸਾ ਬਣਾ ਲੈਣ ਪਿੱਛੋਂ ਉਹ ਰਿਪੋਰਟ ਸਫ਼ਰਨਾਮਾ ਦੀ ਸ਼ਕਲ ਵਿਚ ਛਾਪ ਦਿੱਤੀ ਗਈ। ਇਸ ਰਿਪੋਰਟ ਦਾ ਕੁਝ ਹੱਥ ਲਿਖਤੀ ਹਿੱਸਾ ਪੰਜਾਬ ਸਟੇਟ ਆਰਕਾਈਵਜ਼ ਪਟਿਆਲਾ ਵਿਚ ਵੀ ਪਿਆ ਹੈ।
ਉਸ ਯਾਤਰੀ ਨੇ ਸੁਭਾਵਕ ਹੀ ਰਸਤੇ ਲੰਘਦਿਆਂ ਇਸ ਥੇ ਬਾਰੇ ਲਿਖਿਆ ਹੈ ਕਿ ਰਾਮਪੁਰ ਖੇੜਾ ਥੇ ਇੱਕ ਛੋਟੀ ਜਿਹੀ ਉੱਚੀ ਤੇ ਬੜੀ ਰਮਣੀਕ ਜਗ੍ਹਾ ਹੈ ਜਿਸ ਨੂੰ ਸਥਾਈ ਲੋਕ ਰਾਮਪੁਰ ਖੇੜੇ ਦਾ ਥੇ ਆਖਦੇ ਹਨ। ਬੜੀ ਸਖਤੀ ਜਗ੍ਹਾ ਆਖੀ ਜਾਂਦੀ ਹੈ। ਇੱਕਾ ਦੁੱਕਾ ਆਦਮੀ ਇੱਥੇ ਰਾਤ ਨਹੀਂ ਗੁਜ਼ਾਰ ਸਕਦਾ, ਪਰ ਅਕਸਰ ਫੌਜੀ ਕੈਂਪ ਚੱਲਿਆ ਆ ਰਿਹਾ ਹੈ। ਬਹੁਤ ਉੱਚੀ ਥਾਂ ਸੁਣੀ ਜਾਂਦੀ ਸੀ, ਪਰ ਸਮਿਆਂ ਦੇ ਲੰਬੇ ਪੰਧ ਵਿੱਚ ਬਾਰਿਸ਼ਾਂ ਫੌਜਾਂ ਦੇ ਸਮੇਂ ਸਮੇਂ ਲੱਗਦੇ ਕੈਂਪਾਂ ਨੇ ਉੱਪਰਲੀਆਂ ਤਹਿਾਂ ਨੂੰ ਹੇਠਾਂ ਲੈ ਆਂਦਾ ਹੈ। ਬੋਹੜਾਂ ਤੇ ਪਿੱਪਲਾਂ ਦੀਆਂ ਠੰਡੀਆਂ ਛਾਵਾਂ ਨੇ ਕਈ ਤਪੀਆਂ ਰੂਹਾਂ ਨੂੰ ਠਾ ਰਿਹਾ ਹੈ। ਇਹ ਪੁਰਾਤਨ ਹਿਸਟਰੀ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਡਾਕਟਰ ਬਖਸ਼ੀਸ਼ ਸਿੰਘ ਨਿੱਜਰ ਹੋਰਾਂ ਨੇ ਸੰਗਤ ਦੀ ਗਿਆਤ ਲਈ ਪੁਸਤਕ ਸੇਖ ਨੇਹਾ ਵਿਚ ਦਰਜ ਕਰਵਾਈ ਸੀ। ਡਾਕਟਰ ਬਖਸ਼ੀਸ਼ ਸਿੰਘ ਨਿੱਜਰ ਡਾਇਰੈਕਟਰ ਪੰਜਾਬ ਸਟੇਟ ਆਰਕਾਈਵਜ਼, ਮੈਂਬਰ ਇੰਡੀਅਨ ਹਿਸਟੋਰੀਕਲ ਰੈਕੋਰਡਸ ਕਮਿਸ਼ਨ।